ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ। ਮੈਡਮ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ। ਨੌਂ ਤਾਂ ਬਹੁਤ ਸੋਹਣੀ ਲੱਗ ਰਹੀ ਹੈ। ਥੈਂਕ ਯੂ। ਸੱਸ ਦੇ ਬਰਾਬਰ ਖੜਨਾ ਹੁਣ ਜਾ ਕੇ? ਉਹ ਸੱਸ ਦਾ ਮੁਕਾਬਲਾ ਨਹੀਂ ਕਰਨਾ, ਪਿੱਛੇ ਥੋੜੀ ਰਹਿਣਾ। ਤੁਸੀਂ ਤਾਂ ਬਹੁਤ ਜ਼ਿਆਦਾ ਆਗਿਆ ਕਰ ਬਹੂ ਨਿਕਲੇ ਸੀ ਟ੍ਰੇਲੇ 'ਚ, ਦੇਖਿਆ ਸੱਸ ਕੱਟਦੀ ਆਉਂਦੇ। ਨਹੀਂ ਦੇਖੋ, ਜਿੱਦਾਂ ਦਾ ਉਹ ਮੇਰਾ ਸਵਾਗਤ ਕਰਨਗੇ ਮੈਂ ਉਹਦਾ ਰਿਸਪੌਂਸ ਤਾਂ ਕਰਨਾ ਹੀ ਹੈ ਨਾ। ਦੁਆ 'ਚ ਤੁਹਾਨੂੰ ਆਲੇ ਦੁਆਲੇ ਤੁਹਾਡੇ ਸਹੁਰੇ ਹੋ ਗਏ ਜਾਂ ਪੇਕੇ ਹੋ ਗਏ, ਡਰ ਗਏ ਹੋਣਗੇ ਵੀ ਇਹਦਾ ਕੁੜੀ ਬਹੁਤ ਹੈ। ਦੇਖੋ, ਉਹ ਕਰੈਕਟਰ ਹੈ ਨਾ, ਉਹ ਸਕ੍ਰਿਪਟ ਦਾ ਜਿਵੇਂ ਸੀਗਾ ਉਹਦੇ ਅਕੋਰਡਿੰਗ ਹੀ ਦਾ। ਪਰਸਨਲ ਲਾਈਫ 'ਚ ਬਹੁਤ ਡਿਫਰੈਂਟ ਹੈਗੀ ਆ। ਮਤਲਬ ਦਿਲ ਦੇ ਮਤਲਬ ਪਰਸਨਲ ਬਵਾਲ ਵੀ ਕੱਢੇ ਤੁਸੀਂ ਅੰਦਰ ਆਪਣੇ ਇਸ ਫਿਲਮ ਦੇ ਵਿੱਚ, ਕੁਝ ਰੀਝਾਂ ਹੁੰਦੀਆਂ ਨਾ ਜਿਹੜੀਆਂ ਤੁਸੀਂ ਆਫ ਕੈਮਰਾ ਤਾਂ ਨਹੀਂ ਕਰਦੇ? ਨਹੀਂ, ਇੱਦਾਂ ਦਾ ਕੁਛ ਨਹੀਂ ਹੈ, ਉਹ ਸਕ੍ਰਿਪਟ ਦੇ ਅਕੋਰਡਿੰਗ ਸੀਗਾ। ਜੋਕਸ ਪਾਰਟ, ਵੈਸੇ ਟ੍ਰੇਲਰ ਬਹੁਤ ਸੋਹਣਾ ਹੈ, ਕੀ ਚੱਲ ਰਿਹਾ ਹੁਣ ਦਿਲੋਂ ਦਿਮਾਗ? ਬਸ ਅਸੀਂ ਵੇਟ ਹੋ ਰਹੀ ਆ ਹੁਣ, ਵੈਸੇ ਰਿਸਪੋਂਸ ਵਧੀਆ ਆ ਰਿਹਾ ਹੁਣ, ਇਹੀ ਹੈ ਕਿ ਸਾਰੇ ਦੇਖ ਲੈਣ ਅਤੇ ਹੋਰ ਰਿਸਪੋਂਸ ਵਧੀਆ ਮਿਲੇ, ਲੋਕਾਂ ਨੂੰ ਪਸੰਦ ਆਏ, ਜਿਹੜੇ ਅਸੀਂ ਮਿਹਨਤ ਕੀਤੀ ਹੈ ਉਹ ਸਾਰਿਆਂ ਨੂੰ ਪਸੰਦ ਆਏ। ਅਤੇ ਤੁਹਾਨੂੰ ਕੀ ਲੱਗਦਾ ਵੀ ਫੈਮਿਲੀਜ਼ ਦੇ ਵਿੱਚ ਚੇਂਜਿਸ ਆਉਣਗੀਆਂ ਕੁਛ ਨਾ ਕੁਛ ਫਿਲਮ ਦੇਖਣ ਤੋਂ ਬਾਅਦ? ਦੇਖੋ, ਚੇਂਜਿਸ ਆ ਵੀ ਰਹੀਆਂ ਨੇ, ਇੱਦਾਂ ਦੀ ਗੱਲ ਨਹੀਂ, ਹੁਣ ਆ ਰਹੇ ਨੇ ਕਿਉਂਕਿ ਪੇਰ ਜਿਹੜੇ ਇਨ ਲੋਸ ਵਰਡ ਹੁਣ ਬਹੁਤ ਘੱਟ ਯੂਜ਼ ਹੁੰਦਾ, ਪੇਰੈਂਟਸ ਹੀ ਹੁੰਦਾ ਹੁਣ, ਕੋਈ ਇੰਟਰਡਿਊਸ ਵੀ ਕਰਾਉਂਦੇ ਕਿ ਇਹ ਮੇਰੇ ਮੰਮੀ ਪਾਪਾ, ਇੱਦਾਂ ਨਹੀਂ ਕਹਿੰਦੇ ਮੇਰੇ ਸੱਸ ਸਹੁਰਾ ਜਾਂ ਮੇਰੇ ਇਨ ਲੋਸ ਨੇ, ਅਤੇ ਉਹ ਚੇਂਜ ਬਹੁਤ ਵੱਡਾ ਆ ਰਿਹਾ। ਨਾਲੇ ਹੁਣ ਮੈਨੂੰ ਲੱਗਦਾ ਕਿ ਜਿਹੜੇ ਉਹ ਵੀ ਵਰਕਿੰਗ ਨੇ ਇਨ ਲੋਸ ਵੀ ਜਾਂ ਮਦਰ ਇਨ ਲੋ, ਉਹਨਾਂ ਨੂੰ ਵੀ ਪਤਾ ਕਿ ਕੀ ਪ੍ਰੋਬਲਮਸ ਆਉਂਦੀਆਂ ਆਫਟਰ ਮੈਰਿਜ, ਕਿੱਦਾਂ ਟੈਕਲ ਕਰਨਾ ਹੁੰਦਾ, ਕਿੱਦਾਂ ਐਡਜਸਟਮੈਂਟ ਕਰਨੀ ਹੁੰਦੀ ਹੈ, ਅਤੇ ਉਹ ਗਾਈਡ ਕਰਦੇ ਨੇ, ਅਤੇ ਬੱਚੇ ਵੀ ਹੁਣ ਸਮਝਦਾਰ ਹੋ ਗਏ ਉਸ ਹਿਸਾਬ ਨਾਲ ਕਰਦੇ ਨੇ। ਤੁਹਾਨੂੰ ਬੋਲੀ ਆਉਂਦੀ ਹੈ ਨਹੀਂ, ਮੈਂ ਸੱਸ ਕੁੱਟਣੀ ਸੰਦੂਕਾਂ? ਹਾਂਜੀ, ਪਾਉਣੀ ਤਾਂ ਨਹੀਂ, ਮੈਂ ਦੂਜੀ ਵਾਲੀ ਪਾਉਂਦੀ ਹੈ। ਕਦੇ ਬੋਡਾ ਮਾਰਦੀ, ਕਦੇ ਗੋਡਾ ਮਾਰਦੀ, ਕਦੇ ਮੋਡਾ ਮਾਰਦੀ, ਕਦੇ ਗੋਡਾ ਮਾਰਦੀ, ਵੇ ਮੈਂ ਕਰਨੀ ਉਹਦੀ ਮਸਾਜ ਛੱਡ ਕੇ, ਸੱਸ ਕੁੱਟਣੀ, ਸੱਸ ਕੁੱਟਣੀ, ਟੀਵੀ ਦੀ ਉੱਚੀ ਆਵਾਜ਼ ਕਰਕੇ ਸੱਸ ਕੁੱਟਣੀ। ਇਹ ਹੁਣ ਕਿਹਨੂੰ ਦੇ ਰਹੇ ਹੋ ਇੰਡੀਕੇਸ਼ਨ ਤੁਸੀਂ? ਇਹ ਤਾਂ ਹਜੇ ਫਿਲਮ ਵਾਲੇ ਹੁੰਦੇ। ਠੀਕ ਹੈ ਮੈਮ, ਥੈਂਕ ਯੂ ਸੋ ਮਚ, ਤੇ ਬੈਸਟ ਆਫ ਲੱਕ। ਥੈਂਕ ਯੂ ਜੀ, ਥੈਂਕ ਯੂ ਸੋ ਮਚ, ਥੈਂਕ ਯੂ। ਤੇ ਨਹੀਂ, ਮੈਂ ਸੱਸ ਕੁੱਟਣੀ ਦੇ ਸਪੈਸ਼ਲ ਪ੍ਰੀਮੀਅਰ ਤੇ ਪਹੁੰਚਿਆ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ, ਤੁਸੀਂ ਸੁਣਾਓ? ਠੀਕ ਠਾਕ। ਮੈਚਿੰਗ ਇੰਟੈਂਸ਼ਨਲੀ ਹੋ ਗਈ ਜਾਂ ਸੋਚ ਸਮਝ ਕੀਤੀ? ਪਤਾ ਨਹੀਂ, ਆਪ ਤੋਂ ਹੀ ਹੋਈ। ਮੇਰਾ ਤਾਂ ਫੇਵਰੇਟ ਆ ਕਲਰ ਜੇ ਬਲੈਕ, ਜਦੋਂ ਮੈਂ ਕਿਤੇ ਜਾਣਾ ਹੋਵੇ ਵਿਆਹ ਸ਼ਾਦੀਆਂ 'ਤੇ, ਮੈਨੂੰ ਹੁੰਦਾ ਵੀ ਬਲੈਕ ਕਲਰ ਪਾਈ ਆਪਾਂ, ਸੋ ਇਹਨਾਂ ਦਾ ਵੀ ਸੀ, ਇਹਨਾਂ ਨੇ ਵੀ ਪਾ ਲਿਆ। ਕੁੜੀਆਂ ਨੂੰ ਬਲੈਕ ਕਲਰ ਬਹੁਤ ਪਸੰਦ ਹੁੰਦਾ, ਇਹ ਵੀ ਚਾਲ ਵੀ ਹੋ ਸਕਦੀ ਹੈ ਕਿ ਮੈਂ? ਹਾਂ, ਹੋ ਸਕਦਾ ਹੈ, ਮੈਂ ਸੋਚਿਆ ਪਾ ਕੇ ਜਾਂਦਾ, ਖੋਰੇ ਕੋਈ ਪਸੰਦ ਹੀ ਕਰ ਲਵੇ। ਅਤੇ ਡੈਬਿਊ ਕਰਨ ਜਾ ਰਹੇ ਹੋ ਤੁਸੀਂ, ਪਹਿਲਾਂ ਤੁਸੀਂ ਦੱਸੋ ਕੀ ਚੱਲਦਾ, ਤਾਂ ਹਾਰਟ ਬੀਟ ਕਿੰਨੀ ਅੱਜ? ਬਹੁਤ ਤੇਜ਼ ਹੈ, ਸਵੇਰੇ 8 ਵਜੇ ਤਾਂ ਬਹੁਤ ਤੇਜ਼ ਸੀ, ਜਿਵੇਂ ਫਿਰ 10-12 ਵਜੇ ਫਿਰ ਥੋੜ੍ਹਾ ਜਿਹਾ ਠੀਕ ਹੋ ਗਿਆ, ਔਰ ਹੁਣ ਥੋੜ੍ਹੀ ਜਿਹੀ ਐਕਸਾਈਟਮੈਂਟ ਹੋਰ ਵੱਧ ਰਹੀ ਹੈ, ਕਿਉਂਕਿ ਸਾਰਿਆਂ ਦੇ ਜਦੋਂ ਮੈਸੇਜ ਪੜ੍ਹੇ ਮੈਨੂੰ ਲੱਗਿਆ ਕਿ ਸ਼ਾਇਦ ਪਰਮਾਤਮਾ ਨੇ ਸੁਣ ਲਈ ਹੈ, ਸਭ ਕੁਝ ਠੀਕ ਚੱਲ ਰਿਹਾ। ਤੁਸੀਂ ਤਾਂ ਨਾਲ ਪ੍ਰੋਡਿਊਸਰ ਵੀ ਹੋ, ਤੁਹਾਡੀ ਜ਼ਿਆਦਾ ਤੇਜ਼ ਹੋਣੀ ਚਾਹੀਦੀ ਹੈ। ਬਹੁਤ ਜ਼ਿਆਦਾ, ਰਾਤੀ ਤਾਂ ਮੈਨੂੰ ਨੀਂਦ ਵੀ ਨਹੀਂ ਆ ਰਹੀ ਸੀ, ਇੰਨੀ ਟੈਨਸ਼ਨ ਸੀ, ਪਤਾ ਨਹੀਂ ਕੀ ਹੋਏਗਾ ਸਵੇਰੇ, ਜਿਵੇਂ ਰਿਜ਼ਲਟ ਆ ਰਿਹਾ ਹੁੰਦਾ ਨਾ ਪੇਪਰਾਂ ਤੋਂ ਬਾਅਦ, ਉੱਦਾਂ ਦੀ ਨਰਵਸਨੈਸ ਸੀ, ਬਟ ਜਿਵੇਂ ਆਪਾਂ ਸਵੇਰੇ ਉੱਠੇ, ਅਰਦਾਸ ਕੀਤੀ ਰੱਬ ਅੱਗੇ, ਅਤੇ ਜਦੋਂ ਅਸੀਂ ਸ਼ੋਜ਼ ਦੇਖੇ, ਲੋਕਾਂ ਦਾ ਰਿਸਪੋਂਸ ਦੇਖਿਆ, ਅਤੇ ਲੋਕ ਸਵੇਰੇ 8 ਵਜੇ ਵੀ ਗਏ ਹੋਏ ਸੀ 8-9 ਵਜੇ ਦੇ ਸ਼ੋਜ਼ ਦੇਖਣ, ਸੋ ਇੰਨੀ ਜ਼ਿਆਦਾ ਮਤਲਬ ਦਿਲੋਂ ਥੈਂਕ ਯੂ ਕਰਦੀ ਹਾਂ ਮੈਂ ਤੁਹਾਡੇ ਸਾਰਿਆਂ ਦਾ, ਕਿਉਂਕਿ ਇਹ ਮੂਮੈਂਟ 'ਤੇ ਅਸੀਂ ਬਹੁਤ ਟਾਈਮ ਤੋਂ ਵੇਟ ਕਰ ਰਹੇ ਸੀ, ਸੋ ਫਾਈਨਲੀ ਇਟਸ ਹੇਅਰ। ਜਿੱਦਾਂ ਇੱਕ ਬਹੁਤ ਵਧੀਆ ਮੈਸੇਜ ਵੀ ਹੈ ਇਸ ਫਿਲਮ ਦੇ ਵਿੱਚ, ਜਿੱਦਾਂ ਇੰਟਰਵਿਊਜ਼ ਵਿੱਚ ਵੀ ਆਪਾਂ ਸੁਣਿਆ ਤੁਹਾਡੀ ਗੱਲ ਨੂੰ, ਕੀ ਲੱਗਦਾ ਵੀ ਕੁਛ ਨਾ ਕੁਛ ਚੇਂਜਿਸ ਆਉਣਗਾ ਘਰਾਂ ਦੇ ਵਿੱਚ? ਬਿਲਕੁਲ, ਮੈਨੂੰ ਲੱਗਦਾ ਵੀ ਪਰਿਵਾਰ ਜਦੋਂ ਸਾਰੇ ਇਸ ਫਿਲਮ ਨੂੰ ਦੇਖਣ ਆਉਣਗੇ ਆਪਣੇ ਸਮੂਹ ਪਰਿਵਾਰ ਦੇ ਨਾਲ, ਜਦੋਂ ਸਾਰੇ ਆਉਣਗੇ ਇਸ ਆਉਣ ਦੋ ਇਹ ਤਾਂ ਜ਼ਰੂਰੀ ਹੈ ਜੀ, ਫਿਰ ਤੁਸੀਂ ਆਓ ਪਲੀਜ਼। ਪਾਪਾ ਆ ਜਾਓ, ਖੜੋ ਪਲੀਜ਼, ਆਪਾਂ ਪਹਿਲਾਂ ਪਾਪਾ ਦੇ ਵਿਚਾਰ ਲੈਂਦੇ ਹਾਂ ਫਿਰ ਉਹਨੂੰ ਕੰਟੀਨਿਊ ਕਰਾਂਗੇ। ਕੀ ਕਹਿਣਾ ਚਾਹੋਗੇ ਅੱਜ? ਹਾਂਜੀ, ਕੀ ਕਹਿਣਾ ਚਾਹੁੰਗੇ ਤੁਸੀਂ? ਤੁਹਾਡੀ ਕੁੜੀ ਫਿਲਮ ਆ ਰਹੀ, ਬਹੁਤ ਵਧੀਆ ਫਿਲਮ ਹੈ ਜੀ, ਸੱਸ ਕੁੱਟਣੀ। ਹਾਂਜੀ, ਬਹੁਤ ਵਧੀਆ ਫਿਲਮ ਹੈ। ਤੁਹਾਡੀ ਕੁੜੀ ਜੇ ਕਦੇ ਸੱਚੀ ਨਾਲ ਸੱਸ ਨੂੰ ਕੱਟ ਦੋ ਔਖਾ ਹੋ ਜੀ। ਹਾਂਜੀ ਹਾਂਜੀ, ਬਹੁਤ ਵਧੀਆ ਫਿਲਮ ਹੈ। ਤੁਸੀਂ ਕੀ ਕਹਿਣਾ ਅੱਜ ਪੇਰੈਂਟਸ ਨੂੰ? ਇੰਨਾ ਪ੍ਰਾਊਡ ਫੀਲ ਹੁੰਦਾ ਨਾ ਜਦੋਂ ਬਰਾਬਰ ਖੜੇ ਆ, ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਕੀ ਕਹਿਣਾ, ਕਿੱਦਾਂ ਲੱਗ ਰਿਹਾ ਤੁਹਾਨੂੰ? ਮੈਨੂੰ ਤਾਂ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ, ਕਿਉਂਕਿ ਮੇਰੀ ਤਮੰਨਾ ਸੀਗੀ, ਮੈਂ ਬਾਬਾ ਜੀ ਕੇ ਅਰਦਾਸਾਂ ਕਰਦੀ ਸੀ ਕਿ ਮੇਰੀ ਬੇਟੀ ਵੱਡੇ ਪਰਦੇ ਤੇ ਆਵੇ। ਇਹ ਮਾਂ ਦਾ ਜਿਹੜਾ ਪਿਆਰ ਹੈ, ਜੀ ਨੇ ਅੱਜ ਮੇਰੀ ਅਰਦਾਸ ਦੇਖ ਰਿਹਾ, ਇਹ ਤਮੰਨਾ ਤਾਂ ਨਹੀਂ ਸੀਗੀ ਵੀ ਸਹੁਰੇ ਘਰ ਜਾ ਕੇ ਸੱਸ ਨੂੰ ਕੁੱਟੇ? ਨਹੀਂ ਜੀ, ਨਹੀਂ, ਕਿਉਂਕਿ ਜੋ ਮੈਂ ਪਿਆਰ ਕਰਦੀ ਸੀ ਆਪਣੀ ਸੱਸ ਨਾਲ, ਤਾਂ ਮੇਰੀ ਬੇਟੀ ਵੀ ਇਹੀ ਸਿੱਖੇਗੀ ਕਿ ਆਪਣੀ ਸੱਸ ਨਾਲ ਪਿਆਰ ਕਰੋ। ਬੈਸਟ ਆਫ ਲੱਕ, ਆਪਾਂ ਮੂਵੀ ਦੇਖਦੇ ਹਾਂ ਫਿਰ ਕਰਦੇ ਹਾਂ ਗੱਲ। ਥੈਂਕ ਯੂ, ਥੈਂਕ ਯੂ। ਇਸ ਵਕਤ ਸਾਡੇ ਨਾਲ ਆ ਨੀ ਮੈਂ ਸੱਸ ਕੁੱਟਣੀ ਫਿਲਮ ਦੇ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਰਾਜੂ ਵਰਮਾ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਕਹਿਣਾ ਤੁਸੀਂ ਸੁਣਾਓ, PV 37 ਵਾਲੇ ਆ ਗਏ। ਰਾਜੂ ਵਰਮਾ ਜੀ ਘਰਾਂ 'ਚ ਲੜਾਈਆਂ ਪਾਉਣ ਲੱਗੇ ਸਾਨੂੰ ਲੱਗਦਾ। ਲੜਾਈਆਂ 2 ਰੁਪਈਏ ਬਣਦੇ ਹੁਣ, ਥੋੜ੍ਹੀ ਮੋਟੀ ਪਾ ਲੈਣੀ ਚਾਹੀਦੀ ਹੈ। ਕੰਟਰੋਵਰਸੀ ਦੇ ਪੈਸੇ ਮੈਂ ਕਹਿੰਦਾ ਜ਼ਿਆਦਾ ਬਣਦੇ ਅੱਜ ਕੱਲ੍ਹ। ਉਹੀ ਗੱਲ ਹੈ, ਅਤੇ ਬਾਬੇ ਦੀ ਕਿਰਪਾ ਨਾਲ ਖੱਚਾ ਖੱਚ ਭਰਿਆ ਹੋਇਆ ਹਾਲ ਦੇਖ ਕੇ ਮਜ਼ਾ ਆ ਰਿਹਾ।
रिव्यू भी सवेर के बहुत अच्छे आ रहे हैं, ऑडियंस काफ़ी इंजॉय करी है। मेन गल है कि फैमिलीज आ रही फिल्म देख, सब तो वड्डी गल है क्योंकि वो फिल्म बहुत वधिया जाती है, जिदे विच फैमिलियां साडे नाल जुड़ जांदियां ने। इहदे विच सारियां फैमिलियां दी फिल्म है, हर नूं अपनी सस नूं फिल्म दिखाउण लैके आ रही है भी सस कुट्टणी। उहदे विच फिर जदों फिल्म देखदे आ तां दूजी कहिंदे भाई नूं भी फैंटती सस रे, तुसीं देख के आओ। राजू वर्मा साहब तो असं यह पूछना चाहते हैं, राजू वर्मा साहब थॉट कि सस कुटती देखी थी? मेरी मम्मी नूं एक दिन कुटिया जा रहा है मेरी घरवाली वालों। सच्ची गल मजाक कर रहे, मतलब थोड़े जो सिठणियां वगैरह चल रही किसी मैरिज के उतों भी थॉट आया, बाकी घर जो सी मैंने सी भी तो फिल्म बननी चाहिए संजीदा जे ढंग करके फिल्म बनी दे अज बाबे की कृपा ना। बहुत जो फिल्म लिख रहे नहीं सोचते इन ससा कट्ठिया कितों कर, ससा कट्ठिया कर लगे औखे हुए हैं। जतेंद्र कौर मैडम से अगे उन्हों की सस, उन्हों की डेटा नहीं मिली नहीं, ससा तो खासियां कट्ठिया हो गई सी। होर हम की चल रहा दिलो दिमाग गर्मो गर्मी इन्ने हुए पे, चाह की गर्मी है ये, चाह की गर्मी है। अगे फिल्म हरजीत बाजा खाना वो बायोपिक जल्दी ही अनाउंसमेंट पै जानी है, खब्बी खान टॉम एंड जैरी 12-15 फिल्म मतलब एक्टिव ने। पी एच डी साढ़े अमृत बाई कर रहे हैं, अमृतवीर पी एच डी कर रहे हैं, फिर वो ड्रामेबाज कर रहे हैं, तो जोड़े पंकज भाजी ना होंगे सके, तो उन्होंने तीन फिल्म ने। पता एक शर्ट लो प्रिंटड जिद उत्ते फिल्मों के ना लिखे हो जो टिक जी जी रह गई वो इदा लिखी हो पत्र कर सौखा हो थोड़े पाओ मेरे मेरे पढ़ी जानी है औखी होजॉय करते दोबारा उन्हें लव यू लव। सत श्रीकाल जी, बहुत बहुत स्वागत है ताडा सारे चैनल ते। मैडम बहुत बहुत स्वागत है, थैंक यू जी। नौ तो बहुत सोहनी लग रही है। थैंक यू। सस दे बराबर खड़ना हुण जाके, सस दा मुकाबला नहीं करना, पिछे थोड़ी रहना। तुसीं तां बहुत ज्यादा आज्ञाकार बहू निकले सी ट्रेलर च, देखिया सस कट्टदी आउंदे नहीं? देखो जिद्दां दा ओह मेरा स्वागत करनगे मैं उहदा रिस्पोंस तां करना ही है ना। दुआ च तुहानूं आले दुआले तुहाडे सहुरे हो गए जां पेके हो गए डर गए होणगे वी इहदा कुड़ी बहुत है? देखो वो करैक्टर है ना, वो स्क्रिप्ट दा जिवें सीगा उहदे अकॉर्डिंग ही था, परसनल लाइफ च बहुत डिफरेंट हैगी आ। मतलब दिल दे मतलब परसनल बवाल भी कढ़े तुसीं अंदर अपने इस फिल्म दे विच, कुछ रीजां हुंदियां ना जिहड़ियां तुसीं ऑफ कैमरा तां नहीं करदे? नहीं 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 इदां दा कुछ नहीं है, स्क्रिप्ट दे अकॉर्डिंग सीगा। जोक्स पार्ट वैसे ट्रेलर बहुत सोहणा है, की चल रिहा हुण दिलो दिमाग? बस अही वेट हो रही है हूँ, वैसे रिस्पोंस वधिया आ रहा हूँ, यही है कि सारे देख लैन ते होर रिस्पोंस वधिया मिले, लोगों को पसंद आए, जो असी मेहनत की है वो सारे पसंद आए। ਤੁਹਾਨੂੰ ਕੀ ਲੱਗਦਾ ਵੀ ਫੈਮਿਲੀਜ਼ ਦੇ ਵਿੱਚ ਚੇਂਜਸ ਆਉਣਗੀਆਂ ਕੁਛ ਨਾ ਕੁਛ ਫਿਲਮ ਦੇਖਣ ਤੋਂ ਬਾਅਦ? ਦੇਖੋ ਚੇਂਜਸ ਆ ਵੀ ਰਹੀਆਂ ਨੇ, ਇੱਦਾਂ ਦੀ ਗੱਲ ਨਹੀਂ ਹੈ, ਹੁਣ ਆ ਰਹੇ ਨੇ ਕਿਉਂਕਿ ਪੇਰ ਜਿਹੜੇ ਇਨ ਲੋਸ ਵਰਡ ਹੁਣ ਬਹੁਤ ਘੱਟ ਯੂਜ਼ ਹੁੰਦਾ, ਪੇਰੈਂਟਸ ਹੀ ਹੁੰਦਾ ਹੁਣ, ਕੋਈ ਇੰਟਰਡਿਊਸ ਵੀ ਕਰਾਉਂਦੇ ਕਿ ਇਹ ਮੇਰੇ ਮੰਮੀ ਪਾਪਾ, ਇੱਦਾਂ ਨਹੀਂ ਕਹਿੰਦੇ ਮੇਰੇ ਸੱਸ ਸਹੁਰਾ ਜਾਂ ਮੇਰੇ ਇਨ ਲੋਸ ਨੇ, ਅਤੇ ਉਹ ਚੇਂਜ ਬਹੁਤ ਵੱਡਾ ਆ ਰਿਹਾ ਨਾਲੇ। ਹੁਣ ਮੈਨੂੰ ਲੱਗਦਾ ਕਿ ਜਿਹੜੇ ਉਹ ਵੀ ਵਰਕਿੰਗ ਨੇ ਇਨ ਲੋਸ ਵੀ ਜਾਂ ਮਦਰ ਇਨ ਲੋ, ਉਹਨਾਂ ਨੂੰ ਵੀ ਪਤਾ ਕਿ ਪ੍ਰੋਬਲਮਸ ਆਉਂਦੀਆਂ ਆਫਟਰ ਮੈਰਿਜ, ਕਿੱਦਾਂ ਟੈਕਲ ਕਰਨਾ ਹੁੰਦਾ, ਕਿੱਦਾਂ ਐਡਜਸਟਮੈਂਟ ਕਰਨੀ ਹੁੰਦੀ ਹੈ, ਅਤੇ ਉਹ ਗਾਈਡ ਕਰਦੇ ਨੇ, ਅਤੇ ਬੱਚੇ ਵੀ ਹੁਣ ਸਮਝਦਾਰ ਹੋ ਗਏ ਉਸ ਹਿਸਾਬ ਨਾਲ ਕਰਦੇ ਨੇ। ਤੁਹਾਨੂੰ ਬੋਲੀ ਆਉਂਦੀ ਹੈ ਨਹੀਂ ਮੈਂ ਸੱਸ ਕੁੱਟਣੀ ਕੁੱਟਣੀ ਸੰਦੂਕਾਂ? ਹਾਂਜੀ ਪਾਉਣੀ ਤਾਂ ਨਹੀਂ, ਮੈਂ ਦੂਜੀ ਵਾਲੀ ਪਾਉਂਦੀ ਹੈ, ਕਦੇ ਬੋਡਾ ਮਾਰਦੀ ਕਦੇ ਗੋਡਾ ਮਾਰਦੀ ਕਦੇ ਮੋਡਾ ਮਾਰਦੀ ਕਦੇ ਗੋਡਾ ਮਾਰਦੀ ਵੇ ਮੈਂ ਕਰਨੀ ਉਹਦੀ ਮਸਾਜ ਛੱਡ ਕੇ ਸੱਸ ਕੁੱਟਣੀ ਸੱਸ ਕੁੱਟਣੀ ਟੀਵੀ ਦੀ ਉੱਚੀ ਆਵਾਜ਼ ਕਰਕੇ ਸੱਸ ਕੁੱਟਣੀ। ਇਹ ਹੁਣ ਕਿਹਨੂੰ ਦੇ ਰਹੇ ਹੋ ਇੰਡੀਕੇਸ਼ਨ ਤੁਸੀਂ? ਇਹ ਤਾਂ ਹਜੇ ਫਿਲਮ ਵਾਲੇ ਹੁੰਦੇ ਫਿਲਮ। ਠੀਕ ਹੈ ਮੈਮ, ਥੈਂਕ ਯੂ ਸੋ ਮੱਚ ਅਤੇ ਬੈਸਟ ਆਫ ਲੱਕ। ਥੈਂਕ ਯੂ ਜੀ, ਥੈਂਕ ਯੂ ਸੋ ਮੱਚ, ਥੈਂਕ ਯੂ। ਅਤੇ ਨਹੀਂ ਮੈਂ ਸੱਸ ਕੁੱਟਣੀ ਦੇ ਸਪੈਸ਼ਲ ਪ੍ਰੀਮੀਅਰ ਤੇ ਪਹੁੰਚਿਆ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ, ਤੁਸੀਂ ਸੁਣਾਓ? ਠੀਕ ਠਾਕ। ਮੈਚਿੰਗ ਇੰਟੈਂਸ਼ਨਲੀ ਹੋ ਗਈ ਜਾਂ ਸੋਚ ਸਮਝ ਕੀਤੀ? ਪਤਾ ਨਹੀਂ ਆਪ ਹੀ ਹੋ ਗਈ।
ਮੇਰਾ ਤਾਂ ਫੇਵਰੇਟ ਆ ਕਲਰ ਬਲੈਕ, ਜਦੋਂ ਮੈਂ ਕਿਤੇ ਜਾਣਾ ਹੋਵੇ ਵਿਆਹ ਸ਼ਾਦੀਆਂ 'ਤੇ ਮੈਨੂੰ ਹੁੰਦਾ ਵੀ ਬਲੈਕ ਕਲਰ ਪਾਈ ਆਪਾਂ, ਸੋ ਇਹਨਾਂ ਦਾ ਵੀ ਸੀ, ਇਹਨਾਂ ਨੇ ਵੀ ਪਾ ਲਿਆ। ਕੁੜੀਆਂ ਨੂੰ ਬਲੈਕ ਕਲਰ ਬਹੁਤ ਪਸੰਦ ਹੁੰਦਾ, ਇਹ ਵੀ ਚਾਲ ਵੀ ਹੋ ਸਕਦੀ ਹੈ। ਹਾਂ ਹੋ ਸਕਦਾ, ਮੈਂ ਸੋਚਾ ਪਾ ਕੇ ਜਾਂਦਾ ਕੋਰੇ ਕੋਈ ਪਸੰਦ ਹੀ ਕਰ ਲਵੇ। ਅਤੇ ਡੈਬਿਊ ਕਰਨ ਜਾ ਰਹੇ ਹੋ ਤੁਸੀਂ, ਪਹਿਲਾਂ ਤੁਸੀਂ ਦੱਸੋ ਕੀ ਚੱਲਦਾ, ਤਾਂ ਹਾਰਟ ਬੀਟ ਕਿੰਨੀ ਅੱਜ? ਬਹੁਤ ਤੇਜ਼ ਆ, ਸਵੇਰੇ 8 ਵਜੇ ਤਾਂ ਬਹੁਤ ਤੇਜ਼ ਸੀ, ਜਿਵੇਂ ਫਿਰ 10-12 ਵਜੇ ਫਿਰ ਥੋੜ੍ਹਾ ਜਿਹਾ ਠੀਕ ਹੋ ਗਿਆ, ਔਰ ਹੁਣ ਥੋੜ੍ਹੀ ਜਿਹੀ ਐਕਸਾਈਟਮੈਂਟ ਹੋਰ ਵੱਧ ਰਹੀ ਹੈ, ਕਿਉਂਕਿ ਸਾਰਿਆਂ ਦੇ ਜਦੋਂ ਮੈਸੇਜ ਪੜ੍ਹੇ ਮੈਨੂੰ ਲੱਗਿਆ ਕਿ ਸ਼ਾਇਦ ਪਰਮਾਤਮਾ ਨੇ ਸੁਣ ਲਈ ਹੈ, ਸਭ ਕੁਛ ਠੀਕ ਚੱਲ ਰਿਹਾ। ਤੁਸੀਂ ਤਾਂ ਨਾਲ ਪ੍ਰੋਡਿਊਸਰ ਵੀ ਹੋ, ਤੁਹਾਡੀ ਜ਼ਿਆਦਾ ਤੇਜ਼ ਹੋਣੀ ਚਾਹੀਦੀ। ਬਹੁਤ ਜ਼ਿਆਦਾ, ਰਾਤੀ ਤਾਂ ਮੈਨੂੰ ਨੀਂਦ ਵੀ ਨਹੀਂ ਆ ਰਹੀ ਸੀ, ਇੰਨੀ ਟੈਨਸ਼ਨ ਸੀ, ਪਤਾ ਨਹੀਂ ਕੀ ਹੋਏਗਾ ਸਵੇਰੇ, ਜਿਵੇਂ ਰਿਜ਼ਲਟ ਆ ਰਿਹਾ ਹੁੰਦਾ ਨਾ ਪੇਪਰਾਂ ਤੋਂ ਬਾਅਦ, ਉੱਦਾਂ ਦੀ ਨਰਵਸਨੈਸ ਸੀ। ਬਟ ਜਿਵੇਂ ਆਪਾਂ ਸਵੇਰੇ ਉੱਠੇ, ਅਰਦਾਸ ਕੀਤੀ ਰੱਬ ਅੱਗੇ, ਅਤੇ ਜਦੋਂ ਅਸੀਂ ਸ਼ੋਜ਼ ਦੇਖੇ, ਲੋਕਾਂ ਦਾ ਰਿਸਪੋਂਸ ਦੇਖਿਆ, ਅਤੇ ਲੋਕ ਸਵੇਰੇ 8 ਵਜੇ ਵੀ ਗਏ ਹੋਏ ਸੀ 8-9 ਵਜੇ ਦੇ ਸ਼ੋਜ਼ ਦੇਖਣ। ਸੋ ਇੰਨੀ ਜ਼ਿਆਦਾ ਮਤਲਬ ਦਿਲੋਂ ਥੈਂਕ ਯੂ ਕਰਦੀ ਹਾਂ ਮੈਂ ਤੁਹਾਡੇ ਸਾਰਿਆਂ ਦਾ, ਕਿਉਂਕਿ ਇਹ ਮੂਮੈਂਟ 'ਤੇ ਅਸੀਂ ਬਹੁਤ ਟਾਈਮ ਤੋਂ ਵੇਟ ਕਰ ਰਹੇ ਸੀ, ਸੋ ਫਾਈਨਲੀ ਇਟਸ ਹੇਅਰ। ਜਿੱਦਾਂ ਇੱਕ ਬਹੁਤ ਵਧੀਆ ਮੈਸੇਜ ਵੀ ਹੈ ਇਸ ਫਿਲਮ ਦੇ ਵਿੱਚ, ਜਿੱਦਾਂ ਇੰਟਰਵਿਊਜ਼ ਵਿੱਚ ਵੀ ਆਪਾਂ ਸੁਣਿਆ ਤੁਹਾਡੀ ਗੱਲ ਨੂੰ, ਕੀ ਲੱਗਦਾ ਵੀ ਕੁਛ ਨਾ ਕੁਛ ਚੇਂਜਿਸ ਆਉਣਗਾ ਘਰਾਂ ਦੇ ਵਿੱਚ? ਬਿਲਕੁਲ, ਮੈਨੂੰ ਲੱਗਦਾ ਵੀ ਪਰਿਵਾਰ ਜਦੋਂ ਸਾਰੇ ਇਸ ਫਿਲਮ ਨੂੰ ਦੇਖਣ ਆਉਣਗੇ ਆਪਣੇ ਸਮੂਹ ਪਰਿਵਾਰ ਦੇ ਨਾਲ, ਜਦੋਂ ਸਾਰੇ ਆਉਣਗੇ ਇਸ ਆਉਣ ਦੋ ਇਹ ਤਾਂ ਜ਼ਰੂਰੀ ਆ ਜੀ, ਫਿਰ ਤੁਸੀਂ ਆਓ ਪਲੀਜ਼। ਤੁਸੀਂ ਕਿੱਦਾਂ ਲੱਗ ਰਿਹਾ ਤੁਹਾਨੂੰ ਇੱਥੇ? ਤਾਂ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ, ਕਿਉਂਕਿ ਮੇਰੀ ਤਮੰਨਾ ਸੀਗੀ, ਮੈਂ ਬਾਬਾ ਜੀ ਅੱਗੇ ਅਰਦਾਸਾਂ ਕਰਦੀ ਸੀ ਕਿ ਮੇਰੀ ਬੇਟੀ ਵੱਡੇ ਪਰਦੇ ਤੇ ਆਵੇ। ਇਹ ਮਾਂ ਦਾ ਜਿਹੜਾ ਪਿਆਰ ਹੈ ਜਿਹਨੇ ਅੱਜ ਮੇਰੀ ਅਰਦਾਸ ਦੇਖ ਰਿਹਾ ਹੈ। ਇਹ ਤਮੰਨਾ ਤਾਂ ਨਹੀਂ ਸੀਗੀ ਵੀ ਸਹੁਰੇ ਘਰ ਜਾ ਕੇ ਸੱਸ ਨੂੰ ਕੁੱਟੇ? ਨਹੀਂ ਜੀ, ਨਹੀਂ, ਕਿਉਂਕਿ ਜਦੋਂ ਮੈਂ ਪਿਆਰ ਕਰਦੀ ਸੀ ਆਪਣੀ ਸੱਸ ਨਾਲ, ਤਾਂ ਮੇਰੀ ਬੇਟੀ ਵੀ ਆਹੀ ਸਿੱਖੇਗੀ ਕਿ ਆਪਣੀ ਸੱਸ ਨਾਲ ਪਿਆਰ ਕਰੋ। ਬੈਸਟ ਆਫ ਲੱਕ, ਆਪਾਂ ਮੂਵੀ ਦੇਖਦੇ ਹਾਂ ਫਿਰ ਕਰਦੇ ਹਾਂ। ਥੈਂਕ ਯੂ। ਇਸ ਵਕਤ ਸਾਡੇ ਨਾਲ ਆ ਨੀ ਮੈਂ ਸੱਸ ਕੁੱਟਣੀ ਫਿਲਮ ਦੇ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਰਾਜੂ ਵਰਮਾ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਨੂੰ, ਤੁਸੀਂ ਸੁਣਾਓ? PV 37 ਵਾਲੇ ਆ ਗਏ। ਰਾਜੂ ਵਰਮਾ ਜੀ, ਘਰਾਂ 'ਚ ਲੜਾਈਆਂ ਪਾਉਣ ਲੱਗੇ ਸਾਨੂੰ ਲੱਗਦਾ। ਲੜਾਈਆਂ 'ਚ ਰੁਪਈਏ ਬਣਦੇ ਹੁਣ, ਥੋੜ੍ਹੀ ਮੋਟੀ ਪਾ ਲੈਣੀ ਚਾਹੀਦੀ ਹੈ। ਕੰਟਰੋਵਰਸੀ ਦੇ ਪੈਸੇ ਮੈਂ ਕਹਿੰਦਾ ਜ਼ਿਆਦਾ ਬਣਦੇ ਅੱਜ ਕੱਲ੍ਹ। ਉਹੀ ਗੱਲ ਹੈ, ਅਤੇ ਬਾਬੇ ਦੀ ਕਿਰਪਾ ਨਾਲ ਖਚਾ ਖਚ ਭਰਿਆ ਹੋਇਆ ਹਾਲ ਦੇਖ ਕੇ ਮਜ਼ਾ ਆ ਰਿਹਾ। ਰਿਵਿਊ ਵੀ ਸਵੇਰ ਦੇ ਬਹੁਤ ਅੱਛੇ ਆ ਰਹੇ, ਆਡੀਅੰਸ ਕਾਫੀ ਇੰਜੋਏ ਕਰੀ ਆ। ਮੇਨ ਗੱਲ ਇਹ ਹੈ ਕਿ ਫੈਮਿਲੀਜ਼ ਆ ਰਹੀਆਂ ਫਿਲਮ ਦੇਖਣ। ਸਭ ਤੋਂ ਵੱਡੀ ਗੱਲ ਹੈ, ਕਿਉਂਕਿ ਉਹ ਫਿਲਮ ਬਹੁਤ ਵਧੀਆ ਜਾਂਦੀ ਹੈ, ਜਿਹਦੇ ਵਿੱਚ ਫੈਮਿਲੀਆਂ ਸਾਡੇ ਨਾਲ ਜੁੜ ਜਾਂਦੀਆਂ ਨੇ। ਇਹਦੇ ਵਿੱਚ ਸਾਰੀਆਂ ਫੈਮਿਲੀਆਂ ਦੀ ਫਿਲਮ ਹੈ, ਹਰ ਨੂੰ ਆਪਣੀ ਸੱਸ ਨੂੰ ਫਿਲਮ ਦਿਖਾਉਣ ਲੈ ਕੇ ਆ ਰਹੀ ਹੈ ਵੀ ਸੱਸ ਕੁੱਟਣੀ। ਉਹਦੇ ਵਿੱਚ ਫਿਰ ਜਦੋਂ ਫਿਲਮ ਦੇਖਦੇ ਤਾਂ ਦੂਜੀ ਕਹਿੰਦੇ ਭਾਈ ਨੂੰ ਵੀ ਫੈਂਟਤੀ ਸੀ ਸੱਸ ਨੇ, ਤੁਸੀਂ ਦੇਖ ਕੇ ਆਓ। ਰਾਜੂ ਵਰਮਾ ਸਾਹਿਬ, ਤੁਸੀਂ ਇਹ ਪੁੱਛਣਾ ਚਾਹੁੰਦੇ ਹੋ, ਰਾਜੂ ਵਰਮਾ ਸਾਹਿਬ ਥੋਟ ਕਿਹੜੀ ਸੱਸ ਕੁੱਟਦੀ ਦੇਖੀ ਸੀ? ਮੇਰੀ ਮੰਮੀ ਨੂੰ ਇੱਕ ਦਿਨ ਕੁੱਟਿਆ ਜਾ ਰਿਹਾ ਸੀ ਮੇਰੀ ਘਰਵਾਲੀ ਵੱਲੋਂ। ਸੱਚੀ ਗੱਲ ਹੈ, ਮਜ਼ਾਕ ਕਰ ਰਹੇ, ਮਤਲਬ ਥੋੜ੍ਹੇ ਜਦੋਂ ਸਿੱਠਣੀਆਂ ਵਗੈਰਾ ਚੱਲ ਰਹੀਆਂ ਸੀ ਕਿਸੇ ਮੈਰਿਜ ਦੇ ਵਿੱਚ, ਉੱਥੋਂ ਵੀ ਥੋਟ ਆਇਆ। ਬਾਕੀ ਘਰਾਂ ਦੇ ਵਿੱਚ ਜੋ ਸੀ, ਮੈਨੂੰ ਸੀ ਵੀ ਉੱਥੇ ਫਿਲਮ ਬਣਨੀ ਚਾਹੀਦੀ ਹੈ ਸੰਜੀਦਾ ਜਿਹੇ ਢੰਗ ਨਾਲ, ਅਤੇ ਉਹਦੇ ਕਰਕੇ ਫਿਲਮ ਬਣੀ, ਅਤੇ ਅੱਜ ਬਾਬੇ ਦੀ ਕਿਰਪਾ ਨਾਲ ਬਹੁਤ। ਜਦੋਂ ਫਿਲਮ ਲਿਖ ਰਹੇ ਸੀ, ਇਹ ਨਹੀਂ ਸੋਚਦੇ ਵੀ ਇੰਨੀਆਂ ਸੱਸਾਂ ਇਕੱਠੀਆਂ ਕਿੱਥੋਂ ਕਰਨੀਆਂ? ਸੱਸਾਂ ਇਕੱਠੀਆਂ ਕਰਨ ਲੱਗੇ ਔਖੇ ਹੋਏ ਆ, ਜਦੋਂ ਜਤਿੰਦਰ ਕੌਰ ਮੈਡਮ ਸੀ ਅੱਗੇ, ਉਹਨਾਂ ਦੀ ਸੱਸ, ਉਹਨਾਂ ਦੀਆਂ ਡੇਟਾਂ ਨਹੀਂ ਮਿਲੀਆਂ, ਨਹੀਂ ਸੱਸਾਂ ਤਾਂ ਖਾਸੀਆਂ ਇਕੱਠੀਆਂ ਹੋ ਗਈਆਂ ਸੀ। ਅਤੇ ਹੋਰ ਹੁਣ ਕੀ ਚੱਲ ਰਿਹਾ ਦਿਲੋ ਦਿਮਾਗ ਦੇ ਵਿੱਚ? ਗਰਮੋ ਗਰਮੀ ਇੰਨੇ ਹੋਏ ਪਏ ਆ, ਚਾਹ ਦੀ ਗਰਮੀ ਹੈ? ਇਹ ਚਾਹ ਦੀ ਗਰਮੀ ਹੈ। ਅੱਗੇ ਫਿਲਮ ਹਰਜੀਤ ਬਾਜਾ ਖਾਨਾ, ਉਹਦੀ ਬਾਇਓਪਿਕ ਜਲਦੀ ਹੀ ਅਨਾਊਂਸਮੈਂਟ ਪੈ ਜਾਣੀ ਹੈ। ਖੱਬੀ ਖਾਨ, ਟੌਮ ਐਂਡ ਜੈਰੀ, 12-15 ਫਿਲਮਾਂ ਮਤਲਬ ਐਕਟ ਹੋਏ ਨੇ। PhD ਸਾਡੇ ਅੰਮ੍ਰਿਤ ਬਾਈ ਕਰ ਰਹੇ ਨੇ, ਅੰਮ੍ਰਿਤਵੀਰ PhD ਕਰ ਰਹੇ ਨੇ, ਫਿਰ ਉਹ ਡਰਾਮੇਬਾਜ਼ ਕਰ ਰਹੇ ਨੇ, ਅਤੇ ਜਿਹੜੇ ਪੰਕਜ ਭਾਜੀ ਨਾਲ ਹੁੰਦੇ ਸੀਗੇ, ਅਤੇ ਉਹਨਾਂ ਦੀਆਂ 3 ਫਿਲਮਾਂ ਨੇ। ਪਤਾ, ਇੱਕ ਸ਼ਰਟ ਲਓ ਪ੍ਰਿੰਟਡ, ਜਿਹਦੇ ਉੱਤੇ ਐਂ ਫਿਲਮਾਂ ਦੇ ਨਾਂ ਲਿਖੇ ਹੋਣ, ਜਿਹੜੀਆਂ ਜਿਹੜੀਆਂ ਹੋ ਜਾਂਦੀਆਂ ਟਿੱਕ, ਜਿਹੜੀ ਜਿਹੜੀ ਰਹਿ ਗਈ ਉਹ ਇੱਦਾਂ ਲਿਖੀ ਜਾਓ, ਪੱਤਰ ਕਰੋ ਸੌਖਾ ਹੋ ਜਾਊਗਾ। ਮੈਂ ਤੁਹਾਡੇ ਪਾਉਂ, ਮੇਰੇ ਮੇਰੇ ਪੜ੍ਹੀ ਜਾਣੀ ਹੈ, ਔਖੀ ਹੋ ਗਈ। ਇੰਜੋਏ ਕਰਦੇ ਹਾਂ ਦੁਬਾਰਾ, ਉਹਨੇ ਲਵ ਯੂ ਲਵ ਯੂ। ਐਕਸਪੀਰੀਅੰਸ ਲੇਕਿਨ
ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ। ਮੈਡਮ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ। ਨੌ ਤਾਂ ਬਹੁਤ ਸੋਹਣੀ ਲੱਗ ਰਹੀ ਹੈ। ਥੈਂਕ ਯੂ। ਸੱਸ ਦੇ ਬਰਾਬਰ ਖੜਨਾ ਹੁਣ ਜਾ ਕੇ? ਉਹ ਸੱਸ ਦਾ ਮੁਕਾਬਲਾ ਨਹੀਂ ਕਰਨਾ, ਪਿੱਛੇ ਥੋੜੀ ਰਹਿਣਾ। ਤੁਸੀਂ ਤਾਂ ਬਹੁਤ ਜ਼ਿਆਦਾ ਆਗਿਆ ਕਰ ਬਹੂ ਨਿਕਲੇ ਸੀ ਟ੍ਰੇਲੇ 'ਚ, ਦੇਖਿਆ ਸੱਸ ਕੱਟਦੀ ਆਉਂਦੇ। ਨਹੀਂ ਦੇਖੋ, ਜਿੱਦਾਂ ਦਾ ਉਹ ਮੇਰਾ ਸਵਾਗਤ ਕਰਨਗੇ ਮੈਂ ਉਹਦਾ ਰਿਸਪੌਂਸ ਤਾਂ ਕਰਨਾ ਹੀ ਹੈ ਨਾ। ਦੁਆ 'ਚ ਤੁਹਾਨੂੰ ਆਲੇ ਦੁਆਲੇ ਤੁਹਾਡੇ ਸਹੁਰੇ ਹੋ ਗਏ ਜਾਂ ਪੇਕੇ ਹੋ ਗਏ, ਡਰ ਗਏ ਹੋਣਗੇ ਵੀ ਤਾਂ ਕੁੜੀ ਬਹੁਤ ਆ। ਦੇਖੋ ਉਹ ਕਰੈਕਟਰ ਹੈ ਨਾ, ਉਹ ਸਕ੍ਰਿਪਟ ਦਾ ਜਿਵੇਂ ਸੀਗਾ ਉਹਦੇ ਅਕੋਰਡਿੰਗ ਹੀ ਦਾ। ਪਰਸਨਲ ਲਾਈਫ 'ਚ ਬਹੁਤ ਡਿਫਰੈਂਟ ਹੈਗੀ ਆ। ਮਤਲਬ ਦਿਲ ਦੇ ਮਤਲਬ ਪਰਸਨਲ ਬਵਾਲ ਵੀ ਕੱਢੇ ਤੁਸੀਂ ਅੰਦਰ ਆਪਣੇ ਇਸ ਫਿਲਮ ਦੇ ਵਿੱਚ, ਕੁਝ ਰੀਝਾਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਆਫ ਕੈਮਰਾ ਤਾਂ ਨਹੀਂ ਕਰਦੇ? ਨਹੀਂ 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 ਨਹੀਂ, ਇੱਦਾਂ ਦਾ ਕੁਛ ਨਹੀਂ ਆ, ਉਹ ਸਕ੍ਰਿਪਟ ਦੇ ਅਕੋਰਡਿੰਗ ਸੀਗਾ। ਉਹ ਤਾਂ ਜੋਕਸ ਪਾਰਟ, ਵੈਸੇ ਟ੍ਰੇਲਰ ਬਹੁਤ ਸੋਹਣਾ ਆ, ਕੀ ਚੱਲ ਰਿਹਾ ਹੁਣ ਦਿਲੋਂ ਦਿਮਾਗ? ਬਸ ਅਸੀਂ ਵੇਟ ਹੋ ਰਹੀ ਆ ਹੁਣ, ਵੈਸੇ ਰਿਸਪੋਂਸ ਵਧੀਆ ਆ ਰਿਹਾ ਹੁਣ, ਇਹੀ ਹੈ ਕਿ ਸਾਰੇ ਦੇਖ ਲੈਣ ਅਤੇ ਹੋਰ ਰਿਸਪੋਂਸ ਵਧੀਆ ਮਿਲੇ, ਲੋਕਾਂ ਨੂੰ ਪਸੰਦ ਆਏ, ਜਿਹੜੇ ਅਸੀਂ ਮਿਹਨਤ ਕੀਤੀ ਹੈ ਉਹ ਸਾਰਿਆਂ ਨੂੰ ਪਸੰਦ ਆਏ। ਅਤੇ ਤੁਹਾਨੂੰ ਕੀ ਲੱਗਦਾ ਵੀ ਫੈਮਿਲੀਜ਼ ਦੇ ਵਿੱਚ ਚੇਂਜਸ ਆਉਣਗੀਆਂ ਕੁਛ ਨਾ ਕੁਛ ਫਿਲਮ ਦੇਖਣ ਤੋਂ ਬਾਅਦ? ਦੇਖੋ ਚੇਂਜਸ ਆ ਵੀ ਰਹੀਆਂ ਨੇ, ਇੱਦਾਂ ਦੀ ਗੱਲ ਨਹੀਂ ਹੈ, ਹੁਣ ਆ ਰਹੇ ਨੇ ਕਿਉਂਕਿ ਪੇਰ ਜਿਹੜੇ ਇਨ ਲੋਸ ਵਰਡ ਹੁਣ ਬਹੁਤ ਘੱਟ ਯੂਜ਼ ਹੁੰਦਾ, ਪੇਰੈਂਟਸ ਹੀ ਹੁੰਦਾ ਹੁਣ, ਕੋਈ ਇੰਟਰਡਿਊਸ ਵੀ ਕਰਾਉਂਦੇ ਕਿ ਇਹ ਮੇਰੇ ਮੰਮੀ ਪਾਪਾ, ਇੱਦਾਂ ਨਹੀਂ ਕਹਿੰਦੇ ਮੇਰੇ ਸੱਸ ਸਹੁਰਾ ਜਾਂ ਮੇਰੇ ਇਨ ਲੋਸ ਨੇ, ਅਤੇ ਉਹ ਚੇਂਜ ਬਹੁਤ ਵੱਡਾ ਆ ਰਿਹਾ। ਨਾਲੇ ਹੁਣ ਮੈਨੂੰ ਲੱਗਦਾ ਕਿ ਜਿਹੜੇ ਉਹ ਵੀ ਵਰਕਿੰਗ ਨੇ ਇਨ ਲੋਸ ਵੀ ਜਾਂ ਮਦਰ ਇਨ ਲੋ, ਉਹਨਾਂ ਨੂੰ ਵੀ ਪਤਾ ਕੀ ਪ੍ਰੋਬਲਮਸ ਆਉਂਦੀਆਂ ਆਫਟਰ ਮੈਰਿਜ, ਕਿੱਦਾਂ ਟੈਕਲ ਕਰਨਾ ਹੁੰਦਾ, ਕਿੱਦਾਂ ਐਡਜਸਟਮੈਂਟ ਕਰਨੀ ਹੁੰਦੀ ਹੈ, ਅਤੇ ਉਹ ਗਾਈਡ ਕਰਦੇ ਨੇ, ਅਤੇ ਬੱਚੇ ਵੀ ਹੁਣ ਸਮਝਦਾਰ ਹੋ ਗਏ, ਉਸ ਹਿਸਾਬ ਨਾਲ ਕਰਦੇ ਨੇ। ਤੁਹਾਨੂੰ ਬੋਲੀ ਆਉਂਦੀ ਹੈ ਨਹੀਂ ਮੈਂ ਸੱਸ ਕੁੱਟਣੀ ਕੁੱਟਣੀ ਸੰਦੂਕਾਂ? ਹਾਂਜੀ, ਪਾਉਣੀ ਤਾਂ ਨਹੀਂ, ਮੈਂ ਦੂਜੀ ਵਾਲੀ ਪਾਉਂਦੀ ਹੈ। ਕਦੇ ਬੋਡਾ ਮਾਰਦੀ, ਕਦੇ ਗੋਡਾ ਮਾਰਦੀ, ਕਦੇ ਮੋਢਾ ਮਾਰਦੀ, ਕਦੇ ਗੋਡਾ ਮਾਰਦੀ, ਵੇ ਮੈਂ ਕਰਨੀ ਉਹਦੀ ਮਸਾਜ ਛੱਡ ਕੇ, ਸੱਸ ਕੁੱਟਣੀ ਸੱਸ ਕੁੱਟਣੀ, ਟੀਵੀ ਦੀ ਉੱਚੀ ਆਵਾਜ਼ ਕਰਕੇ ਸੱਸ ਕੁੱਟਣੀ। ਇਹ ਹੁਣ ਕਿਹਨੂੰ ਦੇ ਰਹੇ ਹੋ ਇੰਡੀਕੇਸ਼ਨ ਤੁਸੀਂ? ਇਹ ਤਾਂ ਹਜੇ ਫਿਲਮ ਵਾਲੇ ਹੁੰਦੇ। ਠੀਕ ਹੈ ਮੈਮ, ਥੈਂਕ ਯੂ ਸੋ ਮਚ ਤੇ ਬੈਸਟ ਆਫ ਲੱਕ। ਥੈਂਕ ਯੂ ਜੀ, ਥੈਂਕ ਯੂ ਸੋ ਮਚ, ਥੈਂਕ ਯੂ। ਤੇ ਨੀ ਮੈਂ ਸੱਸ ਕੁੱਟਣੀ ਦੇ ਸਪੈਸ਼ਲ ਪ੍ਰੀਮੀਅਰ ਤੇ ਪਹੁੰਚਿਆ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ, ਤੁਸੀਂ ਸੁਣਾਓ? ਠੀਕ ਠਾਕ। ਮੈਚਿੰਗ ਇੰਟੈਂਸ਼ਨਲੀ ਹੋ ਗਈ ਜਾਂ ਸੋਚ ਸਮਝ ਕੀਤੀ? ਪਤਾ ਨਹੀਂ, ਆਪੇ ਹੀ ਹੋ ਗਈ। ਮੇਰਾ ਤਾਂ ਫੇਵਰੇਟ ਆ ਕਲਰ ਜੇ ਬਲੈਕ, ਜਦੋਂ ਮੈਂ ਕਿਤੇ ਜਾਣਾ ਹੋਵੇ ਵਿਆਹ ਸ਼ਾਦੀਆਂ 'ਤੇ, ਮੈਨੂੰ ਹੁੰਦਾ ਵੀ ਬਲੈਕ ਕਲਰ ਪਾਈ ਆਪਾਂ, ਸੋ ਇਹਨਾਂ ਦਾ ਵੀ ਸੀ, ਇਹਨਾਂ ਨੇ ਵੀ ਪਾ ਲਿਆ। ਕੁੜੀਆਂ ਨੂੰ ਬਲੈਕ ਕਲਰ ਬਹੁਤ ਪਸੰਦ ਹੁੰਦਾ, ਇਹ ਵੀ ਚਾਲ ਵੀ ਹੋ ਸਕਦੀ ਹੈ ਕਿ ਮੈਂ? ਹਾਂ, ਹੋ ਸਕਦਾ ਹੈ, ਮੈਂ ਸੋਚਿਆ ਪਾ ਕੇ ਜਾਂਦਾ, ਖੋਰੇ ਕੋਈ ਪਸੰਦ ਹੀ ਕਰ ਲਵੇ। ਅਤੇ ਡੈਬਿਊ ਕਰਨ ਜਾ ਰਹੇ ਹੋ ਤੁਸੀਂ, ਪਹਿਲਾਂ ਤੁਸੀਂ ਦੱਸੋ ਕੀ ਚੱਲਦਾ, ਤਾਂ ਹਾਰਟ ਬੀਟ ਕਿੰਨੀ ਅੱਜ? ਬਹੁਤ ਤੇਜ਼ ਹੈ, ਸਵੇਰੇ 8 ਵਜੇ ਤਾਂ ਬਹੁਤ ਤੇਜ਼ ਸੀ, ਜਿਵੇਂ ਫਿਰ 10-12 ਵਜੇ ਫਿਰ ਥੋੜ੍ਹਾ ਜਿਹਾ ਠੀਕ ਹੋ ਗਿਆ, ਔਰ ਹੁਣ ਥੋੜ੍ਹੀ ਜਿਹੀ ਐਕਸਾਈਟਮੈਂਟ ਹੋਰ ਵੱਧ ਰਹੀ ਹੈ, ਕਿਉਂਕਿ ਸਾਰਿਆਂ ਦੇ ਜਦੋਂ ਮੈਸੇਜ ਪੜ੍ਹੇ ਮੈਨੂੰ ਲੱਗਿਆ ਕਿ ਸ਼ਾਇਦ ਪਰਮਾਤਮਾ ਨੇ ਸੁਣ ਲਈ ਹੈ, ਸਭ ਕੁਝ ਠੀਕ ਚੱਲ ਰਿਹਾ। ਤੁਸੀਂ ਤਾਂ ਨਾਲ ਪ੍ਰੋਡਿਊਸਰ ਵੀ ਹੋ, ਤੁਹਾਡੀ ਜ਼ਿਆਦਾ ਤੇਜ਼ ਹੋਣੀ ਚਾਹੀਦੀ। ਬਹੁਤ ਜ਼ਿਆਦਾ, ਰਾਤੀ ਤਾਂ ਮੈਨੂੰ ਨੀਂਦ ਵੀ ਨਹੀਂ ਆ ਰਹੀ ਸੀ, ਇੰਨੀ ਟੈਨਸ਼ਨ ਸੀ, ਪਤਾ ਨਹੀਂ ਕੀ ਹੋਏਗਾ ਸਵੇਰੇ, ਜਿਵੇਂ ਰਿਜ਼ਲਟ ਆ ਰਿਹਾ ਹੁੰਦਾ ਨਾ ਪੇਪਰਾਂ ਤੋਂ ਬਾਅਦ, ਉਦਾਂ ਦੀ ਨਰਵਸਨੈਸ ਸੀ, ਬਟ ਜਿਵੇਂ ਆਪਾਂ ਸਵੇਰੇ ਉੱਠੇ, ਅਰਦਾਸ ਕੀਤੀ ਰੱਬ ਅੱਗੇ, ਅਤੇ ਜਦੋਂ ਅਸੀਂ ਸ਼ੋਅਜ਼ ਦੇਖੇ, ਲੋਕਾਂ ਦਾ ਰਿਸਪੋਂਸ ਦੇਖਿਆ, ਅਤੇ ਲੋਕ ਸਵੇਰੇ 8 ਵਜੇ ਵੀ ਗਏ ਹੋਏ ਸੀ 8-9 ਵਜੇ ਦੇ ਸ਼ੋਅਜ਼ ਦੇਖਣ, ਸੋ ਇੰਨੀ ਜ਼ਿਆਦਾ ਮਤਲਬ ਦਿਲੋਂ ਥੈਂਕ ਯੂ ਕਰਦੀ ਹਾਂ ਮੈਂ ਤੁਹਾਡੇ ਸਾਰਿਆਂ ਦਾ, ਕਿਉਂਕਿ ਇਹ ਮੂਮੈਂਟ 'ਤੇ ਅਸੀਂ ਬਹੁਤ ਟਾਈਮ ਤੋਂ ਵੇਟ ਕਰ ਰਹੇ ਸੀ, ਸੋ ਫਾਈਨਲੀ ਇਟਸ ਹੇਅਰ। ਜਿੱਦਾਂ ਇੱਕ ਬਹੁਤ ਵਧੀਆ ਮੈਸੇਜ ਵੀ ਇਸ ਫਿਲਮ ਦੇ ਵਿੱਚ, ਜਿੱਦਾਂ ਇੰਟਰਵਿਊਜ਼ ਵਿੱਚ ਵੀ ਆਪਾਂ ਸੁਣਿਆ ਤੁਹਾਡੀ ਗੱਲ ਨੂੰ, ਕੀ ਲੱਗਦਾ ਵੀ ਕੁਛ ਨਾ ਕੁਛ ਚੇਂਜਸ ਆਉਣਗਾ ਘਰਾਂ ਦੇ ਵਿੱਚ? ਬਿਲਕੁਲ, ਮੈਨੂੰ ਲੱਗਦਾ ਵੀ ਪਰਿਵਾਰ ਜਦੋਂ ਸਾਰੇ ਇਸ ਫਿਲਮ ਨੂੰ ਦੇਖਣ ਆਉਣਗੇ ਆਪਣੇ ਸਮੂਹ ਪਰਿਵਾਰ ਦੇ ਨਾਲ, ਜਦੋਂ ਸਾਰੇ ਆਉਣਗੇ ਆਉਣ ਦੋ, ਇਹ ਤਾਂ ਜ਼ਰੂਰੀ ਹੈ ਜੀ, ਫਿਰ ਤੁਸੀਂ ਆਓ ਪਲੀਜ਼। ਆ ਖੜੋ ਖੜੋ ਪਲੀਜ਼, ਆਪਾਂ ਪਹਿਲਾਂ ਪਾਪਾ ਦੇ ਵਿਚਾਰ ਲੈਂਦੇ ਹਾਂ, ਫਿਰ ਉਹਨੂੰ ਕੰਟੀਨਿਊ ਕਰਾਂਗੇ। ਕੀ ਕਹਿਣਾ ਚਾਹੋਗੇ ਅੱਜ? ਹਾਂਜੀ, ਕੀ ਕਹਿਣਾ ਚਾਹੁੰਗੇ ਤੁਸੀਂ? ਤੁਹਾਡੀ ਕੁੜੀ ਦੀ ਫਿਲਮ ਬਹੁਤ ਵਧੀਆ ਫਿਲਮ ਹੈ, ਸੱਸ ਕੁੱਟਣੀ। ਹਾਂਜੀ, ਬਹੁਤ ਵਧੀਆ ਫਿਲਮ ਹੈ। ਤੁਹਾਡੀ ਕੁੜੀ ਜੇ ਕਦੇ ਸੱਚੀ ਨਾਲ ਸੱਸ ਨੂੰ ਕੱਟ ਦੋ, ਔਖਾ ਹੋ ਜਾਊਗਾ। ਹਾਂਜੀ ਹਾਂਜੀ, ਬਹੁਤ ਵਧੀਆ ਫਿਲਮ ਹੈ। ਤੁਸੀਂ ਕੀ ਕਹਿਣਾ ਅੱਜ ਪੇਰੈਂਟਸ ਨੂੰ? ਇੰਨਾ ਪ੍ਰਾਊਡ ਫੀਲ ਹੁੰਦਾ ਨਾ ਜਦੋਂ ਬਰਾਬਰ ਖੜੇ ਆ, ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਕੀ ਕਹਿਣਾ, ਕਿੱਦਾਂ ਲੱਗ ਰਿਹਾ ਤੁਹਾਨੂੰ ਇੱਥੇ? ਮੈਨੂੰ ਤਾਂ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ, ਕਿਉਂਕਿ ਮੇਰੀ ਤਮੰਨਾ ਸੀਗੀ, ਮੈਂ ਬਾਬਾ ਜੀ ਕੇ ਅਰਦਾਸਾਂ ਕਰਦੀ ਸੀ ਕਿ ਮੇਰੀ ਬੇਟੀ ਵੱਡੇ ਪਰਦੇ ਤੇ ਆਵੇ। ਇਹ ਮਾਂ ਦਾ ਜਿਹੜਾ ਪਿਆਰ ਹੈ ਜੀ ਨੇ ਅੱਜ ਮੇਰੀ ਅਰਦਾਸ ਦੇਖ ਰਿਹਾ ਹੈ। ਇਹ ਤਮੰਨਾ ਤਾਂ ਨਹੀਂ ਸੀਗੀ ਵੀ ਸਹੁਰੇ ਘਰ ਜਾ ਕੇ ਸੱਸ ਨੂੰ ਕੁੱਟੇ? ਨਹੀਂ ਜੀ ਨਹੀਂ, ਕਿਉਂਕਿ ਜੋ ਮੈਂ ਪਿਆਰ ਕਰਦੀ ਸੀ ਆਪਣੀ ਸੱਸ ਨਾਲ, ਤਾਂ ਮੇਰੀ ਬੇਟੀ ਵੀ ਆਹੀ ਸਿੱਖੇਗੀ ਕਿ ਆਪਣੀ ਸੱਸ ਨਾਲ ਪਿਆਰ ਕਰੋ। ਬੈਸਟ ਆਫ ਲੱਕ, ਆਪਾਂ ਮੂਵੀ ਦੇਖਦੇ ਹਾਂ ਫਿਰ ਕਰਦੇ ਹਾਂ ਗੱਲ। ਥੈਂਕ ਯੂ ਥੈਂਕ ਯੂ। ਇਸ ਵਕਤ ਸਾਡੇ ਨਾਲ ਆ ਨੀਮ ਸੱਸ ਕੁੱਟਣੀ ਫਿਲਮ ਦੇ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਰਾਜੂ ਵਰਮਾ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਕਹਿਣਾ, ਤੁਸੀਂ ਸੁਣਾਓ? PV 37 ਵਾਲੇ ਆ ਗਏ। ਰਾਜੂ ਵਰਮਾ ਜੀ ਘਰਾਂ 'ਚ ਲੜਾਈਆਂ ਪਾਉਣ ਲੱਗੇ ਸਾਨੂੰ ਲੱਗਦਾ। ਲੜਾਈਆਂ 'ਚ ਰੁਪਈਏ ਬਣਦੇ ਹੁਣ, ਥੋੜ੍ਹੀ ਮੋਟੀ ਪਾ ਲੈਣੀ ਚਾਹੀਦੀ ਹੈ ਕੰਟਰੋਵਰਸੀ ਦੇ ਪੈਸੇ, ਮੈਂ ਕਹਿੰਦਾ ਜ਼ਿਆਦਾ ਬਣ।
रिव्यू भी सवेर के बहुत अच्छे आ रहे हैं, ऑडियंस काफ़ी इंजॉय करी है। मेन गल यह है कि फैमिलीज आ रही फिल्म देख, सब तो वड्डी गल है क्योंकि वो फिल्म बहुत वधिया जाती है, जिहदे फैमिलियां साडे नाल जुड़ जांदियां ने। इहदे विच सारियां फैमिलियां दी फिल्म है, हर नूं अपनी सस नूं फिल्म दिखाउण लैके आ रही है भी सस कुट्टणी। उहदे विच फिर जदों फिल्म देखदे आ तां दूजी कहिंदे भाई नूं भी फैंटती सस रे, तुसीं देख के आओ। राजू वर्मा साहब तो अभी यह पूछना चाहते हैं, राजू वर्मा साहब थॉट कि सस कुटती देखी थी? मेरी मम्मी नूं एक दिन कुटिया जा रहा है मेरी घरवाली वालों। सच्ची गल मजाक कर रहे, मतलब थोड़े जो सिठणियां वगैरह चल रही किसी मैरिज के उत्तों भी थॉट आया, बाकी घर जो सी मैंने सी भी तो फिल्म बननी चाहिए संजीदा जे ढंग तो वे करके फिल्म बनी दे अच्छ बाबे की कृपा बहुत। जो फिल्म लिख रहे थे नहीं सोचते भी इन ससा कट्ठिया कितों कर, ससा कट्ठिया कर लगे औखे हुए हैं। जब जतेंद्र कौर मैडम से अगे उन्होंने ससो उन्होंने डेटा नहीं मिली नहीं, ससा तो खासियां कट्ठिया हो गई सी। होर हम की चल रहा दिलो दिमाग गर्मो गर्मी इन्ने हुए पे, चाह की गर्मी है ये, चाह की गर्मी है। अगे फिल्म हरजीत बाजा खाना वो बायोपिक जल्दी ही अनाउंसमेंट पै जानी है, खब्बी खान टॉम एंड जैरी 12-15 फिल्म मतलब एक्ट हो गए। पी एच डी साढ़े अमृत बाई कर रहे हैं, अमृतवीर पी एच डी कर रहे हैं, फिर वो ड्रामेबाज कर रहे हैं, तो जो पंकज भाजी होंगे सके तो उन्होंने तीन फिल्म ने। पता एक शर्ट लो प्रिंटड जिद उत्ते फिल्मों के ना लिखे हो जड़िया हो जाए टिक जी जी रह गई इदा लिखी हो पत्र कर सौखा हो मैं थोड़े पाओ मेरे मेरे पढ़ी जानी है औखी हो इंजॉय करते हैं दोबारा उन्हें लव यू लव। सत श्री अकाल जी, बहुत बहुत स्वागत है ताडा साडे चैनल ते। मैडम बहुत बहुत स्वागत है, थैंक यू जी। नौ तो बहुत सोहनी लग रही है। थैंक यू। सस दे बराबर खड़ना हुण जाके, सस दा मुकाबला नहीं करना, पिछे थोड़ी रहना। तुसीं तो बहुत ज्यादा आज्ञाकार बहु निकले हे ट्रेले च, देखिया सस कटदी आउंदे नहीं? देखो जिद्दां दा ओ मेरा स्वागत करनगे मैं उहदा रिस्पोंस तो करना ही है ना। दुआ च तुहानूं आले दुआले तुहाडे सहुरे हो गए जां पेके हो गए डर गए होणगे वी, इहदा कुड़ी बहुत आ। देखो वो करैक्टर है ना, वो स्क्रिप्ट दा जिवें सीगा उहदे अकॉर्डिंग ही दा, परसनल लाइफ च बहुत डिफरेंट हैगी आ। मतलब दिल दे मतलब परसनल बवाल भी कढ़े तुसीं अंदर अपने इस फिल्म दे विच, कुछ रीझां हुंदियां ना जिहड़ियां तुसीं ऑफ कैमरा दा नहीं करदे? नहीं इदां दा कुछ नहीं है, वो स्क्रिप्ट दे अकॉर्डिंग सीगा। जोक्स पार्ट वैसे ट्रेलर बहुत सोहणा है, की चल रिहा हुण दिलो दिमाग? बस अही वेट हो रही है हूँ, वैसे रिस्पोंस वधिया आ रहा हूँ, यही है कि सारे देख लैन तो होर रिस्पोंस वधिया मिले, लोगों को पसंद आए, जो असी मेहनत की है वो सारे पसंद आए। तुहानूं की लगता भी फैमिलीज़ दे विच चेंजेस आउणगियां कुछ ना कुछ फिल्म देखण तों बाद? देखो चेंजेस आ भी रही ने, इदां दी गल नहीं, हुण आ रहे ने क्योंकि पेर जिहड़े इन लॉज वर्ड हुण बहुत घट यूज़ हुंदा, पेरेंट्स ही हुंदा, हुण कोई इंट्रोड्यूस भी कराउंदे कि मेरे मम्मी पापा, इदां नहीं कहिंदे मेरे सस सहुरा या मेरे इन लॉज ने, तो वो चेंज बहुत वड्डा आ रहा है। नाले हुण मैनूं लगता कि जिहड़े वो भी वर्किंग ने इन लॉज भी या मदर इन लॉ, उन्होंने भी पता कि प्रॉब्लम्स आंदियां आफ्टर मैरिज, किदां टैकल करना हुंदा, किदां एडजस्टमेंट करनी हुंदी है, तो वो गाइड करते हैं, तो बच्चे भी हुण समझदार हो गए उस हिसाब नाल करते हैं। ਤੁਹਾਨੂੰ ਬੋਲੀ ਆਉਂਦੀ ਹੈ ਨਹੀਂ ਮੈਂ ਸੱਸ ਕੁੱਟਣੀ ਕੁੱਟਣੀ ਸੰਦੂਕਾਂ? ਹਾਂਜੀ ਪਾਣੀ ਦਾ ਨਹੀਂ, ਮੈਂ ਦੂਜੀ ਵਾਲੀ ਪਾਉਂਦੀ ਹੈ, ਕਦੇ ਬੋਡਾ ਮਾਰਦੀ ਕਦੇ ਗੋਡਾ ਮਾਰਦੀ ਕਦੇ ਮੋਡਾ ਮਾਰਦੀ ਕਦੇ ਗੋਡਾ ਮਾਰਦੀ ਵੇ ਮੈਂ ਕਰਨੀ ਉਹਦੀ ਮਸਾਜ ਛੱਡ ਕੇ ਸੱਸ ਕੁੱਟਣੀ ਸੱਸ ਕੁੱਟਣੀ ਟੀਵੀ ਦੀ ਉੱਚੀ ਆਵਾਜ਼ ਕਰਕੇ ਸੱਸ ਕੁੱਟਣੀ। ਇਹ ਹੁਣ ਕਿਹਨੂੰ ਦੇ ਰਹੇ ਹੋ ਇੰਡੀਕੇਸ਼ਨ ਤੁਸੀਂ? ਇਹ ਤਾਂ ਅਜੇ ਫਿਲਮ ਵਾਲੇ ਹੁੰਦੇ। ਠੀਕ ਹੈ ਮੈਮ, ਥੈਂਕ ਯੂ ਸੋ ਮਚ ਤੇ ਬੈਸਟ ਆਫ ਲੱਕ। ਥੈਂਕ ਯੂ ਜੀ, ਥੈਂਕ ਯੂ ਸੋ ਮਚ, ਥੈਂਕ ਯੂ। ਤੇ ਨੀ ਮੈਂ ਸੱਸ ਕੁੱਟਣੀ ਦੇ ਸਪੈਸ਼ਲ ਪ੍ਰੀਮੀਅਰ ਤੇ ਪਹੁੰਚਿਆ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ, ਤੁਸੀਂ ਸੁਣਾਓ? ਠੀਕ ਠਾਕ। ਮੈਚਿੰਗ ਇੰਟੈਂਸ਼ਨਲੀ ਹੋ ਗਈ ਜਾਂ ਸੋਚ ਸਮਝ ਕੀਤੀ? ਪਤਾ ਨਹੀਂ ਆਪ ਹੀ ਹੋ ਗਈ।
ਮੇਰਾ ਤਾਂ ਫੇਵਰੇਟ ਆ ਕਲਰ ਜੇ ਬਲੈਕ, ਜਦੋਂ ਮੈਂ ਕਿਤੇ ਜਾਣਾ ਹੋਵੇ ਵਿਆਹ ਸ਼ਾਦੀਆਂ 'ਤੇ, ਮੈਨੂੰ ਹੁੰਦਾ ਵੀ ਬਲੈਕ ਕਲਰ ਪਾਈਏ ਆਪਾਂ, ਸੋ ਇਹਨਾਂ ਦਾ ਵੀ ਸੀ, ਇਹਨਾਂ ਨੇ ਵੀ ਪਾ ਲਿਆ। ਕੁੜੀਆਂ ਨੂੰ ਬਲੈਕ ਕਲਰ ਬਹੁਤ ਪਸੰਦ ਹੁੰਦਾ, ਇਹ ਵੀ ਚਾਲ ਵੀ ਹੋ ਸਕਦੀ ਹੈ ਕਿ ਮੈਂ ਹਾਂ ਹੋ ਸਕਦਾ ਹੈ, ਮੈਂ ਸੋਚਿਆ ਪਾ ਕੇ ਜਾਂਦਾ ਖੋਰੇ ਕੋਈ ਪਸੰਦ ਹੀ ਕਰ ਲਵੇ। ਅਤੇ ਡੈਬਿਊ ਕਰਨ ਜਾ ਰਹੇ ਹੋ ਤੁਸੀਂ, ਪਹਿਲਾਂ ਤੁਸੀਂ ਦੱਸੋ ਕੀ ਚੱਲਦਾ, ਤਾਂ ਹਾਰਟ ਬੀਟ ਕਿੰਨੀ ਅੱਜ? ਬਹੁਤ ਤੇਜ਼ ਆ, ਸਵੇਰੇ 8 ਵਜੇ ਤਾਂ ਬਹੁਤ ਤੇਜ਼ ਸੀ, ਜਿਵੇਂ ਫਿਰ 10-12 ਵਜੇ ਫਿਰ ਥੋੜ੍ਹਾ ਜਿਹਾ ਠੀਕ ਹੋ ਗਿਆ, ਔਰ ਹੁਣ ਥੋੜ੍ਹੀ ਜਿਹੀ ਐਕਸਾਈਟਮੈਂਟ ਹੋਰ ਵੱਧ ਰਹੀ ਹੈ, ਕਿਉਂਕਿ ਸਾਰਿਆਂ ਦੇ ਜਦੋਂ ਮੈਸੇਜ ਪੜ੍ਹੇ ਮੈਨੂੰ ਲੱਗਿਆ ਕਿ ਸ਼ਾਇਦ ਪਰਮਾਤਮਾ ਨੇ ਸੁਣ ਲਈ ਹੈ, ਸਭ ਕੁਝ ਠੀਕ ਚੱਲ ਰਿਹਾ। ਤੁਸੀਂ ਤਾਂ ਨਾਲ ਪ੍ਰੋਡਿਊਸਰ ਵੀ ਹੋ, ਤੁਹਾਡੀ ਜ਼ਿਆਦਾ ਤੇਜ਼ ਹੋਣੀ ਚਾਹੀਦੀ। ਬਹੁਤ ਜ਼ਿਆਦਾ, ਰਾਤੀ ਤਾਂ ਮੈਨੂੰ ਨੀਂਦ ਵੀ ਨਹੀਂ ਆ ਰਹੀ ਸੀ, ਇੰਨੀ ਟੈਨਸ਼ਨ ਸੀ, ਪਤਾ ਨਹੀਂ ਕੀ ਹੋਏਗਾ ਸਵੇਰੇ, ਜਿਵੇਂ ਰਿਜ਼ਲਟ ਆ ਰਿਹਾ ਹੁੰਦਾ ਨਾ ਪੇਪਰਾਂ ਤੋਂ ਬਾਅਦ, ਉੱਦਾਂ ਦੀ ਨਰਵਸਨੈਸ ਸੀ, ਬਟ ਜਿਵੇਂ ਆਪਾਂ ਸਵੇਰੇ ਉੱਠੇ, ਅਰਦਾਸ ਕੀਤੀ ਰੱਬ ਅੱਗੇ, ਅਤੇ ਜਦੋਂ ਅਸੀਂ ਸ਼ੋਜ਼ ਦੇਖੇ, ਲੋਕਾਂ ਦਾ ਰਿਸਪੋਂਸ ਦੇਖਿਆ, ਅਤੇ ਲੋਕ ਸਵੇਰੇ 8 ਵਜੇ ਵੀ ਗਏ ਹੋਏ ਸੀ, 8-9 ਵਜੇ ਦੇ ਸ਼ੋਜ਼ ਦੇਖਣ। ਸੋ ਇੰਨੀ ਜ਼ਿਆਦਾ ਮਤਲਬ ਦਿਲੋਂ ਥੈਂਕ ਯੂ ਕਰਦੀ ਹਾਂ ਮੈਂ ਤੁਹਾਡੇ ਸਾਰਿਆਂ ਦਾ, ਕਿਉਂਕਿ ਇਹ ਮੂਮੈਂਟ 'ਤੇ ਅਸੀਂ ਬਹੁਤ ਟਾਈਮ ਤੋਂ ਵੇਟ ਕਰ ਰਹੇ ਸੀ, ਸੋ ਫਾਈਨਲੀ ਇਟਸ ਹੇਅਰ। ਜਿੱਦਾਂ ਇੱਕ ਬਹੁਤ ਵਧੀਆ ਮੈਸੇਜ ਵੀ ਹੈ ਇਸ ਫਿਲਮ ਦੇ ਵਿੱਚ, ਜਿੱਦਾਂ ਇੰਟਰਵਿਊਜ਼ ਵਿੱਚ ਵੀ ਆਪਾਂ ਸੁਣਿਆ ਤੁਹਾਡੀ ਗੱਲ ਨੂੰ, ਕੀ ਲੱਗਦਾ ਵੀ ਕੁਛ ਨਾ ਕੁਛ ਚੇਂਜਿਸ ਆਉਣਗਾ ਘਰਾਂ ਦੇ ਵਿੱਚ? ਬਿਲਕੁਲ, ਮੈਨੂੰ ਲੱਗਦਾ ਵੀ ਪਰਿਵਾਰ ਜਦੋਂ ਸਾਰੇ ਇਸ ਫਿਲਮ ਨੂੰ ਦੇਖਣ ਆਉਣਗੇ ਆਪਣੇ ਸਮੂਹ ਪਰਿਵਾਰ ਦੇ ਨਾਲ, ਜਦੋਂ ਸਾਰੇ ਆਉਣਗੇ ਇਸ ਆਉਣ ਦੋ ਇਹ ਤਾਂ ਜ਼ਰੂਰੀ ਆ ਜੀ, ਫਿਰ ਤੁਸੀਂ ਆਓ। ਖੜੋ ਪਲੀਜ਼, ਆਪਾਂ ਪਹਿਲਾਂ ਪਾਪਾ ਦੇ ਵਿਚਾਰ ਲੈਂਦੇ ਹਾਂ, ਫਿਰ ਉਹਨੂੰ ਕੰਟੀਨਿਊ ਕਰਾਂਗੇ। ਕੀ ਕਹਿਣਾ ਚਾਹੋਗੇ ਅੱਜ? ਹਾਂਜੀ, ਕੀ ਕਹਿਣਾ ਚਾਹੋਗੇ ਤੁਸੀਂ? ਤੁਹਾਡੀ ਕੁੜੀ ਫਿਲਮ ਬਹੁਤ ਵਧੀਆ ਫਿਲਮ ਹੈ, ਸੱਸ ਕੁੱਟਣੀ। ਹਾਂਜੀ, ਬਹੁਤ ਵਧੀਆ ਫਿਲਮ ਹੈ। ਤੁਹਾਡੀ ਕੁੜੀ ਜੇ ਕਦੇ ਸੱਚੀ ਨਾਲ ਸੱਸ ਨੂੰ ਕੱਟ ਦੇ, ਔਖਾ ਹੋ ਜਾਵੇ। ਹਾਂਜੀ, ਬਹੁਤ ਵਧੀਆ ਫਿਲਮ ਹੈ। ਤੁਸੀਂ ਕੀ ਕਹਿਣਾ ਅੱਜ ਪੇਰੈਂਟਸ ਨੂੰ? ਇੰਨਾ ਪ੍ਰਾਊਡ ਫੀਲ ਹੁੰਦਾ ਨਾ ਜਦੋਂ ਬਰਾਬਰ ਖੜੇ ਆ, ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਕੀ ਕਹਿਣਾ, ਕਿੱਦਾਂ ਲੱਗ ਰਿਹਾ ਤੁਹਾਨੂੰ ਇੱਥੇ? ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ, ਕਿਉਂਕਿ ਮੇਰੀ ਤਮੰਨਾ ਸੀਗੀ, ਮੈਂ ਬਾਬਾ ਜੀ ਕੇ ਅਰਦਾਸਾਂ ਕਰਦੀ ਸੀ ਕਿ ਮੇਰੀ ਬੇਟੀ ਵੱਡੇ ਪਰਦੇ ਤੇ ਆਵੇ। ਇਹ ਮਾਂ ਦਾ ਜਿਹੜਾ ਪਿਆਰ ਹੈ ਜੀ ਨੇ ਅੱਜ ਮੇਰੀ ਅਰਦਾਸ ਦੇਖ ਰਿਹਾ। ਇਹ ਤਮੰਨਾ ਤਾਂ ਨਹੀਂ ਸੀਗੀ ਵੀ ਸਹੁਰੇ ਘਰ ਜਾ ਕੇ ਸੱਸ ਨੂੰ ਕੁੱਟੇ? ਨਹੀਂ ਜੀ, ਨਹੀਂ, ਕਿਉਂਕਿ ਜੋ ਮੈਂ ਪਿਆਰ ਕਰਦੀ ਸੀ ਆਪਣੀ ਸੱਸ ਨਾਲ, ਤਾਂ ਮੇਰੀ ਬੇਟੀ ਵੀ ਆਹੀ ਸਿੱਖੇਗੀ ਕਿ ਆਪਣੀ ਸੱਸ ਨਾਲ ਪਿਆਰ ਕਰੋ। ਬੈਸਟ ਆਫ ਲੱਕ, ਆਪਾਂ ਮੂਵੀ ਦੇਖਦੇ ਹਾਂ ਫਿਰ ਕਰਦੇ ਹਾਂ ਗੱਲ। ਥੈਂਕ ਯੂ, ਥੈਂਕ ਯੂ। ਇਸ ਵਕਤ ਸਾਡੇ ਨਾਲ ਆ ਨੀ ਮੈਂ ਸੱਸ ਕੁੱਟਣੀ ਫਿਲਮ ਦੇ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਰਾਜੂ ਵਰਮਾ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਤੇ ਆਉਣਾ ਤੁਸੀਂ ਸੁਣਾਓ, PV 37 ਵਾਲੇ ਆ ਗਏ। ਰਾਜੂ ਵਰਮਾ ਜੀ ਘਰਾਂ 'ਚ ਲੜਾਈਆਂ ਪਾਉਣ ਲੱਗੇ ਸਾਨੂੰ ਲੱਗਦਾ। ਲੜਾਈਆਂ 2 ਰੁਪਈਏ ਬਣਦੇ, ਹੁਣ ਥੋੜ੍ਹੀ ਮੋਟੀ ਪਾ ਲੈਣੀ ਚਾਹੀਦੀ ਹੈ। ਕੰਟਰੋਵਰਸੀ ਦੇ ਪੈਸੇ ਮੈਂ ਕਹਿੰਦਾ ਜ਼ਿਆਦਾ ਬਣਦੇ ਅੱਜ ਕੱਲ੍ਹ। ਉਹੀ ਗੱਲ ਹੈ, ਅਤੇ ਬਾਬੇ ਦੀ ਕਿਰਪਾ ਨਾਲ ਖਚਾ ਖਚ ਭਰਿਆ ਹੋਇਆ ਹਾਲ ਦੇਖ ਕੇ ਮਜ਼ਾ ਆ ਰਿਹਾ। ਰਿਵਿਊ ਵੀ ਸਵੇਰ ਦੇ ਬਹੁਤ ਅੱਛੇ ਆ ਰਹੇ, ਆਡੀਅੰਸ ਕਾਫੀ ਇੰਜੋਏ ਕਰੀ ਆ, ਮੇਨ ਗੱਲ ਇਹ ਆ ਕਿ ਫੈਮਿਲੀਜ਼ ਆ ਰਹੀਆਂ ਫਿਲਮ ਦੇਖਣ। ਸਭ ਤੋਂ ਵੱਡੀ ਗੱਲ ਇਹ ਕਿ ਉਹ ਫਿਲਮ ਬਹੁਤ ਵਧੀਆ ਜਾਂਦੀ ਹੈ, ਜਿਹਦੇ ਵਿੱਚ ਫੈਮਿਲੀਆਂ ਸਾਡੇ ਨਾਲ ਜੁੜ ਜਾਂਦੀਆਂ ਨੇ। ਇਹਦੇ ਵਿੱਚ ਸਾਰੀਆਂ ਫੈਮਿਲੀਆਂ ਦੀ ਫਿਲਮ ਹੈ, ਹਰ ਨੂੰ ਆਪਣੀ ਸੱਸ ਨੂੰ ਫਿਲਮ ਦਿਖਾਉਣ ਲੈ ਕੇ ਆ ਰਹੀ ਹੈ ਵੀ ਸੱਸ ਕੁੱਟਣੀ। ਉਹਦੇ ਵਿੱਚ ਫਿਰ ਜਦੋਂ ਫਿਲਮ ਦੇਖਦੇ ਆ ਤਾਂ ਦੂਜੀ ਕਹਿੰਦੇ ਭਾਈ ਨੂੰ ਵੀ ਫੈਂਟਤੀ ਸੀ ਸੱਸ ਨੇ, ਤੁਸੀਂ ਦੇਖ ਕੇ ਆਓ। ਰਾਜੂ ਵਰਮਾ ਸਾਹਿਬ, ਤੁਸੀਂ ਇਹ ਪੁੱਛਣਾ ਚਾਹੁੰਦੇ ਹੋ, ਰਾਜੂ ਵਰਮਾ ਸਾਹਿਬ ਥੋਟ ਕਿਹੜੀ ਸੱਸ ਕੁੱਟਦੀ ਦੇਖੀ ਸੀ? ਮੇਰੀ ਮੰਮੀ ਨੂੰ ਇੱਕ ਦਿਨ ਕੁੱਟਿਆ ਜਾ ਰਿਹਾ ਸੀ ਮੇਰੀ ਘਰਵਾਲੀ ਵੱਲੋਂ। ਸੱਚੀ ਗੱਲ, ਮਜ਼ਾਕ ਕਰ ਰਹੇ, ਮਤਲਬ ਥੋੜ੍ਹੇ ਜਦੋਂ ਸਿੱਠਣੀਆਂ ਵਗੈਰਾ ਚੱਲ ਰਹੀਆਂ ਸੀ ਕਿਸੇ ਮੈਰਿਜ ਦੇ ਵਿੱਚ, ਉੱਥੋਂ ਵੀ ਥੋਟ ਆਇਆ। ਬਾਕੀ ਘਰਾਂ ਦੇ ਵਿੱਚ ਜੋ ਸੀ ਮੈਨੂੰ ਸੀ ਵੀ ਉੱਥੇ ਫਿਲਮ ਬਣਨੀ ਚਾਹੀਦੀ ਹੈ ਸੰਜੀਦਾ ਜਿਹੇ ਢੰਗ ਨਾਲ, ਅਤੇ ਉਹਦੇ ਕਰਕੇ ਫਿਲਮ ਬਣੀ, ਅਤੇ ਅੱਜ ਬਾਬੇ ਦੀ ਕਿਰਪਾ ਨਾਲ ਬਹੁਤ। ਜਦੋਂ ਫਿਲਮ ਲਿਖ ਰਹੇ ਸੀ, ਇਹ ਨਹੀਂ ਸੋਚਦੇ ਵੀ ਇੰਨੀਆਂ ਸੱਸਾਂ ਇਕੱਠੀਆਂ ਕਿੱਥੋਂ ਕਰਨੀਆਂ? ਸੱਸਾਂ ਇਕੱਠੀਆਂ ਕਰਨ ਲੱਗੇ ਔਖੇ ਹੋਏ ਆ, ਜਦੋਂ ਜਤਿੰਦਰ ਕੌਰ ਮੈਡਮ ਸੀ ਅੱਗੇ, ਉਹਨਾਂ ਦੀ ਸੱਸ, ਉਹਨਾਂ ਦੀਆਂ ਡੇਟਾਂ ਨਹੀਂ ਮਿਲੀਆਂ, ਨਹੀਂ ਸੱਸਾਂ ਤਾਂ ਖਾਸੀਆਂ ਇਕੱਠੀਆਂ ਹੋ ਗਈਆਂ ਸੀ। ਅਤੇ ਹੋਰ ਹੁਣ ਕੀ ਚੱਲ ਰਿਹਾ ਦਿਲੋ ਦਿਮਾਗ ਦੇ ਵਿੱਚ? ਗਰਮੋ ਗਰਮੀ ਇੰਨੇ ਹੋਏ ਪਏ, ਚਾਹ ਦੀ ਗਰਮੀ ਹੈ? ਇਹ ਚਾਹ ਦੀ ਗਰਮੀ ਹੈ। ਅੱਗੇ ਫਿਲਮ ਹਰਜੀਤ ਬਾਜਾ ਖਾਨਾ, ਉਹਦੀ ਬਾਇਓਪਿਕ ਜਲਦੀ ਹੀ ਅਨਾਊਂਸਮੈਂਟ ਪੈ ਜਾਣੀ ਹੈ। ਖੱਬੀ ਖਾਨ, ਟੌਮ ਐਂਡ ਜੈਰੀ, 12-15 ਫਿਲਮਾਂ ਮਤਲਬ ਐਕਟ ਹੋ ਗਏ ਨੇ। PhD ਸਾਡੇ ਅੰਮ੍ਰਿਤ ਬਾਈ ਕਰ ਰਹੇ ਨੇ, ਅੰਮ੍ਰਿਤਵੀਰ PhD ਕਰ ਰਹੇ ਨੇ, ਫਿਰ ਉਹ ਡਰਾਮੇਬਾਜ਼ ਕਰ ਰਹੇ ਨੇ, ਅਤੇ ਜਿਹੜੇ ਪੰਕਜ ਭਾਅ ਜੀ ਨਾਲ ਹੁੰਦੇ ਸੀਗੇ, ਅਤੇ ਉਹਨਾਂ ਦੀਆਂ 3 ਫਿਲਮਾਂ ਨੇ। ਤੁਸੀਂ ਪਤਾ, ਇੱਕ ਸ਼ਰਟ ਲਓ ਪ੍ਰਿੰਟਡ, ਜਿਹਦੇ ਉੱਤੇ ਐਂ ਫਿਲਮਾਂ ਦੇ ਨਾਂ ਲਿਖੇ ਹੋਣ, ਜਿਹੜੀਆਂ ਹੋ ਜਾਂਦੀਆਂ ਟਿੱਕ, ਜਿਹੜੀ ਰਹਿ ਗਈ ਉਹ ਇੱਦਾਂ ਲਿਖੀ ਜਾਓ, ਪੱਤਰਕਾਰਾਂ ਸੌਖਾ ਹੋ ਜਾਊ, ਮੈਂ ਤੁਹਾਡੇ ਪਾਓ ਮੇਰੇ ਪੜ੍ਹੀ ਜਾਣੀ ਹੈ, ਔਖੀ ਹੋ ਗਈ। ਇੰਜੋਏ ਕਰਦੇ ਹਾਂ ਦੁਬਾਰਾ, ਉਹਨੇ ਲਵ ਯੂ ਲਵ। ਐਕਸਪੀਰੀਅੰਸ ਲੱਗਦਾ ਲੇਕਿਨ ਉਹਨਾਂ ਸਾਨੂੰ ਕਿਹਾ ਨਹੀਂ।
ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ। ਮੈਡਮ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ। ਨੌ ਤਾਂ ਬਹੁਤ ਸੋਹਣੀ ਲੱਗ ਰਹੀ ਹੈ। ਥੈਂਕ ਯੂ। ਸੱਸ ਦੇ ਬਰਾਬਰ ਖੜਨਾ ਹੁਣ ਜਾ ਕੇ? ਉਹ ਸੱਸ ਦਾ ਮੁਕਾਬਲਾ ਨਹੀਂ ਕਰਨਾ, ਪਿੱਛੇ ਥੋੜੀ ਰਹਿਣਾ। ਤੁਸੀਂ ਤਾਂ ਬਹੁਤ ਜ਼ਿਆਦਾ ਆਗਿਆ ਕਰ ਬਹੂ ਨਿਕਲੇ ਸੀ ਟ੍ਰੇਲੇ 'ਚ, ਦੇਖਿਆ ਸੱਸ ਕੱਟਦੀ ਆਉਂਦੇ। ਨਹੀਂ ਦੇਖੋ, ਜਿੱਦਾਂ ਦਾ ਉਹ ਮੇਰਾ ਸਵਾਗਤ ਕਰਨਗੇ ਮੈਂ ਉਹਦਾ ਰਿਸਪੌਂਸ ਤਾਂ ਕਰਨਾ ਹੀ ਹੈ ਨਾ। ਦੁਆ 'ਚ ਤੁਹਾਨੂੰ ਆਲੇ ਦੁਆਲੇ ਤੁਹਾਡੇ ਸਹੁਰੇ ਹੋ ਗਏ ਜਾਂ ਪੇਕੇ ਹੋ ਗਏ, ਡਰ ਗਏ ਹੋਣਗੇ ਵੀ ਤਾਂ ਕੁੜੀ ਬਹੁਤ ਆ। ਦੇਖੋ ਉਹ ਕਰੈਕਟਰ ਹੈ ਨਾ, ਉਹ ਸਕ੍ਰਿਪਟ ਦਾ ਜਿਵੇਂ ਸੀਗਾ ਉਹਦੇ ਅਕੋਰਡਿੰਗ ਹੀ ਦਾ। ਪਰਸਨਲ ਲਾਈਫ 'ਚ ਬਹੁਤ ਡਿਫਰੈਂਟ ਹੈਗੀ ਆ। ਮਤਲਬ ਦਿਲ ਦੇ ਮਤਲਬ ਪਰਸਨਲ ਬਵਾਲ ਵੀ ਕੱਢੇ ਤੁਸੀਂ ਅੰਦਰ ਆਪਣੇ ਇਸ ਫਿਲਮ ਦੇ ਵਿੱਚ, ਕੁਝ ਰੀਝਾਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਆਫ ਕੈਮਰਾ ਤਾਂ ਨਹੀਂ ਕਰਦੇ? ਨਹੀਂ 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 ਨਹੀਂ, ਇੱਦਾਂ ਦਾ ਕੁਛ ਨਹੀਂ ਆ, ਉਹ ਸਕ੍ਰਿਪਟ ਦੇ ਅਕੋਰਡਿੰਗ ਸੀਗਾ। ਜੋਕਸ ਪਾਰਟ ਵੈਸੇ ਟ੍ਰੇਲਰ ਬਹੁਤ ਸੋਹਣਾ ਆ, ਕੀ ਚੱਲ ਰਿਹਾ ਹੁਣ ਦਿਲੋ ਦਿਮਾਗ? ਬਸ ਅਸੀਂ ਵੇਟ ਹੋ ਰਹੀ ਆ ਹੁਣ, ਵੈਸੇ ਰਿਸਪੋਂਸ ਵਧੀਆ ਆ ਰਿਹਾ, ਹੁਣ ਇਹੀ ਹੈ ਕਿ ਸਾਰੇ ਦੇਖ ਲੈਣ ਅਤੇ ਹੋਰ ਰਿਸਪੋਂਸ ਵਧੀਆ ਮਿਲੇ, ਲੋਕਾਂ ਨੂੰ ਪਸੰਦ ਆਏ, ਜਿਹੜੇ ਅਸੀਂ ਮਿਹਨਤ ਕੀਤੀ ਹੈ ਉਹ ਸਾਰਿਆਂ ਨੂੰ ਪਸੰਦ ਆਏ। ਅਤੇ ਤੁਹਾਨੂੰ ਕੀ ਲੱਗਦਾ ਵੀ ਫੈਮਿਲੀਜ਼ ਦੇ ਵਿੱਚ ਚੇਂਜਿਸ ਆਉਣਗੀਆਂ ਕੁਛ ਨਾ ਕੁਛ ਫਿਲਮ ਦੇਖਣ ਤੋਂ ਬਾਅਦ? ਦੇਖੋ ਚੇਂਜਿਸ ਆ ਵੀ ਰਹੀਆਂ ਨੇ, ਇੱਦਾਂ ਦੀ ਗੱਲ ਨਹੀਂ, ਹੁਣ ਆ ਰਹੇ ਨੇ ਕਿਉਂਕਿ ਪੇਰ ਜਿਹੜੇ ਇਨ ਲੋਸ ਵਰਡ ਹੁਣ ਬਹੁਤ ਘੱਟ ਯੂਜ਼ ਹੁੰਦਾ, ਪੇਰੈਂਟਸ ਹੀ ਹੁੰਦਾ ਹੁਣ, ਕੋਈ ਇੰਟਰਡਿਊਸ ਵੀ ਕਰਾਉਂਦੇ ਕਿ ਇਹ ਮੇਰੇ ਮੰਮੀ ਪਾਪਾ, ਇੱਦਾਂ ਨਹੀਂ ਕਹਿੰਦੇ ਮੇਰੇ ਸੱਸ ਸਹੁਰਾ ਜਾਂ ਮੇਰੇ ਇਨ ਲੋਸ ਨੇ, ਅਤੇ ਉਹ ਚੇਂਜ ਬਹੁਤ ਵੱਡਾ ਆ ਰਿਹਾ। ਨਾਲੇ ਹੁਣ ਮੈਨੂੰ ਲੱਗਦਾ ਕਿ ਜਿਹੜੇ ਉਹ ਵੀ ਵਰਕਿੰਗ ਨੇ ਇਨ ਲੋਸ ਵੀ ਜਾਂ ਮਦਰ ਇਨ ਲੋ, ਉਹਨਾਂ ਨੂੰ ਵੀ ਪਤਾ ਕੀ ਪ੍ਰੋਬਲਮਸ ਆਉਂਦੀਆਂ ਆਫਟਰ ਮੈਰਿਜ, ਕਿੱਦਾਂ ਟੈਕਲ ਕਰਨਾ ਹੁੰਦਾ, ਕਿੱਦਾਂ ਐਡਜਸਟਮੈਂਟ ਕਰਨੀ ਹੁੰਦੀ ਹੈ, ਅਤੇ ਉਹ ਗਾਈਡ ਕਰਦੇ ਨੇ, ਅਤੇ ਬੱਚੇ ਵੀ ਹੁਣ ਸਮਝਦਾਰ ਹੋ ਗਏ, ਉਸ ਹਿਸਾਬ ਨਾਲ ਕਰਦੇ ਨੇ। ਤੁਹਾਨੂੰ ਬੋਲੀ ਆਉਂਦੀ ਆ ਨਹੀਂ ਮੈਂ ਸੱਸ ਕੁੱਟਣੀ ਸੰਦੂਕਾਂ? ਹਾਂਜੀ, ਨਹੀਂ ਮੈਂ ਦੂਜੀ ਵਾਲੀ ਪਾਉਂਦੀ ਹੈ। ਕਦੇ ਬੋਡਾ ਮਾਰਦੀ, ਕਦੇ ਗੋਡਾ ਮਾਰਦੀ, ਕਦੇ ਮੋਢਾ ਮਾਰਦੀ, ਕਦੇ ਗੋਡਾ ਮਾਰਦੀ, ਵੇ ਮੈਂ ਕਰਨੀ ਉਹਦੀ ਮਸਾਜ ਛੱਡ ਕੇ, ਸੱਸ ਕੁੱਟਣੀ, ਸੱਸ ਕੁੱਟਣੀ, ਟੀਵੀ ਦੀ ਉੱਚੀ ਆਵਾਜ਼ ਕਰਕੇ ਸੱਸ ਕੁੱਟਣੀ। ਹੁਣ ਕਿਹਨੂੰ ਦੇ ਰਹੇ ਹੋ ਇੰਡੀਕੇਸ਼ਨ ਤੁਸੀਂ? ਇਹ ਤਾਂ ਹਜੇ ਫਿਲਮ ਵਾਲੇ ਹੁੰਦੇ। ਠੀਕ ਹੈ ਮੈਮ, ਥੈਂਕ ਯੂ ਸੋ ਮਚ, ਤੇ ਬੈਸਟ ਆਫ ਲੱਕ। ਥੈਂਕ ਯੂ ਜੀ, ਥੈਂਕ ਯੂ ਸੋ ਮਚ, ਥੈਂਕ ਯੂ। ਤੇ ਨੀ ਮੈਂ ਸੱਸ ਕੁੰਡ ਦੇ ਸਪੈਸ਼ਲ ਪ੍ਰੀਮੀਅਰ ਤੇ ਪਹੁੰਚਿਆ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ, ਤੁਸੀਂ ਸੁਣਾਓ? ਠੀਕ ਠਾਕ। ਮੈਚਿੰਗ ਇੰਟੈਂਸ਼ਨਲੀ ਹੋ ਗਈ ਜਾਂ ਸੋਚ ਸਮਝ ਕੀਤੀ? ਪਤਾ ਨਹੀਂ, ਆਪ ਹੀ ਹੋ ਗਈ। ਮੇਰਾ ਤਾਂ ਫੇਵਰੇਟ ਆ ਕਲਰ ਜੇ ਬਲੈਕ, ਜਦੋਂ ਮੈਂ ਕਿਤੇ ਜਾਣਾ ਹੋਵੇ ਵਿਆਹ ਸ਼ਾਦੀਆਂ 'ਤੇ, ਮੈਨੂੰ ਹੁੰਦਾ ਵੀ ਬਲੈਕ ਕਲਰ ਪਾਈ ਆਪਾਂ, ਸੋ ਇਹਨਾਂ ਦਾ ਵੀ ਸੀ, ਇਹਨਾਂ ਨੇ ਵੀ ਪਾ ਲਿਆ। ਕੁੜੀਆਂ ਨੂੰ ਬਲੈਕ ਕਲਰ ਬਹੁਤ ਪਸੰਦ ਹੁੰਦਾ, ਇਹ ਵੀ ਚਾਲ ਵੀ ਹੋ ਸਕਦੀ ਹੈ ਕਿ ਮੈਂ? ਹਾਂ, ਹੋ ਸਕਦਾ ਹੈ, ਮੈਂ ਸੋਚਿਆ ਪਾ ਕੇ ਜਾਂਦਾ ਖੋਰੇ ਕੋਈ ਪਸੰਦ ਹੀ ਕਰ ਲਵੇ। ਅਤੇ ਡੈਬਿਊ ਕਰਨ ਜਾ ਰਹੇ ਹੋ ਤੁਸੀਂ, ਪਹਿਲਾਂ ਤੁਸੀਂ ਦੱਸੋ ਕੀ ਚੱਲਦਾ, ਤਾਂ ਹਾਰਟ ਬੀਟ ਕਿੰਨੀ ਅੱਜ? ਬਹੁਤ ਤੇਜ਼ ਹੈ, ਸਵੇਰੇ 8 ਵਜੇ ਤਾਂ ਬਹੁਤ ਤੇਜ਼ ਸੀ, ਜਿਵੇਂ ਫਿਰ 10-12 ਵਜੇ ਫਿਰ ਥੋੜ੍ਹਾ ਜਿਹਾ ਠੀਕ ਹੋ ਗਿਆ, ਔਰ ਹੁਣ ਥੋੜ੍ਹੀ ਜਿਹੀ ਐਕਸਾਈਟਮੈਂਟ ਹੋਰ ਵੱਧ ਰਹੀ ਹੈ, ਕਿਉਂਕਿ ਸਾਰਿਆਂ ਦੇ ਜਦੋਂ ਮੈਸੇਜ ਪੜ੍ਹੇ ਮੈਨੂੰ ਲੱਗਿਆ ਕਿ ਸ਼ਾਇਦ ਪਰਮਾਤਮਾ ਨੇ ਸੁਣ ਲਈ ਹੈ, ਸਭ ਕੁਝ ਠੀਕ ਚੱਲ ਰਿਹਾ। ਤੁਸੀਂ ਤਾਂ ਨਾਲ ਪ੍ਰੋਡਿਊਸਰ ਵੀ ਹੋ, ਤੁਹਾਡੀ ਜ਼ਿਆਦਾ ਤੇਜ਼ ਹੋਣੀ ਚਾਹੀਦੀ। ਬਹੁਤ ਜ਼ਿਆਦਾ, ਰਾਤੀ ਤਾਂ ਮੈਨੂੰ ਨੀਂਦ ਵੀ ਨਹੀਂ ਆ ਰਹੀ ਸੀ, ਇੰਨੀ ਟੈਨਸ਼ਨ ਸੀ, ਪਤਾ ਨਹੀਂ ਕੀ ਹੋਏਗਾ ਸਵੇਰੇ, ਜਿਵੇਂ ਰਿਜ਼ਲਟ ਆ ਰਿਹਾ ਹੁੰਦਾ ਨਾ ਪੇਪਰਾਂ ਤੋਂ ਬਾਅਦ, ਉਦਾਂ ਦੀ ਨਰਵਸਨੈਸ ਸੀ, ਬਟ ਜਿਵੇਂ ਆਪਾਂ ਸਵੇਰੇ ਉੱਠੇ, ਅਰਦਾਸ ਕੀਤੀ ਰੱਬ ਅੱਗੇ, ਅਤੇ ਜਦੋਂ ਅਸੀਂ ਸ਼ੋਅਜ਼ ਦੇਖੇ, ਲੋਕਾਂ ਦਾ ਰਿਸਪੋਂਸ ਦੇਖਿਆ, ਅਤੇ ਲੋਕ ਸਵੇਰੇ 8 ਵਜੇ ਵੀ ਗਏ ਹੋਏ ਸੀ 8-9 ਵਜੇ ਦੇ ਸ਼ੋਅਜ਼ ਦੇਖਣ, ਸੋ ਇੰਨੀ ਜ਼ਿਆਦਾ ਮਤਲਬ ਦਿਲੋਂ ਥੈਂਕ ਯੂ ਕਰਦੀ ਹਾਂ ਮੈਂ ਤੁਹਾਡੇ ਸਾਰਿਆਂ ਦਾ, ਕਿਉਂਕਿ ਇਹ ਮੂਮੈਂਟ 'ਤੇ ਅਸੀਂ ਬਹੁਤ ਟਾਈਮ ਤੋਂ ਵੇਟ ਕਰ ਰਹੇ ਸੀ, ਸੋ ਫਾਈਨਲੀ ਇਟਸ ਹੇਅਰ। ਜਿੱਦਾਂ ਇੱਕ ਬਹੁਤ ਵਧੀਆ ਮੈਸੇਜ ਵੀ ਹੈ ਇਸ ਫਿਲਮ ਦੇ ਵਿੱਚ, ਜਿੱਦਾਂ ਇੰਟਰਵਿਊਜ਼ ਵਿੱਚ ਵੀ ਆਪਾਂ ਸੁਣਿਆ ਤੁਹਾਡੀ ਗੱਲ ਨੂੰ, ਕੀ ਲੱਗਦਾ ਵੀ ਕੁਛ ਨਾ ਕੁਛ ਚੇਂਜਿਸ ਆਉਣਗਾ ਘਰਾਂ ਦੇ ਵਿੱਚ? ਬਿਲਕੁਲ, ਮੈਨੂੰ ਲੱਗਦਾ ਵੀ ਪਰਿਵਾਰ ਜਦੋਂ ਸਾਰੇ ਇਸ ਫਿਲਮ ਨੂੰ ਦੇਖਣ ਆਉਣਗੇ ਆਪਣੇ ਸਮੂਹ ਪਰਿਵਾਰ ਦੇ ਨਾਲ, ਜਦੋਂ ਸਾਰੇ ਆਉਣਗੇ ਇਸ ਆਉਣ ਦੋ ਆਉਣ ਦੋ, ਇਹ ਤਾਂ ਜ਼ਰੂਰੀ ਆ ਜੀ, ਫਿਰ ਤੁਸੀਂ ਆਓ ਪਲੀਜ਼। ਖੜੋ ਖੜੋ ਪਲੀਜ਼, ਆਪਾਂ ਪਹਿਲਾਂ ਪਾਪਾ ਦੇ ਵਿਚਾਰ ਲੈਂਦੇ ਹਾਂ ਫਿਰ ਉਹਨੂੰ ਕੰਟੀਨਿਊ ਕਰਾਂਗੇ। ਕੀ ਕਹਿਣਾ ਚਾਹੋਗੇ ਅੱਜ? ਹਾਂਜੀ, ਕੀ ਕਹਿਣਾ ਚਾਹੁੰਗੇ ਤੁਸੀਂ? ਤੁਹਾਡੀ ਕੁੜੀ ਫਿਲਮ ਬਹੁਤ ਵਧੀਆ ਫਿਲਮ ਹੈ, ਸੱਸ ਕੁੱਟਣੀ। ਹਾਂਜੀ, ਬਹੁਤ ਵਧੀਆ ਫਿਲਮ ਹੈ। ਤੁਹਾਡੀ ਕੁੜੀ ਜੇ ਕਦੇ ਸੱਚੀ ਨਾਲ ਸੱਸ ਨੂੰ ਕੱਟ ਦੋ ਔਖਾ ਹੋ ਜਾਏ। ਹਾਂਜੀ ਹਾਂਜੀ, ਬਹੁਤ ਵਧੀਆ ਫਿਲਮ ਹੈ। ਤੁਸੀਂ ਕੀ ਕਹਿਣਾ ਅੱਜ ਪੇਰੈਂਟਸ ਨੂੰ, ਇੰਨਾ ਪ੍ਰਾਊਡ ਫੀਲ ਹੁੰਦਾ ਨਾ ਜਦੋਂ ਬਰਾਬਰ ਖੜੇ ਆ, ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਕੀ ਕਹਿਣਾ, ਕਿੱਦਾਂ ਲੱਗ ਰਿਹਾ ਤੁਹਾਨੂੰ ਇੱਥੇ? ਮੈਨੂੰ ਤਾਂ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ, ਕਿਉਂਕਿ ਮੇਰੀ ਤਮੰਨਾ ਸੀਗੀ, ਮੈਂ ਬਾਬਾ ਜੀ ਕੇ ਅਰਦਾਸਾਂ ਕਰਦੀ ਸੀ ਕਿ ਮੇਰੀ ਬੇਟੀ ਵੱਡੇ ਪਰਦੇ ਤੇ ਆਵੇ। ਇਹ ਮਾਂ ਦਾ ਜਿਹੜਾ ਪਿਆਰ ਹੈ, ਗੁਰੂ ਜੀ ਨੇ ਅੱਜ ਮੇਰੀ ਅਰਦਾਸ ਦੇਖ ਰਿਹਾ ਹੈ। ਇਹ ਤਮੰਨਾ ਤਾਂ ਨਹੀਂ ਸੀਗੀ ਵੀ ਸਹੁਰੇ ਘਰ ਜਾ ਕੇ ਸੱਸ ਨੂੰ ਕੁੱਟੇ? ਨਹੀਂ ਜੀ, ਨਹੀਂ, ਕਿਉਂਕਿ ਜੋ ਮੈਂ ਪਿਆਰ ਕਰਦੀ ਸੀ ਆਪਣੀ ਸੱਸ ਨਾਲ, ਤਾਂ ਮੇਰੀ ਬੇਟੀ ਵੀ ਆਹੀ ਸਿੱਖੇਗੀ ਕਿ ਆਪਣੀ ਸੱਸ ਨਾਲ ਪਿਆਰ ਕਰੋ। ਬੈਸਟ ਆਫ ਲੱਕ, ਆਪਾਂ ਮੂਵੀ ਦੇਖਦੇ ਹਾਂ ਫਿਰ ਕਰਦੇ ਹਾਂ ਗੱਲ। ਥੈਂਕ ਯੂ, ਥੈਂਕ ਯੂ। ਇਸ ਵਕਤ ਸਾਡੇ ਨਾਲ ਆ ਨੀ ਮੈਂ ਸੱਸ ਕੁੱਟਣੀ ਫਿਲਮ ਦੇ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਰਾਜੂ ਵਰਮਾ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਮੈਂ ਤੁਸੀਂ ਸੁਣਾਓ, PV 37 ਵਾਲੇ ਆ ਗਏ। ਰਾਜੂ ਵਰਮਾ ਜੀ ਘਰਾਂ ਲੜਾਈਆਂ ਪਾਉਣ ਲੱਗੇ ਸਾਨੂੰ ਲੱਗਦਾ। ਲੜਾਈਆਂ 'ਚ 2 ਰੁਪਈਏ ਬਣਦੇ ਹੁਣ, ਥੋੜ੍ਹੀ ਮੋਟੀ ਪਾ ਲੈਣੀ ਚਾਹੀਦੀ ਹੈ।
रिव्यू भी सवेर के बहुत अच्छे आ रहे हैं, ऑडियंस काफ़ी इंजॉय करी है। मेन गल यह है कि फैमिलीज़ आ रही फिल्म देख, सब तो वड्डी गल है क्योंकि वो फिल्म बहुत वधिया जाती है, जिहदे फैमिलियां साडे नाल जुड़ जांदियां ने। इहदे विच सारियां फैमिलियां दी फिल्म है, हर नूं अपनी सस्सू नूं फिल्म दिखाउण लैके आ रही है भी सस्स कुट्टणी। उहदे विच फिर जदों फिल्म देखदे आ तां दूजी कहिंदे भाई नूं भी फैंटती सी सस्स रे, तुसीं देख के आओ। राजू वर्मा साहब तो अभी यह पूछना चाहते हैं, राजू वर्मा साहब थॉट कि सस कुटती देखी थी? मेरी मम्मी नूं एक दिन कुटिया जा रहा है मेरी घरवाली वालों। सच्ची गल मजाक कर रहे, मतलब थोड़े जो सिठणियां वगैरह चल रही किसी मैरिज के उतों भी थॉट आया, बाकी घर जो सी मैनू सी भी तो फिल्म बननी चाहिए संजीदा जे ढंग तो वे करके फिल्म बनी थे अच्छे बाबे की कृपा नाल। बहुत जो फिल्म लिख रहे थे नहीं सोचते भी इन ससा कट्ठिया कितों कर ससा कट्ठिया कर लगे औखे हुए हैं, जिदा जतेंद्र कौर मैडम से अगे उन्होंने सस उन्हों डेटा नहीं मिली नहीं, ससा तो खासियां कट्ठिया हो गई सी। होर हम की चल रहा दिलो दिमाग गर्मो गर्मी इन्ने हुए पे, चाह की गर्मी है ये, चाह की गर्मी है। अगे फिल्म हरजीत बाजा खाना वो बायोपिक जल्दी ही अनाउंसमेंट पै जानी है, खब्बी खान टॉम एंड जैरी 12-15 फिल्म मतलब एक्ट हो गए, पी एच डी साढ़े अमृत बाई कर रहे हैं, अमृतवीर पी एच डी कर रहे हैं, फिर वो ड्रामेबाज कर रहे हैं, तो जो पंकज भाजी होंगे सके तो उन्होंने तीन फिल्म ने पता एक शर्ट लो प्रिंटड जिदे उत्ते फिल्मों के ना लिखे हो जो टिक जी जी रह गई इदा लिखी हो पत्रकार सौखा हो मैं थोड़े पाओ मेरे मेरे पढ़ी जानी है औखी हो इंजॉय करते हैं दोबारा उन्हें लव यू लव यू। सत श्री अकाल जी, बहुत बहुत स्वागत है ताडा सारे चैनल ते। मैडम बहुत बहुत स्वागत है, थैंक यू जी। नौ तो बहुत सोहनी लग रही है। थैंक यू। सस दे बराबर खड़ना हुण जाके, ओ सस दा मुकाबला नहीं करना, पिछे थोड़ी रहना। तुसीं तो बहुत ज्यादा आज्ञाकार बहु निकले सी ट्रेले च, देखिया सस कटदी आउंदे नहीं? देखो जिद्दां दा ओ मेरा स्वागत करनगे मैं उहदा रिस्पोंस तो करना ही है ना। दुआ च तुहानूं आले दुआले तुहाडे सहुरे हो गए जां पेके हो गए डर गए होणगे वी, इहदा कुड़ी बहुत है। देखो वो करैक्टर है ना, वो स्क्रिप्ट दा जिवें सीगा उहदे अकॉर्डिंग दा, पर्सनल लाइफ च बहुत डिफरेंट हैगी आ। मतलब दिल दे मतलब पर्सनल बवाल भी कड्ढे तुसीं अंदर अपने इस फिल्म दे विच, कुछ रीजां हुंदियां ना जिहड़ियां तुसीं ऑफ कैमरा दा नहीं करदे? नहीं इदां दा कुछ नहीं है, वो स्क्रिप्ट दे अकॉर्डिंग सीगा। जोक्स पार्ट वैसे ट्रेलर बहुत सोहणा है, की चल रिहा हुण दिलो दिमाग? बस अही वेट हो रही है हूँ, वैसे रिस्पोंस वधिया आ रहा हूँ, यही है कि सारे देख लैन तो होर रिस्पोंस वधिया मिले, लोगों को पसंद आए, जो असी मेहनत की है वो सारे पसंद आए। तुहानूं की लगता भी फैमिलीज़ दे विच चेंजेस आउणगियां कुछ ना कुछ फिल्म देखण तों बाद? देखो चेंजेस आ भी रही ने, इदां दी गल नहीं, हुण आ रहे ने क्योंकि पेर जिहड़े इन लॉज वर्ड हुण बहुत घट यूज़ हुंदा, पेरेंट्स ही हुंदा, हुण कोई इंट्रोड्यूस भी कराउंदे कि मेरे मम्मी पापा, इदां नहीं कहिंदे मेरे सस सहुरा या मेरे इन लॉज ने, तो वो चेंज बहुत वड्डा आ रहा है। नाले हुण मैनूं लगता कि जिहड़े वो भी वर्किंग ने इन लॉज भी या मदर इन लॉ, उन्होंने भी पता कि प्रॉब्लम्स आंदियां आफ्टर मैरिज, किदां टैकल करना हुंदा, किदां एडजस्टमेंट करनी हुंदी है, तो वो गाइड करते हैं, तो बच्चे भी हुण समझदार हो गए उस हिसाब नाल करते हैं। ਤੁਹਾਨੂੰ ਬੋਲੀ ਆਉਂਦੀ ਹੈ ਨਹੀਂ? ਮੈਂ ਸੱਸ ਕੁੱਟਣੀ ਕੁੱਟਣੀ ਸੰਦੂਕਾਂ, ਹਾਂਜੀ ਪਾਣੀ ਦਾ ਨਹੀਂ, ਮੈਂ ਦੂਜੀ ਵਾਲੀ ਪਾਉਂਦੀ ਹੈ, ਕਦੇ ਬੋਡਾ ਮਾਰਦੀ ਕਦੇ ਗੋਡਾ ਮਾਰਦੀ ਕਦੇ ਮੋਡਾ ਮਾਰਦੀ ਕਦੇ ਗੋਡਾ ਮਾਰਦੀ ਵੇ ਮੈਂ ਕਰਨੀ ਉਹਦੀ ਮਸਾਜ ਛੱਡ ਕੇ ਸੱਸ ਕੁੱਟਣੀ ਸੱਸ ਕੁੱਟਣੀ ਟੀਵੀ ਦੀ ਉੱਚੀ ਆਵਾਜ਼ ਕਰਕੇ ਸੱਸ ਕੁੱਟਣੀ। ਹੁਣ ਕਿਹਨੂੰ ਦੇ ਰਹੇ ਹੋ ਇੰਡੀਕੇਸ਼ਨ ਤੁਸੀਂ? ਇਹ ਤਾਂ ਅਜੇ ਫਿਲਮ ਵਾਲੇ ਹੁੰਦੇ। ਠੀਕ ਹੈ ਮੈਮ, ਥੈਂਕ ਯੂ ਸੋ ਮਚ ਤੇ ਬੈਸਟ ਆਫ ਲੱਕ। ਥੈਂਕ ਯੂ ਜੀ, ਥੈਂਕ ਯੂ ਸੋ ਮਚ, ਥੈਂਕ ਯੂ। ਤੇ ਨੀ ਮੈਂ ਸੱਸ ਕੁੜੀ ਦੇ ਸਪੈਸ਼ਲ ਪ੍ਰੀਮੀਅਰ ਤੇ ਪਹੁੰਚਿਆ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ, ਤੁਸੀਂ ਸੁਣਾਓ? ਠੀਕ ਠਾਕ। ਮੈਚਿੰਗ ਇੰਟੈਂਸ਼ਨਲੀ ਹੋ ਗਈ ਜਾਂ ਸੋਚ ਸਮਝ ਕੀਤੀ? ਪਤਾ ਨਹੀਂ ਆਪ ਤੋਂ ਹੀ ਹੋ ਗਈ।
ਮੇਰਾ ਤਾਂ ਫੇਵਰੇਟ ਹੈ ਕਲਰ ਜੇ ਬਲੈਕ, ਜਦੋਂ ਮੈਂ ਕਿਤੇ ਜਾਣਾ ਹੋਵੇ ਵਿਆਹ ਸ਼ਾਦੀਆਂ 'ਤੇ, ਮੈਨੂੰ ਹੁੰਦਾ ਵੀ ਬਲੈਕ ਕਲਰ ਪਾਈਏ ਆਪਾਂ, ਸੋ ਇਹਨਾਂ ਦਾ ਵੀ ਸੀ, ਇਹਨਾਂ ਨੇ ਵੀ ਪਾ ਲਿਆ। ਕੁੜੀਆਂ ਨੂੰ ਬਲੈਕ ਕਲਰ ਬਹੁਤ ਪਸੰਦ ਹੁੰਦਾ, ਇਹ ਵੀ ਚਾਲ ਵੀ ਹੋ ਸਕਦੀ ਹੈ ਕਿ ਮੈਂ ਹਾਂ ਹੋ ਸਕਦਾ ਹੈ, ਮੈਂ ਸੋਚਿਆ ਪਾ ਕੇ ਜਾਂਦਾ ਕੋਰੇ ਕੋਈ ਪਸੰਦ ਹੀ ਕਰ ਲਵੇ। ਅਤੇ ਡੈਬਿਊ ਕਰਨ ਜਾ ਰਹੇ ਹੋ ਤੁਸੀਂ, ਪਹਿਲਾਂ ਤੁਸੀਂ ਦੱਸੋ ਕੀ ਚੱਲਦਾ, ਤਾਂ ਹਾਰਟ ਬੀਟ ਕਿੰਨੀ ਅੱਜ? ਬਹੁਤ ਤੇਜ਼ ਹੈ, ਸਵੇਰੇ 8 ਵਜੇ ਤਾਂ ਬਹੁਤ ਤੇਜ਼ ਸੀ, ਜਿਵੇਂ ਫਿਰ 10-12 ਵਜੇ ਫਿਰ ਥੋੜ੍ਹਾ ਜਿਹਾ ਠੀਕ ਹੋ ਗਿਆ, ਔਰ ਹੁਣ ਥੋੜ੍ਹੀ ਜਿਹੀ ਐਕਸਾਈਟਮੈਂਟ ਹੋਰ ਵੱਧ ਰਹੀ ਹੈ, ਕਿਉਂਕਿ ਸਾਰਿਆਂ ਦੇ ਜਦੋਂ ਮੈਸੇਜ ਪੜ੍ਹੇ ਮੈਨੂੰ ਲੱਗਿਆ ਕਿ ਸ਼ਾਇਦ ਪਰਮਾਤਮਾ ਨੇ ਸੁਣ ਲਈ ਹੈ, ਸਭ ਕੁਝ ਠੀਕ ਚੱਲ ਰਿਹਾ। ਤੁਸੀਂ ਤਾਂ ਨਾਲ ਪ੍ਰੋਡਿਊਸਰ ਵੀ ਹੋ, ਤੁਹਾਡੀ ਜ਼ਿਆਦਾ ਤੇਜ਼ ਹੋਣੀ ਚਾਹੀਦੀ। ਬਹੁਤ ਜ਼ਿਆਦਾ, ਰਾਤੀ ਤਾਂ ਮੈਨੂੰ ਨੀਂਦ ਵੀ ਨਹੀਂ ਆ ਰਹੀ ਸੀ, ਇੰਨੀ ਟੈਨਸ਼ਨ ਸੀ, ਪਤਾ ਨਹੀਂ ਕੀ ਹੋਏਗਾ ਸਵੇਰੇ, ਜਿਵੇਂ ਰਿਜ਼ਲਟ ਆ ਰਿਹਾ ਹੁੰਦਾ ਨਾ ਪੇਪਰਾਂ ਤੋਂ ਬਾਅਦ, ਉੱਦਾਂ ਦੀ ਨਰਵਸਨੈਸ ਸੀ, ਬਟ ਜਿਵੇਂ ਆਪਾਂ ਸਵੇਰੇ ਉੱਠੇ ਅਰਦਾਸ ਕੀਤੀ ਰੱਬ ਅੱਗੇ, ਅਤੇ ਜਦੋਂ ਅਸੀਂ ਸ਼ੋਜ਼ ਦੇਖੇ, ਲੋਕਾਂ ਦਾ ਰਿਸਪੋਂਸ ਦੇਖਿਆ, ਅਤੇ ਲੋਕ ਸਵੇਰੇ 8 ਵਜੇ ਵੀ ਗਏ ਹੋਏ ਸੀ 8-9 ਵਜੇ ਦੇ ਸ਼ੋਜ਼ ਦੇਖਣ। ਸੋ ਇੰਨੀ ਜ਼ਿਆਦਾ ਮਤਲਬ ਦਿਲੋਂ ਥੈਂਕ ਯੂ ਕਰਦੀ ਹਾਂ ਮੈਂ ਤੁਹਾਡੇ ਸਾਰਿਆਂ ਦਾ, ਕਿਉਂਕਿ ਇਹ ਮੂਮੈਂਟ 'ਤੇ ਅਸੀਂ ਬਹੁਤ ਟਾਈਮ ਤੋਂ ਵੇਟ ਕਰ ਰਹੇ ਸੀ, ਸੋ ਫਾਈਨਲੀ ਇਟਸ ਹੇਅਰ। ਜਿੱਦਾਂ ਇੱਕ ਬਹੁਤ ਵਧੀਆ ਮੈਸੇਜ ਵੀ ਹੈ ਇਸ ਫਿਲਮ ਦੇ ਵਿੱਚ, ਜਿੱਦਾਂ ਇੰਟਰਵਿਊਜ਼ ਵਿੱਚ ਵੀ ਆਪਾਂ ਸੁਣਿਆ ਤੁਹਾਡੀ ਗੱਲ ਨੂੰ, ਕੀ ਲੱਗਦਾ ਵੀ ਕੁਛ ਨਾ ਕੁਛ ਚੇਂਜਿਸ ਆਉਣਗਾ ਘਰਾਂ ਦੇ ਵਿੱਚ? ਬਿਲਕੁਲ, ਮੈਨੂੰ ਲੱਗਦਾ ਵੀ ਪਰਿਵਾਰ ਜਦੋਂ ਸਾਰੇ ਇਸ ਫਿਲਮ ਨੂੰ ਦੇਖਣ ਆਉਣਗੇ ਆਪਣੇ ਸਮੂਹ ਪਰਿਵਾਰ ਦੇ ਨਾਲ, ਜਦੋਂ ਸਾਰੇ ਆਉਣਗੇ ਆਉਣ ਦੋ ਇਹ ਤਾਂ ਜ਼ਰੂਰੀ ਹੈ ਜੀ, ਫਿਰ ਤੁਸੀਂ ਆਓ ਪਲੀਜ਼। ਖੜੋ ਪਲੀਜ਼, ਆਪਾਂ ਪਹਿਲਾਂ ਪਾਪਾ ਦੇ ਵਿਚਾਰ ਲੈਂਦੇ ਹਾਂ, ਫਿਰ ਉਹਨੂੰ ਕੰਟੀਨਿਊ ਕਰਾਂਗੇ। ਕੀ ਕਹਿਣਾ ਚਾਹੋਗੇ ਅੱਜ? ਹਾਂਜੀ, ਕੀ ਕਹਿਣਾ ਚਾਹੋਗੇ ਤੁਸੀਂ? ਤੁਹਾਡੀ ਕੁੜੀ ਫਿਲਮ ਬਹੁਤ ਵਧੀਆ ਫਿਲਮ ਹੈ, ਸੱਸ ਕੁੱਟਣੀ। ਹਾਂਜੀ, ਬਹੁਤ ਵਧੀਆ ਫਿਲਮ ਹੈ। ਤੁਹਾਡੀ ਕੁੜੀ ਜੇ ਕਦੇ ਸੱਚੀ ਨਾਲ ਸੱਸ ਨੂੰ ਕੱਟ ਦੇ, ਔਖਾ ਹੋ ਜਾਏ। ਹਾਂਜੀ ਹਾਂਜੀ, ਬਹੁਤ ਵਧੀਆ ਫਿਲਮ ਹੈ। ਤੁਸੀਂ ਕੀ ਕਹਿਣਾ ਅੱਜ ਪੇਰੈਂਟਸ ਨੂੰ? ਇੰਨਾ ਪ੍ਰਾਊਡ ਫੀਲ ਹੁੰਦਾ ਨਾ ਜਦੋਂ ਬਰਾਬਰ ਖੜੇ ਆ, ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਕੀ ਕਹਿਣਾ, ਕਿੱਦਾਂ ਲੱਗ ਰਿਹਾ ਤੁਹਾਨੂੰ ਇੱਥੇ? ਮੈਨੂੰ ਤਾਂ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ, ਕਿਉਂਕਿ ਮੇਰੀ ਤਮੰਨਾ ਸੀਗੀ, ਮੈਂ ਬਾਬਾ ਜੀ ਕੇ ਅਰਦਾਸਾਂ ਕਰਦੀ ਸੀ ਕਿ ਮੇਰੀ ਬੇਟੀ ਵੱਡੇ ਪਰਦੇ ਤੇ ਆਵੇ। ਇਹ ਮਾਂ ਦਾ ਜਿਹੜਾ ਪਿਆਰ ਹੈ ਜੀ ਨੇ ਅੱਜ ਮੇਰੀ ਅਰਦਾਸ ਦੇਖ ਰਿਹਾ, ਇਹ ਤਮੰਨਾ ਤਾਂ ਨਹੀਂ ਸੀਗੀ ਵੀ ਸਹੁਰੇ ਘਰ ਜਾ ਕੇ ਸੱਸ ਨੂੰ ਕੁੱਟੇ? ਨਹੀਂ ਜੀ ਨਹੀਂ, ਕਿਉਂਕਿ ਜੋ ਮੈਂ ਪਿਆਰ ਕਰਦੀ ਸੀ ਆਪਣੀ ਸੱਸ ਨਾਲ, ਤਾਂ ਮੇਰੀ ਬੇਟੀ ਵੀ ਆਹੀ ਸਿੱਖੇਗੀ ਕਿ ਆਪਣੀ ਸੱਸ ਨਾਲ ਪਿਆਰ ਕਰੋ। ਬੈਸਟ ਆਫ ਲੱਕ, ਆਪਾਂ ਮੂਵੀ ਦੇਖਦੇ ਹਾਂ ਫਿਰ ਕਰਦੇ ਹਾਂ ਗੱਲ। ਥੈਂਕ ਯੂ ਥੈਂਕ ਯੂ। ਇਸ ਵਕਤ ਸਾਡੇ ਨਾਲ ਆ ਨੀ ਮੈਂ ਸੱਸ ਕੁੱਟਣੀ ਫਿਲਮ ਦੇ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਰਾਜੂ ਵਰਮਾ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਕਹਿਣਾ, ਤੁਸੀਂ ਸੁਣਾਓ? PV 37 ਵਾਲੇ ਆ ਗਏ ਰਾਜੂ ਵਰਮਾ ਜੀ, ਘਰਾਂ 'ਚ ਲੜਾਈਆਂ ਪਾਉਣ ਲੱਗੇ ਸਾਨੂੰ ਲੱਗਦਾ। ਲੜਾਈਆਂ 2 ਰੁਪਈਏ ਬਣਦੇ, ਹੁਣ ਥੋੜ੍ਹੀ ਮੋਟੀ ਪਾ ਲੈਣੀ ਚਾਹੀਦੀ ਹੈ। ਕੰਟਰੋਵਰਸੀ ਦੇ ਪੈਸੇ ਮੈਂ ਕਹਿੰਦਾ ਜ਼ਿਆਦਾ ਬਣਦੇ ਅੱਜ ਕੱਲ੍ਹ। ਉਹੀ ਗੱਲ ਹੈ, ਅਤੇ ਬਾਬੇ ਦੀ ਕਿਰਪਾ ਨਾਲ ਖਚਾ ਖਚ ਭਰਿਆ ਹੋਇਆ ਹਾਲ ਦੇਖ ਕੇ ਮਜ਼ਾ ਆ ਰਿਹਾ। ਰਿਵਿਊ ਵੀ ਸਵੇਰ ਦੇ ਬਹੁਤ ਅੱਛੇ ਆ ਰਹੇ, ਆਡੀਅੰਸ ਕਾਫੀ ਇੰਜੋਏ ਕਰੀ ਆ, ਮੇਨ ਗੱਲ ਇਹ ਹੈ ਕਿ ਫੈਮਿਲੀਜ਼ ਆ ਰਹੀਆਂ ਫਿਲਮ ਦੇਖਣ। ਸਭ ਤੋਂ ਵੱਡੀ ਗੱਲ ਇਹ ਕਿ ਉਹ ਫਿਲਮ ਬਹੁਤ ਵਧੀਆ ਜਾਂਦੀ ਹੈ, ਜਿਹਦੇ ਵਿੱਚ ਫੈਮਿਲੀਆਂ ਸਾਡੇ ਨਾਲ ਜੁੜ ਜਾਂਦੀਆਂ ਨੇ। ਇਹਦੇ ਵਿੱਚ ਸਾਰੀਆਂ ਫੈਮਿਲੀਆਂ ਦੀ ਫਿਲਮ ਹੈ, ਹਰ ਨੂੰ ਆਪਣੀ ਸੱਸ ਨੂੰ ਫਿਲਮ ਦਿਖਾਉਣ ਲੈ ਕੇ ਆ ਰਹੀ ਆ ਵੀ ਸੱਸ ਕੁੱਟਣੀ। ਉਹਦੇ ਵਿੱਚ ਫਿਰ ਜਦੋਂ ਫਿਲਮ ਦੇਖਦੇ ਆ ਤਾਂ ਦੂਜੀ ਕਹਿੰਦੇ ਭਾਈ ਨੂੰ ਵੀ ਫੈਂਟਤੀ ਸੱਸ ਨੇ, ਤੁਸੀਂ ਦੇਖ ਕੇ ਆਓ। ਰਾਜੂ ਵਰਮਾ ਸਾਹਿਬ, ਤੁਸੀਂ ਇਹ ਪੁੱਛਣਾ ਚਾਹੁੰਦੇ ਹਾਂ ਰਾਜੂ ਵਰਮਾ ਸਾਹਿਬ, ਥੋਟ ਕਿਹੜੀ ਸੱਸ ਕੁੱਟਦੀ ਦੇਖੀ ਸੀ? ਮੇਰੀ ਮੰਮੀ ਨੂੰ ਇੱਕ ਦਿਨ ਕੁੱਟਿਆ ਜਾ ਰਿਹਾ ਸੀ ਮੇਰੀ ਘਰਵਾਲੀ ਵੱਲੋਂ। ਸੱਚੀ ਗੱਲ ਮਜ਼ਾਕ ਕਰ ਰਹੇ, ਮਤਲਬ ਥੋੜ੍ਹੇ ਜਦੋਂ ਸਿੱਠਣੀਆਂ ਵਗੈਰਾ ਚੱਲ ਰਹੀਆਂ ਸੀ ਕਿਸੇ ਮੈਰਿਜ ਦੇ ਵਿੱਚ, ਉੱਥੋਂ ਵੀ ਥੋਟ ਆਇਆ। ਬਾਕੀ ਘਰਾਂ ਦੇ ਵਿੱਚ ਜੋ ਸੀ ਮੈਨੂੰ ਸੀ ਵੀ ਉੱਥੇ ਫਿਲਮ ਬਣਨੀ ਚਾਹੀਦੀ ਹੈ ਸੰਜੀਦਾ ਜਿਹੇ ਢੰਗ ਨਾਲ, ਅਤੇ ਉਹਦੇ ਕਰਕੇ ਫਿਲਮ ਬਣੀ ਅਤੇ ਅੱਜ ਬਾਬੇ ਦੀ ਕਿਰਪਾ ਨਾਲ ਬਹੁਤ। ਜਦੋਂ ਫਿਲਮ ਲਿਖ ਰਹੇ ਸੀ ਇਹ ਨਹੀਂ ਸੋਚਦੇ ਵੀ ਇੰਨੀਆਂ ਸੱਸਾਂ ਇਕੱਠੀਆਂ ਕਿੱਥੋਂ ਕਰਨੀਆਂ? ਸੱਸਾਂ ਇਕੱਠੀਆਂ ਕਰਨ ਲੱਗੇ ਔਖੇ ਹੋਏ ਆ, ਜਦੋਂ ਜਤਿੰਦਰ ਕੌਰ ਮੈਡਮ ਸੀ ਅੱਗੇ ਉਹਨਾਂ ਦੀ ਸੱਸ, ਉਹਨਾਂ ਦੀਆਂ ਡੇਟਾਂ ਨਹੀਂ ਮਿਲੀਆਂ, ਨਹੀਂ ਸੱਸਾਂ ਤਾਂ ਖਾਸੀਆਂ ਇਕੱਠੀਆਂ ਹੋ ਗਈਆਂ ਸੀ। ਅਤੇ ਹੋਰ ਹੁਣ ਕੀ ਚੱਲ ਰਿਹਾ ਦਿਲੋ ਦਿਮਾਗ ਦੇ ਵਿੱਚ? ਗਰਮੋ ਗਰਮੀ ਇੰਨੇ ਹੋਏ ਪਏ ਆ, ਚਾਹ ਦੀ ਗਰਮੀ ਹੈ ਇਹ? ਚਾਹ ਦੀ ਗਰਮੀ ਹੈ। ਅੱਗੇ ਫਿਲਮ ਹਰਜੀਤ ਬਾਜਾ ਖਾਨਾ, ਉਹਦੀ ਬਾਇਓਪਿਕ ਜਲਦੀ ਹੀ ਅਨਾਊਂਸਮੈਂਟ ਪੈ ਜਾਣੀ ਹੈ। ਖੱਬੀ ਖਾਨ, ਟੌਮ ਐਂਡ ਜੈਰੀ, 12-15 ਫਿਲਮਾਂ ਮਤਲਬ ਐਕਟ ਹੋ ਗਏ ਨੇ। PhD ਸਾਡੇ ਅੰਮ੍ਰਿਤ ਬਾਈ ਕਰ ਰਹੇ ਨੇ, ਅੰਮ੍ਰਿਤਵੀਰ PhD ਕਰ ਰਹੇ ਨੇ, ਫਿਰ ਉਹ ਡਰਾਮੇਬਾਜ਼ ਕਰ ਰਹੇ ਨੇ, ਅਤੇ ਜਿਹੜੇ ਪੰਕਜ ਭਾਜੀ ਨਾਲ ਹੁੰਦੇ ਸੀਗੇ, ਅਤੇ ਉਹਨਾਂ ਦੀਆਂ 3 ਫਿਲਮਾਂ ਨੇ। ਪਤਾ ਇੱਕ ਸ਼ਰਟ ਲਓ ਪ੍ਰਿੰਟਡ, ਜਿਹਦੇ ਉੱਤੇ ਐਂ ਫਿਲਮਾਂ ਦੇ ਨਾਂ ਲਿਖੇ ਹੋਣ, ਜਿਹੜੀਆਂ ਹੋ ਜਾਂਦੀਆਂ ਟਿੱਕ, ਜਿਹੜੀ ਜਿਹੜੀ ਰਹਿ ਗਈ ਉਹ ਇੱਦਾਂ ਲਿਖੀ ਜਾਓ, ਪੱਤਰਕਾਰਾਂ ਨੂੰ ਸੌਖਾ ਹੋ ਜਾਊਗਾ। ਮੈਂ ਤੁਹਾਡੇ ਪਾਉਂ ਮੇਰੇ ਮੇਰੇ ਪੜ੍ਹੀ ਜਾਣੀ ਹੈ, ਔਖੀ ਹੋ ਗਈ। ਇੰਜੋਏ ਕਰਦੇ ਹਾਂ ਦੁਬਾਰਾ, ਉਹਨੇ ਲਵ ਯੂ ਲਵ। ਐਕਸਪੀਰੀਅੰਸ ਮਤਲਬ ਲੇਕਿਨ ਉਹਨਾਂ ਸਾਨੂੰ ਪਿਆਰ ਨਹੀਂ।
ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਤੇ ਮੈਡਮ। ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ। ਨੌਂ ਤਾਂ ਬਹੁਤ ਸੋਹਣੀ ਲੱਗ ਰਹੀ ਹੈ। ਥੈਂਕ ਯੂ। ਸੱਸ ਦੇ ਬਰਾਬਰ ਖੜਨਾ ਹੁਣ ਜਾ ਕੇ? ਉਹ ਸੱਸ ਦਾ ਮੁਕਾਬਲਾ ਨਹੀਂ ਕਰਨਾ, ਪਿੱਛੇ ਥੋੜ੍ਹੀ ਰਹਿਣਾ। ਤੁਸੀਂ ਤਾਂ ਬਹੁਤ ਜ਼ਿਆਦਾ ਆਗਿਆ ਕਰ ਬਹੂ ਨਿਕਲੇ ਸੀ ਟ੍ਰੇਲੇ 'ਚ, ਦੇਖਿਆ ਸੱਸ ਕੱਟਦੀ ਆਉਂਦੇ। ਨਹੀਂ ਦੇਖੋ, ਜਿੱਦਾਂ ਦਾ ਉਹ ਮੇਰਾ ਸਵਾਗਤ ਕਰਨਗੇ ਮੈਂ ਉਹਦਾ ਰਿਸਪੌਂਸ ਤਾਂ ਕਰਨਾ ਹੀ ਹੈ ਨਾ। ਦੁਆ 'ਚ ਤੁਹਾਨੂੰ ਆਲੇ ਦੁਆਲੇ ਤੁਹਾਡੇ ਸਹੁਰੇ ਹੋ ਗਏ ਜਾਂ ਪੇਕੇ ਹੋ ਗਏ, ਡਰ ਗਏ ਹੋਣਗੇ ਵੀ ਇਹਦਾ ਕੁੜੀ ਬਹੁਤ ਆ? ਦੇਖੋ, ਉਹ ਕਰੈਕਟਰ ਹੈ ਨਾ, ਉਹ ਸਕ੍ਰਿਪਟ ਦਾ ਜਿਵੇਂ ਸੀਗਾ ਉਹਦੇ ਅਕੋਰਡਿੰਗ ਹੀ ਤਾਂ। ਪਰਸਨਲ ਲਾਈਫ 'ਚ ਬਹੁਤ ਡਿਫਰੈਂਟ ਹੈਗੀ ਆ। ਮਤਲਬ ਦਿਲ ਦੇ ਮਤਲਬ ਪਰਸਨਲ ਬਵਾਲ ਵੀ ਕੱਢੇ ਤੁਸੀਂ ਅੰਦਰ ਆਪਣੇ ਇਸ ਫਿਲਮ ਦੇ ਵਿੱਚ, ਕੁਝ ਰੀਝਾਂ ਹੁੰਦੀਆਂ ਨਾ ਜਿਹੜੀਆਂ ਤੁਸੀਂ ਆਫ ਕੈਮਰਾ ਤਾਂ ਨਹੀਂ ਕਰਦੇ? ਨਹੀਂ, ਇੱਦਾਂ ਦਾ ਕੁਛ ਨਹੀਂ ਹੈ, ਉਹ ਸਕ੍ਰਿਪਟ ਦੇ ਅਕੋਰਡਿੰਗ ਸੀਗਾ। ਜੋਕਸ ਪਾਰਟ, ਵੈਸੇ ਟ੍ਰੇਲਰ ਬਹੁਤ ਸੋਹਣਾ ਆ, ਕੀ ਚੱਲ ਰਿਹਾ ਹੁਣ ਦਿਲੋਂ ਦਿਮਾਗ? ਬਸ ਅਸੀਂ ਵੇਟ ਹੋ ਰਹੀ ਹੈ ਹੁਣ, ਵੈਸੇ ਰਿਸਪੋਂਸ ਵਧੀਆ ਆ ਰਿਹਾ ਹੁਣ, ਇਹ ਹੀ ਹੈ ਕਿ ਸਾਰੇ ਦੇਖ ਲੈਣ ਅਤੇ ਹੋਰ ਰਿਸਪੋਂਸ ਵਧੀਆ ਮਿਲੇ, ਲੋਕਾਂ ਨੂੰ ਪਸੰਦ ਆਏ, ਜਿਹੜੇ ਅਸੀਂ ਮਿਹਨਤ ਕੀਤੀ ਹੈ ਉਹ ਸਾਰਿਆਂ ਨੂੰ ਪਸੰਦ ਆਏ। ਅਤੇ ਤੁਹਾਨੂੰ ਕੀ ਲੱਗਦਾ ਵੀ ਫੈਮਿਲੀਜ਼ ਦੇ ਵਿੱਚ ਚੇਂਜਿਸ ਆਉਣਗੀਆਂ ਕੁਛ ਨਾ ਕੁਛ ਫਿਲਮ ਦੇਖਣ ਤੋਂ ਬਾਅਦ? ਦੇਖੋ, ਚੇਂਜਿਸ ਆ ਵੀ ਰਹੀਆਂ ਨੇ, ਇੱਦਾਂ ਦੀ ਗੱਲ ਨਹੀਂ ਹੈ, ਹੁਣ ਆ ਰਹੇ ਨੇ ਕਿਉਂਕਿ ਪੇਰ ਜਿਹੜੇ ਇਨ ਲੋਸ ਵਰਡ ਹੁਣ ਬਹੁਤ ਘੱਟ ਯੂਜ਼ ਹੁੰਦਾ, ਪੇਰੈਂਟਸ ਹੀ ਹੁੰਦਾ ਹੁਣ, ਕੋਈ ਇੰਟਰਡਿਊਸ ਵੀ ਕਰਾਉਂਦੇ ਕਿ ਇਹ ਮੇਰੇ ਮੰਮੀ ਪਾਪਾ, ਇੱਦਾਂ ਨਹੀਂ ਕਹਿੰਦੇ ਮੇਰੇ ਸੱਸ ਸਹੁਰਾ ਜਾਂ ਮੇਰੇ ਇਨ ਲੋਸ ਨੇ, ਅਤੇ ਉਹ ਚੇਂਜ ਬਹੁਤ ਵੱਡਾ ਆ ਰਿਹਾ। ਨਾਲੇ ਹੁਣ ਮੈਨੂੰ ਲੱਗਦਾ ਕਿ ਜਿਹੜੇ ਉਹ ਵੀ ਵਰਕਿੰਗ ਨੇ ਇਨ ਲੋਸ ਵੀ ਜਾਂ ਮਦਰ ਇਨ ਲੋ, ਉਹਨਾਂ ਨੂੰ ਵੀ ਪਤਾ ਕੀ ਕੀ ਪ੍ਰੋਬਲਮਸ ਆਉਂਦੀਆਂ ਆਫਟਰ ਮੈਰਿਜ, ਕਿੱਦਾਂ ਟੈਕਲ ਕਰਨਾ ਹੁੰਦਾ, ਕਿੱਦਾਂ ਐਡਜਸਟਮੈਂਟ ਕਰਨੀ ਹੁੰਦੀ ਹੈ, ਅਤੇ ਉਹ ਗਾਈਡ ਕਰਦੇ ਨੇ, ਅਤੇ ਬੱਚੇ ਵੀ ਹੁਣ ਸਮਝਦਾਰ ਹੋ ਗਏ, ਉਸ ਹਿਸਾਬ ਨਾਲ ਕਰਦੇ ਨੇ। ਤੁਹਾਨੂੰ ਬੋਲੀ ਆਉਂਦੀ ਹੈ ਨਹੀਂ ਮੈਂ ਸੱਸ ਕੁੱਟਣੀ ਕੁੱਟਣੀ ਸੰਦੂਕਾਂ? ਹਾਂਜੀ, ਪਾਉਣੀ ਤਾਂ ਨਹੀਂ, ਮੈਂ ਦੂਜੀ ਵਾਲੀ ਪਾਉਂਦੀ ਹੈ। ਕਦੇ ਬੋਡਾ ਮਾਰਦੀ, ਕਦੇ ਗੋਡਾ ਮਾਰਦੀ, ਕਦੇ ਮੋਢਾ ਮਾਰਦੀ, ਕਦੇ ਗੋਡਾ ਮਾਰਦੀ, ਵੇ ਮੈਂ ਕਰਨੀ ਉਹਦੀ ਮਸਾਜ ਛੱਡ ਕੇ, ਸੱਸ ਕੁੱਟਣੀ, ਸੱਸ ਕੁੱਟਣੀ, ਟੀਵੀ ਦੀ ਉੱਚੀ ਆਵਾਜ਼ ਕਰਕੇ ਸੱਸ ਕੁੱਟਣੀ। ਇਹ ਹੁਣ ਕਿਹਨੂੰ ਦੇ ਰਹੇ ਹੋ ਇੰਡੀਕੇਸ਼ਨ ਤੁਸੀਂ? ਇਹ ਤਾਂ ਹਜੇ ਫਿਲਮ ਵਾਲੇ ਹੁੰਦੇ। ਠੀਕ ਹੈ ਮੈਮ, ਥੈਂਕ ਯੂ ਸੋ ਮਚ, ਤੇ ਬੈਸਟ ਆਫ ਲੱਕ। ਥੈਂਕ ਯੂ ਜੀ, ਥੈਂਕ ਯੂ ਸੋ ਮਚ, ਥੈਂਕ ਯੂ। ਤੇ ਨੀ ਮੈਂ ਸੱਸ ਕੁੱਟਣੀ ਦੇ ਸਪੈਸ਼ਲ ਪ੍ਰੀਮੀਅਰ ਤੇ ਪਹੁੰਚਿਆ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ, ਤੁਸੀਂ ਸੁਣਾਓ? ਠੀਕ ਠਾਕ। ਮੈਚਿੰਗ ਇੰਟੈਂਸ਼ਨਲੀ ਹੋ ਗਈ ਜਾਂ ਸੋਚ ਸਮਝ ਕੀਤੀ? ਪਤਾ ਨਹੀਂ, ਆਪ ਹੀ ਹੋ ਗਈ। ਮੇਰਾ ਤਾਂ ਫੇਵਰੇਟ ਆ ਕਲਰ ਜ ਬਲੈਕ, ਜਦੋਂ ਮੈਂ ਕਿਤੇ ਜਾਣਾ ਹੋਵੇ ਵਿਆਹ ਸ਼ਾਦੀਆਂ 'ਤੇ, ਮੈਨੂੰ ਹੁੰਦਾ ਵੀ ਬਲੈਕ ਕਲਰ ਪਾਈ ਆਪਾਂ, ਸੋ ਇਹਨਾਂ ਦਾ ਵੀ ਸੀ, ਇਹਨਾਂ ਨੇ ਵੀ ਪਾ ਲਿਆ। ਕੁੜੀਆਂ ਨੂੰ ਬਲੈਕ ਕਲਰ ਬਹੁਤ ਪਸੰਦ ਹੁੰਦਾ, ਇਹ ਵੀ ਚਾਲ ਵੀ ਹੋ ਸਕਦੀ ਹੈ ਕਿ ਮੈਂ? ਹਾਂ, ਹੋ ਸਕਦਾ ਹੈ, ਮੈਂ ਸੋਚਿਆ ਪਾ ਕੇ ਜਾਂਦਾ, ਖੋਰੇ ਕੋਈ ਪਸੰਦ ਹੀ ਕਰ ਲਵੇ। ਅਤੇ ਡੈਬਿਊ ਕਰਨ ਜਾ ਰਹੇ ਹੋ ਤੁਸੀਂ, ਪਹਿਲਾਂ ਤੁਸੀਂ ਦੱਸੋ ਕੀ ਚੱਲਦਾ, ਤਾਂ ਹਾਰਟ ਬੀਟ ਕਿੰਨੀ ਅੱਜ? ਬਹੁਤ ਤੇਜ਼ ਹੈ, ਸਵੇਰੇ 8 ਵਜੇ ਤਾਂ ਬਹੁਤ ਤੇਜ਼ ਸੀ, ਜਿਵੇਂ ਫਿਰ 10-12 ਵਜੇ ਫਿਰ ਥੋੜ੍ਹਾ ਜਿਹਾ ਠੀਕ ਹੋ ਗਿਆ, ਔਰ ਹੁਣ ਥੋੜ੍ਹੀ ਜਿਹੀ ਐਕਸਾਈਟਮੈਂਟ ਹੋਰ ਵੱਧ ਰਹੀ ਹੈ, ਕਿਉਂਕਿ ਸਾਰਿਆਂ ਦੇ ਜਦੋਂ ਮੈਸੇਜ ਪੜ੍ਹੇ ਮੈਨੂੰ ਲੱਗਿਆ ਕਿ ਸ਼ਾਇਦ ਪਰਮਾਤਮਾ ਨੇ ਸੁਣ ਲਈ ਹੈ, ਸਭ ਕੁਛ ਠੀਕ ਚੱਲ ਰਿਹਾ। ਤੁਸੀਂ ਤਾਂ ਨਾਲ ਪ੍ਰੋਡਿਊਸਰ ਵੀ ਹੋ, ਤੁਹਾਡੀ ਜ਼ਿਆਦਾ ਤੇਜ਼ ਹੋਣੀ ਚਾਹੀਦੀ। ਬਹੁਤ ਜ਼ਿਆਦਾ, ਰਾਤੀ ਤਾਂ ਮੈਨੂੰ ਨੀਂਦ ਵੀ ਨਹੀਂ ਆ ਰਹੀ ਸੀ, ਇੰਨੀ ਟੈਨਸ਼ਨ ਸੀ, ਪਤਾ ਨਹੀਂ ਕੀ ਹੋਏਗਾ ਸਵੇਰੇ, ਜਿਵੇਂ ਰਿਜ਼ਲਟ ਆ ਰਿਹਾ ਹੁੰਦਾ ਨਾ ਪੇਪਰਾਂ ਤੋਂ ਬਾਅਦ, ਉੱਦਾਂ ਦੀ ਨਰਵਸਨੈਸ ਸੀ, ਬਟ ਜਿਵੇਂ ਆਪਾਂ ਸਵੇਰੇ ਉੱਠੇ ਅਰਦਾਸ ਕੀਤੀ ਰੱਬ ਅੱਗੇ, ਅਤੇ ਜਦੋਂ ਅਸੀਂ ਸ਼ੋਜ਼ ਦੇਖੇ, ਲੋਕਾਂ ਦਾ ਰਿਸਪੋਂਸ ਦੇਖਿਆ, ਅਤੇ ਲੋਕ ਸਵੇਰੇ 8 ਵਜੇ ਵੀ ਗਏ ਹੋਏ ਸੀ 8-9 ਵਜੇ ਦੇ ਸ਼ੋਜ਼ ਦੇਖਣ, ਸੋ ਇੰਨੀ ਜ਼ਿਆਦਾ ਮਤਲਬ ਦਿਲੋਂ ਥੈਂਕ ਯੂ ਕਰਦੀ ਹਾਂ ਮੈਂ ਤੁਹਾਡੇ ਸਾਰਿਆਂ ਦਾ, ਕਿਉਂਕਿ ਇਹ ਮੂਮੈਂਟ 'ਤੇ ਅਸੀਂ ਬਹੁਤ ਟਾਈਮ ਤੋਂ ਵੇਟ ਕਰ ਰਹੇ ਸੀ, ਸੋ ਫਾਈਨਲੀ ਇਟਸ ਹੇਅਰ। ਜਿੱਦਾਂ ਇੱਕ ਬਹੁਤ ਵਧੀਆ ਮੈਸੇਜ ਵੀ ਹੈ ਇਸ ਫਿਲਮ ਦੇ ਵਿੱਚ, ਜਿੱਦਾਂ ਇੰਟਰਵਿਊਜ਼ ਵਿੱਚ ਵੀ ਆਪਾਂ ਸੁਣਿਆ ਤੁਹਾਡੀ ਗੱਲ ਨੂੰ, ਕੀ ਲੱਗਦਾ ਵੀ ਕੁਛ ਨਾ ਕੁਛ ਚੇਂਜਿਸ ਆਉਣਗਾ ਘਰਾਂ ਦੇ ਵਿੱਚ? ਬਿਲਕੁਲ, ਮੈਨੂੰ ਲੱਗਦਾ ਵੀ ਪਰਿਵਾਰ ਜਦੋਂ ਸਾਰੇ ਇਸ ਫਿਲਮ ਨੂੰ ਦੇਖਣ ਆਉਣਗੇ ਆਪਣੇ ਸਮੂਹ ਪਰਿਵਾਰ ਦੇ ਨਾਲ, ਜਦੋਂ ਸਾਰੇ ਆਉਣਗੇ ਇਸ ਆਉਣ ਦੋ, ਇਹ ਤਾਂ ਜ਼ਰੂਰੀ ਹੈ ਜੀ, ਫਿਰ ਤੁਸੀਂ ਆਓ ਪਲੀਜ਼। ਖੜੋ ਪਲੀਜ਼, ਆਪਾਂ ਪਹਿਲਾਂ ਪਾਪਾ ਦੇ ਵਿਚਾਰ ਲੈਂਦੇ ਹਾਂ, ਫਿਰ ਉਹਨੂੰ ਕੰਟੀਨਿਊ ਕਰਾਂਗੇ। ਕੀ ਕਹਿਣਾ ਚਾਹੋਗੇ ਅੱਜ? ਹਾਂਜੀ, ਕੀ ਕਹਿਣਾ ਚਾਹੁੰਗੇ ਤੁਸੀਂ ਤੁਹਾਡੀ ਕੁੜੀ ਦੀ ਫਿਲਮ? ਬਹੁਤ ਵਧੀਆ ਫਿਲਮ ਹੈ, ਸੱਸ ਕੁੱਟਣੀ। ਹਾਂਜੀ, ਬਹੁਤ ਵਧੀਆ ਫਿਲਮ ਹੈ ਤੁਹਾਡੀ ਕੁੜੀ, ਜੇ ਕਦੇ ਸੱਚੀ ਨਾਲ ਸੱਸ ਨੂੰ ਕੱਟ ਦੋ ਔਖਾ ਹੋ ਜੂ। ਹਾਂਜੀ, ਹਾਂਜੀ, ਬਹੁਤ ਵਧੀਆ ਫਿਲਮ ਹੈ। ਤੁਸੀਂ ਕੀ ਕਹਿਣਾ ਅੱਜ ਪੇਰੈਂਟਸ ਨੂੰ, ਇੰਨਾ ਪ੍ਰਾਊਡ ਫੀਲ ਹੁੰਦਾ ਨਾ ਜਦੋਂ ਬਰਾਬਰ ਖੜੇ ਆ, ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਕੀ ਕਹਿਣਾ, ਕਿੱਦਾਂ ਲੱਗ ਰਿਹਾ ਤੁਹਾਨੂੰ ਇਹ? ਮੈਨੂੰ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ, ਕਿਉਂਕਿ ਮੇਰੀ ਤਮੰਨਾ ਸੀਗੀ, ਮੈਂ ਬਾਬਾ ਜੀ ਕੇ ਅਰਦਾਸਾਂ ਕਰਦੀ ਸੀ ਕਿ ਮੇਰੀ ਬੇਟੀ ਵੱਡੇ ਪਰਦੇ ਤੇ ਆਵੇ। ਇਹ ਮਾਂ ਦਾ ਜਿਹੜਾ ਪਿਆਰ ਹੈ ਜੀ ਨੇ ਅੱਜ ਮੇਰੀ ਅਰਦਾਸ ਦੇਖ ਰਿਹਾ, ਇਹ ਤਮੰਨਾ ਤਾਂ ਨਹੀਂ ਸੀਗੀ ਵੀ ਸਹੁਰੇ ਘਰ ਜਾ ਕੇ ਸੱਸ ਨੂੰ ਕੁੱਟੇ? ਨਹੀਂ ਜੀ, ਨਹੀਂ, ਕਿਉਂਕਿ ਜੋ ਮੈਂ ਪਿਆਰ ਕਰਦੀ ਸੀ ਆਪਣੀ ਸੱਸ ਨਾਲ, ਤਾਂ ਮੇਰੀ ਬੇਟੀ ਵੀ ਆਹੀ ਸਿੱਖੇਗੀ ਕਿ ਆਪਣੀ ਸੱਸ ਨਾਲ ਪਿਆਰ ਕਰੋ। ਬੈਸਟ ਆਫ ਲੱਕ, ਆਪਾਂ ਮੂਵੀ ਦੇਖਦੇ ਹਾਂ, ਫਿਰ ਕਰਦੇ ਹਾਂ ਗੱਲ। ਥੈਂਕ ਯੂ, ਥੈਂਕ ਯੂ। ਇਸ ਵਕਤ ਸਾਡੇ ਨਾਲ ਆ ਨੀ ਮੈਂ ਸੱਸ ਕੁੱਟਣੀ ਫਿਲਮ ਦੇ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਰਾਜੂ ਵਰਮਾ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਤੁਸੀਂ ਸੁਣਾਓ? PV 37 ਵਾਲੇ ਆ ਗਏ ਰਾਜੂ ਵਰਮਾ ਜੀ, ਘਰਾਂ ਲੜਾਈਆਂ ਪਾਉਣ ਲੱਗੇ ਸਾਨੂੰ ਲੱਗਦਾ।
रिव्यू भी सवेर के बहुत अच्छे आ रहे, ऑडियंस काफ़ी इंजॉय करी है। मेन गल है कि फैमिलीज आ रही फिल्म देख, सब तो वड्डी गल है क्योंकि वो फिल्म बहुत वधिया जाती है, जिदे विच फैमिलियां साडे नाल जुड़ जांदियां ने। ये सारिया फैमिलियां की फिल्म है, हर नूं अपनी सस नूं फिल्म दिखाउण लैके आ रही है भी सस कुट्टणी। उहदे विच फिर जदों फिल्म देखदे तां दूजी कहिंदे भाई नूं भी फैंटती सी सस ने, तुसीं देख के आओ। राजू वर्मा साहब तो अभी यह पूछना चाहते हैं, राजू वर्मा साहब थॉट कि सस कुटती देखी थी? मेरी मम्मी नूं एक दिन कुटिया जा रहा घरवाली वालों। सच्ची गल मजाक कर रहे, मतलब थोड़े जो सिठणियां वगैरह चल रही किसी मैरिज के उतों भी थॉट आया, बाकी घर जो सी मैंने सी भी फिल्म बननी चाहिए संजीदा जे ढंग तो करके फिल्म बनी, तो अच्छ बाबे की कृपा ना बहुत। जो फिल्म लिख रहे थे नहीं सोचते भी इन ससा कट्ठिया कितों कर ससा कट्ठिया कर लगे औखे हुए हैं, जब जतेंद्र कौर मैडम से अगे उन्होंने सस उन्होंने डेटा नहीं मिली नहीं, ससा तो खासियां कट्ठिया हो गई सी। होर हम की चल रहा दिलो दिमाग में, गर्मो गर्मी इन्ने हो पाए, चाह की गर्मी है ये, चाह की गर्मी है। अगे फिल्म हरजीत बाजा खाना वो बायोपिक जल्दी ही अनाउंसमेंट पै जानी है, खब्बी खान टॉम एंड जैरी 12-15 फिल्म मतलब एक्ट हो गए, पी एच डी साढ़े अमृत बाई कर रहे हैं, अमृतवीर पी एच डी कर रहे हैं, फिर वो ड्रामेबाज कर रहे हैं, तो जोड़े पंकज भाजी ना होंगे सके, तो उन्होंने तीन फिल्म ने पता। एक शर्ट लो प्रिंटड जिद उत्ते फिल्मों के नाँ लिखे होड़ियाँ हो जाए टिक जी जी रह गई इदा लिखी जाओ पत्र करो सौखा हो मैं थोड़े पाओ मेरे मेरे पढ़ी जानी है औखी हो इंजॉय कर दें दोबारा लव यू लव। सत श्री अकाल जी, बहुत बहुत स्वागत है ताडा सारे चैनल ते। मैडम बहुत बहुत स्वागत है। थैंक यू जी। नौ तो बहुत सोहनी लग रही है। थैंक यू। सस दे बराबर खड़ना हुण जाके? ओ सस दा मुकाबला नहीं करना, पिछे थोड़ी रहना। तुसीं तो बहुत ज्यादा आज्ञाकार बहु निकले हे ट्रेले च, देखिया सस कटदी आउंदे नहीं? देखो जिद्दां दा ओ मेरा स्वागत करनगे मैं उहदा रिस्पोंस तो करना ही है ना। दुआ च तुहानूं आले दुआले तुहाडे सहुरे हो गए जां पेके हो गए डर गए होणगे वी, इहदा कुड़ी बहुत है। देखो वो करैक्टर है ना, वो स्क्रिप्ट दा जिवें सीगा उहदे अकॉर्डिंग दा, पर्सनल लाइफ च बहुत डिफरेंट हैगी आ। मतलब दिल दे मतलब पर्सनल बवाल भी कड्ढे तुसीं अंदर अपने इस फिल्म दे विच, कुछ रीजां हुंदियां ने जिहड़ियां तुसीं ऑफ कैमरा दा नहीं करदे? नहीं 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 नहीं, इदां दा कुछ नहीं है, वो स्क्रिप्ट दे अकॉर्डिंग सीगा। जोक्स पार्ट वैसे ट्रेलर बहुत सोहणा है, की चल रिहा हुण दिलो दिमाग? बस अही वेट हो रही है हूँ, वैसे रिस्पोंस वधिया आ रहा हूँ, यही है कि सारे देख लैन ते हो रिस्पोंस वधिया मिले, लोगों को पसंद आए, जो असी मेहनत की है वो सारे नु पसंद आए। तुहानू की लगता भी फैमिलीज़ दे विच चेंजेस आउणगियां कुछ ना कुछ फिल्म देखण तो बाद? देखो चेंजेस आ भी रही ने, इदां दी गल नहीं है, हुण आ रहे ने क्योंकि पेर जिहड़े इन लॉज वर्ड हुण बहुत घट यूज हुंदा, पेरेंट्स ही हुंदा, हुण कोई इंट्रोड्यूस भी कराउंदे कि इह मेरे मम्मी पापा, इदां नहीं कहिंदे मेरे सस सहुरा या मेरे इन लॉज ने, ते ओह चेंज बहुत वड्डा आ रहा है। नाले हुण मैनूं लगदा कि जिहड़े वो भी वर्किंग ने इन लॉज भी या मदर इन लॉ, उन्होंने भी पता कि प्रॉब्लम्स आंदियां आफ्टर मैरिज, किदां टैकल करना हुंदा, किदां एडजस्टमेंट करनी हुंदी है, ते ओह गाइड करदे ने, ते बच्चे भी हुण समझदार हो गए उस हिसाब नाल करदे ने। ਤੁਹਾਨੂੰ ਬੋਲੀ ਆਉਂਦੀ ਹੈ ਨਹੀਂ ਮੈਂ ਸੱਸ ਕੁੱਟਣੀ ਕੁੱਟਣੀ ਸੰਦੂਕਾਂ? ਹਾਂਜੀ ਪਾਣੀ ਦਾ ਨਹੀਂ, ਮੈਂ ਦੂਜੀ ਵਾਲੀ ਪਾਉਂਦੀ ਹੈ, ਕਦੇ ਬੋਡਾ ਮਾਰਦੀ ਕਦੇ ਗੋਡਾ ਮਾਰਦੀ ਕਦੇ ਮੋਡਾ ਮਾਰਦੀ ਕਦੇ ਗੋਡਾ ਮਾਰਦੀ ਵੇ ਮੈਂ ਕਰਨੀ ਉਹਦੀ ਮਸਾਜ ਛੱਡ ਕੇ ਸੱਸ ਕੁੱਟਣੀ ਸੱਸ ਕੁੱਟਣੀ ਟੀਵੀ ਦੀ ਉੱਚੀ ਆਵਾਜ਼ ਕਰਕੇ ਸੱਸ ਕੁੱਟਣੀ। ਹੁਣ ਕਿਹਨੂੰ ਦੇ ਰਹੇ ਹੋ ਇੰਡੀਕੇਸ਼ਨ ਤੁਸੀਂ? ਇਹ ਤਾਂ ਅਜੇ ਫਿਲਮ ਵਾਲੇ ਹੁੰਦੇ। ਠੀਕ ਹੈ ਮੈਮ, ਥੈਂਕ ਯੂ ਸੋ ਮਚ ਤੇ ਬੈਸਟ ਆਫ ਲੱਕ। ਥੈਂਕ ਯੂ ਜੀ, ਥੈਂਕ ਯੂ ਸੋ ਮਚ, ਥੈਂਕ ਯੂ। ਤੇ ਨੀ ਮੈਂ ਸੱਸ ਕੁੜੀ ਦੇ ਸਪੈਸ਼ਲ ਪ੍ਰੀਮੀਅਰ ਤੇ ਪਹੁੰਚਿਆ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ, ਤੁਸੀਂ ਸੁਣਾਓ? ਠੀਕ ਠਾਕ। ਮੈਚਿੰਗ ਇੰਟੈਂਸ਼ਨਲੀ ਹੋ ਗਈ ਜਾਂ ਸੋਚ ਸਮਝ ਕੀਤੀ? ਪਤਾ ਨਹੀਂ ਆਪ ਤੋਂ ਹੀ ਹੋ ਗਈ।
ਮੇਰਾ ਤਾਂ ਫੇਵਰੇਟ ਹੈ ਕਲਰ ਜੇ ਬਲੈਕ, ਜਦੋਂ ਮੈਂ ਕਿਤੇ ਜਾਣਾ ਹੋਵੇ ਵਿਆਹ ਸ਼ਾਦੀਆਂ 'ਤੇ, ਮੈਨੂੰ ਹੁੰਦਾ ਵੀ ਬਲੈਕ ਕਲਰ ਪਾਈਏ ਆਪਾਂ, ਸੋ ਇਹਨਾਂ ਦਾ ਵੀ ਸੀ, ਇਹਨਾਂ ਨੇ ਵੀ ਪਾ ਲਿਆ। ਕੁੜੀਆਂ ਨੂੰ ਬਲੈਕ ਕਲਰ ਬਹੁਤ ਪਸੰਦ ਹੁੰਦਾ, ਇਹ ਵੀ ਚਾਲ ਵੀ ਹੋ ਸਕਦੀ ਹੈ ਕਿ ਮੈਂ ਹਾਂ ਹੋ ਸਕਦਾ ਹੈ, ਮੈਂ ਸੋਚਾ ਪਾ ਕੇ ਜਾਂਦਾ, ਕੋਰੇ ਕੋਈ ਪਸੰਦ ਹੀ ਕਰ ਲਵੇ। ਅਤੇ ਡੈਬਿਊ ਕਰਨ ਜਾ ਰਹੇ ਹੋ ਤੁਸੀਂ, ਪਹਿਲਾਂ ਤੁਸੀਂ ਦੱਸੋ ਕੀ ਚੱਲਦਾ, ਤਾਂ ਹਾਰਟ ਬੀਟ ਕਿੰਨੀ ਅੱਜ? ਬਹੁਤ ਤੇਜ਼ ਹੈ, ਸਵੇਰੇ 8 ਵਜੇ ਤਾਂ ਬਹੁਤ ਤੇਜ਼ ਸੀ, ਜਿਵੇਂ ਫਿਰ 10-12 ਵਜੇ ਫਿਰ ਥੋੜ੍ਹਾ ਜਿਹਾ ਠੀਕ ਹੋ ਗਿਆ, ਔਰ ਹੁਣ ਥੋੜ੍ਹੀ ਜਿਹੀ ਐਕਸਾਈਟਮੈਂਟ ਹੋਰ ਵੱਧ ਰਹੀ ਹੈ, ਕਿਉਂਕਿ ਸਾਰਿਆਂ ਦੇ ਜਦੋਂ ਮੈਸੇਜ ਪੜ੍ਹੇ ਮੈਨੂੰ ਲੱਗਿਆ ਕਿ ਸ਼ਾਇਦ ਪਰਮਾਤਮਾ ਨੇ ਸੁਣ ਲਈ ਹੈ, ਸਭ ਕੁਝ ਠੀਕ ਚੱਲ ਰਿਹਾ। ਤੁਸੀਂ ਤਾਂ ਨਾਲ ਪ੍ਰੋਡਿਊਸਰ ਵੀ ਹੋ, ਤੁਹਾਡੀ ਜ਼ਿਆਦਾ ਤੇਜ਼ ਹੋਣੀ ਚਾਹੀਦੀ ਹੈ। ਬਹੁਤ ਜ਼ਿਆਦਾ, ਰਾਤੀ ਤਾਂ ਮੈਨੂੰ ਨੀਂਦ ਵੀ ਨਹੀਂ ਆ ਰਹੀ ਸੀ, ਇੰਨੀ ਟੈਨਸ਼ਨ ਸੀ, ਪਤਾ ਨਹੀਂ ਕੀ ਹੋਏਗਾ ਸਵੇਰੇ, ਜਿਵੇਂ ਰਿਜ਼ਲਟ ਆ ਰਿਹਾ ਹੁੰਦਾ ਨਾ ਪੇਪਰਾਂ ਤੋਂ ਬਾਅਦ, ਉੱਦਾਂ ਦੀ ਨਰਵਸਨੈਸ ਸੀ, ਬਟ ਜਿਵੇਂ ਆਪਾਂ ਸਵੇਰੇ ਉੱਠੇ ਅਰਦਾਸ ਕੀਤੀ ਰੱਬ ਅੱਗੇ, ਅਤੇ ਜਦੋਂ ਅਸੀਂ ਸ਼ੋਜ਼ ਦੇਖੇ, ਲੋਕਾਂ ਦਾ ਰਿਸਪੋਂਸ ਦੇਖਿਆ, ਅਤੇ ਲੋਕ ਸਵੇਰੇ 8 ਵਜੇ ਵੀ ਗਏ ਹੋਏ ਸੀ 8-9 ਵਜੇ ਦੇ ਸ਼ੋਜ਼ ਦੇਖਣ, ਸੋ ਇੰਨੀ ਜ਼ਿਆਦਾ ਮਤਲਬ ਦਿਲੋਂ ਥੈਂਕ ਯੂ ਕਰਦੀ ਹਾਂ ਮੈਂ ਤੁਹਾਡੇ ਸਾਰਿਆਂ ਦਾ, ਕਿਉਂਕਿ ਇਹ ਮੂਮੈਂਟ 'ਤੇ ਅਸੀਂ ਬਹੁਤ ਟਾਈਮ ਤੋਂ ਵੇਟ ਕਰ ਰਹੇ ਸੀ, ਸੋ ਫਾਈਨਲੀ ਇਟਸ ਹੇਅਰ। ਜਿੱਦਾਂ ਇੱਕ ਬਹੁਤ ਵਧੀਆ ਮੈਸੇਜ ਵੀ ਹੈ ਇਸ ਫਿਲਮ ਦੇ ਵਿੱਚ, ਜਿੱਦਾਂ ਇੰਟਰਵਿਊਜ਼ ਵਿੱਚ ਵੀ ਆਪਾਂ ਸੁਣਿਆ ਤੁਹਾਡੀ ਗੱਲ ਨੂੰ, ਕੀ ਲੱਗਦਾ ਵੀ ਕੁਛ ਨਾ ਕੁਛ ਚੇਂਜਿਸ ਆਉਣਗਾ ਘਰਾਂ ਦੇ ਵਿੱਚ? ਬਿਲਕੁਲ, ਮੈਨੂੰ ਲੱਗਦਾ ਵੀ ਪਰਿਵਾਰ ਜਦੋਂ ਸਾਰੇ ਇਸ ਫਿਲਮ ਨੂੰ ਦੇਖਣ ਆਉਣਗੇ ਆਪਣੇ ਸਮੂਹ ਪਰਿਵਾਰ ਦੇ ਨਾਲ, ਜਦੋਂ ਸਾਰੇ ਆਉਣਗੇ ਇਸ ਆਉਣ ਦੋ ਇਹ ਤਾਂ ਜ਼ਰੂਰੀ ਹੈ ਜੀ, ਫਿਰ ਤੁਸੀਂ ਆਓ ਪਲੀਜ਼, ਜ਼ਰੂਰੀ ਹੈ ਪਾਪਾ ਆ ਜਾਓ। ਤੁਸੀਂ ਬਰਾਬਰ ਖੜੇ ਆ, ਤੁਸੀਂ ਕੀ ਕਹਿਣਾ ਚਾਹੋਗੇ? ਕਿੱਦਾਂ ਲੱਗ ਰਿਹਾ ਤੁਹਾਨੂੰ? ਮੈਨੂੰ ਤਾਂ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ, ਕਿਉਂਕਿ ਮੇਰੀ ਤਮੰਨਾ ਸੀਗੀ, ਮੈਂ ਬਾਬਾ ਜੀ ਕੇ ਅਰਦਾਸਾਂ ਕਰਦੀ ਸੀ ਕਿ ਮੇਰੀ ਬੇਟੀ ਵੱਡੇ ਪਰਦੇ ਤੇ ਆਵੇ। ਇਹ ਮਾਂ ਦਾ ਜਿਹੜਾ ਪਿਆਰ ਹੈ ਜੀ ਨੇ ਅੱਜ ਮੇਰੀ ਅਰਦਾਸ ਦੇਖ ਰਿਹਾ, ਇਹ ਤਮੰਨਾ ਤਾਂ ਨਹੀਂ ਸੀਗੀ ਵੀ ਸਹੁਰੇ ਘਰ ਜਾ ਕੇ ਸੱਸ ਨੂੰ ਕੁੱਟੇ? ਨਹੀਂ ਜੀ ਨਹੀਂ, ਕਿਉਂਕਿ ਜੋ ਮੈਂ ਪਿਆਰ ਕਰਦੀ ਸੀ ਆਪਣੀ ਸੱਸ ਨਾਲ, ਤਾਂ ਮੇਰੀ ਬੇਟੀ ਵੀ ਇਹੀ ਸਿੱਖੇਗੀ ਕਿ ਆਪਣੀ ਸੱਸ ਨਾਲ ਪਿਆਰ ਕਰੋ। ਬੈਸਟ ਆਫ ਲੱਕ, ਆਪਾਂ ਮੂਵੀ ਦੇਖਦੇ ਹਾਂ ਫਿਰ ਕਰਦੇ ਹਾਂ ਗੱਲ। ਥੈਂਕ ਯੂ। ਇਸ ਵਕਤ ਸਾਡੇ ਨਾਲ ਆ ਨੀ ਮੈਂ ਸੱਸ ਕੁੱਟਣੀ ਫਿਲਮ ਦੇ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਰਾਜੂ ਵਰਮਾ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਕਹਿਣਾ ਤੁਸੀਂ ਸੁਣਾਓ, PV 37 ਵਾਲੇ ਆ ਗਏ। ਰਾਜੂ ਵਰਮਾ ਜੀ, ਘਰਾਂ 'ਚ ਲੜਾਈਆਂ ਪਾਉਣ ਲੱਗੇ ਸਾਨੂੰ ਲੱਗਦਾ। ਲੜਾਈਆਂ 2 ਰੁਪਈਏ ਬਣਦੇ, ਹੁਣ ਥੋੜ੍ਹੀ ਮੋਟੀ ਪਾ ਲੈਣੀ ਚਾਹੀਦੀ ਹੈ। ਕੰਟਰੋਵਰਸੀ ਦੇ ਪੈਸੇ ਮੈਂ ਕਹਿੰਦਾ ਜ਼ਿਆਦਾ ਬਣਦੇ ਅੱਜ ਕੱਲ੍ਹ। ਉਹੀ ਗੱਲ ਹੈ, ਅਤੇ ਬਾਬੇ ਦੀ ਕਿਰਪਾ ਨਾਲ ਖਚਾ ਖਚ ਭਰਿਆ ਹੋਇਆ ਹਾਲ ਦੇਖ ਕੇ ਮਜ਼ਾ ਆ ਰਿਹਾ। ਰਿਵਿਊ ਵੀ ਸਵੇਰ ਦੇ ਬਹੁਤ ਅੱਛੇ ਆ ਰਹੇ, ਆਡੀਅੰਸ ਕਾਫੀ ਇੰਜੋਏ ਕਰੀ ਹੈ, ਮੇਨ ਗੱਲ ਇਹ ਹੈ ਕਿ ਫੈਮਿਲੀਜ਼ ਆ ਰਹੀਆਂ ਫਿਲਮ ਦੇਖਣ। ਸਭ ਤੋਂ ਵੱਡੀ ਗੱਲ ਹੈ, ਕਿਉਂਕਿ ਉਹ ਫਿਲਮ ਬਹੁਤ ਵਧੀਆ ਜਾਂਦੀ ਹੈ, ਜਿਹਦੇ ਵਿੱਚ ਫੈਮਿਲੀਆਂ ਸਾਡੇ ਨਾਲ ਜੁੜ ਜਾਂਦੀਆਂ ਨੇ। ਇਹਦੇ ਵਿੱਚ ਸਾਰੀਆਂ ਫੈਮਿਲੀਆਂ ਦੀ ਫਿਲਮ ਹੈ, ਹਰ ਨੂੰ ਆਪਣੀ ਸੱਸ ਨੂੰ ਫਿਲਮ ਦਿਖਾਉਣ ਲੈ ਕੇ ਆ ਰਹੀ ਹੈ ਵੀ ਸੱਸ ਕੁੱਟਣੀ। ਉਹਦੇ ਵਿੱਚ ਫਿਰ ਜਦੋਂ ਫਿਲਮ ਦੇਖਦੇ ਆ ਤਾਂ ਦੂਜੀ ਕਹਿੰਦੇ ਭਾਈ ਨੂੰ ਵੀ ਫੈਂਟਤੀ ਸੱਸ ਨੇ, ਤੁਸੀਂ ਦੇਖ ਕੇ ਆਓ। ਰਾਜੂ ਵਰਮਾ ਸਾਹਿਬ, ਤੁਸੀਂ ਇਹ ਪੁੱਛਣਾ ਚਾਹੁੰਦੇ ਹਾਂ, ਰਾਜੂ ਵਰਮਾ ਸਾਹਿਬ ਥੋਟ ਕਿਹੜੀ ਸੱਸ ਕੁੱਟਦੀ ਦੇਖੀ ਸੀ? ਮੇਰੀ ਮੰਮੀ ਨੂੰ ਇੱਕ ਦਿਨ ਕੁੱਟਿਆ ਜਾ ਰਿਹਾ ਸੀ ਮੇਰੀ ਘਰਵਾਲੀ ਵੱਲੋਂ। ਸੱਚੀ ਗੱਲ, ਮਜ਼ਾਕ ਕਰ ਰਹੇ, ਮਤਲਬ ਥੋੜ੍ਹੇ ਜਦੋਂ ਸਿੱਠਣੀਆਂ ਵਗੈਰਾ ਚੱਲ ਰਹੀਆਂ ਸੀ ਕਿਸੇ ਮੈਰਿਜ ਦੇ ਵਿੱਚ, ਉੱਥੋਂ ਵੀ ਥੋਟ ਆਇਆ। ਬਾਕੀ ਘਰਾਂ ਦੇ ਵਿੱਚ ਜੋ ਸੀ ਮੈਨੂੰ ਸੀ ਵੀ ਉੱਥੇ ਫਿਲਮ ਬਣਨੀ ਚਾਹੀਦੀ ਹੈ ਸੰਜੀਦਾ ਜਿਹੇ ਢੰਗ ਨਾਲ, ਅਤੇ ਉਹਦੇ ਕਰਕੇ ਫਿਲਮ ਬਣੀ ਅਤੇ ਅੱਜ ਬਾਬੇ ਦੀ ਕਿਰਪਾ ਨਾਲ ਬਹੁਤ। ਜਦੋਂ ਫਿਲਮ ਲਿਖ ਰਹੇ ਸੀ, ਇਹ ਨਹੀਂ ਸੋਚਦੇ ਇੰਨੀਆਂ ਸੱਸਾਂ ਇਕੱਠੀਆਂ ਕਿੱਥੋਂ ਕਰਨੀਆਂ? ਸੱਸਾਂ ਇਕੱਠੀਆਂ ਕਰਨ ਲੱਗੇ ਔਖੇ ਹੋਏ ਆ, ਜਦੋਂ ਜਤਿੰਦਰ ਕੌਰ ਮੈਡਮ ਸੀ ਅੱਗੇ ਉਹਨਾਂ ਦੀ ਸੱਸ, ਉਹਨਾਂ ਦੀਆਂ ਡੇਟਾਂ ਨਹੀਂ ਮਿਲੀਆਂ, ਨਹੀਂ ਸੱਸਾਂ ਤਾਂ ਖਾਸੀਆਂ ਇਕੱਠੀਆਂ ਹੋ ਗਈਆਂ ਸੀ। ਅਤੇ ਹੋਰ ਹੁਣ ਕੀ ਚੱਲ ਰਿਹਾ ਦਿਲੋ ਦਿਮਾਗ ਦੇ ਵਿੱਚ? ਗਰਮੋ ਗਰਮੀ ਇੰਨੇ ਹੋਏ ਪਏ, ਚਾਹ ਦੀ ਗਰਮੀ ਹੈ? ਇਹ ਚਾਹ ਦੀ ਗਰਮੀ ਹੈ। ਅੱਗੇ ਫਿਲਮ ਹਰਜੀਤ ਬਾਜਾ ਖਾਨਾ, ਉਹਦੀ ਬਾਇਓਪਿਕ ਜਲਦੀ ਹੀ ਅਨਾਊਂਸਮੈਂਟ ਪੈ ਜਾਣੀ ਹੈ। ਖੱਬੀ ਖਾਨ, ਟੌਮ ਐਂਡ ਜੈਰੀ, 12-15 ਫਿਲਮਾਂ ਮਤਲਬ ਐਕਟ ਹੋ ਗਏ ਨੇ। PhD ਸਾਡੇ ਅੰਮ੍ਰਿਤ ਬਾਈ ਕਰ ਰਹੇ ਨੇ, ਅੰਮ੍ਰਿਤਵੀਰ PhD ਕਰ ਰਹੇ ਨੇ, ਫਿਰ ਉਹ ਡਰਾਮੇਬਾਜ਼ ਕਰ ਰਹੇ ਨੇ, ਅਤੇ ਜਿਹੜੇ ਪੰਕਜ ਭਾਜੀ ਨਾਲ ਹੁੰਦੇ ਸੀਗੇ, ਅਤੇ ਉਹਨਾਂ ਦੀਆਂ 3 ਫਿਲਮਾਂ ਨੇ। ਪਤਾ ਇੱਕ ਸ਼ਰਟ ਲਓ ਪ੍ਰਿੰਟਡ, ਜਿਹਦੇ ਉੱਤੇ ਐਂ ਫਿਲਮਾਂ ਦੇ ਨਾਂ ਲਿਖੇ ਹੋਣ, ਜਿਹੜੀਆਂ ਹੋ ਜਾਂਦੀਆਂ ਟਿੱਕ, ਜਿਹੜੀ ਜਿਹੜੀ ਰਹਿ ਗਈ ਉਹ ਇੱਦਾਂ ਲਿਖੀ ਜਾਓ, ਪੱਤਰਕਾਰਾਂ ਨੂੰ ਸੌਖਾ ਹੋ ਜਾਊਗਾ। ਮੈਂ ਤੁਹਾਡੇ ਪਾਉਂ, ਮੇਰੇ ਪੜ੍ਹੀ ਜਾਣੀਆਂ ਔਖੀ ਹੋ ਗਈ। ਇੰਜੋਏ ਕਰਦੇ ਹਾਂ ਦੁਬਾਰਾ, ਉਹਨੇ ਲਵ ਯੂ ਲਵ। ਐਕਸਪੀਰੀਅੰਸ ਲੱਗਦਾ ਲੇਕਿਨ ਉਹਨਾਂ ਸਾਨੂੰ ਪਿਆਰ ਨਹੀਂ।
ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਮੈਡਮ। ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ। ਨੌ ਤਾਂ ਬਹੁਤ ਸੋਹਣੀ ਲੱਗ ਰਹੀ ਹੈ। ਥੈਂਕ ਯੂ। ਸੱਸ ਦੇ ਬਰਾਬਰ ਖੜਨਾ ਹੁਣ ਜਾ ਕੇ ਜੀ? ਉਹ ਸੱਸ ਦਾ ਮੁਕਾਬਲਾ ਨਹੀਂ ਕਰਨਾ, ਪਿੱਛੇ ਥੋੜੀ ਰਹਿਣਾ। ਤੁਸੀਂ ਤਾਂ ਬਹੁਤ ਜ਼ਿਆਦਾ ਆਗਿਆ ਕਰ ਬਹੂ ਨਿਕਲੇ ਸੀ ਟ੍ਰੇਲੇ 'ਚ, ਦੇਖਿਆ ਸੱਸ ਕੱਟਦੀ ਆਉਂਦੇ। ਨਹੀਂ ਦੇਖੋ, ਜਿੱਦਾਂ ਦਾ ਉਹ ਮੇਰਾ ਸਵਾਗਤ ਕਰਨਗੇ ਮੈਂ ਉਹਦਾ ਰਿਸਪੌਂਸ ਤਾਂ ਕਰਨਾ ਹੀ ਹੈ ਨਾ। ਦੁਆ 'ਚ ਤੁਹਾਨੂੰ ਆਲੇ ਦੁਆਲੇ ਤੁਹਾਡੇ ਸਹੁਰੇ ਹੋ ਗਏ ਜਾਂ ਪੇਕੇ ਹੋ ਗਏ, ਡਰ ਗਏ ਹੋਣਗੇ ਵੀ ਇਹ ਤਾਂ ਕੁੜੀ ਬਹੁਤ ਆ। ਦੇਖੋ ਉਹ ਕਰੈਕਟਰ ਹੈ ਨਾ, ਉਹ ਸਕ੍ਰਿਪਟ ਦਾ ਜਿਵੇਂ ਸੀਗਾ ਉਹਦੇ ਅਕੋਰਡਿੰਗ ਹੀ ਤਾਂ। ਪਰਸਨਲ ਲਾਈਫ 'ਚ ਬਹੁਤ ਡਿਫਰੈਂਟ ਹੈਗੀ ਆ। ਮਤਲਬ ਦਿਲ ਦੇ ਮਤਲਬ ਪਰਸਨਲ ਬਵਾਲ ਵੀ ਕੱਢੇ ਤੁਸੀਂ ਅੰਦਰ ਆਪਣੇ ਇਸ ਫਿਲਮ ਦੇ ਵਿੱਚ, ਕੁਝ ਰੀਝਾਂ ਹੁੰਦੀਆਂ ਨਾ ਜਿਹੜੀਆਂ ਤੁਸੀਂ ਆਫ ਕੈਮਰਾ ਤਾਂ ਨਹੀਂ ਕਰਦੇ? ਨਹੀਂ, ਇੱਦਾਂ ਦਾ ਕੁਛ ਨਹੀਂ ਹੈ, ਉਹ ਸਕ੍ਰਿਪਟ ਦੇ ਅਕੋਰਡਿੰਗ ਸੀਗਾ। ਜੋਕਸ ਪਾਰਟ ਵੈਸੇ ਟ੍ਰੇਲਰ ਬਹੁਤ ਸੋਹਣਾ ਹੈ, ਕੀ ਚੱਲ ਰਿਹਾ ਹੁਣ ਦਿਲੋਂ ਦਿਮਾਗ? ਬਸ ਅਸੀਂ ਵੇਟ ਹੋ ਰਹੀ ਹੈ ਹੁਣ, ਵੈਸੇ ਰਿਸਪੋਂਸ ਵਧੀਆ ਆ ਰਿਹਾ ਹੁਣ, ਇਹ ਹੀ ਹੈ ਕਿ ਸਾਰੇ ਦੇਖ ਲੈਣ ਅਤੇ ਹੋਰ ਰਿਸਪੋਂਸ ਵਧੀਆ ਮਿਲੇ, ਲੋਕਾਂ ਨੂੰ ਪਸੰਦ ਆਏ, ਜਿਹੜੇ ਅਸੀਂ ਮਿਹਨਤ ਕੀਤੀ ਹੈ ਉਹ ਸਾਰਿਆਂ ਨੂੰ ਪਸੰਦ ਆਏ। ਅਤੇ ਤੁਹਾਨੂੰ ਕੀ ਲੱਗਦਾ ਵੀ ਫੈਮਿਲੀਜ਼ ਦੇ ਵਿੱਚ ਚੇਂਜਿਸ ਆਉਣਗੀਆਂ ਕੁਛ ਨਾ ਕੁਛ ਫਿਲਮ ਦੇਖਣ ਤੋਂ ਬਾਅਦ? ਦੇਖੋ, ਚੇਂਜਿਸ ਆ ਵੀ ਰਹੀਆਂ ਨੇ, ਇੱਦਾਂ ਦੀ ਗੱਲ ਨਹੀਂ ਹੈ, ਹੁਣ ਆ ਰਹੇ ਨੇ ਕਿਉਂਕਿ ਪੇਰ ਜਿਹੜੇ ਇਨ ਲੋਸ ਵਰਡ ਹੁਣ ਬਹੁਤ ਘੱਟ ਯੂਜ਼ ਹੁੰਦਾ, ਪੇਰੈਂਟਸ ਹੀ ਹੁੰਦਾ ਹੁਣ, ਕੋਈ ਇੰਟਰਡਿਊਸ ਵੀ ਕਰਾਉਂਦੇ ਕਿ ਇਹ ਮੇਰੇ ਮੰਮੀ ਪਾਪਾ, ਇੱਦਾਂ ਨਹੀਂ ਕਹਿੰਦੇ ਮੇਰੇ ਸੱਸ ਸਹੁਰਾ ਜਾਂ ਮੇਰੇ ਇਨ ਲੋਸ ਨੇ, ਅਤੇ ਉਹ ਚੇਂਜ ਬਹੁਤ ਵੱਡਾ ਆ ਰਿਹਾ। ਨਾਲੇ ਹੁਣ ਮੈਨੂੰ ਲੱਗਦਾ ਕਿ ਜਿਹੜੇ ਉਹ ਵੀ ਵਰਕਿੰਗ ਨੇ ਇਨ ਲੋਸ ਵੀ ਜਾਂ ਮਦਰ ਇਨ ਲੋ, ਉਹਨਾਂ ਨੂੰ ਵੀ ਪਤਾ ਕਿ ਪ੍ਰੋਬਲਮਸ ਆਉਂਦੀਆਂ ਆਫਟਰ ਮੈਰਿਜ, ਕਿੱਦਾਂ ਟੈਕਲ ਕਰਨਾ ਹੁੰਦਾ, ਕਿੱਦਾਂ ਐਡਜਸਟਮੈਂਟ ਕਰਨੀ ਹੁੰਦੀ ਹੈ, ਅਤੇ ਉਹ ਗਾਈਡ ਕਰਦੇ ਨੇ, ਅਤੇ ਬੱਚੇ ਵੀ ਹੁਣ ਸਮਝਦਾਰ ਹੋ ਗਏ ਉਸ ਹਿਸਾਬ ਨਾਲ ਕਰਦੇ ਨੇ। ਤੁਹਾਨੂੰ ਬੋਲੀ ਆਉਂਦੀ ਹੈ ਨਹੀਂ ਮੈਂ ਸੱਸ ਕੁੱਟਣੀ ਕੁੱਟਣੀ ਸੰਦੂਕਾਂ? ਹਾਂਜੀ, ਪਾਉਣੀ ਤਾਂ ਨਹੀਂ, ਮੈਂ ਦੂਜੀ ਵਾਲੀ ਪਾਉਂਦੀ ਹੈ। ਕਦੇ ਬੋਡਾ ਮਾਰਦੀ, ਕਦੇ ਗੋਡਾ ਮਾਰਦੀ, ਕਦੇ ਮੋਢਾ ਮਾਰਦੀ, ਕਦੇ ਗੋਡਾ ਮਾਰਦੀ, ਵੇ ਮੈਂ ਕਰਨੀ ਉਹਦੀ ਮਸਾਜ ਛੱਡ ਕੇ, ਸੱਸ ਕੁੱਟਣੀ ਸੱਸ ਕੁੱਟਣੀ, ਟੀਵੀ ਦੀ ਉੱਚੀ ਆਵਾਜ਼ ਕਰਕੇ ਸੱਸ ਕੁੱਟਣੀ। ਇਹ ਹੁਣ ਕਿਹਨੂੰ ਦੇ ਰਹੇ ਹੋ ਇੰਡੀਕੇਸ਼ਨ ਤੁਸੀਂ? ਇਹ ਤਾਂ ਹਜੇ ਫਿਲਮ ਵਾਲੇ ਹੁੰਦੇ। ਠੀਕ ਹੈ ਮੈਮ, ਥੈਂਕ ਯੂ ਸੋ ਮਚ, ਤੇ ਬੈਸਟ ਆਫ ਲੱਕ। ਥੈਂਕ ਯੂ ਜੀ, ਥੈਂਕ ਯੂ ਸੋ ਮਚ, ਥੈਂਕ ਯੂ। ਤੇ ਨੀ ਮੈਂ ਸੱਸ ਕੁੱਟਣੀ ਦੇ ਸਪੈਸ਼ਲ ਪ੍ਰੀਮੀਅਰ ਤੇ ਪਹੁੰਚਿਆ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ, ਤੁਸੀਂ ਸੁਣਾਓ? ਠੀਕ ਠਾਕ। ਮੈਚਿੰਗ ਇੰਟੈਂਸ਼ਨਲੀ ਹੋ ਗਈ ਜਾਂ ਸੋਚ ਸਮਝ ਕੀਤੀ? ਪਤਾ ਨਹੀਂ, ਆਪ ਹੀ ਹੋ ਗਈ। ਮੇਰਾ ਤਾਂ ਫੇਵਰੇਟ ਆ ਕਲਰ ਜ ਬਲੈਕ, ਜਦੋਂ ਮੈਂ ਕਿਤੇ ਜਾਣਾ ਹੋਵੇ ਵਿਆਹ ਸ਼ਾਦੀਆਂ 'ਤੇ, ਮੈਨੂੰ ਹੁੰਦਾ ਵੀ ਬਲੈਕ ਕਲਰ ਪਾਈ ਆਪਾਂ, ਸੋ ਇਹਨਾਂ ਦਾ ਵੀ ਸੀ, ਇਹਨਾਂ ਨੇ ਵੀ ਪਾ ਲਿਆ। ਕੁੜੀਆਂ ਨੂੰ ਬਲੈਕ ਕਲਰ ਬਹੁਤ ਪਸੰਦ ਹੁੰਦਾ, ਇਹ ਵੀ ਚਾਲ ਵੀ ਹੋ ਸਕਦੀ ਹੈ ਕਿ ਮੈਂ? ਹਾਂ, ਹੋ ਸਕਦਾ ਹੈ, ਮੈਂ ਸੋਚਿਆ ਪਾ ਕੇ ਜਾਂਦਾ, ਕੋਰੇ ਕੋਈ ਪਸੰਦ ਹੀ ਕਰ ਲਵੇ। ਅਤੇ ਡੈਬਿਊ ਕਰਨ ਜਾ ਰਹੇ ਹੋ ਤੁਸੀਂ, ਪਹਿਲਾਂ ਤੁਸੀਂ ਦੱਸੋ ਕੀ ਚੱਲਦਾ, ਤਾਂ ਹਾਰਟ ਬੀਟ ਕਿੰਨੀ ਅੱਜ? ਬਹੁਤ ਤੇਜ਼ ਹੈ, ਸਵੇਰੇ 8 ਵਜੇ ਤਾਂ ਬਹੁਤ ਤੇਜ਼ ਸੀ, ਜਿਵੇਂ ਫਿਰ 10-12 ਵਜੇ ਫਿਰ ਥੋੜ੍ਹਾ ਜਿਹਾ ਠੀਕ ਹੋ ਗਿਆ, ਔਰ ਹੁਣ ਥੋੜ੍ਹੀ ਜਿਹੀ ਐਕਸਾਈਟਮੈਂਟ ਹੋਰ ਵੱਧ ਰਹੀ ਹੈ, ਕਿਉਂਕਿ ਸਾਰਿਆਂ ਦੇ ਜਦੋਂ ਮੈਸੇਜ ਪੜ੍ਹੇ ਮੈਨੂੰ ਲੱਗਿਆ ਕਿ ਸ਼ਾਇਦ ਪਰਮਾਤਮਾ ਨੇ ਸੁਣ ਲਈ ਹੈ, ਸਭ ਕੁਛ ਠੀਕ ਚੱਲ ਰਿਹਾ। ਤੁਸੀਂ ਤਾਂ ਨਾਲ ਪ੍ਰੋਡਿਊਸਰ ਵੀ ਹੋ, ਤੁਹਾਡੀ ਜ਼ਿਆਦਾ ਤੇਜ਼ ਹੋਣੀ ਚਾਹੀਦੀ। ਬਹੁਤ ਜ਼ਿਆਦਾ, ਰਾਤੀ ਤਾਂ ਮੈਨੂੰ ਨੀਂਦ ਵੀ ਨਹੀਂ ਆ ਰਹੀ ਸੀ, ਇੰਨੀ ਟੈਨਸ਼ਨ ਸੀ, ਪਤਾ ਨਹੀਂ ਕੀ ਹੋਏਗਾ ਸਵੇਰੇ, ਜਿਵੇਂ ਰਿਜ਼ਲਟ ਆ ਰਿਹਾ ਹੁੰਦਾ ਨਾ ਪੇਪਰਾਂ ਤੋਂ ਬਾਅਦ, ਉੱਦਾਂ ਦੀ ਨਰਵਸਨੈਸ ਸੀ, ਬਟ ਜਿਵੇਂ ਆਪਾਂ ਸਵੇਰੇ ਉੱਠੇ ਅਰਦਾਸ ਕੀਤੀ ਰੱਬ ਅੱਗੇ, ਅਤੇ ਜਦੋਂ ਅਸੀਂ ਸ਼ੋਜ਼ ਦੇਖੇ, ਲੋਕਾਂ ਦਾ ਰਿਸਪੋਂਸ ਦੇਖਿਆ, ਅਤੇ ਲੋਕ ਸਵੇਰੇ 8 ਵਜੇ ਵੀ ਗਏ ਹੋਏ ਸੀ 8-9 ਵਜੇ ਦੇ ਸ਼ੋਜ਼ ਦੇਖਣ, ਸੋ ਇੰਨੀ ਜ਼ਿਆਦਾ ਮਤਲਬ ਦਿਲੋਂ ਥੈਂਕ ਯੂ ਕਰਦੀ ਹਾਂ ਮੈਂ ਤੁਹਾਡੇ ਸਾਰਿਆਂ ਦਾ, ਕਿਉਂਕਿ ਇਹ ਮੂਮੈਂਟ 'ਤੇ ਅਸੀਂ ਬਹੁਤ ਟਾਈਮ ਤੋਂ ਵੇਟ ਕਰ ਰਹੇ ਸੀ, ਸੋ ਫਾਈਨਲੀ ਇਟਸ ਹੇਅਰ। ਜਿੱਦਾਂ ਇੱਕ ਬਹੁਤ ਵਧੀਆ ਮੈਸੇਜ ਵੀ ਹੈ ਇਸ ਫਿਲਮ ਦੇ ਵਿੱਚ, ਜਿੱਦਾਂ ਇੰਟਰਵਿਊਜ਼ ਵਿੱਚ ਵੀ ਆਪਾਂ ਸੁਣਿਆ ਤੁਹਾਡੀ ਗੱਲ ਨੂੰ, ਕੀ ਲੱਗਦਾ ਵੀ ਕੁਛ ਨਾ ਕੁਛ ਚੇਂਜਿਸ ਆਉਣਗਾ ਘਰਾਂ ਦੇ ਵਿੱਚ? ਬਿਲਕੁਲ, ਮੈਨੂੰ ਲੱਗਦਾ ਵੀ ਪਰਿਵਾਰ ਜਦੋਂ ਸਾਰੇ ਇਸ ਫਿਲਮ ਨੂੰ ਦੇਖਣ ਆਉਣਗੇ ਆਪਣੇ ਸਮੂਹ ਪਰਿਵਾਰ ਦੇ ਨਾਲ, ਜਦੋਂ ਸਾਰੇ ਆਉਣਗੇ ਇਸ ਆਉਣ ਦੋ, ਇਹ ਤਾਂ ਜ਼ਰੂਰੀ ਹੈ ਜੀ, ਫਿਰ ਤੁਸੀਂ ਆਓ ਪਲੀਜ਼। ਖੜੋ ਪਲੀਜ਼, ਆਪਾਂ ਪਹਿਲਾਂ ਪਾਪਾ ਦੇ ਵਿਚਾਰ ਲੈਂਦੇ ਹਾਂ, ਫਿਰ ਉਹਨੂੰ ਕੰਟੀਨਿਊ ਕਰਾਂਗੇ। ਕੀ ਕਹਿਣਾ ਚਾਹੋਗੇ ਅੱਜ? ਹਾਂਜੀ, ਕੀ ਕਹਿਣਾ ਚਾਹੁੰਗੇ ਤੁਸੀਂ? ਤੁਹਾਡੀ ਕੁੜੀ ਦੀ ਫਿਲਮ ਆ ਰਹੀ, ਬਹੁਤ ਵਧੀਆ ਫਿਲਮ ਹੈ, ਸੱਸ ਕੁੱਟਣੀ। ਹਾਂਜੀ, ਬਹੁਤ ਵਧੀਆ ਫਿਲਮ ਹੈ। ਤੁਹਾਡੀ ਕੁੜੀ ਜੇ ਕਦੇ ਸੱਚੀ ਨਾਲ ਸੱਸ ਨੂੰ ਕੱਟ ਦੇ, ਔਖਾ ਹੋ ਜੂ। ਹਾਂਜੀ, ਹਾਂਜੀ, ਬਹੁਤ ਵਧੀਆ ਫਿਲਮ ਹੈ। ਤੁਸੀਂ ਕੀ ਕਹਿਣਾ ਅੱਜ ਪੇਰੈਂਟਸ ਨੂੰ? ਇੰਨਾ ਪ੍ਰਾਊਡ ਫੀਲ ਹੁੰਦਾ ਨਾ ਜਦੋਂ ਬਰਾਬਰ ਖੜੇ ਆ, ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਕਿੱਦਾਂ ਲੱਗ ਰਿਹਾ ਤੁਹਾਨੂੰ ਇਹ? ਮੈਨੂੰ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ, ਕਿਉਂਕਿ ਮੇਰੀ ਤਮੰਨਾ ਸੀਗੀ, ਮੈਂ ਬਾਬਾ ਜੀ ਕੇ ਅਰਦਾਸਾਂ ਕਰਦੀ ਸੀ ਕਿ ਮੇਰੀ ਬੇਟੀ ਵੱਡੇ ਪਰਦੇ ਤੇ ਆਵੇ। ਇਹ ਮਾਂ ਦਾ ਜਿਹੜਾ ਪਿਆਰ ਹੈ ਜੀ ਨੇ ਅੱਜ ਮੇਰੀ ਅਰਦਾਸ ਦੇਖ ਰਿਹਾ। ਇਹ ਤਮੰਨਾ ਤਾਂ ਨਹੀਂ ਸੀਗੀ ਵੀ ਸਹੁਰੇ ਘਰ ਜਾ ਕੇ ਸੱਸ ਨੂੰ ਕੁੱਟੇ? ਨਹੀਂ ਜੀ, ਨਹੀਂ, ਕਿਉਂਕਿ ਜੋ ਮੈਂ ਪਿਆਰ ਕਰਦੀ ਸੀ ਆਪਣੀ ਸੱਸ ਨਾਲ, ਤਾਂ ਮੇਰੀ ਬੇਟੀ ਵੀ ਇਹੀ ਸਿੱਖੇਗੀ ਕਿ ਆਪਣੀ ਸੱਸ ਨਾਲ ਪਿਆਰ ਕਰੋ। ਬੈਸਟ ਆਫ ਲੱਕ, ਆਪਾਂ ਮੂਵੀ ਦੇਖਦੇ ਹਾਂ, ਫਿਰ ਕਰਦੇ ਹਾਂ ਗੱਲ। ਥੈਂਕ ਯੂ, ਥੈਂਕ ਯੂ। ਇਸ ਵਕਤ ਸਾਡੇ ਨਾਲ ਆ ਨੀ ਮੈਂ ਸੱਸ ਕੁੱਟਣੀ ਫਿਲਮ ਦੇ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਰਾਜੂ ਵਰਮਾ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਤੁਸੀਂ ਸੁਣਾਓ? PV 37 ਵਾਲੇ ਆ ਗਏ ਰਾਜੂ ਵਰਮਾ ਜੀ, ਘਰਾਂ ਲੜਾਈਆਂ ਪਾਉਣ
रिव्यू भी सवेर के बहुत अच्छे आ रहे हैं, ऑडियंस काफ़ी इंजॉय करी है। मेन गल है कि फैमिलीज आ रही फिल्म देख, सब तो वड्डी गल है क्योंकि वो फिल्म बहुत वधिया जाती है जिहदे विच फैमिलियां साडे नाल जुड़ जांदियां ने। ये सारिया फैमिलियां की फिल्म है, हर नूँ अपनी सासू नूं फिल्म दिखाउण लैके आ रही है भी सस कुटनी। उहदे विच फिर जदों फिल्म देखदे तां दूजी कहिंदे भाई नूँ भी फैंटती दी सस ने, तुसीं देख के आओ। राजू वर्मा साहब तो अभी यह पूछना चाहते हैं, राजू वर्मा साहब थॉट कि सस कुटती देखी थी? मेरी मम्मी नूं एक दिन कुटिया जा रहा मेरी वालों, सच्ची गल मजाक कर रहे, मतलब थोड़े जो सिठड़ियाँ वगैरह चल रही किसी मैरिज के उतों भी थॉट आया। बाकी घर जो सी मैंने सी भी तो फिल्म बननी चाहिए संजीदा जे ढंग तो वे करके फिल्म बनी थे अच्छ बाबे की कृपा ना। बहुत जो फिल्म लिख रहे थे नहीं सोचते भी इन ससा कट्ठिया कितों कर ससा कट्ठिया कर लगे औखे हुए हैं, जिदा जतेंद्र कौर मैडम से अगे उन्होंने सस उन्होंने डेटा नहीं मिली नहीं, ससा तो खासियाँ कट्ठिया हो गई सी। होर हम की चल रहा दिलो दिमाग गर्मो गर्मी इन्ने हो पाए, चाह की गर्मी है ये चाह की गर्मी है। अगे फिल्म हरजीत बाजा खाना वो बायोपिक जल्दी ही अनाउंसमेंट पै जानी है। खब्बी खान, टॉम एंड जैरी, 12-15 फिल्म मतलब एक्ट हो गए। पी एच डी साढ़े अमृत बाई कर रहे हैं, अमृतवीर पी एच डी कर रहे हैं, फिर वो ड्रामेबाज कर रहे हैं, तो जेडे पंकज भाजी ना होंगे सके तो उन्होंने तीन फिल्म ने। पता एक शर्ट लो प्रिंटड जिद उत्ते फिल्मों के नाँ लिखे हो जाए टिक जी जी रह गई इदा लिखी हो पत्र करो सौखा हो मैं थोड़े पाओ मेरे मेरे पढ़ी जानी है औखी हो इंजॉय कर दें दोबारा लव यू लव। सत श्रीकाल जी, बहुत बहुत स्वागत है ताडा सारे चैनल ते। मैडम बहुत बहुत स्वागत है, थैंक यू जी। नौ तो बहुत सोहनी लग रही है थैंक यू। सस दे बराबर खड़ना हुण जाके, सस दा मुकाबला नहीं करना, पिछे थोड़ी रहना तुसी तो बहुत ज्यादा आ गया कर बहू निकले हे ट्रेले च देखिया सस कटती आंदे नहीं देखो जिद्दां दा ओ मेरा स्वागत करनगे मैं उहदा रिस्पोंस तो करना ही है ना दुआ च तुहानू आले दुआले तुहाडे सहुरे हो गए जां पेके हो गए डर गए होणगे वी ते कुड़ी बहुत है। देखो वो करैक्टर है ना, वो स्क्रिप्ट दा जिवें सीगा उहदे अकॉर्डिंग ही दा, पर्सनल लाइफ च बहुत डिफरेंट हैगी आ मतलब दिल दे मतलब पर्सनल बवाल भी कढ़े तुसी अंदर अपने इस फिल्म दे विच कुछ रीजा हुंदी है ना जिहड़ियां तुसी ऑफ कैमरा तो नहीं करदे? नहीं 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 इदां दा कुछ नहीं है, स्क्रिप्ट दे अकॉर्डिंग सीगा जोक्स पार्ट। वैसे ट्रेलर बहुत सोहणा है, की चल रिहा हुण दिलो दिमाग? बस अही वेट हो रही है हूँ, वैसे रिस्पोंस वधिया आ रहा हूँ, यही है कि सारे देख लैन तो होर रिस्पोंस वधिया मिले, लोगों को पसंद आए, जो असी मेहनत की है वो सारे पसंद आए। तुहानू की लगता भी फैमिलीज़ दे विच चेंजेस आउणगियां कुछ ना कुछ फिल्म देखने तो बाद? देखो चेंजेस आ भी रही ने, इदा की गल नहीं हूँ आ रहे हैं क्योंकि पेर जे इन लॉज वर्ड हूँ बहुत घट यूज़ होंगे, पेरेंट्स ही होंगे हूँ, कोई इंट्रोड्यूस भी कराते कि मेरे मम्मी पापा इदा नहीं कहते मेरे सस सहुरा या मेरे इन लॉज ने, तो वो चेंज बहुत व्डा आ रहा है। नाले हुण मैनूं लगता कि जिहड़े वो भी वर्किंग ने इन लॉज भी या मदर मदर इन लॉ, उन्होंने भी पता की प्रॉब्लम्स आंदियां आफ्टर मैरिज, किदां टैकल करना हुंदा है, किदां एडजस्टमेंट करनी हुंदी है, तो वो गाइड करते हैं, तो बच्चे भी हुण समझदार हो गए उस हिसाब नाल करते हैं। यार तुहानूं बोली आउंदी है नहीं मैं सस कुटनी कुटनी संदूकां? हाँ जी पाउणी दा नहीं मैं दूजी वाली पाउंदी है, कदे बोडा मार दी कदे गोडा मार दी कदे मोडा मार दी कदे गोडा मार दी वे मैं करनी ओदी मसाज छड़ के सस कुटनी टीवी दी उच्ची आवाज करके सस कुटनी। ये हुण किहनूं दे रहे हो इंडिकेशन तुसी? ये तो हजे फिल्म वाले हुंदे फिल्म वाले। ठीक है मैम, थैंक यू सो मच, द बेस्ट ऑफ लक। थैंक यू जी, थैंक यू सो मच, थैंक यू। ते नी मैं सस कुटनी दे स्पेशल प्रीमियर ते पहुंचिया, की हाल चाल जी? बहुत वधिया, तुसी सुनाओ ठीक ठाक? मैचिंग इंटेंशनली होगी जां सोच समझ के कीती? पता नहीं आप ही होगी
ਮੇਰਾ ਤਾਂ ਫੇਵਰੇਟ ਆ ਕਲਰ ਜੇ ਬਲੈਕ, ਜਦੋਂ ਮੈਂ ਕਿਤੇ ਜਾਣਾ ਹੋਵੇ ਵਿਆਹ ਸ਼ਾਦੀਆਂ 'ਤੇ ਮੈਨੂੰ ਹੁੰਦਾ ਵੀ ਬਲੈਕ ਕਲਰ ਪਾਈ ਆਪਾਂ, ਸੋ ਇਹਨਾਂ ਦਾ ਵੀ ਸੀ, ਇਹਨਾਂ ਨੇ ਵੀ ਪਾ ਲਿਆ। ਕੁੜੀਆਂ ਨੂੰ ਬਲੈਕ ਕਲਰ ਬਹੁਤ ਪਸੰਦ ਹੁੰਦਾ, ਇਹ ਵੀ ਚਾਲ ਵੀ ਹੋ ਸਕਦੀ ਹੈ ਕਿ ਮੈਂ ਹਾਂ ਹੋ ਸਕਦਾ ਹੈ, ਮੈਂ ਸੋਚਾ ਪਾ ਕੇ ਜਾਂਦਾ ਖੋਰੇ ਕੋਈ ਪਸੰਦ ਹੀ ਕਰ ਲਵੇ। ਅਤੇ ਡੈਬਿਊ ਕਰਨ ਜਾ ਰਹੇ ਹੋ ਤੁਸੀਂ, ਪਹਿਲਾਂ ਤੁਸੀਂ ਦੱਸੋ ਕੀ ਚੱਲਦਾ, ਤਾਂ ਹਾਰਟ ਬੀਟ ਕਿੰਨੀ ਅੱਜ? ਬਹੁਤ ਤੇਜ਼ ਹੈ, ਸਵੇਰੇ 8 ਵਜੇ ਤਾਂ ਬਹੁਤ ਤੇਜ਼ ਸੀ, ਜਿਵੇਂ ਫਿਰ 10-12 ਵਜੇ ਫਿਰ ਥੋੜ੍ਹਾ ਜਿਹਾ ਠੀਕ ਹੋ ਗਿਆ, ਔਰ ਹੁਣ ਥੋੜ੍ਹੀ ਜਿਹੀ ਐਕਸਾਈਟਮੈਂਟ ਹੋਰ ਵੱਧ ਰਹੀ ਹੈ, ਕਿਉਂਕਿ ਸਾਰਿਆਂ ਦੇ ਜਦੋਂ ਮੈਸੇਜ ਪੜ੍ਹੇ ਮੈਨੂੰ ਲੱਗਿਆ ਕਿ ਸ਼ਾਇਦ ਪਰਮਾਤਮਾ ਨੇ ਸੁਣ ਲਈ ਹੈ, ਸਭ ਕੁਛ ਠੀਕ ਚੱਲ ਰਿਹਾ। ਤੁਸੀਂ ਤਾਂ ਨਾਲ ਪ੍ਰੋਡਿਊਸਰ ਵੀ ਹੋ, ਤੁਹਾਡੀ ਜ਼ਿਆਦਾ ਤੇਜ਼ ਹੋਣੀ ਚਾਹੀਦੀ। ਬਹੁਤ ਜ਼ਿਆਦਾ, ਰਾਤੀ ਤਾਂ ਮੈਨੂੰ ਨੀਂਦ ਵੀ ਨਹੀਂ ਆ ਰਹੀ ਸੀ, ਇੰਨੀ ਟੈਨਸ਼ਨ ਸੀ, ਪਤਾ ਨਹੀਂ ਕੀ ਹੋਏਗਾ ਸਵੇਰੇ, ਜਿਵੇਂ ਰਿਜ਼ਲਟ ਆ ਰਿਹਾ ਹੁੰਦਾ ਨਾ ਪੇਪਰਾਂ ਤੋਂ ਬਾਅਦ, ਉੱਦਾਂ ਦੀ ਨਰਵਸਨੈਸ ਸੀ, ਬਟ ਜਿਵੇਂ ਆਪਾਂ ਸਵੇਰੇ ਉੱਠੇ ਅਰਦਾਸ ਕੀਤੀ ਰੱਬ ਅੱਗੇ, ਅਤੇ ਜਦੋਂ ਅਸੀਂ ਸ਼ੋਅਜ਼ ਦੇਖੇ ਲੋਕਾਂ ਦਾ ਰਿਸਪੋਂਸ ਦੇਖਿਆ, ਤਾਂ ਲੋਕ ਸਵੇਰੇ 8 ਵਜੇ ਵੀ ਗਏ ਹੋਏ ਸੀ 8-9 ਵਜੇ ਦੇ ਸ਼ੋਅਜ਼ ਦੇਖਣ, ਸੋ ਇੰਨੀ ਜ਼ਿਆਦਾ ਮਤਲਬ ਦਿਲੋਂ ਥੈਂਕ ਯੂ ਕਰਦੀ ਹਾਂ ਮੈਂ ਤੁਹਾਡੇ ਸਾਰਿਆਂ ਦਾ, ਕਿਉਂਕਿ ਇਹ ਮੂਮੈਂਟ 'ਤੇ ਅਸੀਂ ਬਹੁਤ ਟਾਈਮ ਤੋਂ ਵੇਟ ਕਰ ਰਹੇ ਸੀ, ਸੋ ਫਾਈਨਲੀ ਇਟਸ ਹੇਅਰ। ਭਾਅ ਜੀ, ਜਿੱਦਾਂ ਇੱਕ ਬਹੁਤ ਵਧੀਆ ਮੈਸੇਜ ਵੀ ਹੈ ਇਸ ਫਿਲਮ ਦੇ ਵਿੱਚ, ਜਿੱਦਾਂ ਇੰਟਰਵਿਊਜ਼ ਵਿੱਚ ਵੀ ਆਪਾਂ ਸੁਣਿਆ ਤੁਹਾਡੀ ਗੱਲ ਨੂੰ, ਕੀ ਲੱਗਦਾ ਵੀ ਕੁਛ ਨਾ ਕੁਛ ਚੇਂਜਿਸ ਆਉਣਗਾ ਘਰਾਂ ਦੇ ਵਿੱਚ? ਬਿਲਕੁਲ, ਮੈਨੂੰ ਲੱਗਦਾ ਵੀ ਪਰਿਵਾਰ ਜਦੋਂ ਸਾਰੇ ਇਸ ਫਿਲਮ ਨੂੰ ਦੇਖਣ ਆਉਣਗੇ ਆਪਣੇ ਸਮੂਹ ਪਰਿਵਾਰ ਦੇ ਨਾਲ, ਜਦੋਂ ਸਾਰੇ ਆਉਣਗੇ ਆਉਣ ਦੋ, ਇਹ ਤਾਂ ਜ਼ਰੂਰੀ ਹੈ ਜੀ, ਫਿਰ ਤੁਸੀਂ ਆਓ ਪਲੀਜ਼। ਖੜੋ ਪਲੀਜ਼, ਆਪਾਂ ਪਹਿਲਾਂ ਪਾਪਾ ਦੇ ਵਿਚਾਰ ਲੈਂਦੇ ਹਾਂ, ਫਿਰ ਉਹਨੂੰ ਕੰਟੀਨਿਊ ਕਰਾਂਗੇ। ਕੀ ਕਹਿਣਾ ਚਾਹੋਗੇ ਅੱਜ? ਹਾਂਜੀ, ਕੀ ਕਹਿਣਾ ਚਾਹੁੰਗੇ ਤੁਸੀਂ? ਤੁਹਾਡੀ ਕੁੜੀ ਦੀ ਫਿਲਮ ਬਹੁਤ ਵਧੀਆ ਫਿਲਮ ਹੈ, ਸੱਸ ਕੁੱਟਣੀ। ਹਾਂਜੀ, ਬਹੁਤ ਵਧੀਆ ਫਿਲਮ ਹੈ। ਤੁਹਾਡੀ ਕੁੜੀ ਜੇ ਕਦੇ ਸੱਚੀ ਨਾਲ ਸੱਸ ਨੂੰ ਕੱਟ ਦੋ ਔਖਾ ਹੋ ਜਾਏ। ਹਾਂਜੀ, ਬਹੁਤ ਵਧੀਆ ਫਿਲਮ ਹੈ। ਤੁਸੀਂ ਕੀ ਕਹਿਣਾ ਅੱਜ ਪੇਰੈਂਟਸ ਨੂੰ? ਇੰਨਾ ਪ੍ਰਾਊਡ ਫੀਲ ਹੁੰਦਾ ਨਾ ਜਦੋਂ ਬਰਾਬਰ ਖੜੇ ਆ, ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਕੀ ਕਹਿਣਾ, ਕਿੱਦਾਂ ਲੱਗ ਰਿਹਾ ਤੁਹਾਨੂੰ ਇੱਥੇ? ਮੈਨੂੰ ਤਾਂ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ, ਕਿਉਂਕਿ ਮੇਰੀ ਤਮੰਨਾ ਸੀਗੀ, ਮੈਂ ਬਾਬਾ ਜੀ ਕੇ ਅਰਦਾਸਾਂ ਕਰਦੀ ਸੀ ਕਿ ਮੇਰੀ ਬੇਟੀ ਵੱਡੇ ਪਰਦੇ ਤੇ ਆਵੇ। ਇਹ ਮਾਂ ਦਾ ਜਿਹੜਾ ਪਿਆਰ ਹੈ, ਗੁਰੂ ਜੀ ਨੇ ਅੱਜ ਮੇਰੀ ਅਰਦਾਸ ਦੇਖ ਰਿਹਾ ਹੈ। ਇਹ ਤਮੰਨਾ ਤਾਂ ਨਹੀਂ ਸੀਗੀ ਵੀ ਸਹੁਰੇ ਘਰ ਜਾ ਕੇ ਸੱਸ ਨੂੰ ਕੁੱਟੇ? ਨਹੀਂ ਜੀ, ਨਹੀਂ, ਕਿਉਂਕਿ ਜੋ ਮੈਂ ਪਿਆਰ ਕਰਦੀ ਸੀ ਆਪਣੀ ਸੱਸ ਨਾਲ, ਤਾਂ ਮੇਰੀ ਬੇਟੀ ਵੀ ਆਹੀ ਸਿੱਖੇਗੀ ਕਿ ਆਪਣੀ ਸੱਸ ਨਾਲ ਪਿਆਰ ਕਰੋ। ਬੈਸਟ ਆਫ ਲੱਕ, ਆਪਾਂ ਮੂਵੀ ਦੇਖਦੇ ਹਾਂ ਫਿਰ ਕਰਦੇ ਹਾਂ ਗੱਲ। ਥੈਂਕ ਯੂ, ਥੈਂਕ ਯੂ। ਇਸ ਵਕਤ ਸਾਡੇ ਨਾਲ ਆ ਨੀਮ ਸੱਸ ਕੁੱਟਣੀ ਫਿਲਮ ਦੇ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਰਾਜੂ ਵਰਮਾ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਕਹਿਣਾ, ਤੁਸੀਂ ਸੁਣਾਓ? PV 37 ਵਾਲੇ ਆ ਗਏ। ਰਾਜੂ ਵਰਮਾ ਜੀ, ਘਰਾਂ 'ਚ ਲੜਾਈਆਂ ਪਾਉਣ ਲੱਗੇ ਸਾਨੂੰ ਲੱਗਦਾ। ਲੜਾਈਆਂ 'ਚ ਰੁਪਈਏ ਬਣਦੇ, ਹੁਣ ਥੋੜ੍ਹੀ ਮੋਟੀ ਪਾ ਲੈਣੀ ਚਾਹੀਦੀ ਹੈ। ਕੰਟਰੋਵਰਸੀ ਦੇ ਪੈਸੇ ਮੈਂ ਕਹਿੰਦਾ ਜ਼ਿਆਦਾ ਬਣਦੇ ਅੱਜ ਕੱਲ੍ਹ। ਉਹੀ ਗੱਲ ਹੈ, ਅਤੇ ਬਾਬੇ ਦੀ ਕਿਰਪਾ ਨਾਲ ਖੱਚਾ ਖੱਚ ਭਰਿਆ ਹੋਇਆ ਹਾਲ ਦੇਖ ਕੇ ਮਜ਼ਾ ਆ ਰਿਹਾ। ਰਿਵਿਊ ਵੀ ਸਵੇਰ ਦੇ ਬਹੁਤ ਅੱਛੇ ਆ ਰਹੇ, ਆਡੀਅੰਸ ਕਾਫੀ ਇੰਜੋਏ ਕਰੀ ਹੈ। ਮੇਨ ਗੱਲ ਇਹ ਹੈ ਕਿ ਫੈਮਲੀਜ਼ ਆ ਰਹੀਆਂ ਫਿਲਮ ਦੇਖਣ, ਸਭ ਤੋਂ ਵੱਡੀ ਗੱਲ ਹੈ, ਕਿਉਂਕਿ ਉਹ ਫਿਲਮ ਬਹੁਤ ਵਧੀਆ ਜਾਂਦੀ ਹੈ, ਜਿਹਦੇ ਵਿੱਚ ਫੈਮਲੀਆਂ ਸਾਡੇ ਨਾਲ ਜੁੜ ਜਾਂਦੀਆਂ ਨੇ। ਇਹਦੇ ਵਿੱਚ ਸਾਰੀਆਂ ਫੈਮਲੀਆਂ ਦੀ ਫਿਲਮ ਹੈ, ਹਰ ਨੂੰ ਆਪਣੀ ਸੱਸ ਨੂੰ ਫਿਲਮ ਦਿਖਾਉਣ ਲੈ ਕੇ ਆ ਰਹੀ ਹੈ ਵੀ ਸੱਸ ਕੁੱਟਣੀ। ਉਹਦੇ ਵਿੱਚੋਂ ਫਿਰ ਜਦੋਂ ਫਿਲਮ ਦੇਖਦੇ ਆ ਤਾਂ ਦੂਜੀ ਕਹਿੰਦੇ ਭਾਈ ਨੂੰ ਵੀ ਫੈਂਟਤੀ ਸੀ ਸੱਸ ਨੇ, ਤੁਸੀਂ ਦੇਖ ਕੇ ਆਓ। ਰਾਜੂ ਵਰਮਾ ਸਾਹਿਬ, ਤੁਸੀਂ ਇਹ ਪੁੱਛਣਾ ਚਾਹੁੰਦੇ ਹੋ, ਰਾਜੂ ਵਰਮਾ ਸਾਹਿਬ ਥੋਟ ਕਿਹੜੀ ਸੱਸ ਕੁੱਟਦੀ ਦੇਖੀ ਸੀ? ਮੇਰੀ ਮੰਮੀ ਨੂੰ ਇੱਕ ਦਿਨ ਕੁੱਟਿਆ ਜਾ ਰਿਹਾ ਸੀ ਮੇਰੀ ਘਰਵਾਲੀ ਵੱਲੋਂ। ਸੱਚੀ ਗੱਲ, ਮਜ਼ਾਕ ਕਰ ਰਹੇ, ਮਤਲਬ ਥੋੜ੍ਹੇ ਜਦੋਂ ਸਿੱਠਣੀਆਂ ਵਗੈਰਾ ਚੱਲ ਰਹੀਆਂ ਸੀ ਕਿਸੇ ਮੈਰਿਜ ਦੇ ਵਿੱਚ, ਉੱਥੋਂ ਵੀ ਥੋਟ ਆਇਆ। ਬਾਕੀ ਘਰਾਂ ਦੇ ਵਿੱਚ ਜੋ ਸੀ ਮੈਨੂੰ ਸੀ ਵੀ ਇਹ ਤਾਂ ਫਿਲਮ ਬਣਨੀ ਚਾਹੀਦੀ ਹੈ ਸੰਜੀਦਾ ਜਿਹੇ ਢੰਗ ਨਾਲ, ਅਤੇ ਉਹਦੇ ਕਰਕੇ ਫਿਲਮ ਬਣੀ ਅਤੇ ਅੱਜ ਬਾਬੇ ਦੀ ਕਿਰਪਾ ਨਾਲ ਬਹੁਤ। ਜਦੋਂ ਫਿਲਮ ਲਿਖ ਰਹੇ ਸੀ ਇਹ ਨਹੀਂ ਸੋਚਦੇ ਵੀ ਇੰਨੀਆਂ ਸੱਸਾਂ ਇਕੱਠੀਆਂ ਕਿੱਥੋਂ ਕਰਨੀਆਂ? ਸੱਸਾਂ ਇਕੱਠੀਆਂ ਕਰਨ ਲੱਗੇ ਔਖੇ ਹੋਏ ਆ, ਜਿੱਦਾਂ ਜਤਿੰਦਰ ਕੌਰ ਮੈਡਮ ਸੀ ਅੱਗੇ, ਉਹਨਾਂ ਦੀ ਸੱਸ, ਉਹਨਾਂ ਦੀਆਂ ਡੇਟਾਂ ਨਹੀਂ ਮਿਲੀਆਂ, ਨਹੀਂ ਸੱਸਾਂ ਤਾਂ ਖਾਸੀਆਂ ਇਕੱਠੀਆਂ ਹੋ ਗਈਆਂ ਸੀ। ਅਤੇ ਹੋਰ ਹੁਣ ਕੀ ਚੱਲ ਰਿਹਾ ਦਿਲੋਂ ਦਿਮਾਗ ਵਿੱਚ? ਗਰਮੋ ਗਰਮੀ ਇੰਨੇ ਹੋਏ ਪਏ, ਚਾਹ ਦੀ ਗਰਮੀ ਹੈ? ਇਹ ਚਾਹ ਦੀ ਗਰਮੀ ਹੈ। ਅੱਗੇ ਫਿਲਮ ਹਰਜੀਤ ਬਾਜਾ ਖਾਨਾ, ਉਹਦੀ ਬਾਇਓਪਿਕ ਜਲਦੀ ਹੀ ਅਨਾਊਂਸਮੈਂਟ ਪੈ ਜਾਣੀ ਹੈ। ਖੱਬੀ ਖਾਨ, ਟੌਮ ਐਂਡ ਜੈਰੀ, 12-15 ਫਿਲਮਾਂ ਮਤਲਬ ਐਕਟਿਵ ਨੇ। PhD ਸਾਡੇ ਅੰਮ੍ਰਿਤ ਬਾਈ ਕਰ ਰਹੇ ਨੇ, ਅੰਮ੍ਰਿਤਵੀਰ PhD ਕਰ ਰਹੇ ਨੇ, ਫਿਰ ਉਹ ਡਰਾਮੇਬਾਜ਼ ਕਰ ਰਹੇ ਨੇ, ਅਤੇ ਜਿਹੜੇ ਪੰਕਜ ਭਾਅ ਜੀ ਨਾਲ ਹੁੰਦੇ ਸੀਗੇ, ਅਤੇ ਉਹਨਾਂ ਦੀਆਂ 3 ਫਿਲਮਾਂ ਨੇ। ਪਤਾ, ਇੱਕ ਸ਼ਰਟ ਲਓ ਪ੍ਰਿੰਟਡ ਜਿਹਦੇ ਉੱਤੇ ਐਂ ਫਿਲਮਾਂ ਦੇ ਨਾਂ ਲਿਖੇ ਹੋਣ, ਜਿਹੜੀਆਂ ਜਿਹੜੀਆਂ ਹੋ ਜਾਂਦੀਆਂ ਟਿੱਕ, ਜਿਹੜੀ ਜਿਹੜੀ ਰਹਿ ਗਈ ਉਹ ਇੱਦਾਂ ਲਿਖੀ ਜਾਓ, ਪੱਤਰਕਾਰਾਂ ਨੂੰ ਸੌਖਾ ਹੋ ਜਾਊਗਾ। ਮੈਂ ਤੁਹਾਡੇ ਪਾਉਂ, ਮੇਰੇ ਮੇਰੇ ਪੜ੍ਹੀ ਜਾਣੀ ਹੈ, ਔਖੀ ਹੋ ਗਈ। ਇੰਜੋਏ ਕਰਦੇ ਹਾਂ ਦੁਬਾਰਾ ਉਹਨੇ। ਲਵ ਯੂ, ਲਵ ਯੂ। ਐਕਸਪੀਰੀਅੰਸ ਲੇਕਿਨ ਉਹਨਾਂ ਸਾਨੂੰ ਪਿਆਰ ਨਹੀਂ।
ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਮੈਡਮ। ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ। ਨੌ ਤਾਂ ਬਹੁਤ ਸੋਹਣੀ ਲੱਗ ਰਹੀ ਹੈ। ਥੈਂਕ ਯੂ। ਸੱਸ ਦੇ ਬਰਾਬਰ ਖੜਨਾ ਹੁਣ ਜਾ ਕੇ? ਉਹ ਸੱਸ ਦਾ ਮੁਕਾਬਲਾ ਨਹੀਂ ਕਰਨਾ, ਪਿੱਛੇ ਥੋੜੀ ਰਹਿਣਾ। ਤੁਸੀਂ ਤਾਂ ਬਹੁਤ ਜ਼ਿਆਦਾ ਆਗਿਆ ਕਰ ਬਹੂ ਨਿਕਲੇ ਸੀ ਟ੍ਰੇਲੇ 'ਚ, ਦੇਖਿਆ ਸੱਸ ਕੱਟਦੀ ਆਉਂਦੇ। ਨਹੀਂ ਦੇਖੋ, ਜਿੱਦਾਂ ਦਾ ਉਹ ਮੇਰਾ ਸਵਾਗਤ ਕਰਨਗੇ ਮੈਂ ਉਹਦਾ ਰਿਸਪੌਂਸ ਤਾਂ ਕਰਨਾ ਹੀ ਹੈ ਨਾ। ਦੁਆ 'ਚ ਤੁਹਾਨੂੰ ਆਲੇ ਦੁਆਲੇ ਤੁਹਾਡੇ ਸਹੁਰੇ ਹੋ ਗਏ ਜਾਂ ਪੇਕੇ ਹੋ ਗਏ, ਡਰ ਗਏ ਹੋਣਗੇ ਵੀ ਇਹਦਾ ਕੁੜੀ ਬਹੁਤ ਆ? ਦੇਖੋ ਉਹ ਕਰੈਕਟਰ ਹੈ ਨਾ, ਉਹ ਸਕ੍ਰਿਪਟ ਦਾ ਜਿਵੇਂ ਸੀਗਾ ਉਹਦੇ ਅਕੋਰਡਿੰਗ ਹੀ ਤਾਂ। ਪਰਸਨਲ ਲਾਈਫ 'ਚ ਬਹੁਤ ਡਿਫਰੈਂਟ ਹੈਗੀ ਆ। ਮਤਲਬ ਦਿਲ ਦੇ ਮਤਲਬ ਪਰਸਨਲ ਬਵਾਲ ਵੀ ਕੱਢੇ ਤੁਸੀਂ ਅੰਦਰ ਆਪਣੇ ਇਸ ਫਿਲਮ ਦੇ ਵਿੱਚ, ਕੁਝ ਰੀਝਾਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਆਫ ਕੈਮਰਾ ਤਾਂ ਨਹੀਂ ਕਰਦੇ? ਨਹੀਂ, ਇੱਦਾਂ ਦਾ ਕੁਛ ਨਹੀਂ ਹੈ, ਉਹ ਸਕ੍ਰਿਪਟ ਦੇ ਅਕੋਰਡਿੰਗ ਸੀਗਾ। ਜੋਕਸ ਪਾਰਟ ਵੈਸੇ ਟ੍ਰੇਲਰ ਬਹੁਤ ਸੋਹਣਾ ਹੈ, ਕੀ ਚੱਲ ਰਿਹਾ ਹੁਣ ਦਿਲੋਂ ਦਿਮਾਗ? ਬਸ ਅਸੀਂ ਵੇਟ ਹੋ ਰਹੀ ਹੈ ਹੁਣ, ਵੈਸੇ ਰਿਸਪੋਂਸ ਵਧੀਆ ਆ ਰਿਹਾ ਹੁਣ, ਇਹ ਹੀ ਹੈ ਕਿ ਸਾਰੇ ਦੇਖ ਲੈਣ ਅਤੇ ਹੋਰ ਰਿਸਪੋਂਸ ਵਧੀਆ ਮਿਲੇ, ਲੋਕਾਂ ਨੂੰ ਪਸੰਦ ਆਏ, ਜਿਹੜੇ ਅਸੀਂ ਮਿਹਨਤ ਕੀਤੀ ਹੈ ਉਹ ਸਾਰਿਆਂ ਨੂੰ ਪਸੰਦ ਆਏ। ਅਤੇ ਤੁਹਾਨੂੰ ਕੀ ਲੱਗਦਾ ਵੀ ਫੈਮਿਲੀਜ਼ ਦੇ ਵਿੱਚ ਚੇਂਜਸ ਆਉਣਗੀਆਂ ਕੁਛ ਨਾ ਕੁਛ ਫਿਲਮ ਦੇਖਣ ਤੋਂ ਬਾਅਦ? ਦੇਖੋ ਚੇਂਜਸ ਆ ਵੀ ਰਹੀਆਂ ਨੇ, ਇੱਦਾਂ ਦੀ ਗੱਲ ਨਹੀਂ ਹੈ, ਹੁਣ ਆ ਰਹੇ ਨੇ ਕਿਉਂਕਿ ਪੇਰ ਜਿਹੜੇ ਇਨ ਲੋਸ ਵਰਡ ਹੁਣ ਬਹੁਤ ਘੱਟ ਯੂਜ਼ ਹੁੰਦਾ, ਪੇਰੈਂਟਸ ਹੀ ਹੁੰਦਾ ਹੁਣ, ਕੋਈ ਇੰਟਰਡਿਊਸ ਵੀ ਕਰਾਉਂਦੇ ਕਿ ਇਹ ਮੇਰੇ ਮੰਮੀ ਪਾਪਾ, ਇੱਦਾਂ ਨਹੀਂ ਕਹਿੰਦੇ ਮੇਰੇ ਸੱਸ ਸਹੁਰਾ ਜਾਂ ਮੇਰੇ ਇਨ ਲੋਸ ਨੇ, ਅਤੇ ਉਹ ਚੇਂਜ ਬਹੁਤ ਵੱਡਾ ਆ ਰਿਹਾ। ਨਾਲੇ ਹੁਣ ਮੈਨੂੰ ਲੱਗਦਾ ਕਿ ਜਿਹੜੇ ਉਹ ਵੀ ਵਰਕਿੰਗ ਨੇ ਇਨ ਲੋਸ ਵੀ ਜਾਂ ਮਦਰ ਇਨ ਲੋ, ਉਹਨਾਂ ਨੂੰ ਵੀ ਪਤਾ ਕਿ ਪ੍ਰੋਬਲਮਸ ਆਉਂਦੀਆਂ ਆਫਟਰ ਮੈਰਿਜ, ਕਿੱਦਾਂ ਟੈਕਲ ਕਰਨਾ ਹੁੰਦਾ, ਕਿੱਦਾਂ ਐਡਜਸਟਮੈਂਟ ਕਰਨੀ ਹੁੰਦੀ ਹੈ, ਅਤੇ ਉਹ ਗਾਈਡ ਕਰਦੇ ਨੇ, ਅਤੇ ਬੱਚੇ ਵੀ ਹੁਣ ਸਮਝਦਾਰ ਹੋ ਗਏ, ਉਸ ਹਿਸਾਬ ਨਾਲ ਕਰਦੇ ਨੇ। ਤੁਹਾਨੂੰ ਬੋਲੀ ਆਉਂਦੀ ਹੈ ਨਹੀਂ ਮੈਂ ਸੱਸ ਕੁੱਟਣੀ ਸੰਦੂਕਾਂ? ਹਾਂਜੀ, ਪਾਉਣੀ ਤਾਂ ਨਹੀਂ, ਮੈਂ ਦੂਜੀ ਵਾਲੀ ਪਾਉਂਦੀ ਹੈ। ਕਦੇ ਬੋਡਾ ਮਾਰਦੀ, ਕਦੇ ਗੋਡਾ ਮਾਰਦੀ, ਕਦੇ ਮੋਢਾ ਮਾਰਦੀ, ਕਦੇ ਗੋਡਾ ਮਾਰਦੀ, ਵੇ ਮੈਂ ਕਰਨੀ ਉਹਦੀ ਮਸਾਜ ਛੱਡ ਕੇ, ਸੱਸ ਕੁੱਟਣੀ, ਸੱਸ ਕੁੱਟਣੀ, ਟੀਵੀ ਦੀ ਉੱਚੀ ਆਵਾਜ਼ ਕਰਕੇ ਸੱਸ ਕੁੱਟਣੀ। ਇਹ ਹੁਣ ਕਿਹਨੂੰ ਦੇ ਰਹੇ ਹੋ ਇੰਡੀਕੇਸ਼ਨ ਤੁਸੀਂ? ਇਹ ਤਾਂ ਹਜੇ ਫਿਲਮ ਵਾਲੇ ਹੁੰਦੇ। ਠੀਕ ਹੈ ਮੈਮ, ਥੈਂਕ ਯੂ ਸੋ ਮਚ, ਤੇ ਬੈਸਟ ਆਫ ਲੱਕ। ਥੈਂਕ ਯੂ ਜੀ, ਥੈਂਕ ਯੂ ਸੋ ਮਚ, ਥੈਂਕ ਯੂ। ਤੇ ਨੀ ਮੈਂ ਸੱਸ ਕੁੱਟਣੀ ਦੇ ਸਪੈਸ਼ਲ ਪ੍ਰੀਮੀਅਰ ਤੇ ਪਹੁੰਚਿਆ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ, ਤੁਸੀਂ ਸੁਣਾਓ? ਠੀਕ ਠਾਕ। ਮੈਚਿੰਗ ਇੰਟੈਂਸ਼ਨਲੀ ਹੋ ਗਈ ਜਾਂ ਸੋਚ ਸਮਝ ਕੀਤੀ? ਪਤਾ ਨਹੀਂ, ਆਪ ਹੀ ਹੋ ਗਈ। ਮੇਰਾ ਤਾਂ ਫੇਵਰੇਟ ਆ ਕਲਰ ਜੇ ਬਲੈਕ, ਜਦੋਂ ਮੈਂ ਕਿਤੇ ਜਾਣਾ ਹੋਵੇ ਵਿਆਹ ਸ਼ਾਦੀਆਂ 'ਤੇ, ਮੈਨੂੰ ਹੁੰਦਾ ਵੀ ਬਲੈਕ ਕਲਰ ਪਾਈਏ ਆਪਾਂ, ਸੋ ਇਹਨਾਂ ਦਾ ਵੀ ਸੀ, ਇਹਨਾਂ ਨੇ ਵੀ ਪਾ ਲਿਆ। ਕੁੜੀਆਂ ਨੂੰ ਬਲੈਕ ਕਲਰ ਬਹੁਤ ਪਸੰਦ ਹੁੰਦਾ, ਇਹ ਵੀ ਚਾਲ ਵੀ ਹੋ ਸਕਦੀ ਹੈ ਕਿ ਮੈਂ? ਹਾਂ, ਹੋ ਸਕਦਾ ਹੈ, ਮੈਂ ਸੋਚਿਆ ਪਾ ਕੇ ਜਾਂਦਾ, ਕੋਰੇ ਕੋਈ ਪਸੰਦ ਹੀ ਕਰ ਲਵੇ। ਅਤੇ ਡੈਬਿਊ ਕਰਨ ਜਾ ਰਹੇ ਹੋ ਤੁਸੀਂ, ਪਹਿਲਾਂ ਤੁਸੀਂ ਦੱਸੋ ਕੀ ਚੱਲਦਾ, ਤਾਂ ਹਾਰਟ ਬੀਟ ਕਿੰਨੀ ਅੱਜ? ਬਹੁਤ ਤੇਜ਼ ਹੈ, ਸਵੇਰੇ 8 ਵਜੇ ਤਾਂ ਬਹੁਤ ਤੇਜ਼ ਸੀ, ਜਿਵੇਂ ਫਿਰ 10-12 ਵਜੇ ਫਿਰ ਥੋੜ੍ਹਾ ਜਿਹਾ ਠੀਕ ਹੋ ਗਿਆ, ਔਰ ਹੁਣ ਥੋੜ੍ਹੀ ਜਿਹੀ ਐਕਸਾਈਟਮੈਂਟ ਹੋਰ ਵੱਧ ਰਹੀ ਹੈ, ਕਿਉਂਕਿ ਸਾਰਿਆਂ ਦੇ ਜਦੋਂ ਮੈਸੇਜ ਪੜ੍ਹੇ ਮੈਨੂੰ ਲੱਗਿਆ ਕਿ ਸ਼ਾਇਦ ਪਰਮਾਤਮਾ ਨੇ ਸੁਣ ਲਈ ਹੈ, ਸਭ ਕੁਛ ਠੀਕ ਚੱਲ ਰਿਹਾ। ਤੁਸੀਂ ਤਾਂ ਨਾਲ ਪ੍ਰੋਡਿਊਸਰ ਵੀ ਹੋ, ਤੁਹਾਡੀ ਜ਼ਿਆਦਾ ਤੇਜ਼ ਹੋਣੀ ਚਾਹੀਦੀ? ਬਹੁਤ ਜ਼ਿਆਦਾ, ਰਾਤੀ ਤਾਂ ਮੈਨੂੰ ਨੀਂਦ ਵੀ ਨਹੀਂ ਆ ਰਹੀ ਸੀ, ਇੰਨੀ ਟੈਨਸ਼ਨ ਸੀ, ਪਤਾ ਨਹੀਂ ਕੀ ਹੋਏਗਾ ਸਵੇਰੇ, ਜਿਵੇਂ ਰਿਜ਼ਲਟ ਆ ਰਿਹਾ ਹੁੰਦਾ ਨਾ ਪੇਪਰਾਂ ਤੋਂ ਬਾਅਦ, ਉੱਦਾਂ ਦੀ ਨਰਵਸਨੈਸ ਸੀ, ਬਟ ਜਿਵੇਂ ਆਪਾਂ ਸਵੇਰੇ ਉੱਠੇ, ਅਰਦਾਸ ਕੀਤੀ ਰੱਬ ਅੱਗੇ, ਅਤੇ ਜਦੋਂ ਅਸੀਂ ਸ਼ੋਜ਼ ਦੇਖੇ, ਲੋਕਾਂ ਦਾ ਰਿਸਪੋਂਸ ਦੇਖਿਆ, ਅਤੇ ਲੋਕ ਸਵੇਰੇ 8 ਵਜੇ ਵੀ ਗਏ ਹੋਏ ਸੀ 8-9 ਵਜੇ ਦੇ ਸ਼ੋਜ਼ ਦੇਖਣ, ਸੋ ਇੰਨੀ ਜ਼ਿਆਦਾ ਮਤਲਬ ਦਿਲੋਂ ਥੈਂਕ ਯੂ ਕਰਦੀ ਹਾਂ ਮੈਂ ਤੁਹਾਡੇ ਸਾਰਿਆਂ ਦਾ, ਕਿਉਂਕਿ ਇਹ ਮੂਮੈਂਟ 'ਤੇ ਅਸੀਂ ਬਹੁਤ ਟਾਈਮ ਤੋਂ ਵੇਟ ਕਰ ਰਹੇ ਸੀ, ਸੋ ਫਾਈਨਲੀ ਇਟਸ ਹੇਅਰ। ਜਿੱਦਾਂ ਇੱਕ ਬਹੁਤ ਵਧੀਆ ਮੈਸੇਜ ਵੀ ਹੈ ਇਸ ਫਿਲਮ ਦੇ ਵਿੱਚ, ਜਿੱਦਾਂ ਇੰਟਰਵਿਊਜ਼ ਵਿੱਚ ਵੀ ਆਪਾਂ ਸੁਣਿਆ ਤੁਹਾਡੀ ਗੱਲ ਨੂੰ, ਕੀ ਲੱਗਦਾ ਵੀ ਕੁਛ ਨਾ ਕੁਛ ਚੇਂਜਿਸ ਆਉਣਗਾ ਘਰਾਂ ਦੇ ਵਿੱਚ? ਬਿਲਕੁਲ, ਮੈਨੂੰ ਲੱਗਦਾ ਵੀ ਪਰਿਵਾਰ ਜਦੋਂ ਸਾਰੇ ਇਸ ਫਿਲਮ ਨੂੰ ਦੇਖਣ ਆਉਣਗੇ ਆਪਣੇ ਸਮੂਹ ਪਰਿਵਾਰ ਦੇ ਨਾਲ, ਜਦੋਂ ਸਾਰੇ ਆਉਣਗੇ ਇਸ ਆਉਣ ਦੋ, ਇਹ ਤਾਂ ਜ਼ਰੂਰੀ ਆ ਜੀ, ਫਿਰ ਤੁਸੀਂ ਆਓ ਪਲੀਜ਼। ਖੜੋ ਪਲੀਜ਼, ਆਪਾਂ ਪਹਿਲਾਂ ਪਾਪਾ ਦੇ ਵਿਚਾਰ ਲੈਂਦੇ ਹਾਂ, ਫਿਰ ਉਹਨੂੰ ਕੰਟੀਨਿਊ ਕਰਾਂਗੇ। ਕੀ ਕਹਿਣਾ ਚਾਹੋਗੇ ਅੱਜ? ਹਾਂਜੀ, ਕੀ ਕਹਿਣਾ ਚਾਹੁੰਗੇ ਤੁਸੀਂ? ਤੁਹਾਡੀ ਕੁੜੀ ਦੀ ਫਿਲਮ ਆ ਰਹੀ, ਬਹੁਤ ਵਧੀਆ ਫਿਲਮ ਆ ਜੀ, ਸੱਸ ਕੁੱਟਣੀ। ਹਾਂਜੀ, ਬਹੁਤ ਵਧੀਆ ਫਿਲਮ ਹੈ ਤੁਹਾਡੀ ਕੁੜੀ, ਜੇ ਕਦੇ ਸੱਚੀ ਨਾਲ ਸੱਸ ਨੂੰ ਕੱਟ ਦੋ ਔਖਾ ਹੋ ਜੂ। ਹਾਂਜੀ, ਹਾਂਜੀ, ਬਹੁਤ ਵਧੀਆ ਫਿਲਮ ਹੈ। ਤੁਸੀਂ ਕੀ ਕਹਿਣਾ ਅੱਜ ਪੇਰੈਂਟਸ ਨੂੰ, ਇੰਨਾ ਪ੍ਰਾਊਡ ਫੀਲ ਹੁੰਦਾ ਨਾ ਜਦੋਂ ਬਰਾਬਰ ਖੜੇ ਆ, ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਕੀ ਕਹਿਣਾ, ਕਿੱਦਾਂ ਲੱਗ ਰਿਹਾ ਤੁਹਾਨੂੰ ਇੱਥੇ? ਮੈਨੂੰ ਤਾਂ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ, ਕਿਉਂਕਿ ਮੇਰੀ ਤਮੰਨਾ ਸੀਗੀ, ਮੈਂ ਬਾਬਾ ਜੀ ਕੇ ਅਰਦਾਸਾਂ ਕਰਦੀ ਸੀ ਕਿ ਮੇਰੀ ਬੇਟੀ ਵੱਡੇ ਪਰਦੇ ਤੇ ਆਵੇ। ਇਹ ਮਾਂ ਦਾ ਜਿਹੜਾ ਪਿਆਰ ਹੈ ਜੀ ਨੇ ਅੱਜ ਮੇਰੀ ਅਰਦਾਸ ਦੇਖ ਰਿਹਾ, ਇਹ ਤਮੰਨਾ ਤਾਂ ਨਹੀਂ ਸੀਗੀ ਵੀ ਸਹੁਰੇ ਘਰ ਜਾ ਕੇ ਸੱਸ ਨੂੰ ਕੁੱਟੇ? ਨਹੀਂ ਜੀ, ਨਹੀਂ, ਕਿਉਂਕਿ ਜੋ ਮੈਂ ਪਿਆਰ ਕਰਦੀ ਸੀ ਆਪਣੀ ਸੱਸ ਨਾਲ, ਤਾਂ ਮੇਰੀ ਬੇਟੀ ਵੀ ਆਹੀ ਸਿੱਖੇਗੀ ਕਿ ਆਪਣੀ ਸੱਸ ਨਾਲ ਪਿਆਰ ਕਰੋ। ਬੈਸਟ ਆਫ ਲੱਕ, ਆਪਾਂ ਮੂਵੀ ਦੇਖਦੇ ਹਾਂ ਫਿਰ ਕਰਦੇ ਹਾਂ ਗੱਲ। ਥੈਂਕ ਯੂ, ਥੈਂਕ ਯੂ। ਇਸ ਵਕਤ ਸਾਡੇ ਨਾਲ ਆ ਨੀ ਮੈਂ ਸੱਸ ਕੁੱਟਣੀ ਫਿਲਮ ਦੇ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਰਾਜੂ ਵਰਮਾ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਤੁਸੀਂ ਸੁਣਾਓ, PV 37 ਵਾਲੇ ਆ ਗਏ?
रिव्यू भी सवेर के बहुत अच्छे आ रहे हैं, ऑडियंस काफ़ी इंजॉय करी है। मेन गल है कि फैमिलीज आ रही फिल्म देख, सब तो वड्डी गल है क्योंकि वो फिल्म बहुत वधिया जाती है जिदे फैमलियां साडे नाल जुड़ जांदियां ने। ये सारिया फैमलियां की फिल्म है, हर नूँ अपनी सस नूं फिल्म दिखाउण लैके आ रही है भी सस कुटनी। वो फिर जो फिल्म देखते तो दूजी कहिंदे भाई नूँ भी फैंटती सी सस ने, तुसीं देख के आओ। राजू वर्मा साहब तो अभी ये पूछना चाहते हैं, राजू वर्मा साहब थॉट कि सस कुटती देखी थी? मेरी मम्मी नूं एक दिन कुटिया जा रहा मेरी वालों, सच्ची गल मजाक कर रहे, मतलब थोड़े जो सिठनियाँ वगैरह चल रही किसी मैरिज के उत्तों भी थॉट आया। बाकी घर जो सी मैंने सी भी तो फिल्म बननी चाहिए संजीदा जे ढंग से, वह करके फिल्म बनी थे अच्छ बाबे की कृपा ना। बहुत जो फिल्म लिख रहे थे नहीं सोचते भी इन ससा कट्ठिया कितों कर ससा कट्ठिया कर लगे औखे हुए हैं, जिदा जतेंद्र कौर मैडम से अगे उन्होंने सस उन्हों डेटा नहीं मिली नहीं, ससा तो खासियाँ कट्ठिया हो गई सी। होर हम की चल रहा दिलो दिमाग गर्मो गर्मी इन्ने हो पाए, चाह की गर्मी है ये, चाह की गर्मी है। अगे फिल्म हरजीत बाजा खाना वो बायोपिक जल्दी ही अनाउंसमेंट पै जानी है। खब्बी खान, टॉम एंड जैरी, 12-15 फिल्म मतलब एक्ट हो गए। पी एच डी साढ़े अमृत बाई कर रहे हैं, अमृतवीर पी एच डी कर रहे हैं, फिर वो ड्रामेबाज कर रहे हैं, तो जेडे पंकज भाजी ना होंगे सके, तो उन्होंने तीन फिल्म ने। पता एक शर्ट लो प्रिंटड जिद उत्ते फिल्मों के नाँ लिखे हो जी हो जाए टिक जी जी रह गई इदा लिखी हो पत्र करो सौखा हो मैं थोड़े पाओ मेरे मेरे पढ़ी जानी है औखी हो इंजॉय कर दें दोबारा लव यू लव। सत श्रीकाल जी, बहुत बहुत स्वागत है ताडा सारे चैनल ते। मैडम बहुत बहुत स्वागत है, थैंक यू जी। नौ तो बहुत सोहनी लग रही है, थैंक यू। सस दे बराबर खड़ना हुण जाके, सस दा मुकाबला नहीं करना, पिछे थोड़ी रहना। तुसी तो बहुत ज्यादा आग्या कर बहू निकले हे ट्रेले च देखिया सस कटदी आंदे नहीं, देखो जिद्दां दा ओ मेरा स्वागत करनगे मैं उहदा रिस्पोंस तो करना ही है ना। दुआ च तुहानू आले दुआले तुहाडे सहुरे हो गए जां पेके हो गए डर गए होणगे वी, इहदा कुड़ी बहुत है। देखो वह करैक्टर है ना, वो स्क्रिप्ट दा जिवें सीगा उहदे अकॉर्डिंग ही दा, परसनल लाइफ च बहुत डिफरेंट हैगी आ। मतलब दिल दे मतलब परसनल बवाल भी कढ़े तुसी अंदर अपने इस फिल्म दे विच, कुछ रीझां हुंदियां ने जिहड़ियां तुसी ऑफ कैमरा तो नहीं करदे? नहीं 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 इदां दा कुछ नहीं है, वो स्क्रिप्ट दे अकॉर्डिंग सीगा। ओह तां जोक्स पार्ट, वैसे ट्रेलर बहुत सोहणा है, की चल रिहा हुण दिलो दिमाग? बस अही वेट हो रही है हूँ, वैसे रिस्पोंस वधिया आ रहा हूँ, यही है कि सारे देख लैन तो होर रिस्पोंस वधिया मिले, लोगों को पसंद आए, जो असी मेहनत की है वो सारे पसंद आए। तो तुम्हें की लगता भी फैमिलीज के चेंजिस आएंगे कुछ ना कुछ फिल्म देखने के बाद? देखो चेंजिस आ भी रही ने, इदा की गल नहीं, हूँ आ रहे हैं क्योंकि पेर जे इन लॉज वर्ड हूँ बहुत घट यूज़ होंगे, पेरेंट्स ही होंगे हूँ, कोई इंट्रोड्यूस भी कराते कि मेरे मम्मी पापा, इदा नहीं कहते मेरे सस सहुरा या मेरे इन लॉज ने, तो वो चेंज बहुत व्डा आ रहा है। नाले हुण मैनूं लगता कि जिहड़े वो भी वर्किंग ने इन लॉज भी या मदर मदर इन लॉ, उन्होंने भी पता की प्रॉब्लम्स आंदियां आफ्टर मैरिज, किदां टैकल करना हुंदा है, किदां एडजस्टमेंट करनी हुंदी है, तो वो गाइड करते हैं, तो बच्चे भी हुण समझदार हो गए उस हिसाब नाल करते हैं। यार तुहानूं बोली आउंदी है नहीं मैं सस कुटनी कुटनी संदूकां? हाँ जी, पाउणी दा नहीं मैं दूजी वाली पाउंदी है, कदे बोडा मार दी कदे गोडा मार दी कदे मोडा मार दी कदे गोडा मार दी वे मैं करनी ओदी मसाज छड़ के सस कुटनी टीवी दी उच्ची आवाज करके सस कुटनी। ये हुण किहनूं दे रहे हो इंडिकेशन तुसी? ये तो अजे फिल्म वाले हुंदे फिल्म वाले। ठीक है मैम, थैंक यू सो मच, द बेस्ट ऑफ लक, थैंक यू जी, थैंक यू सो मच, थैंक यू। ते नी मैं सस कुटनी दे स्पेशल प्रीमियर ते पहुंचिया, की हाल चाल जी? बहुत वधिया, तुसी सुनाओ ठीक ठाक? मैचिंग इंटेंशनली होगी जां सोच समझ के कीती? पता नहीं आप ही होगी।
मेरा तो फेवरेट है कलर जो ब्लैक, जो मैं कितने जाना हो ब्याह शादियों से मैं हूँ भी ब्लैक कलर पाई आप, सो इन्हों का भी सी इन्होंने भी पा लिया। कुड़ियों ब्लैक कलर बहुत पसंद होता है, ये भी चाल भी हो सकती है मैं। हाँ हो सकता है, मैं सोचा पा के जाना खोरे कोई पसंद ही कर लवे। तो डेब्यू करन जा रहे हो तुम, पहला दसो की चलता, तो हार्ट बीट कि अज बहुत तेज़ है, सवेरे 8 बजे तो बहुत तेज़ सी, जिवें फिर 10-12 बजे फिर थोड़ा जहा ठीक हो गया और हूँ थोड़ी जी एक्साइटमेंट होर वध रही है क्योंकि सारे के जो मैसेज पढ़े मैंने लग्या कि शायद परमात्मा ने सुन ली है, सब कुछ ठीक चल रहा है। ਤੁਸੀਂ ਤਾਂ ਨਾਲ ਪ੍ਰੋਡਿਊਸਰ ਵੀ ਹੋ, ਤੁਹਾਡੀ ਜ਼ਿਆਦਾ ਤੇਜ਼ ਹੋਣੀ ਚਾਹੀਦੀ। ਬਹੁਤ ਜ਼ਿਆਦਾ, ਰਾਤੀ ਤਾਂ ਮੈਨੂੰ ਨੀਂਦ ਵੀ ਨਹੀਂ ਆ ਰਹੀ ਸੀ, ਇੰਨੀ ਟੈਨਸ਼ਨ ਸੀ, ਪਤਾ ਨਹੀਂ ਕੀ ਹੋਏਗਾ ਸਵੇਰੇ, ਜਿਵੇਂ ਰਿਜ਼ਲਟ ਆ ਰਿਹਾ ਹੁੰਦਾ ਨਾ ਪੇਪਰਾਂ ਤੋਂ ਬਾਅਦ ਉਦਾਂ ਦੀ ਨਰਵਸਨੈਸ ਸੀ, ਬਟ ਜਿਵੇਂ ਆਪਾਂ ਸਵੇਰੇ ਉੱਠੇ ਅਰਦਾਸ ਕੀਤੀ ਰੱਬ ਅੱਗੇ ਅਤੇ ਜਦੋਂ ਅਸੀਂ ਸ਼ੋਅਜ਼ ਦੇਖੇ ਲੋਕਾਂ ਦਾ ਰਿਸਪੋਂਸ ਦੇਖਿਆ ਤਾਂ ਲੋਕ ਸਵੇਰੇ 8 ਵਜੇ ਵੀ ਗਏ ਹੋਏ ਸੀ 8-9 ਵਜੇ ਦੇ ਸ਼ੋਅਜ਼ ਦੇਖਣ, ਸੋ ਇੰਨੀ ਜ਼ਿਆਦਾ ਮਤਲਬ ਦਿਲੋਂ ਥੈਂਕ ਯੂ ਕਰਦੀ ਹਾਂ ਮੈਂ ਤੁਹਾਡੇ ਸਾਰਿਆਂ ਦਾ ਕਿਉਂਕਿ ਇਹ ਮੂਮੈਂਟ 'ਤੇ ਅਸੀਂ ਬਹੁਤ ਟਾਈਮ ਤੋਂ ਵੇਟ ਕਰ ਰਹੇ ਸੀ, ਸੋ ਫਾਈਨਲੀ ਇਟਸ ਹੇਅਰ। ਜਿੱਦਾਂ ਇੱਕ ਬਹੁਤ ਵਧੀਆ ਮੈਸੇਜ ਵੀ ਹੈ ਇਸ ਫਿਲਮ ਦੇ ਵਿੱਚ, ਜਿੱਦਾਂ ਇੰਟਰਵਿਊਜ਼ ਵਿੱਚ ਵੀ ਆਪਾਂ ਸੁਣਿਆ ਤੁਹਾਡੀ ਗੱਲ ਨੂੰ, ਕੀ ਲੱਗਦਾ ਵੀ ਕੁਛ ਨਾ ਕੁਛ ਚੇਂਜਿਸ ਆਉਣਗਾ ਘਰਾਂ ਦੇ ਵਿੱਚ? ਬਿਲਕੁਲ, ਮੈਨੂੰ ਲੱਗਦਾ ਵੀ ਪਰਿਵਾਰ ਜਦੋਂ ਸਾਰੇ ਇਸ ਫਿਲਮ ਨੂੰ ਦੇਖਣ ਆਉਣਗੇ ਆਪਣੇ ਸਮੂਹ ਪਰਿਵਾਰ ਦੇ ਨਾਲ, ਜਦੋਂ ਸਾਰੇ ਆਉਣਗੇ ਆਉਣ ਦੋ ਇਹ ਤਾਂ ਜ਼ਰੂਰੀ ਹੈ ਜੀ, ਫਿਰ ਤੁਸੀਂ ਆਓ ਪਲੀਜ਼। ਖੜੋ ਪਲੀਜ਼, ਆਪਾਂ ਪਹਿਲਾਂ ਪਾਪਾ ਦੇ ਵਿਚਾਰ ਲੈਂਦੇ ਹਾਂ ਫਿਰ ਉਹਨੂੰ ਕੰਟੀਨਿਊ ਕਰਾਂਗੇ। ਕੀ ਕਹਿਣਾ ਚਾਹੋਗੇ ਅੱਜ? ਹਾਂਜੀ, ਕੀ ਕਹਿਣਾ ਚਾਹੋਗੇ ਤੁਸੀਂ? ਤੁਹਾਡੀ ਕੁੜੀ ਦੀ ਫਿਲਮ ਬਹੁਤ ਵਧੀਆ ਫਿਲਮ ਹੈ, ਸੱਸ ਕੁੱਟਣੀ। ਹਾਂਜੀ, ਬਹੁਤ ਵਧੀਆ ਫਿਲਮ ਹੈ। ਤੁਹਾਡੀ ਕੁੜੀ ਜੇ ਕਦੇ ਸੱਚੀ ਨਾਲ ਸੱਸ ਨੂੰ ਕੁੱਟ ਦੋ ਔਖਾ ਹੋ ਜਾਊਗਾ। ਹਾਂਜੀ, ਬਹੁਤ ਵਧੀਆ ਫਿਲਮ ਹੈ। ਤੁਸੀਂ ਕੀ ਕਹਿਣਾ ਅੱਜ ਪੇਰੈਂਟਸ ਨੂੰ? ਇੰਨਾ ਪ੍ਰਾਊਡ ਫੀਲ ਹੁੰਦਾ ਨਾ ਜਦੋਂ ਬਰਾਬਰ ਖੜੇ ਆ, ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਕੀ ਕਹਿਣਾ, ਕਿੱਦਾਂ ਲੱਗ ਰਿਹਾ ਤੁਹਾਨੂੰ ਇੱਥੇ? ਮੈਨੂੰ ਤਾਂ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿਉਂਕਿ ਮੇਰੀ ਤਮੰਨਾ ਸੀਗੀ, ਮੈਂ ਬਾਬਾ ਜੀ ਕੇ ਅਰਦਾਸਾਂ ਕਰਦੀ ਸੀ ਕਿ ਮੇਰੀ ਬੇਟੀ ਵੱਡੇ ਪਰਦੇ ਤੇ ਆਵੇ। ਇਹ ਮਾਂ ਦਾ ਜਿਹੜਾ ਪਿਆਰ ਹੈ ਗੁਰੂ ਜੀ ਨੇ ਅੱਜ ਮੇਰੀ ਅਰਦਾਸ ਦੇਖ ਰਿਹਾ ਹੈ। ਇਹ ਤਮੰਨਾ ਤਾਂ ਨਹੀਂ ਸੀਗੀ ਵੀ ਸਹੁਰੇ ਘਰ ਜਾ ਕੇ ਸੱਸ ਨੂੰ ਕੁੱਟੇ? ਨਹੀਂ ਜੀ, ਨਹੀਂ, ਕਿਉਂਕਿ ਜੋ ਮੈਂ ਪਿਆਰ ਕਰਦੀ ਸੀ ਆਪਣੀ ਸੱਸ ਨਾਲ ਤਾਂ ਮੇਰੀ ਬੇਟੀ ਵੀ ਆਹੀ ਸਿੱਖੇਗੀ ਕਿ ਆਪਣੀ ਸੱਸ ਨਾਲ ਪਿਆਰ ਕਰੋ। ਬੈਸਟ ਆਫ ਲੱਕ, ਆਪਾਂ ਮੂਵੀ ਦੇਖਦੇ ਹਾਂ ਫਿਰ ਕਰਦੇ ਹਾਂ ਗੱਲ। ਥੈਂਕ ਯੂ। ਇਸ ਵਕਤ ਸਾਡੇ ਨਾਲ ਆ ਨੀਮ ਸੱਸ ਕੁੱਟਣੀ ਫਿਲਮ ਦੇ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਰਾਜੂ ਵਰਮਾ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਕਹਿਣਾ, ਤੁਸੀਂ ਸੁਣਾਓ? PV 37 ਵਾਲੇ ਆ ਗਏ ਰਾਜੂ ਵਰਮਾ ਜੀ, ਘਰਾਂ 'ਚ ਲੜਾਈਆਂ ਪਾਉਣ ਲੱਗੇ ਸਾਨੂੰ ਲੱਗਦਾ। ਲੜਾਈਆਂ 'ਤੇ ਉਦੋਂ ਰੁਪਈਏ ਬਣਦੇ, ਹੁਣ ਥੋੜ੍ਹੀ ਮੋਟੀ ਪਾ ਲੈਣੀ ਚਾਹੀਦੀ ਹੈ। ਕੰਟਰੋਵਰਸੀ ਦੇ ਪੈਸੇ ਮੈਂ ਕਹਿੰਦਾ ਜ਼ਿਆਦਾ ਬਣਦੇ ਅੱਜ ਕੱਲ੍ਹ। ਉਹੀ ਗੱਲ ਹੈ, ਅਤੇ ਬਾਬੇ ਦੀ ਕਿਰਪਾ ਨਾਲ ਖੱਚਾ ਖੱਚ ਭਰਿਆ ਹੋਇਆ ਹਾਲ ਦੇਖ ਕੇ ਮਜ਼ਾ ਆ ਰਿਹਾ। ਰਿਵਿਊ ਵੀ ਸਵੇਰ ਦੇ ਬਹੁਤ ਅੱਛੇ ਆ ਰਹੇ, ਆਡੀਅੰਸ ਕਾਫੀ ਇੰਜੋਏ ਕਰੀ ਹੈ, ਮੇਨ ਗੱਲ ਇਹ ਹੈ ਕਿ ਫੈਮਲੀਜ਼ ਆ ਰਹੀਆਂ ਫਿਲਮ ਦੇਖਣ। ਸਭ ਤੋਂ ਵੱਡੀ ਗੱਲ ਹੈ ਕਿਉਂਕਿ ਉਹ ਫਿਲਮ ਬਹੁਤ ਵਧੀਆ ਜਾਂਦੀ ਹੈ, ਜਿਹਦੇ ਵਿੱਚ ਫੈਮਲੀਆਂ ਸਾਡੇ ਨਾਲ ਜੁੜ ਜਾਂਦੀਆਂ ਨੇ। ਇਹਦੇ ਵਿੱਚ ਸਾਰੀਆਂ ਫੈਮਲੀਆਂ ਦੀ ਫਿਲਮ ਹੈ, ਹਰ ਨੂੰ ਆਪਣੀ ਸੱਸ ਨੂੰ ਫਿਲਮ ਦਿਖਾਉਣ ਲੈ ਕੇ ਆ ਰਹੀ ਹੈ ਵੀ ਸੱਸ ਕੁੱਟਣੀ। ਉਹਦੇ ਵਿੱਚੋਂ ਫਿਰ ਜਦੋਂ ਫਿਲਮ ਦੇਖਦੇ ਆ ਤਾਂ ਦੂਜੀ ਕਹਿੰਦੇ ਭਾਈ ਨੂੰ ਵੀ ਫੈਂਟਤੀ ਸੀ ਸੱਸ ਨੇ, ਤੁਸੀਂ ਦੇਖ ਕੇ ਆਓ। ਰਾਜੂ ਵਰਮਾ ਸਾਹਿਬ, ਤੁਸੀਂ ਇਹ ਪੁੱਛਣਾ ਚਾਹੁੰਦੇ ਹੋ ਰਾਜੂ ਵਰਮਾ ਸਾਹਿਬ, ਥੋਟ ਕਿਹੜੀ ਸੱਸ ਕੁੱਟਦੀ ਦੇਖੀ ਸੀ? ਮੇਰੀ ਮੰਮੀ ਨੂੰ ਇੱਕ ਦਿਨ ਕੁੱਟਿਆ ਜਾ ਰਿਹਾ ਸੀ ਮੇਰੀ ਘਰਵਾਲੀ ਵੱਲੋਂ। ਸੱਚੀ ਗੱਲ ਮਜ਼ਾਕ ਕਰ ਰਹੇ, ਮਤਲਬ ਥੋੜ੍ਹੇ ਜਦੋਂ ਸਿੱਠਣੀਆਂ ਵਗੈਰਾ ਚੱਲ ਰਹੀਆਂ ਸੀ ਕਿਸੇ ਮੈਰਿਜ ਦੇ ਵਿੱਚ, ਉੱਥੋਂ ਵੀ ਥੋਟ ਆਇਆ। ਬਾਕੀ ਘਰਾਂ ਦੇ ਵਿੱਚ ਜੋ ਸੀ ਮੈਨੂੰ ਸੀ ਵੀ ਇਹ ਤਾਂ ਫਿਲਮ ਬਣਨੀ ਚਾਹੀਦੀ ਹੈ ਸੰਜੀਦਾ ਜਿਹੇ ਢੰਗ ਨਾਲ, ਅਤੇ ਉਹਦੇ ਕਰਕੇ ਫਿਲਮ ਬਣੀ ਅਤੇ ਅੱਜ ਬਾਬੇ ਦੀ ਕਿਰਪਾ ਨਾਲ ਬਹੁਤ। ਜਦੋਂ ਫਿਲਮ ਲਿਖ ਰਹੇ ਸੀ ਇਹ ਨਹੀਂ ਸੋਚਦੇ ਵੀ ਇੰਨੀਆਂ ਸੱਸਾਂ ਇਕੱਠੀਆਂ ਕਿੱਥੋਂ ਕਰਨੀਆਂ? ਸੱਸਾਂ ਇਕੱਠੀਆਂ ਕਰਨ ਲੱਗੇ ਔਖੇ ਹੋਏ ਆ, ਜਿੱਦਾਂ ਜਤਿੰਦਰ ਕੌਰ ਮੈਡਮ ਸੀ ਅੱਗੇ, ਉਹਨਾਂ ਦੀ ਸੱਸ, ਉਹਨਾਂ ਦੀਆਂ ਡੇਟਾਂ ਨਹੀਂ ਮਿਲੀਆਂ, ਨਹੀਂ ਸੱਸਾਂ ਤਾਂ ਖਾਸੀਆਂ ਇਕੱਠੀਆਂ ਹੋ ਗਈਆਂ ਸੀ। ਅਤੇ ਹੋਰ ਹੁਣ ਕੀ ਚੱਲ ਰਿਹਾ ਦਿਲੋਂ ਦਿਮਾਗ ਦੇ ਵਿੱਚ? ਗਰਮੋ ਗਰਮੀ ਇੰਨੇ ਹੋਏ ਪਏ, ਚਾਹ ਦੀ ਗਰਮੀ ਹੈ? ਇਹ ਚਾਹ ਦੀ ਗਰਮੀ ਹੈ। ਅੱਗੇ ਫਿਲਮ ਹਰਜੀਤ ਬਾਜਾ ਖਾਨਾ, ਉਹਦੀ ਬਾਇਓਪਿਕ ਜਲਦੀ ਹੀ ਅਨਾਊਂਸਮੈਂਟ ਪੈ ਜਾਣੀ ਹੈ। ਖੱਬੀ ਖਾਨ, ਟੌਮ ਐਂਡ ਜੈਰੀ, 12-15 ਫਿਲਮਾਂ ਮਤਲਬ ਐਕਟ ਹੋਏ ਨੇ। PhD ਸਾਡੇ ਅੰਮ੍ਰਿਤ ਬਾਈ ਕਰ ਰਹੇ ਨੇ, ਅੰਮ੍ਰਿਤਵੀਰ PhD ਕਰ ਰਹੇ ਨੇ, ਫਿਰ ਉਹ ਡਰਾਮੇਬਾਜ਼ ਕਰ ਰਹੇ ਨੇ, ਅਤੇ ਜਿਹੜੇ ਪੰਕਜ ਭਾਜੀ ਨਾਲ ਹੁੰਦੇ ਸੀਗੇ, ਅਤੇ ਉਹਨਾਂ ਦੀਆਂ 3 ਫਿਲਮਾਂ ਨੇ। ਪਤਾ ਇੱਕ ਸ਼ਰਟ ਲਓ ਪ੍ਰਿੰਟਡ ਜਿਹਦੇ ਉੱਤੇ ਐਂ ਫਿਲਮਾਂ ਦੇ ਨਾਂ ਲਿਖੇ ਹੋਣ, ਜਿਹੜੀਆਂ ਜਿਹੜੀਆਂ ਹੋ ਜਾਂਦੀਆਂ ਟਿੱਕ, ਜਿਹੜੀ ਜਿਹੜੀ ਰਹਿ ਗਈ ਉਹ ਇੱਦਾਂ ਲਿਖੀ ਜਾਓ, ਪੱਤਰਕਾਰਾਂ ਸੌਖਾ ਹੋ ਜਾਊਗਾ। ਮੈਂ ਤੁਹਾਡੇ ਪਾਉਂ ਮੇਰੇ ਮੇਰੇ ਪੜ੍ਹੀ ਜਾਣੀ ਹੈ, ਔਖੀ ਹੋ ਗਈ। ਇੰਜੋਏ ਕਰਦੇ ਹਾਂ ਦੁਬਾਰਾ, ਉਹਨੇ ਲਵ ਯੂ ਲਵ ਯੂ। ਐਕਸਪੀਰੀਅੰਸ ਲੱਗਾ ਲੇਕਿਨ ਉਹਨਾਂ ਸਾਨੂੰ
ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਤੇ ਮੈਡਮ। ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ। ਨੌਂ ਤਾਂ ਬਹੁਤ ਸੋਹਣੀ ਲੱਗ ਰਹੀ ਹੈ। ਥੈਂਕ ਯੂ। ਸੱਸ ਦੇ ਬਰਾਬਰ ਖੜਨਾ ਹੁਣ ਜਾ ਕੇ? ਉਹ ਸੱਸ ਦਾ ਮੁਕਾਬਲਾ ਨਹੀਂ ਕਰਨਾ, ਪਿੱਛੇ ਥੋੜ੍ਹੀ ਰਹਿਣਾ। ਤੁਸੀਂ ਤਾਂ ਬਹੁਤ ਜ਼ਿਆਦਾ ਆਗਿਆ ਕਰ ਬਹੂ ਨਿਕਲੇ ਸੀ ਟ੍ਰੇਲੇ 'ਚ, ਦੇਖਿਆ ਸੱਸ ਕੱਟਦੀ ਆਉਂਦੇ। ਨਹੀਂ ਦੇਖੋ, ਜਿੱਦਾਂ ਦਾ ਉਹ ਮੇਰਾ ਸਵਾਗਤ ਕਰਨਗੇ ਮੈਂ ਉਹਦਾ ਰਿਸਪੌਂਸ ਤਾਂ ਕਰਨਾ ਹੀ ਹੈ ਨਾ। ਦੁਆ 'ਚ ਤੁਹਾਨੂੰ ਆਲੇ ਦੁਆਲੇ ਤੁਹਾਡੇ ਸਹੁਰੇ ਹੋ ਗਏ ਜਾਂ ਪੇਕੇ ਹੋ ਗਏ, ਡਰ ਗਏ ਹੋਣਗੇ ਵੀ ਤਾਂ ਕੁੜੀ ਬਹੁਤ ਆ। ਦੇਖੋ ਉਹ ਕਰੈਕਟਰ ਹੈ ਨਾ, ਉਹ ਸਕ੍ਰਿਪਟ ਦਾ ਜਿਵੇਂ ਸੀਗਾ ਉਹਦੇ ਅਕੋਰਡਿੰਗ ਹੀ ਤਾਂ। ਪਰਸਨਲ ਲਾਈਫ 'ਚ ਬਹੁਤ ਡਿਫਰੈਂਟ ਹੈਗੀ ਆ। ਮਤਲਬ ਦਿਲ ਦੇ ਮਤਲਬ ਪਰਸਨਲ ਬਵਾਲ ਵੀ ਕੱਢੇ ਤੁਸੀਂ ਅੰਦਰ ਆਪਣੇ ਇਸ ਫਿਲਮ ਦੇ ਵਿੱਚ, ਕੁਝ ਰੀਝਾਂ ਹੁੰਦੀਆਂ ਨਾ ਜਿਹੜੀਆਂ ਤੁਸੀਂ ਆਫ ਕੈਮਰਾ ਤਾਂ ਨਹੀਂ ਕਰਦੇ? ਨਹੀਂ 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 ਨਹੀਂ, ਇੱਦਾਂ ਦਾ ਕੁਝ ਨਹੀਂ ਆ, ਉਹ ਸਕ੍ਰਿਪਟ ਦੇ ਅਕੋਰਡਿੰਗ ਸੀਗਾ। ਜੋਕਸ ਪਾਰਟ ਵੈਸੇ ਟ੍ਰੇਲਰ ਬਹੁਤ ਸੋਹਣਾ ਆ, ਕੀ ਚੱਲ ਰਿਹਾ ਹੁਣ ਦਿਲੋਂ ਦਿਮਾਗ? ਬਸ ਅਸੀਂ ਵੇਟ ਹੋ ਰਹੀ ਆ ਹੁਣ, ਵੈਸੇ ਰਿਸਪੋਂਸ ਵਧੀਆ ਆ ਰਿਹਾ, ਹੁਣ ਇਹ ਹੀ ਆ ਕਿ ਸਾਰੇ ਦੇਖ ਲੈਣ ਅਤੇ ਹੋਰ ਰਿਸਪੋਂਸ ਵਧੀਆ ਮਿਲੇ, ਲੋਕਾਂ ਨੂੰ ਪਸੰਦ ਆਏ, ਜਿਹੜੇ ਅਸੀਂ ਮਿਹਨਤ ਕੀਤੀ ਹੈ ਉਹ ਸਾਰਿਆਂ ਨੂੰ ਪਸੰਦ ਆਏ। ਅਤੇ ਤੁਹਾਨੂੰ ਕੀ ਲੱਗਦਾ ਵੀ ਫੈਮਿਲੀਜ਼ ਦੇ ਵਿੱਚ ਚੇਂਜਸ ਆਉਣਗੀਆਂ ਕੁਛ ਨਾ ਕੁਛ ਫਿਲਮ ਦੇਖਣ ਤੋਂ ਬਾਅਦ? ਦੇਖੋ ਚੇਂਜਸ ਆ ਵੀ ਰਹੀਆਂ ਨੇ, ਇੱਦਾਂ ਦੀ ਗੱਲ ਨਹੀਂ ਹੈ, ਹੁਣ ਆ ਰਹੇ ਨੇ ਕਿਉਂਕਿ ਪੇਰ ਜਿਹੜੇ ਇਨ ਲੋਸ ਵਰਡ ਹੁਣ ਬਹੁਤ ਘੱਟ ਯੂਜ਼ ਹੁੰਦਾ, ਪੇਰੈਂਟਸ ਹੀ ਹੁੰਦਾ ਹੁਣ, ਕੋਈ ਇੰਟਰਡਿਊਸ ਵੀ ਕਰਾਉਂਦੇ ਕਿ ਇਹ ਮੇਰੇ ਮੰਮੀ ਪਾਪਾ, ਇੱਦਾਂ ਨਹੀਂ ਕਹਿੰਦੇ ਮੇਰੇ ਸੱਸ ਸਹੁਰਾ ਜਾਂ ਮੇਰੇ ਇਨ ਲੋਸ ਨੇ, ਅਤੇ ਉਹ ਚੇਂਜ ਬਹੁਤ ਵੱਡਾ ਆ ਰਿਹਾ। ਨਾਲੇ ਹੁਣ ਮੈਨੂੰ ਲੱਗਦਾ ਕਿ ਜਿਹੜੇ ਉਹ ਵੀ ਵਰਕਿੰਗ ਨੇ ਇਨ ਲੋਸ ਵੀ ਜਾਂ ਮਦਰ ਇਨ ਲੋ, ਉਹਨਾਂ ਨੂੰ ਵੀ ਪਤਾ ਕਿ ਪ੍ਰੋਬਲਮਸ ਆਉਂਦੀਆਂ ਆਫਟਰ ਮੈਰਿਜ, ਕਿੱਦਾਂ ਟੈਕਲ ਕਰਨਾ ਹੁੰਦਾ, ਕਿੱਦਾਂ ਐਡਜਸਟਮੈਂਟ ਕਰਨੀ ਹੁੰਦੀ ਹੈ, ਅਤੇ ਉਹ ਗਾਈਡ ਕਰਦੇ ਨੇ, ਅਤੇ ਬੱਚੇ ਵੀ ਹੁਣ ਸਮਝਦਾਰ ਹੋ ਗਏ, ਉਸ ਹਿਸਾਬ ਨਾਲ ਕਰਦੇ ਨੇ। ਤੁਹਾਨੂੰ ਬੋਲੀ ਆਉਂਦੀ ਹੈ ਨਹੀਂ ਮੈਂ ਸੱਸ ਕੁੱਟਣੀ ਕੁੱਟਣੀ ਸੰਦੂਕਾਂ? ਹਾਂਜੀ, ਪਾਉਣੀ ਤਾਂ ਨਹੀਂ, ਮੈਂ ਦੂਜੀ ਵਾਲੀ ਪਾਉਂਦੀ ਹੈ। ਕਦੇ ਬੋਡਾ ਮਾਰਦੀ, ਕਦੇ ਗੋਡਾ ਮਾਰਦੀ, ਕਦੇ ਮੋਢਾ ਮਾਰਦੀ, ਕਦੇ ਗੋਡਾ ਮਾਰਦੀ, ਵੇ ਮੈਂ ਕਰਨੀ ਉਹਦੀ ਮਸਾਜ ਛੱਡ ਕੇ, ਸੱਸ ਕੁੱਟਣੀ ਸੱਸ ਕੁੱਟਣੀ, ਟੀਵੀ ਦੀ ਉੱਚੀ ਆਵਾਜ਼ ਕਰਕੇ ਸੱਸ ਕੁੱਟਣੀ। ਇਹ ਹੁਣ ਕਿਹਨੂੰ ਦੇ ਰਹੇ ਹੋ ਇੰਡੀਕੇਸ਼ਨ ਤੁਸੀਂ? ਇਹ ਤਾਂ ਹਜੇ ਫਿਲਮ ਵਾਲੇ ਹੁੰਦੇ। ਠੀਕ ਹੈ ਮੈਮ, ਥੈਂਕ ਯੂ ਸੋ ਮਚ, ਤੇ ਬੈਸਟ ਆਫ ਲੱਕ। ਥੈਂਕ ਯੂ ਜੀ, ਥੈਂਕ ਯੂ ਸੋ ਮਚ, ਥੈਂਕ ਯੂ। ਤੇ ਨੀ ਮੈਂ ਸੱਸ ਕੁੱਟਣੀ ਦੇ ਸਪੈਸ਼ਲ ਪ੍ਰੀਮੀਅਰ ਤੇ ਪਹੁੰਚਿਆ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ, ਤੁਸੀਂ ਸੁਣਾਓ? ਠੀਕ ਠਾਕ। ਮੈਚਿੰਗ ਇੰਟੈਂਸ਼ਨਲੀ ਹੋ ਗਈ ਜਾਂ ਸੋਚ ਸਮਝ ਕੀਤੀ? ਪਤਾ ਨਹੀਂ, ਆਪ ਤੋਂ ਹੀ ਹੋ ਗਈ। ਮੇਰਾ ਤਾਂ ਫੇਵਰੇਟ ਆ ਕਲਰ ਬਲੈਕ, ਜਦੋਂ ਮੈਂ ਕਿਤੇ ਜਾਣਾ ਹੋਵੇ ਵਿਆਹ ਸ਼ਾਦੀਆਂ 'ਤੇ, ਮੈਨੂੰ ਹੁੰਦਾ ਵੀ ਬਲੈਕ ਕਲਰ ਪਾਈਏ ਆਪਾਂ, ਸੋ ਇਹਨਾਂ ਦਾ ਵੀ ਸੀ, ਇਹਨਾਂ ਨੇ ਵੀ ਪਾ ਲਿਆ। ਕੁੜੀਆਂ ਨੂੰ ਬਲੈਕ ਕਲਰ ਬਹੁਤ ਪਸੰਦ ਹੁੰਦਾ, ਇਹ ਵੀ ਚਾਲ ਵੀ ਹੋ ਸਕਦੀ ਹੈ ਕਿ ਮੈਂ? ਹਾਂ, ਹੋ ਸਕਦਾ ਹੈ, ਮੈਂ ਸੋਚਾ ਪਾ ਕੇ ਜਾਂਦਾ, ਖੋਰੇ ਕੋਈ ਪਸੰਦ ਹੀ ਕਰ ਲਵੇ। ਅਤੇ ਡੈਬਿਊ ਕਰਨ ਜਾ ਰਹੇ ਹੋ ਤੁਸੀਂ, ਪਹਿਲਾਂ ਤੁਸੀਂ ਦੱਸੋ ਕੀ ਚੱਲਦਾ, ਤਾਂ ਹਾਰਟ ਬੀਟ ਕਿੰਨੀ ਅੱਜ? ਬਹੁਤ ਤੇਜ਼ ਹੈ, ਸਵੇਰੇ 8 ਵਜੇ ਤਾਂ ਬਹੁਤ ਤੇਜ਼ ਸੀ, ਜਿਵੇਂ ਫਿਰ 10-12 ਵਜੇ ਫਿਰ ਥੋੜ੍ਹਾ ਜਿਹਾ ਠੀਕ ਹੋ ਗਿਆ, ਔਰ ਹੁਣ ਥੋੜ੍ਹੀ ਜਿਹੀ ਐਕਸਾਈਟਮੈਂਟ ਹੋਰ ਵੱਧ ਰਹੀ ਹੈ, ਕਿਉਂਕਿ ਸਾਰਿਆਂ ਦੇ ਜਦੋਂ ਮੈਸੇਜ ਪੜ੍ਹੇ ਮੈਨੂੰ ਲੱਗਿਆ ਕਿ ਸ਼ਾਇਦ ਪਰਮਾਤਮਾ ਨੇ ਸੁਣ ਲਈ ਹੈ, ਸਭ ਕੁਝ ਠੀਕ ਚੱਲ ਰਿਹਾ। ਤੁਸੀਂ ਤਾਂ ਨਾਲ ਪ੍ਰੋਡਿਊਸਰ ਵੀ ਹੋ, ਤੁਹਾਡੀ ਜ਼ਿਆਦਾ ਤੇਜ਼ ਹੋਣੀ ਚਾਹੀਦੀ? ਬਹੁਤ ਜ਼ਿਆਦਾ, ਰਾਤੀ ਤਾਂ ਮੈਨੂੰ ਨੀਂਦ ਵੀ ਨਹੀਂ ਆ ਰਹੀ ਸੀ, ਇੰਨੀ ਟੈਨਸ਼ਨ ਸੀ, ਪਤਾ ਨਹੀਂ ਕੀ ਹੋਏਗਾ ਸਵੇਰੇ, ਜਿਵੇਂ ਰਿਜ਼ਲਟ ਆ ਰਿਹਾ ਹੁੰਦਾ ਨਾ ਪੇਪਰਾਂ ਤੋਂ ਬਾਅਦ, ਉੱਦਾਂ ਦੀ ਨਰਵਸਨੈਸ ਸੀ, ਬਟ ਜਿਵੇਂ ਆਪਾਂ ਸਵੇਰੇ ਉੱਠੇ, ਅਰਦਾਸ ਕੀਤੀ ਰੱਬ ਅੱਗੇ, ਅਤੇ ਜਦੋਂ ਅਸੀਂ ਸ਼ੋਜ਼ ਦੇਖੇ, ਲੋਕਾਂ ਦਾ ਰਿਸਪੋਂਸ ਦੇਖਿਆ, ਅਤੇ ਲੋਕ ਸਵੇਰੇ 8 ਵਜੇ ਵੀ ਗਏ ਹੋਏ ਸੀ 8-9 ਵਜੇ ਦੇ ਸ਼ੋਜ਼ ਦੇਖਣ, ਸੋ ਇੰਨੀ ਜ਼ਿਆਦਾ ਮਤਲਬ ਦਿਲੋਂ ਥੈਂਕ ਯੂ ਕਰਦੀ ਹਾਂ ਮੈਂ ਤੁਹਾਡੇ ਸਾਰਿਆਂ ਦਾ, ਕਿਉਂਕਿ ਇਹ ਮੂਮੈਂਟ 'ਤੇ ਅਸੀਂ ਬਹੁਤ ਟਾਈਮ ਤੋਂ ਵੇਟ ਕਰ ਰਹੇ ਸੀ, ਸੋ ਫਾਈਨਲੀ ਇਟਸ ਹੇਅਰ। ਜਿੱਦਾਂ ਇੱਕ ਬਹੁਤ ਵਧੀਆ ਮੈਸੇਜ ਵੀ ਹੈ ਇਸ ਫਿਲਮ ਦੇ ਵਿੱਚ, ਜਿੱਦਾਂ ਇੰਟਰਵਿਊਜ਼ ਵਿੱਚ ਵੀ ਆਪਾਂ ਸੁਣਿਆ ਤੁਹਾਡੀ ਗੱਲ ਨੂੰ, ਕੀ ਲੱਗਦਾ ਵੀ ਕੁਛ ਨਾ ਕੁਛ ਚੇਂਜਿਸ ਆਉਣਗਾ ਘਰਾਂ ਦੇ ਵਿੱਚ? ਬਿਲਕੁਲ, ਮੈਨੂੰ ਲੱਗਦਾ ਵੀ ਪਰਿਵਾਰ ਜਦੋਂ ਸਾਰੇ ਇਸ ਫਿਲਮ ਨੂੰ ਦੇਖਣ ਆਉਣਗੇ ਆਪਣੇ ਸਮੂਹ ਪਰਿਵਾਰ ਦੇ ਨਾਲ, ਜਦੋਂ ਸਾਰੇ ਆਉਣਗੇ ਇਸ ਆਉਣ ਦੋ ਆਉਣ ਦੋ, ਇਹ ਤਾਂ ਜ਼ਰੂਰੀ ਆ ਜੀ, ਫਿਰ ਤੁਸੀਂ ਆਓ ਪਲੀਜ਼। ਖੜੋ ਖੜੋ ਪਲੀਜ਼, ਆਪਾਂ ਪਹਿਲਾਂ ਪਾਪਾ ਦੇ ਵਿਚਾਰ ਲੈਂਦੇ ਹਾਂ, ਫਿਰ ਉਹਨੂੰ ਕੰਟੀਨਿਊ ਕਰਾਂਗੇ। ਕੀ ਕਹਿਣਾ ਚਾਹੋਗੇ ਅੱਜ? ਹਾਂਜੀ, ਕੀ ਕਹਿਣਾ ਚਾਹੁੰਗੇ ਤੁਸੀਂ? ਤੁਹਾਡੀ ਕੁੜੀ ਦੀ ਫਿਲਮ ਆ ਰਹੀ ਹੈ, ਬਹੁਤ ਵਧੀਆ ਫਿਲਮ ਹੈ, ਸੱਸ ਕੁੱਟਣੀ। ਹਾਂਜੀ, ਬਹੁਤ ਵਧੀਆ ਫਿਲਮ ਹੈ। ਤੁਹਾਡੀ ਕੁੜੀ ਜੇ ਕਦੇ ਸੱਚੀ ਨਾਲ ਸੱਸ ਨੂੰ ਕੱਟ ਦੇ, ਔਖਾ ਹੋ ਜੂ। ਹਾਂਜੀ ਹਾਂਜੀ, ਬਹੁਤ ਵਧੀਆ ਫਿਲਮ ਹੈ। ਤੁਸੀਂ ਕੀ ਕਹਿਣਾ ਅੱਜ ਪੇਰੈਂਟਸ ਨੂੰ? ਇੰਨਾ ਪ੍ਰਾਊਡ ਫੀਲ ਹੁੰਦਾ ਨਾ ਜਦੋਂ ਬਰਾਬਰ ਖੜੇ ਆ, ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਕੀ ਕਹਿਣਾ, ਕਿੱਦਾਂ ਲੱਗ ਰਿਹਾ ਤੁਹਾਨੂੰ ਇੱਥੇ? ਮੈਨੂੰ ਤਾਂ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ, ਕਿਉਂਕਿ ਮੇਰੀ ਤਮੰਨਾ ਸੀਗੀ, ਮੈਂ ਬਾਬਾ ਜੀ ਕੇ ਅਰਦਾਸਾਂ ਕਰਦੀ ਸੀ ਕਿ ਮੇਰੀ ਬੇਟੀ ਵੱਡੇ ਪਰਦੇ ਤੇ ਆਵੇ। ਇਹ ਮਾਂ ਦਾ ਜਿਹੜਾ ਪਿਆਰ ਹੈ ਜੀ ਨੇ ਅੱਜ ਮੇਰੀ ਅਰਦਾਸ ਦੇਖ ਰਿਹਾ, ਇਹ ਤਮੰਨਾ ਤਾਂ ਨਹੀਂ ਸੀਗੀ ਵੀ ਸਹੁਰੇ ਘਰ ਜਾ ਕੇ ਸੱਸ ਨੂੰ ਕੁੱਟੇ? ਨਹੀਂ ਜੀ ਨਹੀਂ, ਕਿਉਂਕਿ ਜੋ ਮੈਂ ਪਿਆਰ ਕਰਦੀ ਸੀ ਆਪਣੀ ਸੱਸ ਨਾਲ, ਤਾਂ ਮੇਰੀ ਬੇਟੀ ਵੀ ਇਹੀ ਸਿੱਖੇਗੀ ਕਿ ਆਪਣੀ ਸੱਸ ਨਾਲ ਪਿਆਰ ਕਰੋ। ਬੈਸਟ ਆਫ ਲੱਕ, ਆਪਾਂ ਮੂਵੀ ਦੇਖਦੇ ਹਾਂ ਫਿਰ ਕਰਦੇ ਹਾਂ ਗੱਲ। ਥੈਂਕ ਯੂ ਥੈਂਕ ਯੂ। ਇਸ ਵਕਤ ਸਾਡੇ ਨਾਲ ਆ ਨੀ ਮੈਂ ਸੱਸ ਕੁੱਟਣੀ ਫਿਲਮ ਦੇ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਰਾਜੂ ਵਰਮਾ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
ਰਿਵਿਊ ਵੀ ਸਵੇਰ ਦੇ ਬਹੁਤ ਅੱਛੇ ਆ ਰਹੇ ਆ, ਆਡੀਅੰਸ ਕਾਫੀ ਇੰਜੋਏ ਕਰੀ ਆ, ਮੇਨ ਗੱਲ ਇਹ ਹੈ ਕਿ ਫੈਮਿਲੀਜ਼ ਆ ਰਹੀਆਂ ਫਿਲਮ ਦੇਖਣ। ਸਭ ਤੋਂ ਵੱਡੀ ਗੱਲ ਹੈ ਕਿਉਂਕਿ ਉਹ ਫਿਲਮ ਬਹੁਤ ਵਧੀਆ ਜਾਂਦੀ ਹੈ ਜਿਹਦੇ ਵਿੱਚ ਫੈਮਿਲੀਆਂ ਸਾਡੇ ਨਾਲ ਜੁੜ ਜਾਂਦੀਆਂ ਨੇ। ਇਹਦੇ ਵਿੱਚ ਸਾਰੀਆਂ ਫੈਮਿਲੀਆਂ ਦੀ ਫਿਲਮ ਹੈ, ਹਰ ਨੂੰ ਆਪਣੀ ਸੱਸ ਨੂੰ ਫਿਲਮ ਦਿਖਾਉਣ ਲੈ ਕੇ ਆ ਰਹੀ ਹੈ ਵੀ ਸੱਸ ਕੁੱਟਣੀ। ਉਹਦੇ ਵਿੱਚ ਫਿਰ ਜਦੋਂ ਫਿਲਮ ਦੇਖਦੇ ਤਾਂ ਦੂਜੀ ਕਹਿੰਦੇ ਭਾਈ ਨੂੰ ਵੀ ਫੈਂਟਸੀ ਦੀ ਸੱਸ ਨੇ, ਤੁਸੀਂ ਦੇਖ ਕੇ ਆਓ। ਰਾਜੂ ਵਰਮਾ ਸਾਹਿਬ ਤੁਸੀਂ ਇਹ ਪੁੱਛਣਾ ਚਾਹੁੰਦੇ ਹੋ, ਰਾਜੂ ਵਰਮਾ ਸਾਹਿਬ ਥੋਟ ਕਿਹੜੀ ਸੱਸ ਕੁੱਟਦੀ ਦੇਖੀ ਸੀ? ਮੇਰੀ ਮੰਮੀ ਨੂੰ ਇੱਕ ਦਿਨ ਕੁੱਟਿਆ ਜਾ ਰਿਹਾ ਸੀ ਮੇਰੀ ਘਰਵਾਲੀ ਵੱਲੋਂ। ਸੱਚੀ ਗੱਲ ਹੈ, ਮਜ਼ਾਕ ਕਰ ਰਹੇ ਹਾਂ, ਮਤਲਬ ਥੋੜ੍ਹੇ ਜਦੋਂ ਸਿੱਠਣੀਆਂ ਵਗੈਰਾ ਚੱਲ ਰਹੀਆਂ ਸੀ ਕਿਸੇ ਮੈਰਿਜ ਦੇ ਵਿੱਚ, ਉੱਥੋਂ ਵੀ ਥੋਟ ਆਇਆ। ਬਾਕੀ ਘਰਾਂ ਦੇ ਵਿੱਚ ਜੋ ਸੀ ਮੈਨੂੰ ਸੀ ਵੀ ਉੱਥੇ ਫਿਲਮ ਬਣਨੀ ਚਾਹੀਦੀ ਹੈ ਸੰਜੀਦਾ ਜਿਹੇ ਢੰਗ ਨਾਲ, ਅਤੇ ਉਹਦੇ ਕਰਕੇ ਫਿਲਮ ਬਣੀ ਅਤੇ ਅੱਜ ਬਾਬੇ ਦੀ ਕਿਰਪਾ ਨਾਲ ਬਹੁਤ। ਜਦੋਂ ਫਿਲਮ ਲਿਖ ਰਹੇ ਸੀ ਇਹ ਨਹੀਂ ਸੋਚਦੇ ਵੀ ਇੰਨੀਆਂ ਸੱਸਾਂ ਇਕੱਠੀਆਂ ਕਿੱਥੋਂ ਕਰਨੀਆਂ? ਸੱਸਾਂ ਇਕੱਠੀਆਂ ਕਰਨ ਲੱਗੇ ਔਖੇ ਹੋਏ ਆ, ਜਿੱਦਾਂ ਜਤਿੰਦਰ ਕੌਰ ਮੈਡਮ ਸੀ ਅੱਗੇ, ਉਹਨਾਂ ਦੀ ਸੱਸ, ਉਹਨਾਂ ਦੀਆਂ ਡੇਟਾਂ ਨਹੀਂ ਮਿਲੀਆਂ, ਨਹੀਂ ਸੱਸਾਂ ਤਾਂ ਖਾਸੀਆਂ ਇਕੱਠੀਆਂ ਹੋ ਗਈਆਂ ਸੀ। ਅਤੇ ਹੋਰ ਹੁਣ ਕੀ ਚੱਲ ਰਿਹਾ ਦਿਲੋ ਦਿਮਾਗ ਦੇ ਵਿੱਚ? ਗਰਮੋ ਗਰਮੀ ਇੰਨੇ ਹੋਏ ਪਏ ਆ, ਚਾਹ ਦੀ ਗਰਮੀ ਹੈ? ਇਹ ਚਾਹ ਦੀ ਗਰਮੀ ਹੈ। ਅੱਗੇ ਫਿਲਮ ਹਰਜੀਤ ਬਾਜਾ ਖਾਨਾ, ਉਹਦੀ ਬਾਇਓਪਿਕ ਜਲਦੀ ਹੀ ਅਨਾਊਂਸਮੈਂਟ ਪੈ ਜਾਣੀ ਹੈ। ਖੱਬੀ ਖਾਨ, ਟੌਮ ਐਂਡ ਜੈਰੀ, 12-15 ਕੁ ਫਿਲਮਾਂ ਮਤਲਬ ਐਕਟ ਹੋਏ ਨੇ। ਪੀ ਐੱਚ ਡੀ ਸਾਡੇ ਅੰਮ੍ਰਿਤ ਬਾਈ ਕਰ ਰਹੇ ਨੇ, ਅੰਮ੍ਰਿਤਵੀਰ ਪੀ ਐੱਚ ਡੀ ਕਰ ਰਹੇ ਨੇ, ਫਿਰ ਉਹ ਡਰਾਮੇਬਾਜ਼ ਕਰ ਰਹੇ ਨੇ, ਅਤੇ ਜਿਹੜੇ ਪੰਕਜ ਭਾਜੀ ਨਾਲ ਹੁੰਦੇ ਸੀਗੇ, ਅਤੇ ਉਹਨਾਂ ਦੀਆਂ ਤਿੰਨ ਫਿਲਮਾਂ ਨੇ। ਤੁਸੀਂ ਪਤਾ ਇੱਕ ਸ਼ਰਟ ਲਓ ਪ੍ਰਿੰਟਡ ਜਿਹਦੇ ਉੱਤੇ ਐਂ ਫਿਲਮਾਂ ਦੇ ਨਾਂ ਲਿਖੇ ਹੋਣ, ਜਿਹੜੀਆਂ ਜਿਹੜੀਆਂ ਹੋ ਜਾਂਦੀਆਂ ਟਿੱਕ, ਜਿਹੜੀ ਜਿਹੜੀ ਰਹਿ ਗਈ ਉਹ ਇੱਦਾਂ ਲਿਖੀ ਜਾਓ, ਪੱਤਰਕਾਰਾਂ ਸੌਖਾ ਹੋ ਜਾਊਗਾ। ਮੈਂ ਤੁਹਾਡੇ ਪਾਉਂ, ਮੇਰੇ ਮੇਰੇ ਪੜ੍ਹੀ ਜਾਣੀ ਹੈ, ਔਖੀ ਹੋ ਗਈ। ਇੰਜੋਏ ਕਰਦੇ ਹਾਂ ਦੁਬਾਰਾ ਉਹਨੇ। ਲਵ ਯੂ, ਲਵ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਤੇ ਮੈਡਮ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ। ਨੌਂ ਤਾਂ ਬਹੁਤ ਸੋਹਣੀ ਲੱਗ ਰਹੀ ਹੈ। ਥੈਂਕ ਯੂ। ਸੱਸ ਦੇ ਬਰਾਬਰ ਖੜਨਾ ਹੁਣ ਜਾ ਕੇ? ਉਹ ਸੱਸ ਦਾ ਮੁਕਾਬਲਾ ਨਹੀਂ ਕਰਨਾ, ਪਿੱਛੇ ਥੋੜ੍ਹੀ ਰਹਿਣਾ। ਤੁਸੀਂ ਤਾਂ ਬਹੁਤ ਜ਼ਿਆਦਾ ਆਗਿਆ ਕਰ ਬਹੂ ਨਿਕਲੇ ਸੀ ਟ੍ਰੇਲੇ 'ਚ, ਦੇਖਿਆ ਸੱਸ ਕੱਟਦੀ ਆਉਂਦੇ? ਨਹੀਂ ਦੇਖੋ, ਜਿੱਦਾਂ ਦਾ ਉਹ ਮੇਰਾ ਸਵਾਗਤ ਕਰਨਗੇ ਮੈਂ ਉਹਦਾ ਰਿਸਪੋਂਸ ਤਾਂ ਕਰਨਾ ਹੀ ਹੈ ਨਾ। ਦੁਆ 'ਚ ਤੁਹਾਨੂੰ ਆਲੇ ਦੁਆਲੇ ਤੁਹਾਡੇ ਸਹੁਰੇ ਹੋ ਗਏ ਜਾਂ ਪੇਕੇ ਹੋ ਗਏ, ਡਰ ਗਏ ਹੋਣਗੇ ਵੀ ਤਾਂ ਕੁੜੀ ਬਹੁਤ ਆ? ਦੇਖੋ ਉਹ ਕਰੈਕਟਰ ਹੈ ਨਾ, ਉਹ ਸਕ੍ਰਿਪਟ ਦਾ ਜਿਵੇਂ ਸੀਗਾ ਉਹਦੇ ਅਕੋਰਡਿੰਗ ਹੀ ਤਾਂ। ਪਰਸਨਲ ਲਾਈਫ 'ਚ ਬਹੁਤ ਡਿਫਰੈਂਟ ਹੈਗੀ ਆ। ਮਤਲਬ ਦਿਲ ਦੇ ਮਤਲਬ ਪਰਸਨਲ ਬਵਾਲ ਵੀ ਕੱਢੇ ਤੁਸੀਂ ਅੰਦਰ ਆਪਣੇ ਇਸ ਫਿਲਮ ਦੇ ਵਿੱਚ, ਕੁਝ ਰੀਝਾਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਆਫ ਕੈਮਰਾ ਤਾਂ ਨਹੀਂ ਕਰਦੇ? ਨਹੀਂ 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 ਨਹੀਂ, ਇੱਦਾਂ ਦਾ ਕੁਛ ਨਹੀਂ ਆ, ਉਹ ਸਕ੍ਰਿਪਟ ਦੇ ਅਕੋਰਡਿੰਗ ਸੀਗਾ। ਉਹ ਤਾਂ ਜੋਕਸ ਪਾਰਟ, ਵੈਸੇ ਟ੍ਰੇਲਰ ਬਹੁਤ ਸੋਹਣਾ ਆ, ਕੀ ਚੱਲ ਰਿਹਾ ਹੁਣ ਦਿਲੋ ਦਿਮਾਗ? ਬਸ ਅਸੀਂ ਵੇਟ ਹੋ ਰਹੀ ਆ ਹੁਣ, ਵੈਸੇ ਰਿਸਪੋਂਸ ਵਧੀਆ ਆ ਰਿਹਾ, ਹੁਣ ਇਹੀ ਹੈ ਕਿ ਸਾਰੇ ਦੇਖ ਲੈਣ ਅਤੇ ਹੋਰ ਰਿਸਪੋਂਸ ਵਧੀਆ ਮਿਲੇ, ਲੋਕਾਂ ਨੂੰ ਪਸੰਦ ਆਏ, ਜਿਹੜੇ ਅਸੀਂ ਮਿਹਨਤ ਕੀਤੀ ਹੈ ਉਹ ਸਾਰਿਆਂ ਨੂੰ ਪਸੰਦ ਆਏ। ਅਤੇ ਤੁਹਾਨੂੰ ਕੀ ਲੱਗਦਾ ਵੀ ਫੈਮਿਲੀਜ਼ ਦੇ ਵਿੱਚ ਚੇਂਜਿਸ ਆਉਣਗੀਆਂ ਕੁਛ ਨਾ ਕੁਛ ਫਿਲਮ ਦੇਖਣ ਤੋਂ ਬਾਅਦ? ਦੇਖੋ ਚੇਂਜਿਸ ਆ ਵੀ ਰਹੀਆਂ ਨੇ, ਇੱਦਾਂ ਦੀ ਗੱਲ ਨਹੀਂ ਹੈ, ਹੁਣ ਆ ਰਹੇ ਨੇ ਕਿਉਂਕਿ ਪੇਰ ਜਿਹੜੇ ਇਨ ਲੋਸ ਵਰਡ ਹੁਣ ਬਹੁਤ ਘੱਟ ਯੂਜ਼ ਹੁੰਦਾ, ਪੇਰੈਂਟਸ ਹੀ ਹੁੰਦਾ ਹੁਣ, ਕੋਈ ਇੰਟਰਡਿਊਸ ਵੀ ਕਰਾਉਂਦੇ ਕਿ ਇਹ ਮੇਰੇ ਮੰਮੀ ਪਾਪਾ, ਇੱਦਾਂ ਨਹੀਂ ਕਹਿੰਦੇ ਮੇਰੇ ਸੱਸ ਸਹੁਰਾ ਜਾਂ ਮੇਰੇ ਇਨ ਲੋਸ ਨੇ, ਅਤੇ ਉਹ ਚੇਂਜ ਬਹੁਤ ਵੱਡਾ ਆ ਰਿਹਾ। ਨਾਲੇ ਹੁਣ ਮੈਨੂੰ ਲੱਗਦਾ ਕਿ ਜਿਹੜੇ ਉਹ ਵੀ ਵਰਕਿੰਗ ਨੇ ਇਨ ਲੋਸ ਵੀ ਜਾਂ ਮਦਰ ਇਨ ਲੋ, ਉਹਨਾਂ ਨੂੰ ਵੀ ਪਤਾ ਕੀ ਪ੍ਰੋਬਲਮਸ ਆਉਂਦੀਆਂ ਆਫਟਰ ਮੈਰਿਜ, ਕਿੱਦਾਂ ਟੈਕਲ ਕਰਨਾ ਹੁੰਦਾ, ਕਿੱਦਾਂ ਐਡਜਸਟਮੈਂਟ ਕਰਨੀ ਹੁੰਦੀ ਹੈ, ਅਤੇ ਉਹ ਗਾਈਡ ਕਰਦੇ ਨੇ, ਅਤੇ ਬੱਚੇ ਵੀ ਹੁਣ ਸਮਝਦਾਰ ਹੋ ਗਏ ਉਸ ਹਿਸਾਬ ਨਾਲ ਕਰਦੇ ਨੇ। ਤੁਹਾਨੂੰ ਬੋਲੀ ਆਉਂਦੀ ਹੈ ਨਹੀਂ ਮੈਂ ਸੱਸ ਕੁੱਟਣੀ ਕੁੱਟਣੀ ਸੰਦੂਕਾਂ? ਹਾਂਜੀ, ਪਾਉਣੀ ਤਾਂ ਨਹੀਂ, ਮੈਂ ਦੂਜੀ ਵਾਲੀ ਪਾਉਂਦੀ ਹੈ। ਕਦੇ ਬੋਡਾ ਮਾਰਦੀ, ਕਦੇ ਗੋਡਾ ਮਾਰਦੀ, ਕਦੇ ਮੋਢਾ ਮਾਰਦੀ, ਕਦੇ ਗੋਡਾ ਮਾਰਦੀ, ਵੇ ਮੈਂ ਕਰਨੀ ਉਹਦੀ ਮਸਾਜ ਛੱਡ ਕੇ ਸੱਸ ਕੁੱਟਣੀ, ਸੱਸ ਕੁੱਟਣੀ, ਟੀਵੀ ਦੀ ਉੱਚੀ ਆਵਾਜ਼ ਕਰਕੇ ਸੱਸ ਕੁੱਟਣੀ। ਇਹ ਹੁਣ ਕਿਹਨੂੰ ਦੇ ਰਹੇ ਹੋ ਇੰਡੀਕੇਸ਼ਨ ਤੁਸੀਂ? ਇਹ ਤਾਂ ਹਜੇ ਫਿਲਮ ਵਾਲੇ ਹੁੰਦੇ, ਫਿਲਮ ਵਾਲੇ। ਠੀਕ ਹੈ ਮੈਮ, ਥੈਂਕ ਯੂ ਸੋ ਮੱਚ ਤੇ ਬੈਸਟ ਆਫ ਲੱਕ। ਥੈਂਕ ਯੂ ਜੀ, ਥੈਂਕ ਯੂ ਸੋ ਮੱਚ, ਥੈਂਕ ਯੂ। ਤੇ ਨੀ ਮੈਂ ਸੱਸ ਕੁੱਟਣੀ ਦੇ ਸਪੈਸ਼ਲ ਪ੍ਰੀਮੀਅਰ ਤੇ ਪਹੁੰਚਿਆ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ, ਤੁਸੀਂ ਸੁਣਾਓ? ਠੀਕ ਠਾਕ। ਮੈਚਿੰਗ ਇੰਟੈਂਸ਼ਨਲੀ ਹੋ ਗਈ ਜਾਂ ਸੋਚ ਸਮਝ ਕੀਤੀ? ਪਤਾ ਨਹੀਂ ਆਪੇ ਹੀ ਹੋ ਗਈ।
ਮੇਰਾ ਤਾਂ ਫੇਵਰੇਟ ਹੈ ਕਲਰ ਬਲੈਕ, ਜਦੋਂ ਮੈਂ ਕਿਤੇ ਜਾਣਾ ਹੋਵੇ ਵਿਆਹ ਸ਼ਾਦੀਆਂ 'ਤੇ ਮੈਨੂੰ ਹੁੰਦਾ ਵੀ ਬਲੈਕ ਕਲਰ ਪਾਈ ਆਪਾਂ, ਸੋ ਇਹਨਾਂ ਦਾ ਵੀ ਸੀ, ਇਹਨਾਂ ਨੇ ਵੀ ਪਾ ਲਿਆ। ਕੁੜੀਆਂ ਨੂੰ ਬਲੈਕ ਕਲਰ ਬਹੁਤ ਪਸੰਦ ਹੁੰਦਾ, ਇਹ ਵੀ ਚਾਲ ਵੀ ਹੋ ਸਕਦੀ ਹੈ ਕਿ ਮੈਂ ਹਾਂ ਹੋ ਸਕਦਾ ਹੈ, ਮੈਂ ਸੋਚਾ ਪਾ ਕੇ ਜਾਂਦਾ ਖੋਰੇ ਕੋਈ ਪਸੰਦ ਹੀ ਕਰ ਲਵੇ। ਅਤੇ ਡੈਬਿਊ ਕਰਨ ਜਾ ਰਹੇ ਹੋ ਤੁਸੀਂ, ਪਹਿਲਾਂ ਤੁਸੀਂ ਦੱਸੋ ਕੀ ਚੱਲਦਾ, ਤਾਂ ਹਾਰਟ ਬੀਟ ਕਿੰਨੀ ਅੱਜ? ਬਹੁਤ ਤੇਜ਼ ਹੈ, ਸਵੇਰੇ 8 ਵਜੇ ਤਾਂ ਬਹੁਤ ਤੇਜ਼ ਸੀ, ਜਿਵੇਂ ਫਿਰ 10-12 ਵਜੇ ਫਿਰ ਥੋੜ੍ਹਾ ਜਿਹਾ ਠੀਕ ਹੋ ਗਿਆ, ਔਰ ਹੁਣ ਥੋੜ੍ਹੀ ਜਿਹੀ ਐਕਸਾਈਟਮੈਂਟ ਹੋਰ ਵੱਧ ਰਹੀ ਹੈ, ਕਿਉਂਕਿ ਸਾਰਿਆਂ ਦੇ ਜਦੋਂ ਮੈਸੇਜ ਪੜ੍ਹੇ ਮੈਨੂੰ ਲੱਗਿਆ ਕਿ ਸ਼ਾਇਦ ਪਰਮਾਤਮਾ ਨੇ ਸੁਣ ਲਈ ਹੈ, ਸਭ ਕੁਛ ਠੀਕ ਚੱਲ ਰਿਹਾ। ਤੁਸੀਂ ਤਾਂ ਨਾਲ ਪ੍ਰੋਡਿਊਸਰ ਵੀ ਹੋ, ਤੁਹਾਡੀ ਜ਼ਿਆਦਾ ਤੇਜ਼ ਹੋਣੀ ਚਾਹੀਦੀ। ਬਹੁਤ ਜ਼ਿਆਦਾ, ਰਾਤੀ ਤਾਂ ਮੈਨੂੰ ਨੀਂਦ ਵੀ ਨਹੀਂ ਆ ਰਹੀ ਸੀ, ਇੰਨੀ ਟੈਨਸ਼ਨ ਸੀ, ਪਤਾ ਨਹੀਂ ਕੀ ਹੋਏਗਾ ਸਵੇਰੇ, ਜਿਵੇਂ ਰਿਜ਼ਲਟ ਆ ਰਿਹਾ ਹੁੰਦਾ ਨਾ ਪੇਪਰਾਂ ਤੋਂ ਬਾਅਦ, ਉੱਦਾਂ ਦੀ ਨਰਵਸਨੈਸ ਸੀ, ਬਟ ਜਿਵੇਂ ਆਪਾਂ ਸਵੇਰੇ ਉੱਠੇ ਅਰਦਾਸ ਕੀਤੀ ਰੱਬ ਅੱਗੇ, ਅਤੇ ਜਦੋਂ ਅਸੀਂ ਸ਼ੋਅਜ਼ ਦੇਖੇ ਲੋਕਾਂ ਦਾ ਰਿਸਪੋਂਸ ਦੇਖਿਆ, ਅਤੇ ਲੋਕ ਸਵੇਰੇ 8 ਵਜੇ ਵੀ ਗਏ ਹੋਏ ਸੀ 8-9 ਵਜੇ ਦੇ ਸ਼ੋਅਜ਼ ਦੇਖਣ, ਸੋ ਇੰਨੀ ਜ਼ਿਆਦਾ ਮਤਲਬ ਦਿਲੋਂ ਥੈਂਕ ਯੂ ਕਰਦੀ ਹਾਂ ਮੈਂ ਤੁਹਾਡੇ ਸਾਰਿਆਂ ਦਾ, ਕਿਉਂਕਿ ਇਹ ਮੂਮੈਂਟ 'ਤੇ ਅਸੀਂ ਬਹੁਤ ਟਾਈਮ ਤੋਂ ਵੇਟ ਕਰ ਰਹੇ ਸੀ, ਸੋ ਫਾਈਨਲੀ ਇਟਸ ਹੇਅਰ। ਜਿੱਦਾਂ ਇੱਕ ਬਹੁਤ ਵਧੀਆ ਮੈਸੇਜ ਵੀ ਹੈ ਇਸ ਫਿਲਮ ਦੇ ਵਿੱਚ, ਜਿੱਦਾਂ ਇੰਟਰਵਿਊਜ਼ ਵਿੱਚ ਵੀ ਆਪਾਂ ਸੁਣਿਆ ਤੁਹਾਡੀ ਗੱਲ ਨੂੰ, ਕੀ ਲੱਗਦਾ ਵੀ ਕੁਛ ਨਾ ਕੁਛ ਚੇਂਜਿਸ ਆਉਣਗਾ ਘਰਾਂ ਦੇ ਵਿੱਚ? ਬਿਲਕੁਲ, ਮੈਨੂੰ ਲੱਗਦਾ ਵੀ ਪਰਿਵਾਰ ਜਦੋਂ ਸਾਰੇ ਇਸ ਫਿਲਮ ਨੂੰ ਦੇਖਣ ਆਉਣਗੇ ਆਪਣੇ ਸਮੂਹ ਪਰਿਵਾਰ ਦੇ ਨਾਲ, ਜਦੋਂ ਸਾਰੇ ਆਉਣਗੇ ਇਸ ਆਉਣ ਦੋ ਇਹ ਤਾਂ ਜ਼ਰੂਰੀ ਹੈ ਜੀ, ਫਿਰ ਤੁਸੀਂ ਆਓ ਪਲੀਜ਼। ਪਾਪਾ ਆ ਜਾਓ, ਖੜੋ ਪਲੀਜ਼, ਆਪਾਂ ਪਹਿਲਾਂ ਪਾਪਾ ਦੇ ਵਿਚਾਰ ਲੈਂਦੇ ਹਾਂ ਫਿਰ ਉਹਨੂੰ ਕੰਟੀਨਿਊ ਕਰਾਂਗੇ। ਕੀ ਕਹਿਣਾ ਚਾਹੋਗੇ ਅੱਜ? ਹਾਂਜੀ, ਕੀ ਕਹਿਣਾ ਚਾਹੋਗੇ ਤੁਸੀਂ? ਤੁਹਾਡੀ ਕੁੜੀ ਫਿਲਮ ਬਹੁਤ ਵਧੀਆ ਫਿਲਮ ਹੈ, ਸੱਸ ਕੁੱਟਣੀ। ਹਾਂਜੀ, ਬਹੁਤ ਵਧੀਆ ਫਿਲਮ ਹੈ। ਤੁਹਾਡੀ ਕੁੜੀ ਜੇ ਕਦੇ ਸੱਚੀ ਨਾਲ ਸੱਸ ਨੂੰ ਕੁੱਟ ਦੋ ਔਖਾ ਹੋ ਜਾਏ। ਹਾਂਜੀ, ਬਹੁਤ ਵਧੀਆ ਫਿਲਮ ਹੈ। ਤੁਸੀਂ ਕੀ ਕਹਿਣਾ ਅੱਜ ਪੇਰੈਂਟਸ ਨੂੰ? ਇੰਨਾ ਪ੍ਰਾਊਡ ਫੀਲ ਹੁੰਦਾ ਨਾ ਜਦੋਂ ਬਰਾਬਰ ਖੜੇ ਆ, ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਕੀ ਕਹਿਣਾ, ਕਿੱਦਾਂ ਲੱਗ ਰਿਹਾ ਤੁਹਾਨੂੰ ਇੱਥੇ? ਮੈਨੂੰ ਤਾਂ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ, ਕਿਉਂਕਿ ਮੇਰੀ ਤਮੰਨਾ ਸੀਗੀ, ਮੈਂ ਬਾਬਾ ਜੀ ਕੇ ਅਰਦਾਸਾਂ ਕਰਦੀ ਸੀ ਕਿ ਮੇਰੀ ਬੇਟੀ ਵੱਡੇ ਪਰਦੇ ਤੇ ਆਵੇ। ਇਹ ਮਾਂ ਦਾ ਜਿਹੜਾ ਪਿਆਰ ਹੈ, ਗੁਰੂ ਜੀ ਨੇ ਅੱਜ ਮੇਰੀ ਅਰਦਾਸ ਦੇਖ ਰਿਹਾ ਹੈ। ਇਹ ਤਮੰਨਾ ਤਾਂ ਨਹੀਂ ਸੀਗੀ ਵੀ ਸਹੁਰੇ ਘਰ ਜਾ ਕੇ ਸੱਸ ਨੂੰ ਕੁੱਟੇ? ਨਹੀਂ ਜੀ, ਨਹੀਂ, ਕਿਉਂਕਿ ਜੋ ਮੈਂ ਪਿਆਰ ਕਰਦੀ ਸੀ ਆਪਣੀ ਸੱਸ ਨਾਲ, ਤਾਂ ਮੇਰੀ ਬੇਟੀ ਵੀ ਆਹੀ ਸਿੱਖੇਗੀ ਕਿ ਆਪਣੀ ਸੱਸ ਨਾਲ ਪਿਆਰ ਕਰੋ। ਬੈਸਟ ਆਫ ਲੱਕ, ਆਪਾਂ ਮੂਵੀ ਦੇਖਦੇ ਹਾਂ ਫਿਰ ਕਰਦੇ ਹਾਂ ਗੱਲ। ਥੈਂਕ ਯੂ। ਇਸ ਵਕਤ ਸਾਡੇ ਨਾਲ ਆ ਨੀਮ ਸੱਸ ਕੁੱਟਣੀ ਫਿਲਮ ਦੇ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਰਾਜੂ ਵਰਮਾ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਤੁਸੀਂ ਸੁਣਾਓ, PV 37 ਵਾਲੇ ਆ ਗਏ। ਰਾਜੂ ਵਰਮਾ ਜੀ ਘਰਾਂ 'ਚ ਲੜਾਈਆਂ ਪਾਉਣ ਲੱਗੇ ਸਾਨੂੰ ਲੱਗਦਾ। ਲੜਾਈਆਂ 'ਚ ਰੁਪਈਏ ਬਣਦੇ, ਹੁਣ ਥੋੜ੍ਹੀ ਮੋਟੀ ਪਾ ਲੈਣੀ ਚਾਹੀਦੀ ਹੈ। ਕੰਟਰੋਵਰਸੀ ਦੇ ਪੈਸੇ ਮੈਂ ਕਹਿੰਦਾ ਜ਼ਿਆਦਾ ਬਣਦੇ ਅੱਜ ਕੱਲ੍ਹ। ਉਹੀ ਗੱਲ ਹੈ, ਅਤੇ ਬਾਬੇ ਦੀ ਕਿਰਪਾ ਨਾਲ ਖੱਚਾ ਖੱਚ ਭਰਿਆ ਹੋਇਆ ਹਾਲ ਦੇਖ ਕੇ ਮਜ਼ਾ ਆ ਰਿਹਾ। ਰਿਵਿਊ ਵੀ ਸਵੇਰ ਦੇ ਬਹੁਤ ਅੱਛੇ ਆ ਰਹੇ, ਆਡੀਅੰਸ ਕਾਫੀ ਇੰਜੋਏ ਕਰੀ ਹੈ। ਮੇਨ ਗੱਲ ਇਹ ਹੈ ਕਿ ਫੈਮਲੀਜ਼ ਆ ਰਹੀਆਂ ਫਿਲਮ ਦੇਖਣ, ਸਭ ਤੋਂ ਵੱਡੀ ਗੱਲ ਹੈ, ਕਿਉਂਕਿ ਉਹ ਫਿਲਮ ਬਹੁਤ ਵਧੀਆ ਜਾਂਦੀ ਹੈ ਜਿਹਦੇ ਵਿੱਚ ਫੈਮਲੀਆਂ ਸਾਡੇ ਨਾਲ ਜੁੜ ਜਾਂਦੀਆਂ ਨੇ। ਇਹਦੇ ਵਿੱਚ ਸਾਰੀਆਂ ਫੈਮਲੀਆਂ ਦੀ ਫਿਲਮ ਹੈ, ਹਰ ਨੂੰ ਆਪਣੀ ਸੱਸ ਨੂੰ ਫਿਲਮ ਦਿਖਾਉਣ ਲੈ ਕੇ ਆ ਰਹੀ ਹੈ ਵੀ ਸੱਸ ਕੁੱਟਣੀ। ਉਹਦੇ ਵਿੱਚੋਂ ਫਿਰ ਜਦੋਂ ਫਿਲਮ ਦੇਖਦੇ ਆ ਤਾਂ ਦੂਜੀ ਕਹਿੰਦੇ ਭਾਈ ਨੂੰ ਵੀ ਫੈਂਟਤੀ ਸੀ ਸੱਸ ਨੇ, ਤੁਸੀਂ ਦੇਖ ਕੇ ਆਓ। ਰਾਜੂ ਵਰਮਾ ਸਾਹਿਬ, ਤੁਸੀਂ ਇਹ ਪੁੱਛਣਾ ਚਾਹੁੰਦੇ ਹੋ, ਰਾਜੂ ਵਰਮਾ ਸਾਹਿਬ ਥੋਟ ਕਿਹੜੀ ਸੱਸ ਕੁੱਟਦੀ ਦੇਖੀ ਸੀ? ਮੇਰੀ ਮੰਮੀ ਨੂੰ ਇੱਕ ਦਿਨ ਕੁੱਟਿਆ ਜਾ ਰਿਹਾ ਸੀ ਮੇਰੀ ਘਰਵਾਲੀ ਵੱਲੋਂ। ਸੱਚੀ ਗੱਲ, ਮਜ਼ਾਕ ਕਰ ਰਹੇ, ਮਤਲਬ ਥੋੜ੍ਹੇ ਜਦੋਂ ਸਿੱਠਣੀਆਂ ਵਗੈਰਾ ਚੱਲ ਰਹੀਆਂ ਸੀ ਕਿਸੇ ਮੈਰਿਜ ਦੇ ਵਿੱਚ, ਉੱਥੋਂ ਵੀ ਥੋਟ ਆਇਆ। ਬਾਕੀ ਘਰਾਂ ਦੇ ਵਿੱਚ ਜੋ ਸੀ ਮੈਨੂੰ ਸੀ ਵੀ ਇਹ ਤਾਂ ਫਿਲਮ ਬਣਨੀ ਚਾਹੀਦੀ ਹੈ ਸੰਜੀਦਾ ਜਿਹੇ ਢੰਗ ਨਾਲ, ਅਤੇ ਉਹਦੇ ਕਰਕੇ ਫਿਲਮ ਬਣੀ, ਅਤੇ ਅੱਜ ਬਾਬੇ ਦੀ ਕਿਰਪਾ ਨਾਲ ਬਹੁਤ। ਜਦੋਂ ਫਿਲਮ ਲਿਖ ਰਹੇ ਸੀ ਇਹ ਨਹੀਂ ਸੋਚਦੇ ਵੀ ਇੰਨੀਆਂ ਸੱਸਾਂ ਇਕੱਠੀਆਂ ਕਿੱਥੋਂ ਕਰਨੀਆਂ? ਸੱਸਾਂ ਇਕੱਠੀਆਂ ਕਰਨ ਲੱਗੇ ਔਖੇ ਹੋਏ ਆ, ਜਿੱਦਾਂ ਜਤਿੰਦਰ ਕੌਰ ਮੈਡਮ ਸੀ ਅੱਗੇ, ਉਹਨਾਂ ਦੀ ਸੱਸ, ਉਹਨਾਂ ਦੀਆਂ ਡੇਟਾਂ ਨਹੀਂ ਮਿਲੀਆਂ, ਨਹੀਂ ਸੱਸਾਂ ਤਾਂ ਖਾਸੀਆਂ ਇਕੱਠੀਆਂ ਹੋ ਗਈਆਂ ਸੀ। ਅਤੇ ਹੋਰ ਹੁਣ ਕੀ ਚੱਲ ਰਿਹਾ ਦਿਲੋ ਦਿਮਾਗ ਵਿੱਚ? ਗਰਮੋ ਗਰਮੀ ਇੰਨੇ ਹੋਏ ਪਏ, ਚਾਹ ਦੀ ਗਰਮੀ ਹੈ? ਇਹ ਚਾਹ ਦੀ ਗਰਮੀ ਹੈ। ਅੱਗੇ ਫਿਲਮ ਹਰਜੀਤ ਬਾਜਾ ਖਾਨਾ, ਉਹਦੀ ਬਾਇਓਪਿਕ ਜਲਦੀ ਹੀ ਅਨਾਊਂਸਮੈਂਟ ਪੈ ਜਾਣੀ ਹੈ। ਖੱਬੀ ਖਾਨ, ਟੌਮ ਐਂਡ ਜੈਰੀ, 12-15 ਫਿਲਮਾਂ ਮਤਲਬ ਐਕਟਿਵ ਹੋਏ ਨੇ। PhD ਸਾਡੇ ਅੰਮ੍ਰਿਤ ਬਾਈ ਕਰ ਰਹੇ ਨੇ, ਅੰਮ੍ਰਿਤਵੀਰ PhD ਕਰ ਰਹੇ ਨੇ, ਫਿਰ ਉਹ ਡਰਾਮੇਬਾਜ਼ ਕਰ ਰਹੇ ਨੇ, ਅਤੇ ਜਿਹੜੇ ਪੰਕਜ ਭਾਜੀ ਨਾਲ ਹੁੰਦੇ ਸੀਗੇ, ਅਤੇ ਉਹਨਾਂ ਦੀਆਂ 3 ਫਿਲਮਾਂ ਨੇ। ਪਤਾ, ਇੱਕ ਸ਼ਰਟ ਲਓ ਪ੍ਰਿੰਟਡ ਜਿਹਦੇ ਉੱਤੇ ਐਂ ਫਿਲਮਾਂ ਦੇ ਨਾਂ ਲਿਖੇ ਹੋਣ, ਜਿਹੜੀਆਂ ਜਿਹੜੀਆਂ ਹੋ ਜਾਂਦੀਆਂ ਟਿੱਕ, ਜਿਹੜੀ ਜਿਹੜੀ ਰਹਿ ਗਈ ਉਹ ਇੱਦਾਂ ਲਿਖੀ ਜਾਓ, ਪੱਤਰ ਕਰਨ ਸੌਖਾ ਹੋ ਜਾਊਗਾ। ਮੈਂ ਤੁਹਾਡੇ ਪਾਓ ਮੇਰੇ ਮੇਰੇ ਪੜ੍ਹੀ ਜਾਣੀ ਹੈ, ਔਖੀ ਹੋ ਗਈ। ਇੰਜੋਏ ਕਰਦੇ ਹਾਂ ਦੁਬਾਰਾ। ਲਵ ਯੂ। ਐਕਸਪੀਰੀਅੰਸ ਲੇਕਿਨ ਉਹਨਾਂ ਸਾਨੂੰ ਪਿਆਰ ਨਹੀਂ।
ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਮੈਡਮ। ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ। ਨੌ ਤਾਂ ਬਹੁਤ ਸੋਹਣੀ ਲੱਗ ਰਹੀ ਹੈ। ਥੈਂਕ ਯੂ। ਸੱਸ ਦੇ ਬਰਾਬਰ ਖੜਨਾ ਹੁਣ ਜਾ ਕੇ? ਉਹ ਸੱਸ ਦਾ ਮੁਕਾਬਲਾ ਨਹੀਂ ਕਰਨਾ, ਪਿੱਛੇ ਥੋੜੀ ਰਹਿਣਾ। ਤੁਸੀਂ ਤਾਂ ਬਹੁਤ ਜ਼ਿਆਦਾ ਆਗਿਆ ਕਰ ਬਹੂ ਨਿਕਲੇ ਸੀ ਟ੍ਰੇਲੇ 'ਚ, ਦੇਖਿਆ ਸੱਸ ਕੱਟਦੀ ਆਉਂਦੇ। ਨਹੀਂ ਦੇਖੋ, ਜਿੱਦਾਂ ਦਾ ਉਹ ਮੇਰਾ ਸਵਾਗਤ ਕਰਨਗੇ ਮੈਂ ਉਹਦਾ ਰਿਸਪੌਂਸ ਤਾਂ ਕਰਨਾ ਹੀ ਹੈ ਨਾ। ਦੁਆ 'ਚ ਤੁਹਾਨੂੰ ਆਲੇ ਦੁਆਲੇ ਤੁਹਾਡੇ ਸਹੁਰੇ ਹੋ ਗਏ ਜਾਂ ਪੇਕੇ ਹੋ ਗਏ, ਡਰ ਗਏ ਹੋਣਗੇ ਵੀ ਤਾਂ ਕੁੜੀ ਬਹੁਤ ਆ। ਦੇਖੋ ਉਹ ਕਰੈਕਟਰ ਹੈ ਨਾ, ਉਹ ਸਕ੍ਰਿਪਟ ਦਾ ਜਿਵੇਂ ਸੀਗਾ ਉਹਦੇ ਅਕੋਰਡਿੰਗ ਹੀ ਦਾ, ਪਰਸਨਲ ਲਾਈਫ 'ਚ ਬਹੁਤ ਡਿਫਰੈਂਟ ਹੈਗੀ ਆ। ਮਤਲਬ ਦਿਲ ਦੇ ਮਤਲਬ ਪਰਸਨਲ ਬਵਾਲ ਵੀ ਕੱਢੇ ਤੁਸੀਂ ਅੰਦਰ ਆਪਣੇ ਇਸ ਫਿਲਮ ਦੇ ਵਿੱਚ, ਕੁਝ ਰੀਝਾਂ ਹੁੰਦੀਆਂ ਨਾ ਜਿਹੜੀਆਂ ਤੁਸੀਂ ਆਫ ਕੈਮਰਾ ਤਾਂ ਨਹੀਂ ਕਰਦੇ? ਨਹੀਂ, ਇੱਦਾਂ ਦਾ ਕੁਛ ਨਹੀਂ ਹੈ, ਉਹ ਸਕ੍ਰਿਪਟ ਦੇ ਅਕੋਰਡਿੰਗ ਸੀਗਾ। ਜੋਕਸ ਪਾਰਟ, ਵੈਸੇ ਟ੍ਰੇਲਰ ਬਹੁਤ ਸੋਹਣਾ ਹੈ, ਕੀ ਚੱਲ ਰਿਹਾ ਹੁਣ ਦਿਲੋਂ ਦਿਮਾਗ? ਬਸ ਅਸੀਂ ਵੇਟ ਹੋ ਰਹੀ ਹੈ ਹੁਣ, ਵੈਸੇ ਰਿਸਪੋਂਸ ਵਧੀਆ ਆ ਰਿਹਾ ਹੁਣ, ਇਹੀ ਹੈ ਕਿ ਸਾਰੇ ਦੇਖ ਲੈਣ ਅਤੇ ਹੋਰ ਰਿਸਪੋਂਸ ਵਧੀਆ ਮਿਲੇ, ਲੋਕਾਂ ਨੂੰ ਪਸੰਦ ਆਏ, ਜਿਹੜਾ ਅਸੀਂ ਮਿਹਨਤ ਕੀਤੀ ਹੈ ਉਹ ਸਾਰਿਆਂ ਨੂੰ ਪਸੰਦ ਆਏ। ਅਤੇ ਤੁਹਾਨੂੰ ਕੀ ਲੱਗਦਾ ਵੀ ਫੈਮਿਲੀਜ਼ ਦੇ ਵਿੱਚ ਚੇਂਜਿਸ ਆਉਣਗੀਆਂ ਕੁਛ ਨਾ ਕੁਛ ਫਿਲਮ ਦੇਖਣ ਤੋਂ ਬਾਅਦ? ਦੇਖੋ ਚੇਂਜਿਸ ਆ ਵੀ ਰਹੀਆਂ ਨੇ, ਇੱਦਾਂ ਦੀ ਗੱਲ ਨਹੀਂ, ਹੁਣ ਆ ਰਹੇ ਨੇ ਕਿਉਂਕਿ ਪੇਰ ਜਿਹੜੇ ਇਨ ਲੋਸ ਵਰਡ ਹੁਣ ਬਹੁਤ ਘੱਟ ਯੂਜ਼ ਹੁੰਦਾ, ਪੇਰੈਂਟਸ ਹੀ ਹੁੰਦਾ ਹੁਣ, ਕੋਈ ਇੰਟਰਡਿਊਸ ਵੀ ਕਰਾਉਂਦੇ ਕਿ ਇਹ ਮੇਰੇ ਮੰਮੀ ਪਾਪਾ, ਇੱਦਾਂ ਨਹੀਂ ਕਹਿੰਦੇ ਮੇਰੇ ਸੱਸ ਸਹੁਰਾ ਜਾਂ ਮੇਰੇ ਇਨ ਲੋਸ ਨੇ, ਅਤੇ ਉਹ ਚੇਂਜ ਬਹੁਤ ਵੱਡਾ ਆ ਰਿਹਾ। ਨਾਲੇ ਹੁਣ ਮੈਨੂੰ ਲੱਗਦਾ ਕਿ ਜਿਹੜੇ ਉਹ ਵੀ ਵਰਕਿੰਗ ਨੇ ਇਨ ਲੋਸ ਵੀ ਜਾਂ ਮਦਰ ਇਨ ਲੋ, ਉਹਨਾਂ ਨੂੰ ਵੀ ਪਤਾ ਕਿ ਪ੍ਰੋਬਲਮਸ ਆਉਂਦੀਆਂ ਆਫਟਰ ਮੈਰਿਜ, ਕਿੱਦਾਂ ਟੈਕਲ ਕਰਨਾ ਹੁੰਦਾ, ਕਿੱਦਾਂ ਐਡਜਸਟਮੈਂਟ ਕਰਨੀ ਹੁੰਦੀ ਹੈ, ਅਤੇ ਉਹ ਗਾਈਡ ਕਰਦੇ ਨੇ, ਅਤੇ ਬੱਚੇ ਵੀ ਹੁਣ ਸਮਝਦਾਰ ਹੋ ਗਏ ਉਸ ਹਿਸਾਬ ਨਾਲ ਕਰਦੇ ਨੇ। ਤੁਹਾਨੂੰ ਬੋਲੀ ਆਉਂਦੀ ਹੈ ਨਹੀਂ ਮੈਂ ਸੱਸ ਕੁੱਟਣੀ ਸੰਦੂਕਾਂ? ਹਾਂਜੀ, ਪਾਉਣੀ ਤਾਂ ਨਹੀਂ, ਮੈਂ ਦੂਜੀ ਵਾਲੀ ਪਾਉਂਦੀ ਹੈ। ਕਦੇ ਬੋਡਾ ਮਾਰਦੀ, ਕਦੇ ਗੋਡਾ ਮਾਰਦੀ, ਕਦੇ ਮੋਢਾ ਮਾਰਦੀ, ਕਦੇ ਗੋਡਾ ਮਾਰਦੀ, ਵੇ ਮੈਂ ਕਰਨੀ ਉਹਦੀ ਮਸਾਜ ਛੱਡ ਕੇ ਸੱਸ ਕੁੱਟਣੀ, ਸੱਸ ਕੁੱਟਣੀ, ਟੀਵੀ ਦੀ ਉੱਚੀ ਆਵਾਜ਼ ਕਰਕੇ ਸੱਸ ਕੁੱਟਣੀ। ਹੁਣ ਕਿਹਨੂੰ ਦੇ ਰਹੇ ਹੋ ਇੰਡੀਕੇਸ਼ਨ ਤੁਸੀਂ? ਇਹ ਤਾਂ ਹਜੇ ਫਿਲਮ ਵਾਲੇ ਹੁੰਦੇ। ਠੀਕ ਹੈ ਮੈਮ, ਥੈਂਕ ਯੂ ਸੋ ਮਚ, ਤੇ ਬੈਸਟ ਆਫ ਲੱਕ। ਥੈਂਕ ਯੂ ਜੀ, ਥੈਂਕ ਯੂ ਸੋ ਮਚ, ਥੈਂਕ ਯੂ। ਤੇ ਨੀ ਮੈਂ ਸੱਸ ਕੁੱਟਣੀ ਦੇ ਸਪੈਸ਼ਲ ਪ੍ਰੀਮੀਅਰ ਤੇ ਪਹੁੰਚਿਆ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ, ਤੁਸੀਂ ਸੁਣਾਓ? ਠੀਕ ਠਾਕ। ਮੈਚਿੰਗ ਇੰਟੈਂਸ਼ਨਲੀ ਹੋ ਗਈ ਜਾਂ ਸੋਚ ਸਮਝ ਕੇ ਕੀਤੀ? ਪਤਾ ਨਹੀਂ, ਆਪ ਤੋਂ ਹੀ ਹੋ ਗਈ। ਮੇਰਾ ਤਾਂ ਫੇਵਰੇਟ ਹੈ ਕਲਰ ਜੇ ਬਲੈਕ, ਜਦੋਂ ਮੈਂ ਕਿਤੇ ਜਾਣਾ ਹੋਵੇ ਵਿਆਹ ਸ਼ਾਦੀਆਂ 'ਤੇ, ਮੈਨੂੰ ਹੁੰਦਾ ਵੀ ਬਲੈਕ ਕਲਰ ਪਾਈਏ ਆਪਾਂ, ਸੋ ਇਹਨਾਂ ਦਾ ਵੀ ਸੀ, ਇਹਨਾਂ ਨੇ ਵੀ ਪਾ ਲਿਆ। ਕੁੜੀਆਂ ਨੂੰ ਬਲੈਕ ਕਲਰ ਬਹੁਤ ਪਸੰਦ ਹੁੰਦਾ, ਇਹ ਵੀ ਚਾਲ ਵੀ ਹੋ ਸਕਦੀ ਹੈ ਕਿ ਮੈਂ? ਹਾਂ, ਹੋ ਸਕਦਾ ਹੈ, ਮੈਂ ਸੋਚਿਆ ਪਾ ਕੇ ਜਾਂਦਾ, ਕੋਰੇ ਕੋਈ ਪਸੰਦ ਹੀ ਕਰ ਲਵੇ। ਅਤੇ ਡੈਬਿਊ ਕਰਨ ਜਾ ਰਹੇ ਹੋ ਤੁਸੀਂ, ਪਹਿਲਾਂ ਤੁਸੀਂ ਦੱਸੋ ਕੀ ਚੱਲਦਾ, ਤਾਂ ਹਾਰਟ ਬੀਟ ਕਿੰਨੀ ਅੱਜ? ਬਹੁਤ ਤੇਜ਼ ਹੈ, ਸਵੇਰੇ 8 ਵਜੇ ਤਾਂ ਬਹੁਤ ਤੇਜ਼ ਸੀ, ਜਿਵੇਂ ਫਿਰ 10-12 ਵਜੇ ਫਿਰ ਥੋੜ੍ਹਾ ਜਿਹਾ ਠੀਕ ਹੋ ਗਿਆ, ਔਰ ਹੁਣ ਥੋੜ੍ਹੀ ਜਿਹੀ ਐਕਸਾਈਟਮੈਂਟ ਹੋਰ ਵੱਧ ਰਹੀ ਹੈ, ਕਿਉਂਕਿ ਸਾਰਿਆਂ ਦੇ ਜਦੋਂ ਮੈਸੇਜ ਪੜ੍ਹੇ ਮੈਨੂੰ ਲੱਗਿਆ ਕਿ ਸ਼ਾਇਦ ਪਰਮਾਤਮਾ ਨੇ ਸੁਣ ਲਈ ਹੈ, ਸਭ ਕੁਛ ਠੀਕ ਚੱਲ ਰਿਹਾ। ਤੁਸੀਂ ਤਾਂ ਨਾਲ ਪ੍ਰੋਡਿਊਸਰ ਵੀ ਹੋ, ਤੁਹਾਡੀ ਜ਼ਿਆਦਾ ਤੇਜ਼ ਹੋਣੀ ਚਾਹੀਦੀ। ਬਹੁਤ ਜ਼ਿਆਦਾ, ਰਾਤੀ ਤਾਂ ਮੈਨੂੰ ਨੀਂਦ ਵੀ ਨਹੀਂ ਆ ਰਹੀ ਸੀ, ਇੰਨੀ ਟੈਨਸ਼ਨ ਸੀ, ਪਤਾ ਨਹੀਂ ਕੀ ਹੋਏਗਾ ਸਵੇਰੇ, ਜਿਵੇਂ ਰਿਜ਼ਲਟ ਆ ਰਿਹਾ ਹੁੰਦਾ ਨਾ ਪੇਪਰਾਂ ਤੋਂ ਬਾਅਦ, ਉੱਦਾਂ ਦੀ ਨਰਵਸਨੈਸ ਸੀ, ਬਟ ਜਿਵੇਂ ਆਪਾਂ ਸਵੇਰੇ ਉੱਠੇ, ਅਰਦਾਸ ਕੀਤੀ ਰੱਬ ਅੱਗੇ, ਅਤੇ ਜਦੋਂ ਅਸੀਂ ਸ਼ੋਜ਼ ਦੇਖੇ, ਲੋਕਾਂ ਦਾ ਰਿਸਪੋਂਸ ਦੇਖਿਆ, ਅਤੇ ਲੋਕ ਸਵੇਰੇ 8 ਵਜੇ ਵੀ ਗਏ ਹੋਏ ਸੀ, 8-9 ਵਜੇ ਦੇ ਸ਼ੋਜ਼ ਦੇਖਣ, ਸੋ ਇੰਨੀ ਜ਼ਿਆਦਾ ਮਤਲਬ ਦਿਲੋਂ ਥੈਂਕ ਯੂ ਕਰਦੀ ਹਾਂ ਮੈਂ ਤੁਹਾਡੇ ਸਾਰਿਆਂ ਦਾ, ਕਿਉਂਕਿ ਇਹ ਮੂਮੈਂਟ 'ਤੇ ਅਸੀਂ ਬਹੁਤ ਟਾਈਮ ਤੋਂ ਵੇਟ ਕਰ ਰਹੇ ਸੀ, ਸੋ ਫਾਈਨਲੀ ਇਟਸ ਹੇਅਰ। ਜਿੱਦਾਂ ਇੱਕ ਬਹੁਤ ਵਧੀਆ ਮੈਸੇਜ ਵੀ ਹੈ ਇਸ ਫਿਲਮ ਦੇ ਵਿੱਚ, ਜਿੱਦਾਂ ਇੰਟਰਵਿਊਜ਼ ਵਿੱਚ ਵੀ ਆਪਾਂ ਸੁਣਿਆ ਤੁਹਾਡੀ ਗੱਲ ਨੂੰ, ਕੀ ਲੱਗਦਾ ਵੀ ਕੁਛ ਨਾ ਕੁਛ ਚੇਂਜਿਸ ਆਉਣਗਾ ਘਰਾਂ ਦੇ ਵਿੱਚ? ਬਿਲਕੁਲ, ਮੈਨੂੰ ਲੱਗਦਾ ਵੀ ਪਰਿਵਾਰ ਜਦੋਂ ਸਾਰੇ ਇਸ ਫਿਲਮ ਨੂੰ ਦੇਖਣ ਆਉਣਗੇ ਆਪਣੇ ਸਮੂਹ ਪਰਿਵਾਰ ਦੇ ਨਾਲ, ਜਦੋਂ ਸਾਰੇ ਆਉਣਗੇ ਇਸ ਆਉਣ ਦੋ, ਇਹ ਤਾਂ ਜ਼ਰੂਰੀ ਆ ਜੀ, ਫਿਰ ਤੁਸੀਂ ਆਓ ਪਲੀਜ਼। ਪਾਪਾ ਆ ਜਾਓ। ਤੁਸੀਂ ਬਰਾਬਰ ਖੜੇ ਆ, ਤੁਸੀਂ ਕੀ ਕਹਿਣਾ ਚਾਹੋਗੇ? ਕਿੱਦਾਂ ਲੱਗ ਰਿਹਾ ਤੁਹਾਨੂੰ? ਮੈਨੂੰ ਤਾਂ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ, ਕਿਉਂਕਿ ਮੇਰੀ ਤਮੰਨਾ ਸੀਗੀ, ਮੈਂ ਬਾਬਾ ਜੀ ਕੇ ਅਰਦਾਸਾਂ ਕਰਦੀ ਸੀ ਕਿ ਮੇਰੀ ਬੇਟੀ ਵੱਡੇ ਪਰਦੇ ਤੇ ਆਵੇ। ਇਹ ਮਾਂ ਦਾ ਜਿਹੜਾ ਪਿਆਰ ਹੈ ਜੀ ਨੇ ਅੱਜ ਮੇਰੀ ਅਰਦਾਸ ਦੇਖ ਰਿਹਾ। ਇਹ ਤਮੰਨਾ ਤਾਂ ਨਹੀਂ ਸੀਗੀ ਵੀ ਸਹੁਰੇ ਘਰ ਜਾ ਕੇ ਸੱਸ ਨੂੰ ਕੁੱਟੇ? ਨਹੀਂ ਜੀ, ਨਹੀਂ, ਕਿਉਂਕਿ ਜੋ ਮੈਂ ਪਿਆਰ ਕਰਦੀ ਸੀ ਆਪਣੀ ਸੱਸ ਨਾਲ, ਤਾਂ ਮੇਰੀ ਬੇਟੀ ਵੀ ਆਹੀ ਸਿੱਖੇਗੀ ਕਿ ਆਪਣੀ ਸੱਸ ਨਾਲ ਪਿਆਰ ਕਰੋ। ਬੈਸਟ ਆਫ ਲੱਕ, ਆਪਾਂ ਮੂਵੀ ਦੇਖਦੇ ਹਾਂ ਫਿਰ ਕਰਦੇ ਹਾਂ ਗੱਲ। ਥੈਂਕ ਯੂ, ਥੈਂਕ ਯੂ। ਇਸ ਵਕਤ ਸਾਡੇ ਨਾਲ ਆ ਨੀ ਮੈਂ ਸੱਸ ਕੁੱਟਣੀ ਫਿਲਮ ਦੇ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਰਾਜੂ ਵਰਮਾ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਤੁਸੀਂ ਸੁਣਾਓ? PV 37 ਵਾਲੇ ਆ ਗਏ।
ਰਾਜੂ ਵਰਮਾ ਜੀ ਘਰਾਂ 'ਚ ਲੜਾਈਆਂ ਪਾਉਣ ਲੱਗੇ ਸਾਨੂੰ ਲੱਗਦਾ ਲੜਾਈਆਂ 'ਤੇ ਰੁਪਈਏ ਬਣਦੇ ਹੁਣ ਥੋੜ੍ਹੀ ਮੋਟੀ ਪਾ ਲੈਣੀ ਚਾਹੀਦੀ ਹੈ ਕੰਟਰੋਵਰਸੀ ਦੇ ਪੈਸੇ ਮੈਂ ਕਹਿੰਦਾ ਜ਼ਿਆਦਾ ਬਣਦੇ ਅੱਜ ਕੱਲ੍ਹ ਉਹੀ ਗੱਲ ਹੈ ਅਤੇ ਬਾਬੇ ਦੀ ਕਿਰਪਾ ਨਾਲ ਖਚਾ ਖਚ ਭਰਿਆ ਹੋਇਆ ਹਾਲ ਦੇਖ ਕੇ ਮਜ਼ਾ ਆ ਰਿਹਾ ਰਿਵਿਊ ਵੀ ਸਵੇਰ ਦੇ ਬਹੁਤ ਅੱਛੇ ਆ ਰਹੇ ਆ ਆਡੀਅੰਸ ਕਾਫੀ ਇੰਜੋਏ ਕਰੀ ਆ ਮੇਨ ਗੱਲ ਇਹ ਹੈ ਕਿ ਫੈਮਿਲੀਜ਼ ਆ ਰਹੀਆਂ ਫਿਲਮ ਦੇਖਣ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਉਹ ਫਿਲਮ ਬਹੁਤ ਵਧੀਆ ਜਾਂਦੀ ਹੈ ਜਿਹਦੇ ਵਿੱਚ ਫੈਮਿਲੀਆਂ ਸਾਡੇ ਨਾਲ ਜੁੜ ਜਾਂਦੀਆਂ ਨੇ ਇਹਦੇ ਵਿੱਚ ਸਾਰੀਆਂ ਫੈਮਿਲੀਆਂ ਦੀ ਫਿਲਮ ਹੈ ਹਰ ਨੂੰ ਆਪਣੀ ਸੱਸ ਨੂੰ ਫਿਲਮ ਦਿਖਾਉਣ ਲੈ ਕੇ ਆ ਰਹੀ ਆ ਵੀ ਸੱਸ ਕੁੱਟਣੀ ਉਹਦੇ ਵਿੱਚ ਫਿਰ ਜਦੋਂ ਫਿਲਮ ਦੇਖਦੇ ਆ ਤਾਂ ਦੂਜੀ ਕਹਿੰਦੇ ਭਾਈ ਨੂੰ ਵੀ ਫੈਂਟਤੀ ਸੱਸ ਨੇ ਤੁਸੀਂ ਦੇਖ ਕੇ ਆਓ ਰਾਜੂ ਵਰਮਾ ਸਾਹਿਬ ਤੋਂ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਰਾਜੂ ਵਰਮਾ ਸਾਹਿਬ ਥੋਟ ਕਿਹੜੀ ਸੱਸ ਕੁੱਟਦੀ ਦੇਖੀ ਸੀ ਮੇਰੀ ਮੰਮੀ ਨੂੰ ਇੱਕ ਦਿਨ ਕੁੱਟਿਆ ਜਾ ਰਿਹਾ ਸੀ ਮੇਰੀ ਘਰਵਾਲੀ ਵੱਲੋਂ ਸੱਚੀ ਗੱਲ ਮਜ਼ਾਕ ਕਰ ਰਹੇ ਮਤਲਬ ਥੋੜ੍ਹੇ ਜਦੋਂ ਸਿੱਠਣੀਆਂ ਵਗੈਰਾ ਚੱਲ ਰਹੀਆਂ ਸੀ ਕਿਸੇ ਮੈਰਿਜ ਦੇ ਵਿੱਚ ਉੱਥੋਂ ਵੀ ਥੋਟ ਆਇਆ ਬਾਕੀ ਘਰਾਂ ਦੇ ਵਿੱਚ ਜੋ ਸੀ ਮੈਨੂੰ ਸੀ ਵੀ ਤਾਂ ਫਿਲਮ ਬਣਨੀ ਚਾਹੀਦੀ ਹੈ ਸੰਜੀਦਾ ਜੇ ਢੰਗ ਨਾਲ ਅਤੇ ਉਹਦੇ ਕਰਕੇ ਫਿਲਮ ਬਣੀ ਅਤੇ ਅੱਜ ਬਾਬੇ ਦੀ ਕਿਰਪਾ ਨਾਲ ਬਹੁਤ ਜਦੋਂ ਫਿਲਮ ਲਿਖ ਰਹੇ ਸੀ ਇਹ ਨਹੀਂ ਸੋਚਦੇ ਇੰਨੀਆਂ ਸੱਸਾਂ ਇਕੱਠੀਆਂ ਕਿੱਥੋਂ ਕਰਨੀਆਂ ਸੱਸਾਂ ਇਕੱਠੀਆਂ ਕਰਨ ਲੱਗੇ ਔਖੇ ਹੋਏ ਜਦੋਂ ਜਤਿੰਦਰ ਕੌਰ ਮੈਡਮ ਸੀ ਅੱਗੇ ਉਹਨਾਂ ਦੀ ਸੱਸ ਉਹਨਾਂ ਦੀਆਂ ਡੇਟਾਂ ਨਹੀਂ ਮਿਲੀਆਂ ਨਹੀਂ ਸੱਸਾਂ ਤਾਂ ਖਾਸੀਆਂ ਇਕੱਠੀਆਂ ਹੋ ਗਈਆਂ ਸੀ ਅਤੇ ਹੋਰ ਹੁਣ ਕੀ ਚੱਲ ਰਿਹਾ ਦਿਲੋ ਦਿਮਾਗ ਦੇ ਵਿੱਚ ਗਰਮੋ ਗਰਮੀ ਇੰਨੇ ਹੋਏ ਪਏ ਆ ਚਾਹ ਦੀ ਗਰਮੀ ਹੈ ਇਹ ਚਾਹ ਦੀ ਗਰਮੀ ਹੈ ਅੱਗੇ ਫਿਲਮ ਹਰਜੀਤ ਬਾਜਾ ਖਾਨਾ ਉਹਦੀ ਬਾਇਓਪਿਕ ਜਲਦੀ ਹੀ ਅਨਾਊਂਸਮੈਂਟ ਪੈ ਜਾਣੀ ਹੈ ਖੱਬੀ ਖਾਨ ਟੌਮ ਐਂਡ ਜੈਰੀ 12-15 ਫਿਲਮਾਂ ਮਤਲਬ ਐਕਟਿਵ ਹੋ ਗਏ ਨੇ ਪੀ ਐੱਚ ਡੀ ਸਾਡੇ ਅੰਮ੍ਰਿਤ ਬਾਈ ਕਰ ਰਹੇ ਨੇ ਅੰਮ੍ਰਿਤਵੀਰ ਪੀ ਐੱਚ ਡੀ ਕਰ ਰਹੇ ਨੇ ਫਿਰ ਉਹ ਡਰਾਮੇਬਾਜ਼ ਕਰ ਰਹੇ ਨੇ ਅਤੇ ਜਿਹੜੇ ਪੰਕਜ ਭਾਅ ਜੀ ਨਾਲ ਹੁੰਦੇ ਸੀਗੇ ਅਤੇ ਉਹਨਾਂ ਦੀਆਂ ਤਿੰਨ ਫਿਲਮਾਂ ਨੇ ਪਤਾ ਇੱਕ ਸ਼ਰਟ ਲਓ ਪ੍ਰਿੰਟਡ ਜਿਹਦੇ ਉੱਤੇ ਐਂ ਫਿਲਮਾਂ ਦੇ ਨਾਂ ਲਿਖੇ ਹੋਣ ਜਿਹੜੀਆਂ ਜਿਹੜੀਆਂ ਹੋ ਜਾਂਦੀਆਂ ਟਿੱਕ ਜਿਹੜੀ ਜਿਹੜੀ ਰਹਿ ਗਈ ਉਹ ਇੱਦਾਂ ਲਿਖੀ ਜਾਓ ਪੱਤਰਕਾਰਾਂ ਨੂੰ ਸੌਖਾ ਹੋ ਜਾਊਗਾ ਮੈਂ ਤੁਹਾਡੇ ਪਾਓ ਮੇਰੇ ਮੇਰੇ ਪੜ੍ਹੀ ਜਾਣੀ ਹੈ ਔਖੀ ਹੋ ਗਈ ਇੰਜੋਏ ਕਰਦੇ ਹਾਂ ਦੁਬਾਰਾ ਉਹਨੇ ਲਵ ਯੂ ਲਵ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਤੇ ਮੈਡਮ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਨੌਂ ਤਾਂ ਬਹੁਤ ਸੋਹਣੀ ਲੱਗ ਰਹੀ ਹੈ ਥੈਂਕ ਯੂ ਸੱਸ ਦੇ ਬਰਾਬਰ ਖੜਨਾ ਹੁਣ ਜਾ ਕੇ ਉਹ ਸੱਸ ਦਾ ਮੁਕਾਬਲਾ ਨਹੀਂ ਕਰਨਾ ਪਿੱਛੇ ਥੋੜ੍ਹੀ ਰਹਿਣਾ ਤੁਸੀਂ ਤਾਂ ਬਹੁਤ ਜ਼ਿਆਦਾ ਆਗਿਆ ਘਰ ਬਹੂ ਨਿਕਲੇ ਸੀ ਟ੍ਰੇਲੇ 'ਚ ਦੇਖਿਆ ਸੱਸ ਕੱਟਦੀ ਆਉਂਦੇ ਨਹੀਂ ਦੇਖੋ ਜਿੱਦਾਂ ਦਾ ਉਹ ਮੇਰਾ ਸਵਾਗਤ ਕਰਨਗੇ ਮੈਂ ਉਹਦਾ ਰਿਸਪੌਂਸ ਤਾਂ ਕਰਨਾ ਹੀ ਹੈ ਨਾ ਦੁਆ 'ਚ ਤੁਹਾਨੂੰ ਆਲੇ ਦੁਆਲੇ ਤੁਹਾਡੇ ਸਹੁਰੇ ਹੋ ਗਏ ਜਾਂ ਪੇਕੇ ਹੋ ਗਏ ਡਰ ਗਏ ਹੋਣਗੇ ਵੀ ਤਾਂ ਕੁੜੀ ਬਹੁਤ ਆ ਦੇਖੋ ਉਹ ਕਰੈਕਟਰ ਹੈ ਨਾ ਉਹ ਸਕ੍ਰਿਪਟ ਦਾ ਜਿਵੇਂ ਸੀਗਾ ਉਹਦੇ ਅਕੋਰਡਿੰਗ ਹੀ ਦਾ ਪਰਸਨਲ ਲਾਈਫ 'ਚ ਬਹੁਤ ਡਿਫਰੈਂਟ ਹੈਗੀ ਆ ਮਤਲਬ ਦਿਲ ਦੇ ਮਤਲਬ ਪਰਸਨਲ ਬਵਾਲ ਵੀ ਕੱਢੇ ਤੁਸੀਂ ਅੰਦਰ ਆਪਣੇ ਇਸ ਫਿਲਮ ਦੇ ਵਿੱਚ ਕੁਝ ਰੀਝਾਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਆਫ ਕੈਮਰਾ ਤਾਂ ਨਹੀਂ ਕਰਦੇ ਨਹੀਂ 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 ਇਦਾਂ ਦਾ ਕੁਝ ਨਹੀਂ ਆ ਉਹ ਸਕ੍ਰਿਪਟ ਦੇ ਅਕੋਰਡਿੰਗ ਸੀਗਾ ਉਹ ਤਾਂ ਜੋਕਸ ਪਾਰਟ ਵੈਸੇ ਟ੍ਰੇਲਰ ਬਹੁਤ ਸੋਹਣਾ ਆ ਕੀ ਚੱਲ ਰਿਹਾ ਹੁਣ ਦਿਲੋ ਦਿਮਾਗ ਬਸ ਅਸੀਂ ਵੇਟ ਹੋ ਰਹੀ ਆ ਹੁਣ ਵੈਸੇ ਰਿਸਪੌਂਸ ਵਧੀਆ ਆ ਰਿਹਾ ਹੁਣ ਇਹੀ ਹੈ ਕਿ ਸਾਰੇ ਦੇਖ ਲੈਣ ਅਤੇ ਹੋਰ ਰਿਸਪੌਂਸ ਵਧੀਆ ਮਿਲੇ ਲੋਕਾਂ ਨੂੰ ਪਸੰਦ ਆਏ ਜਿਹੜੇ ਅਸੀਂ ਮਿਹਨਤ ਕੀਤੀ ਹੈ ਉਹ ਸਾਰਿਆਂ ਨੂੰ ਪਸੰਦ ਆਏ ਅਤੇ ਤੁਹਾਨੂੰ ਕੀ ਲੱਗਦਾ ਵੀ ਫੈਮਿਲੀਜ਼ ਦੇ ਵਿੱਚ ਚੇਂਜਿਸ ਆਉਣਗੀਆਂ ਕੁਛ ਨਾ ਕੁਛ ਫਿਲਮ ਦੇਖਣ ਤੋਂ ਬਾਅਦ ਦੇਖੋ ਚੇਂਜਿਸ ਆ ਵੀ ਰਹੀਆਂ ਨੇ ਇੱਦਾਂ ਦੀ ਗੱਲ ਨਹੀਂ ਹੁਣ ਆ ਰਹੇ ਨੇ ਕਿਉਂਕਿ ਪੇਰ ਜਿਹੜੇ ਇਨ ਲੋਸ ਵਰਡ ਹੁਣ ਬਹੁਤ ਘੱਟ ਯੂਜ਼ ਹੁੰਦਾ ਪੇਰੈਂਟਸ ਹੀ ਹੁੰਦਾ ਹੁਣ ਕੋਈ ਇੰਟਰਡਿਊਸ ਵੀ ਕਰਾਉਂਦੇ ਕਿ ਇਹ ਮੇਰੇ ਮੰਮੀ ਪਾਪਾ ਇੱਦਾਂ ਨਹੀਂ ਕਹਿੰਦੇ ਮੇਰੇ ਸੱਸ ਸਹੁਰਾ ਜਾਂ ਮੇਰੇ ਇਨ ਲੋਸ ਨੇ ਅਤੇ ਉਹ ਚੇਂਜ ਬਹੁਤ ਵੱਡਾ ਆ ਰਿਹਾ ਨਾਲੇ ਹੁਣ ਮੈਨੂੰ ਲੱਗਦਾ ਕਿ ਜਿਹੜੇ ਉਹ ਵੀ ਵਰਕਿੰਗ ਨੇ ਇਨ ਲੋਸ ਵੀ ਜਾਂ ਮਦਰ ਇਨ ਲੋ ਉਹਨਾਂ ਨੂੰ ਵੀ ਪਤਾ ਕੀ ਪ੍ਰੋਬਲਮਸ ਆਉਂਦੀਆਂ ਆਫਟਰ ਮੈਰਿਜ ਕਿੱਦਾਂ ਟੈਕਲ ਕਰਨਾ ਹੁੰਦਾ ਕਿੱਦਾਂ ਐਡਜਸਟਮੈਂਟ ਕਰਨੀ ਹੁੰਦੀ ਹੈ ਅਤੇ ਉਹ ਗਾਈਡ ਕਰਦੇ ਨੇ ਅਤੇ ਬੱਚੇ ਵੀ ਹੁਣ ਸਮਝਦਾਰ ਹੋ ਗਏ ਉਸ ਹਿਸਾਬ ਨਾਲ ਕਰਦੇ ਨੇ ਤੁਹਾਨੂੰ ਬੋਲੀ ਆਉਂਦੀ ਹੈ ਨਹੀਂ ਮੈਂ ਸੱਸ ਕੁੱਟਣੀ ਸੰਦੂਕਾਂ ਹਾਂਜੀ ਨਹੀਂ ਮੈਂ ਦੂਜੀ ਵਾਲੀ ਪਾਉਂਦੀ ਹੈ ਕਦੇ ਬੋਡਾ ਮਾਰਦੀ ਕਦੇ ਗੋਡਾ ਮਾਰਦੀ ਕਦੇ ਮੋਢਾ ਮਾਰਦੀ ਕਦੇ ਗੋਡਾ ਮਾਰਦੀ ਵੇ ਮੈਂ ਕਰਨੀ ਉਹਦੀ ਮਸਾਜ ਛੱਡ ਕੇ ਸੱਸ ਕੁੱਟਣੀ ਟੀਵੀ ਦੀ ਉੱਚੀ ਆਵਾਜ਼ ਕਰਕੇ ਸੱਸ ਕੁੱਟਣੀ
सो इन्हों का भी सी इन्होंने भी पालिया कुड़ियों ब्लैक कलर बहुत पसंद होता है भी चाल भी हो सकती है मैं हाँ हो सकता है मैं सोचा पा के जाना खोरे कोई पसंद ही कर लवे तो डेब्यू करन जा रहे हो तुसी पहला तुसी दसो की चलता तो हार्ट बीट किन्नी अज बहुत तेज़ है सवेरे 8 बजे तो बहुत तेज़ सी जिवें फिर 10-12 बजे फिर थोड़ा जिहा ठीक हो गया और हुण थोड़ी जी एक्साइटमेंट होर वध रही है क्योंकि सारिया के जो मैसेज पढ़े मैनूं लग्या कि शायद परमात्मा ने सुन लिया सब कुछ ठीक चल रहा है ਤੁਸੀਂ ਤਾਂ ਨਾਲ ਪ੍ਰੋਡਿਊਸਰ ਵੀ ਹੋ ਤੁਹਾਡੀ ਜ਼ਿਆਦਾ ਤੇਜ਼ ਹੋਣੀ ਚਾਹੀਦੀ ਬਹੁਤ ਜ਼ਿਆਦਾ ਰਾਤੀ ਤਾਂ ਮੈਨੂੰ ਨੀਂਦ ਵੀ ਨਹੀਂ ਆ ਰਹੀ ਸੀ ਇੰਨੀ ਟੈਨਸ਼ਨ ਸੀ ਪਤਾ ਨਹੀਂ ਕੀ ਹੋਏਗਾ ਸਵੇਰੇ ਜਿਵੇਂ ਰਿਜ਼ਲਟ ਆ ਰਿਹਾ ਹੁੰਦਾ ਨਾ ਪੇਪਰਾਂ ਤੋਂ ਬਾਅਦ ਉਦਾਂ ਦੀ ਨਰਵਸਨੈਸ ਸੀ ਬਟ ਜਿਵੇਂ ਆਪਾਂ ਸਵੇਰੇ ਉੱਠੇ ਅਰਦਾਸ ਕੀਤੀ ਰੱਬ ਅੱਗੇ ਅਤੇ ਜਦੋਂ ਅਸੀਂ ਸ਼ੋਅਜ਼ ਦੇਖੇ ਲੋਕਾਂ ਦਾ ਰਿਸਪੋਂਸ ਦੇਖਿਆ ਤਾਂ ਲੋਕ ਸਵੇਰੇ 8 ਵਜੇ ਵੀ ਗਏ ਹੋਏ ਸੀ 8-9 ਵਜੇ ਦੇ ਸ਼ੋਅਜ਼ ਦੇਖਣ ਸੋ ਇੰਨੀ ਜ਼ਿਆਦਾ ਮਤਲਬ ਦਿਲੋਂ ਥੈਂਕ ਯੂ ਕਰਦੀ ਹਾਂ ਮੈਂ ਤੁਹਾਡੇ ਸਾਰਿਆਂ ਦਾ ਕਿਉਂਕਿ ਇਹ ਮੂਮੈਂਟ 'ਤੇ ਅਸੀਂ ਬਹੁਤ ਟਾਈਮ ਤੋਂ ਵੇਟ ਕਰ ਰਹੇ ਸੀ ਸੋ ਫਾਈਨਲੀ ਇਟਸ ਹੇਅਰ ਜੀ ਜਿੱਦਾਂ ਇੱਕ ਬਹੁਤ ਵਧੀਆ ਮੈਸੇਜ ਵੀ ਹੈ ਇਸ ਫਿਲਮ ਦੇ ਵਿੱਚ ਜਿੱਦਾਂ ਇੰਟਰਵਿਊਜ਼ ਵਿੱਚ ਵੀ ਆਪਾਂ ਸੁਣਿਆ ਤੁਹਾਡੀ ਗੱਲ ਨੂੰ ਕੀ ਲੱਗਦਾ ਵੀ ਕੁਛ ਨਾ ਕੁਛ ਚੇਂਜਿਸ ਆਉਣਗਾ ਘਰਾਂ ਦੇ ਵਿੱਚ ਬਿਲਕੁਲ ਮੈਨੂੰ ਲੱਗਦਾ ਵੀ ਪਰਿਵਾਰ ਜਦੋਂ ਸਾਰੇ ਇਸ ਫਿਲਮ ਨੂੰ ਦੇਖਣ ਆਉਣਗੇ ਆਪਣੇ ਸਮੂਹ ਪਰਿਵਾਰ ਦੇ ਨਾਲ ਜਦੋਂ ਸਾਰੇ ਆਉਣਗੇ ਇਸ ਆਉਣ ਦੋ ਇਹ ਤਾਂ ਜ਼ਰੂਰੀ ਹੈ ਜੀ ਫਿਰ ਤੁਸੀਂ ਆਓ ਪਲੀਜ਼ ਜ਼ਰੂਰੀ ਹੈ ਜੀ ਜ਼ਰੂਰੀ ਹੈ ਪਾਪਾ ਆ ਜਾਓ ਹਾਂਜੀ ਹਾਂਜੀ ਆ ਖੜੋ ਖੜੋ ਪਲੀਜ਼ ਜੀ ਠੀਕ ਠਾਕ ਹੋ ਤੁਸੀਂ ਆ ਜਾ ਪਾਪਾ ਇੱਧਰ ਆ ਜਾ ਆਪਾਂ ਪਹਿਲਾਂ ਪਾਪਾ ਦੇ ਵਿਚਾਰ ਲੈਣੇ ਆ ਫਿਰ ਉਹਨੂੰ ਕੰਟੀਨਿਊ ਕਰਾਂਗੇ ਕੀ ਕਹਿਣਾ ਚਾਹੋਗੇ ਅੱਜ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਤੁਹਾਡੀ ਕੁੜੀ ਫਿਲਮ ਆ ਰਹੀ ਬਹੁਤ ਵਧੀਆ ਫਿਲਮ ਹੈ ਸੱਸ ਕੁੱਟਣੀ ਹਾਂਜੀ ਬਹੁਤ ਵਧੀਆ ਫਿਲਮ ਹੈ ਜੇ ਤੁਹਾਡੀ ਕੁੜੀ ਜੇ ਕਦੇ ਸੱਚੀ ਨਾਲ ਸੱਸ ਨੂੰ ਕੁੱਟ ਦੋ ਔਖਾ ਹੋ ਜਾਏ ਹਾਂਜੀ ਹਾਂਜੀ ਬਹੁਤ ਵਧੀਆ ਫਿਲਮ ਹੈ ਤੁਸੀਂ ਕੀ ਕਹਿਣਾ ਅੱਜ ਪੇਰੈਂਟਸ ਨੂੰ ਇੰਨਾ ਪ੍ਰਾਊਡ ਫੀਲ ਹੁੰਦਾ ਨਾ ਜਦੋਂ ਬਰਾਬਰ ਖੜੇ ਆ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਕੀ ਕਹਿਣਾ ਕਿੱਦਾਂ ਲੱਗ ਰਿਹਾ ਤੁਹਾਨੂੰ ਇੱਥੇ ਮੈਨੂੰ ਤਾਂ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿਉਂਕਿ ਮੇਰੀ ਤਮੰਨਾ ਸੀਗੀ ਮੈਂ ਬਾਬਾ ਜੀ ਕੇ ਅਰਦਾਸਾਂ ਕਰਦੀ ਸੀ ਕਿ ਮੇਰੀ ਬੇਟੀ ਵੱਡੇ ਪਰਦੇ ਤੇ ਆਵੇ ਇਹ ਮਾਂ ਦਾ ਜਿਹੜਾ ਪਿਆਰ ਹੈ ਗੁਰੂ ਜੀ ਨੇ ਅੱਜ ਮੇਰੀ ਅਰਦਾਸ ਉਹ ਅੱਜ ਦੇਖ ਰਿਹਾ ਇਹ ਤਮੰਨਾ ਤਾਂ ਨਹੀਂ ਸੀਗੀ ਵੀ ਸਹੁਰੇ ਘਰ ਜਾ ਕੇ ਸੱਸ ਨੂੰ ਕੁੱਟੇ ਨਹੀਂ ਜੀ ਨਹੀਂ ਕਿਉਂਕਿ ਜੋ ਮੈਂ ਪਿਆਰ ਕਰਦੀ ਸੀ ਆਪਣੀ ਸੱਸ ਨਾਲ ਤਾਂ ਮੇਰੀ ਬੇਟੀ ਵੀ ਆਈ ਸਿੱਖੇਗੀ ਕਿ ਆਪਣੀ ਸੱਸ ਨਾਲ ਪਿਆਰ ਕਰੋ ਤੇ ਬੈਸਟ ਆਫ ਲੱਕ ਆਪਾਂ ਮੂਵੀ ਦੇਖਦੇ ਆ ਫਿਰ ਕਰਦੇ ਆ ਥੈਂਕ ਯੂ ਥੈਂਕ ਯੂ ਇਸ ਵਕਤ ਸਾਡੇ ਨਾਲ ਆ ਨੀਮ ਸੱਸ ਕੁੱਟਣੀ ਫਿਲਮ ਦੇ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਰਾਜੂ ਵਰਮਾ ਜੀ ਕੀ ਹਾਲ ਚਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡਾ ਤੁਸੀਂ ਸੁਣਾਓ PV37 ਵਾਲੇ ਆ ਗਏ ਰਾਜੂ ਵਰਮਾ ਜੀ ਘਰਾਂ 'ਚ ਲੜਾਈਆਂ ਪਾਉਣ ਲੱਗੇ ਤੁਹਾਨੂੰ ਲੱਗਦਾ ਲੜਾਈਆਂ 'ਚ ਰੁਪਈਏ ਬਣਦੇ ਹੁਣ ਥੋੜ੍ਹੀ ਮੋਟੀ ਪਾ ਲੈਣੀ ਚਾਹੀਦੀ ਹੈ ਕੰਟਰੋਵਰਸੀ ਦੇ ਪੈਸੇ ਮੈਂ ਕਹਿੰਦਾ ਜ਼ਿਆਦਾ ਬਣਦੇ ਅੱਜ ਕੱਲ੍ਹ ਉਹੀ ਗੱਲ ਹੈ ਅਤੇ ਬਾਬੇ ਦੀ ਕਿਰਪਾ ਨਾਲ ਖੱਚਾ ਖੱਚ ਭਰਿਆ ਹੋਇਆ ਹਾਲ ਦੇਖ ਕੇ ਮਜ਼ਾ ਆ ਰਿਹਾ ਰਿਵਿਊ ਵੀ ਸਵੇਰ ਦੇ ਬਹੁਤ ਅੱਛੇ ਆ ਰਹੇ ਆ ਆਡੀਅੰਸ ਕਾਫੀ ਇੰਜੋਏ ਕਰੀ ਆ ਮੇਨ ਗੱਲ ਇਹ ਹੈ ਕਿ ਫੈਮਲੀਜ਼ ਆ ਰਹੀਆਂ ਫਿਲਮ ਦੇਖਣ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਉਹ ਫਿਲਮ ਬਹੁਤ ਵਧੀਆ ਜਾਂਦੀ ਹੈ ਜਿਹਦੇ ਵਿੱਚ ਫੈਮਲੀਆਂ ਸਾਡੇ ਨਾਲ ਜੁੜ ਜਾਂਦੀਆਂ ਨੇ ਇਹਦੇ ਵਿੱਚ ਸਾਰੀਆਂ ਫੈਮਲੀਆਂ ਦੀ ਫਿਲਮ ਹੈ ਹਰ ਨੂੰ ਆਪਣੀ ਸੱਸ ਨੂੰ ਫਿਲਮ ਦਿਖਾਉਣ ਲੈ ਕੇ ਆ ਰਹੀ ਆ ਵੀ ਸੱਸ ਕੁੱਟਣੀ ਉਹਦੇ ਵਿੱਚ ਫਿਰ ਜਦੋਂ ਫਿਲਮ ਦੇਖਦੇ ਆ ਤਾਂ ਦੂਜੀ ਕਹਿੰਦੇ ਭਾਈ ਨੂੰ ਵੀ ਫੈਂਟਤੀ ਦੀ ਸੱਸ ਰੇ ਤੁਸੀਂ ਦੇਖ ਕੇ ਆਓ ਰਾਜੂ ਵਰਮਾ ਸਾਹਿਬ ਤੋਂ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਰਾਜੂ ਵਰਮਾ ਸਾਹਿਬ ਥੋਟ ਕਿਹੜੀ ਸੱਸ ਕੁੱਟਦੀ ਦੇਖੀ ਸੀ ਮੇਰੀ ਮੰਮੀ ਨੂੰ ਇੱਕ ਦਿਨ ਕੁੱਟਿਆ ਜਾ ਰਿਹਾ ਸੀ ਮੇਰੀ ਘਰਵਾਲੀ ਵੱਲੋਂ ਸੱਚੀ ਗੱਲ ਮਜ਼ਾਕ ਕਰ ਰਹੇ ਮਤਲਬ ਥੋੜ੍ਹੇ ਜਦੋਂ ਸਿੱਠਣੀਆਂ ਵਗੈਰਾ ਚੱਲ ਰਹੀਆਂ ਸੀ ਕਿਸੇ ਮੈਰਿਜ ਦੇ ਵਿੱਚ ਉੱਥੋਂ ਵੀ ਥੋਟ ਆਇਆ ਬਾਕੀ ਘਰਾਂ ਦੇ ਵਿੱਚ ਜੋ ਸੀ ਮੈਨੂੰ ਸੀ ਵੀ ਉੱਥੇ ਫਿਲਮ ਬਣਨੀ ਚਾਹੀਦੀ ਹੈ ਸੰਜੀਦਾ ਜੇ ਢੰਗ ਨਾਲ ਅਤੇ ਉਹਦੇ ਕਰਕੇ ਫਿਲਮ ਬਣੀ ਤੇ ਅੱਜ ਬਾਬੇ ਦੀ ਕਿਰਪਾ ਨਾਲ ਬਹੁਤ ਜਦੋਂ ਫਿਲਮ ਲਿਖ ਰਹੇ ਸੀ ਇਹ ਨਹੀਂ ਸੋਚਦੇ ਵੀ ਇੰਨੀਆਂ ਸੱਸਾਂ ਇਕੱਠੀਆਂ ਕਿੱਥੋਂ ਕਰਨੀਆਂ ਸੱਸਾਂ ਇਕੱਠੀਆਂ ਕਰਨ ਲੱਗੇ ਔਖੇ ਹੋਏ ਆ ਜਦੋਂ ਜਤਿੰਦਰ ਕੌਰ ਮੈਡਮ ਸੀ ਅੱਗੇ ਉਹਨਾਂ ਦੀ ਸੱਸ ਉਹਨਾਂ ਦੀਆਂ ਡੇਟਾਂ ਨਹੀਂ ਮਿਲੀਆਂ ਨਹੀਂ ਸੱਸਾਂ ਤਾਂ ਖਾਸੀਆਂ ਇਕੱਠੀਆਂ ਹੋ ਗਈਆਂ ਸੀ ਅਤੇ ਹੋਰ ਹੁਣ ਕੀ ਚੱਲ ਰਿਹਾ ਦਿਲੋ ਦਿਮਾਗ ਦੇ ਵਿੱਚ ਗਰਮੋ ਗਰਮੀ ਇੰਨੇ ਹੋਏ ਪਏ ਆ ਚਾਹ ਦੀ ਗਰਮੀ ਹੈ ਇਹ ਚਾਹ ਦੀ ਗਰਮੀ ਹੈ ਅੱਗੇ ਫਿਲਮ ਹਰਜੀਤ ਬਾਜਾ ਖਾਨਾ ਉਹਦੀ ਬਾਇਓਪਿਕ ਜਲਦੀ ਹੀ ਅਨਾਊਂਸਮੈਂਟ ਪੈ ਜਾਣੀ ਹੈ ਖੱਬੀ ਖਾਨ ਟੌਮ ਐਂਡ ਜੈਰੀ 12-15 ਫਿਲਮਾਂ ਮਤਲਬ ਐਕਟਿਵ ਹੋਏ ਨੇ PhD ਸਾਡੇ ਅੰਮ੍ਰਿਤ ਬਾਈ ਕਰ ਰਹੇ ਨੇ ਅੰਮ੍ਰਿਤਵੀਰ PhD ਕਰ ਰਹੇ ਨੇ ਫਿਰ ਉਹ ਡਰਾਮੇਬਾਜ਼ ਕਰ ਰਹੇ ਨੇ ਅਤੇ ਜਿਹੜੇ ਪੰਕਜ ਭਾਜੀ ਨਾਲ ਹੁੰਦੇ ਸੀਗੇ ਅਤੇ ਉਹਨਾਂ ਦੀਆਂ 3 ਫਿਲਮਾਂ ਨੇ ਤੁਸੀਂ ਪਤਾ ਇੱਕ ਸ਼ਰਟ ਲਓ ਪ੍ਰਿੰਟਡ ਜਿਹਦੇ ਉੱਤੇ ਐਂ ਫਿਲਮਾਂ ਦੇ ਨਾਂ ਲਿਖੇ ਹੋਣ ਜਿਹੜੀਆਂ ਜਿਹੜੀਆਂ ਹੋ ਜਾਂਦੀਆਂ ਟਿੱਕ ਜਿਹੜੀ ਜਿਹੜੀ ਰਹਿ ਗਈ ਉਹ ਇੱਦਾਂ ਲਿਖੀਓ ਪੱਤਰਕਾਰ ਨੂੰ ਸੌਖਾ ਹੋ ਜੂਗਾ ਮੈਂ ਤੁਹਾਡੇ ਪਾਉਂ ਮੇਰੇ ਮੇਰੇ ਪੜ੍ਹੀ ਜਾਣੀ ਹੈ ਔਖੀ ਹੋ ਗਈ ਦੇਖ ਕੇ ਮੈਂ ਇੰਜੋਏ ਕਰਦੇ ਹਾਂ ਦੁਬਾਰਾ ਉਹਨੇ ਲਵ ਯੂ ਲਵ ਯੂ ਸੋਰੀ ਸੋਰੀ ਸੋਰੀ
ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਮੈਡਮ। ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ। ਨੌਂ ਤਾਂ ਬਹੁਤ ਸੋਹਣੀ ਲੱਗ ਰਹੀ ਹੈ। ਥੈਂਕ ਯੂ। ਸੱਸ ਦੇ ਬਰਾਬਰ ਖੜਨਾ ਹੁਣ ਜਾ ਕੇ? ਉਹ ਸੱਸ ਦਾ ਮੁਕਾਬਲਾ ਨਹੀਂ ਕਰਨਾ, ਪਿੱਛੇ ਥੋੜੀ ਰਹਿਣਾ। ਤੁਸੀਂ ਤਾਂ ਬਹੁਤ ਜ਼ਿਆਦਾ ਆਗਿਆ ਕਰ ਬਹੂ ਨਿਕਲੇ ਸੀ ਟ੍ਰੇਲੇ 'ਚ, ਦੇਖਿਆ ਸੱਸ ਕੱਟਦੀ ਆਉਂਦੇ। ਨਹੀਂ ਦੇਖੋ, ਜਿੱਦਾਂ ਦਾ ਉਹ ਮੇਰਾ ਸਵਾਗਤ ਕਰਨਗੇ ਮੈਂ ਉਹਦਾ ਰਿਸਪੌਂਸ ਤਾਂ ਕਰਨਾ ਹੀ ਹੈ ਨਾ। ਦੁਆ 'ਚ ਤੁਹਾਨੂੰ ਆਲੇ ਦੁਆਲੇ ਤੁਹਾਡੇ ਸਹੁਰੇ ਹੋ ਗਏ ਜਾਂ ਪੇਕੇ ਹੋ ਗਏ, ਡਰ ਗਏ ਹੋਣਗੇ ਵੀ ਤਾਂ ਕੁੜੀ ਬਹੁਤ ਆ। ਦੇਖੋ ਉਹ ਕਰੈਕਟਰ ਹੈ ਨਾ, ਉਹ ਸਕ੍ਰਿਪਟ ਦਾ ਜਿਵੇਂ ਸੀਗਾ ਉਹਦੇ ਅਕੋਰਡਿੰਗ ਹੀ ਤਾਂ। ਪਰਸਨਲ ਲਾਈਫ 'ਚ ਬਹੁਤ ਡਿਫਰੈਂਟ ਹੈਗੀ ਆ। ਮਤਲਬ ਦਿਲ ਦੇ ਮਤਲਬ ਪਰਸਨਲ ਬਵਾਲ ਵੀ ਕੱਢੇ ਤੁਸੀਂ ਅੰਦਰ ਆਪਣੇ ਇਸ ਫਿਲਮ ਦੇ ਵਿੱਚ, ਕੁਝ ਰੀਝਾਂ ਹੁੰਦੀਆਂ ਨਾ ਜਿਹੜੀਆਂ ਤੁਸੀਂ ਆਫ ਕੈਮਰਾ ਤਾਂ ਨਹੀਂ ਕਰਦੇ? ਨਹੀਂ, ਇੱਦਾਂ ਦਾ ਕੁਛ ਨਹੀਂ ਆ, ਉਹ ਸਕ੍ਰਿਪਟ ਦੇ ਅਕੋਰਡਿੰਗ ਸੀਗਾ। ਜੋਕਸ ਪਾਰਟ ਵੈਸੇ ਟ੍ਰੇਲਰ ਬਹੁਤ ਸੋਹਣਾ ਆ, ਕੀ ਚੱਲ ਰਿਹਾ ਹੁਣ ਦਿਲੋਂ ਦਿਮਾਗ? ਬਸ ਅਸੀਂ ਵੇਟ ਹੋ ਰਹੀ ਆ ਹੁਣ, ਵੈਸੇ ਰਿਸਪੋਂਸ ਵਧੀਆ ਆ ਰਿਹਾ ਹੁਣ, ਇਹੀ ਹੈ ਕਿ ਸਾਰੇ ਦੇਖ ਲੈਣ ਅਤੇ ਹੋਰ ਰਿਸਪੋਂਸ ਵਧੀਆ ਮਿਲੇ, ਲੋਕਾਂ ਨੂੰ ਪਸੰਦ ਆਏ, ਜਿਹੜਾ ਅਸੀਂ ਮਿਹਨਤ ਕੀਤੀ ਹੈ ਉਹ ਸਾਰਿਆਂ ਨੂੰ ਪਸੰਦ ਆਏ। ਅਤੇ ਤੁਹਾਨੂੰ ਕੀ ਲੱਗਦਾ ਵੀ ਫੈਮਿਲੀਜ਼ ਦੇ ਵਿੱਚ ਚੇਂਜਿਸ ਆਉਣਗੀਆਂ ਕੁਛ ਨਾ ਕੁਛ ਫਿਲਮ ਦੇਖਣ ਤੋਂ ਬਾਅਦ? ਦੇਖੋ ਚੇਂਜਿਸ ਆ ਵੀ ਰਹੀਆਂ ਨੇ, ਇੱਦਾਂ ਦੀ ਗੱਲ ਨਹੀਂ, ਹੁਣ ਆ ਰਹੇ ਨੇ ਕਿਉਂਕਿ ਪੇਰ ਜਿਹੜੇ ਇਨ ਲੋਸ ਵਰਡ ਹੁਣ ਬਹੁਤ ਘੱਟ ਯੂਜ਼ ਹੁੰਦਾ, ਪੇਰੈਂਟਸ ਹੀ ਹੁੰਦਾ ਹੁਣ, ਕੋਈ ਇੰਟਰਡਿਊਸ ਵੀ ਕਰਾਉਂਦੇ ਕਿ ਇਹ ਮੇਰੇ ਮੰਮੀ ਪਾਪਾ, ਇੱਦਾਂ ਨਹੀਂ ਕਹਿੰਦੇ ਮੇਰੇ ਸੱਸ ਸਹੁਰਾ ਜਾਂ ਮੇਰੇ ਇਨ ਲੋਸ ਨੇ, ਅਤੇ ਉਹ ਚੇਂਜ ਬਹੁਤ ਵੱਡਾ ਆ ਰਿਹਾ। ਨਾਲੇ ਹੁਣ ਮੈਨੂੰ ਲੱਗਦਾ ਕਿ ਜਿਹੜੇ ਉਹ ਵੀ ਵਰਕਿੰਗ ਨੇ ਇਨ ਲੋਸ ਵੀ ਜਾਂ ਮਦਰ ਇਨ ਲੋ, ਉਹਨਾਂ ਨੂੰ ਵੀ ਪਤਾ ਕਿ ਪ੍ਰੋਬਲਮਸ ਆਉਂਦੀਆਂ ਆਫਟਰ ਮੈਰਿਜ, ਕਿੱਦਾਂ ਟੈਕਲ ਕਰਨਾ ਹੁੰਦਾ, ਕਿੱਦਾਂ ਐਡਜਸਟਮੈਂਟ ਕਰਨੀ ਹੁੰਦੀ ਹੈ, ਅਤੇ ਉਹ ਗਾਈਡ ਕਰਦੇ ਨੇ, ਅਤੇ ਬੱਚੇ ਵੀ ਹੁਣ ਸਮਝਦਾਰ ਹੋ ਗਏ ਉਸ ਹਿਸਾਬ ਨਾਲ ਕਰਦੇ ਨੇ। ਤੁਹਾਨੂੰ ਬੋਲੀ ਆਉਂਦੀ ਹੈ ਨਹੀਂ ਮੈਂ ਸੱਸ ਕੁੱਟਣੀ ਸੰਦੂਕਾਂ? ਹਾਂਜੀ, ਪਾਉਣੀ ਤਾਂ ਨਹੀਂ, ਮੈਂ ਦੂਜੀ ਵਾਲੀ ਪਾਉਂਦੀ ਹੈ। ਕਦੇ ਬੋਡਾ ਮਾਰਦੀ, ਕਦੇ ਗੋਡਾ ਮਾਰਦੀ, ਕਦੇ ਮੋਢਾ ਮਾਰਦੀ, ਕਦੇ ਗੋਡਾ ਮਾਰਦੀ, ਵੇ ਮੈਂ ਕਰਨੀ ਉਹਦੀ ਮਸਾਜ ਛੱਡ ਕੇ ਸੱਸ ਕੁੱਟਣੀ, ਸੱਸ ਕੁੱਟਣੀ, ਟੀਵੀ ਦੀ ਉੱਚੀ ਆਵਾਜ਼ ਕਰਕੇ ਸੱਸ ਕੁੱਟਣੀ। ਇਹ ਹੁਣ ਕਿਹਨੂੰ ਦੇ ਰਹੇ ਹੋ ਇੰਡੀਕੇਸ਼ਨ ਤੁਸੀਂ? ਇਹ ਤਾਂ ਅਜੇ ਫਿਲਮ ਵਾਲੇ ਹੁੰਦੇ ਫਿਲਮ। ਠੀਕ ਹੈ ਮੈਮ, ਥੈਂਕ ਯੂ ਸੋ ਮਚ, ਤੇ ਬੈਸਟ ਆਫ ਲੱਕ। ਥੈਂਕ ਯੂ ਜੀ, ਥੈਂਕ ਯੂ ਸੋ ਮਚ, ਥੈਂਕ ਯੂ। ਤੇ ਨੀ ਮੈਂ ਸੱਸ ਕੁੱਟਣੀ ਦੇ ਸਪੈਸ਼ਲ ਪ੍ਰੀਮੀਅਰ ਤੇ ਪਹੁੰਚਿਆ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ, ਤੁਸੀਂ ਸੁਣਾਓ? ਠੀਕ ਠਾਕ। ਮੈਚਿੰਗ ਇੰਟੈਂਸ਼ਨਲੀ ਹੋ ਗਈ ਜਾਂ ਸੋਚ ਸਮਝ ਕੇ ਕੀਤੀ? ਪਤਾ ਨਹੀਂ, ਆਪ ਤੋਂ ਹੀ ਹੋ ਗਈ। ਮੇਰਾ ਤਾਂ ਫੇਵਰੇਟ ਹੈ ਕਲਰ ਜੇ ਬਲੈਕ, ਜਦੋਂ ਮੈਂ ਕਿਤੇ ਜਾਣਾ ਹੋਵੇ ਵਿਆਹ ਸ਼ਾਦੀਆਂ 'ਤੇ, ਮੈਨੂੰ ਹੁੰਦਾ ਵੀ ਬਲੈਕ ਕਲਰ ਪਾਈਏ ਆਪਾਂ, ਸੋ ਇਹਨਾਂ ਦਾ ਵੀ ਸੀ, ਇਹਨਾਂ ਨੇ ਵੀ ਪਾ ਲਿਆ। ਕੁੜੀਆਂ ਨੂੰ ਬਲੈਕ ਕਲਰ ਬਹੁਤ ਪਸੰਦ ਹੁੰਦਾ, ਇਹ ਵੀ ਚਾਲ ਵੀ ਹੋ ਸਕਦੀ ਹੈ ਕਿ ਮੈਂ? ਹਾਂ, ਹੋ ਸਕਦਾ ਹੈ, ਮੈਂ ਸੋਚਿਆ ਪਾ ਕੇ ਜਾਂਦਾ, ਕੋਰੇ ਕੋਈ ਪਸੰਦ ਹੀ ਕਰ ਲਵੇ। ਅਤੇ ਡੈਬਿਊ ਕਰਨ ਜਾ ਰਹੇ ਹੋ ਤੁਸੀਂ, ਪਹਿਲਾਂ ਤੁਸੀਂ ਦੱਸੋ ਕੀ ਚੱਲਦਾ, ਤਾਂ ਹਾਰਟ ਬੀਟ ਕਿੰਨੀ ਅੱਜ? ਬਹੁਤ ਤੇਜ਼ ਹੈ, ਸਵੇਰੇ 8 ਵਜੇ ਤਾਂ ਬਹੁਤ ਤੇਜ਼ ਸੀ, ਜਿਵੇਂ ਫਿਰ 10-12 ਵਜੇ ਫਿਰ ਥੋੜ੍ਹਾ ਜਿਹਾ ਠੀਕ ਹੋ ਗਿਆ, ਔਰ ਹੁਣ ਥੋੜ੍ਹੀ ਜਿਹੀ ਐਕਸਾਈਟਮੈਂਟ ਹੋਰ ਵੱਧ ਰਹੀ ਹੈ, ਕਿਉਂਕਿ ਸਾਰਿਆਂ ਦੇ ਜਦੋਂ ਮੈਸੇਜ ਪੜ੍ਹੇ ਮੈਨੂੰ ਲੱਗਿਆ ਕਿ ਸ਼ਾਇਦ ਪਰਮਾਤਮਾ ਨੇ ਸੁਣ ਲਈ ਹੈ, ਸਭ ਕੁਝ ਠੀਕ ਚੱਲ ਰਿਹਾ। ਤੁਸੀਂ ਤਾਂ ਨਾਲ ਪ੍ਰੋਡਿਊਸਰ ਵੀ ਹੋ, ਤੁਹਾਡੀ ਜ਼ਿਆਦਾ ਤੇਜ਼ ਹੋਣੀ ਚਾਹੀਦੀ ਹੈ। ਬਹੁਤ ਜ਼ਿਆਦਾ, ਰਾਤੀ ਤਾਂ ਮੈਨੂੰ ਨੀਂਦ ਵੀ ਨਹੀਂ ਆ ਰਹੀ ਸੀ, ਇੰਨੀ ਟੈਨਸ਼ਨ ਸੀ, ਪਤਾ ਨਹੀਂ ਕੀ ਹੋਏਗਾ ਸਵੇਰੇ, ਜਿਵੇਂ ਰਿਜ਼ਲਟ ਆ ਰਿਹਾ ਹੁੰਦਾ ਨਾ ਪੇਪਰਾਂ ਤੋਂ ਬਾਅਦ, ਉੱਦਾਂ ਦੀ ਨਰਵਸਨੈਸ ਸੀ, ਬਟ ਜਿਵੇਂ ਆਪਾਂ ਸਵੇਰੇ ਉੱਠੇ, ਅਰਦਾਸ ਕੀਤੀ ਰੱਬ ਅੱਗੇ, ਅਤੇ ਜਦੋਂ ਅਸੀਂ ਸ਼ੋਜ਼ ਦੇਖੇ, ਲੋਕਾਂ ਦਾ ਰਿਸਪੋਂਸ ਦੇਖਿਆ, ਅਤੇ ਲੋਕ ਸਵੇਰੇ 8 ਵਜੇ ਵੀ ਗਏ ਹੋਏ ਸੀ 8-9 ਵਜੇ ਦੇ ਸ਼ੋਜ਼ ਦੇਖਣ, ਸੋ ਇੰਨੀ ਜ਼ਿਆਦਾ ਮਤਲਬ ਦਿਲੋਂ ਥੈਂਕ ਯੂ ਕਰਦੀ ਹਾਂ ਮੈਂ ਤੁਹਾਡੇ ਸਾਰਿਆਂ ਦਾ, ਕਿਉਂਕਿ ਇਹ ਮੂਮੈਂਟ 'ਤੇ ਅਸੀਂ ਬਹੁਤ ਟਾਈਮ ਤੋਂ ਵੇਟ ਕਰ ਰਹੇ ਸੀ, ਸੋ ਫਾਈਨਲੀ ਇਟਸ ਹੇਅਰ। ਜਿੱਦਾਂ ਇੱਕ ਬਹੁਤ ਵਧੀਆ ਮੈਸੇਜ ਵੀ ਹੈ ਇਸ ਫਿਲਮ ਦੇ ਵਿੱਚ, ਜਿੱਦਾਂ ਇੰਟਰਵਿਊਜ਼ ਵਿੱਚ ਵੀ ਆਪਾਂ ਸੁਣਿਆ ਤੁਹਾਡੀ ਗੱਲ ਨੂੰ, ਕੀ ਲੱਗਦਾ ਵੀ ਕੁਛ ਨਾ ਕੁਛ ਚੇਂਜਿਸ ਆਉਣਗਾ ਘਰਾਂ ਦੇ ਵਿੱਚ? ਬਿਲਕੁਲ, ਮੈਨੂੰ ਲੱਗਦਾ ਵੀ ਪਰਿਵਾਰ ਜਦੋਂ ਸਾਰੇ ਇਸ ਫਿਲਮ ਨੂੰ ਦੇਖਣ ਆਉਣਗੇ ਆਪਣੇ ਸਮੂਹ ਪਰਿਵਾਰ ਦੇ ਨਾਲ, ਜਦੋਂ ਸਾਰੇ ਆਉਣਗੇ ਇਸ ਆਉਣ ਦੋ, ਇਹ ਤਾਂ ਜ਼ਰੂਰੀ ਆ ਜੀ, ਫਿਰ ਤੁਸੀਂ ਆਓ ਪਲੀਜ਼। ਪਾਪਾ ਆ ਜਾਓ, ਖੜੋ ਪਲੀਜ਼, ਆਪਾਂ ਪਹਿਲਾਂ ਪਾਪਾ ਦੇ ਵਿਚਾਰ ਲੈਂਦੇ ਹਾਂ ਫਿਰ ਉਹਨੂੰ ਕੰਟੀਨਿਊ ਕਰਾਂਗੇ। ਕੀ ਕਹਿਣਾ ਚਾਹੋਗੇ ਅੱਜ? ਹਾਂਜੀ, ਕੀ ਕਹਿਣਾ ਚਾਹੁੰਗੇ ਤੁਸੀਂ ਤੁਹਾਡੀ ਕੁੜੀ ਦੀ ਫਿਲਮ ਬਾਰੇ? ਬਹੁਤ ਵਧੀਆ ਫਿਲਮ ਹੈ ਜੀ, ਸੱਸ ਕੁੱਟਣੀ। ਹਾਂਜੀ, ਬਹੁਤ ਵਧੀਆ ਫਿਲਮ ਹੈ। ਤੁਹਾਡੀ ਕੁੜੀ ਜੇ ਕਦੇ ਸੱਚੀ ਨਾਲ ਸੱਸ ਨੂੰ ਕੱਟ ਦੇ, ਔਖਾ ਹੋ ਜੇ। ਹਾਂਜੀ, ਹਾਂਜੀ, ਬਹੁਤ ਵਧੀਆ ਫਿਲਮ ਹੈ। ਤੁਸੀਂ ਕੀ ਕਹਿਣਾ ਅੱਜ ਪੇਰੈਂਟਸ ਨੂੰ, ਇੰਨਾ ਪ੍ਰਾਊਡ ਫੀਲ ਹੁੰਦਾ ਨਾ ਜਦੋਂ ਬਰਾਬਰ ਖੜੇ ਆ, ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਕਿੱਦਾਂ ਲੱਗ ਰਿਹਾ ਤੁਹਾਨੂੰ ਇਹ ਚੀਜ਼? ਮੈਨੂੰ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ, ਕਿਉਂਕਿ ਮੇਰੀ ਤਮੰਨਾ ਸੀਗੀ, ਮੈਂ ਬਾਬਾ ਜੀ ਕੇ ਅਰਦਾਸਾਂ ਕਰਦੀ ਸੀ ਕਿ ਮੇਰੀ ਬੇਟੀ ਵੱਡੇ ਪਰਦੇ ਤੇ ਆਵੇ। ਇਹ ਮਾਂ ਦਾ ਜਿਹੜਾ ਪਿਆਰ ਹੈ, ਜੀ ਨੇ ਅੱਜ ਮੇਰੀ ਅਰਦਾਸ ਦੇਖ ਰਿਹਾ। ਇਹ ਤਮੰਨਾ ਤਾਂ ਨਹੀਂ ਸੀਗੀ ਵੀ ਸਹੁਰੇ ਘਰ ਜਾ ਕੇ ਸੱਸ ਨੂੰ ਕੁੱਟੇ? ਨਹੀਂ ਜੀ, ਨਹੀਂ, ਕਿਉਂਕਿ ਜੋ ਮੈਂ ਪਿਆਰ ਕਰਦੀ ਸੀ ਆਪਣੀ ਸੱਸ ਨਾਲ, ਤਾਂ ਮੇਰੀ ਬੇਟੀ ਵੀ ਇਹੀ ਸਿੱਖੇਗੀ ਕਿ ਆਪਣੀ ਸੱਸ ਨਾਲ ਪਿਆਰ ਕਰੋ। ਬੈਸਟ ਆਫ ਲੱਕ, ਆਪਾਂ ਮੂਵੀ ਦੇਖਦੇ ਹਾਂ ਫਿਰ ਕਰਦੇ ਹਾਂ ਗੱਲ। ਥੈਂਕ ਯੂ, ਥੈਂਕ ਯੂ। ਇਸ ਵਕਤ ਸਾਡੇ ਨਾਲ ਆ ਨੀ ਮੈਂ ਸੱਸ ਕੁੱਟਣੀ ਫਿਲਮ ਦੇ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਰਾਜੂ ਵਰਮਾ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ, ਤੁਸੀਂ ਸੁਣਾਓ?
रिव्यू भी सवेर के बहुत अच्छे आ रहे हैं, ऑडियंस काफ़ी इंजॉय करी है। मेन गल है कि फैमिलीज आ रही फिल्म देख, सब तो वड्डी गल है क्योंकि वो फिल्म बहुत वधिया जाती है, जिदे विच फैमिलियां साडे नाल जुड़ जांदियां ने। इहदे विच सारियां फैमिलियां दी फिल्म है, हर नूं अपनी सस नूं फिल्म दिखाउण लैके आ रही है भी सस कुटणी। उहदे विच फिर जदों फिल्म देखदे आ तां दूजी कहिंदे भाई नूं भी फैंटती सी सस ने, तुसीं देख के आओ। राजू वर्मा साहब तो असं ये पूछना चाहते हैं, राजू वर्मा साहब थॉट कि सस कुटती देखी थी? मेरी मम्मी नूं एक दिन कुटिया जा रहा सी मेरी घरवाली वल्लों। सच्ची गल मजाक कर रहे, मतलब थोड़े जदों सिठणियां वगैरह चल रही थी किसी मैरिज के, उतों भी थॉट आया। बाकी घर जो सी मैंने सी भी तो फिल्म बननी चाहिए संजीदा जे ढंग से, वो करके फिल्म बनी थे अब बाबे की कृपा ना। बहुत जो फिल्म लिख रहे थे नहीं सोचते भी इन ससा कट्ठिया कितों कर, ससा कट्ठिया कर लगे औखे हुए हैं। जब जतेंद्र कौर मैडम से अगे उन्हों की ससो उन्हों की डेटा नहीं मिली नहीं, ससा तो खासियां कट्ठिया हो गई सी। होर हम की चल रहा दिलो दिमाग गर्मो गर्मी इन्ने हो पाए, चाह की गर्मी है ये, चाह की गर्मी है। अगे फिल्म हरजीत बाजा खाना वो बायोपिक जल्दी ही अनाउंसमेंट पै जानी है। खब्बी खान, टॉम एंड जैरी, 12-15 फिल्म मतलब एक्ट हो गए। पी एच डी साढ़े अमृत बाई कर रहे हैं, अमृतवीर पी एच डी कर रहे हैं, फिर वो ड्रामेबाज कर रहे हैं, तो जोड़े पंकज भाजी ना होंगे सके, तो उन्होंने तीन फिल्म ने। पता एक शर्ट लो प्रिंटड जिद उत्ते फिल्मों के नाम लिखे हो, जी हो जाए टिक जी जी रह गई वो इदा लिखी जाओ, पत्रकार सौखा हो मैं थोड़े पाओ मेरे मेरे पढ़ी जानी है, औखी होगी इंजॉय करते दोबारा। लव यू, लव यू।